ਇਮੀਗ੍ਰੇਸ਼ਨ ਦੇ ਨਾਲ ਆਪਣ ਨੂੰ ਜੋੜਦੇ ਹੋ ਤੁਸੀਂ ਇਮੀਗ੍ਰੇਸ਼ਨ ਵਾਲੇ ਬੰਦੇ ਹੈ ਨਹੀਂ ਪਾਜੀ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਵਾ ਮੈਂ ਇਮੀਗ੍ਰੇਸ਼ਨ ਦਾ ਕੰਮ ਪਤਾ ਕਿ ਕਰਦਾ ਪਿਆ ਮੈਨੂੰ ਪੈਸੇ ਬਚਦੇ ਪਏ ਪਹਿਲੇ ਬੰਦੇ ਜਿਹੜੇ ਕਹਿ ਰਹੇ ਕਿ ਪੈਸੇ ਬੜੇ ਵੱਧਣਗੇ ਬੰਦੇ ਕਹਿੰਦੇ ਨਈ ਨਈ ਜੀ ਕੁਝ ਨਹੀਂ ਵੱਧਦਾ ਪਾਜੀ ਮੈਂ ਕਹਿੰਦਾ ਕਿ ਤੁਸੀਂ ਹਰੇਕ ਏਜੰਟ ਦੀ ਗੱਡੀ ਵੇਖਿਓ ਕਿਹੜੀ ਕਿਹੜੀ ਤੁਹਾਨੂੰ ਗੱਡੀ ਤੋਂ ਹੀ ਪਤਾ ਲੱਗ ਜਾਊਗਾ ਕਿ ਪੈਸੇ ਕਿੰਨੇ ਕ ਬਚਦੇ ਐ ਇਹਨਾਂ ਦੇ ਕਿੰਨੇ ਨਹੀਂ ਬਚਦੇ ਹੁਣ ਤਾਂ ਕਾ ਰਾਉਂਡ 26 27 ਲੱਖ ਰੁਪਏ ਖਰਾਬ ਕੀਤਾ ਹੋਗਾ ਮੈਂ ਆਪਣੀ ਫਾਈਲ ਦੇ ਵਿੱਚ ਬਾਹਰ ਜਾਣੇ ਕਰਕੇ ਬਾਹਰ ਜਾਣੇ ਕਰ 26 27 ਲੱਖ ਰੁਪਏ 26 27 ਲੱਖ ਤੇ 9 ਰਿਫਿਊਜ਼ ਲਾ 3 ਲੱਖ ਰੁਪਇਆ ਮਤਲਬ ਕੁਮਾਰ ਹੈ ਇੱਕ ਬੰਦਾ ਕਿੰਨੀ ਕੁ ਉਮਰ ਹੋਣੀ ਉਸ ਟਾਈਮ ਮੈਂ ਆਪਣਾ 17 ਸਾਲ ਦੀ ਉਮਰ ਤੋਂ ਕੰਮ ਸਟਾਰਟ ਕਰਦਾ ਬਾਣੀ ਪਰਿਵਾਰ ਚੋਂ ਤਾਂ ਨਹੀਂ 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 ਸੁਨਿਆਰੇ ਕਾ ਸਟਾਰਟ ਅੱਛਾ ਨਹੀਂ ਮੇਰੇ ਦਾਦਾ ਜੀ ਨੇ ਸਾਈਕਲ ਪੈਂਚਰ ਦਾ ਸਟਾਰਟਿੰਗ ਕੀਤੀ ਸੀ ਮੇਰੇ ਸਾਹਮਣੇ ਆਪਾਂ ਮੋਟਰਸਾਈਕਲ ਦੇ ਇੰਜਨ ਖੋਲਦੇ ਵੇਖਦੇ ਰਹੇ ਆ ਉਹ ਬੰਦੇ ਨੂੰ ਜੋਬ ਨਹੀਂ ਕਦੀ ਵੀ ਕਰਨੀ ਚਾਹੀਦੀ ਬਿਜ਼ਨਸ ਕਰੇ ਬੰਦਾ ਪੱਕੀ ਗੱਲ ਪੱਕੀ ਗੱਲ 100% ਮੈਂ ਤੁਹਾਨੂੰ ਕਹਿੰਦਾ ਕਿ ਬਿਜ਼ਨਸ ਕਰੋਗੇ ਤੇ ਤਰੋਗੇ ਪਰ ਇਹ ਵੀ ਨੇ ਇੱਕ ਬੰਦੇ ਨੇ ਸਵਾਲ ਪੁੱਛਿਆ ਹਾਂ ਪਾਣਾ ਸੀ ਦੁਬਈ ਨੇ ਪੁੱਛਿਆ ਉਹ ਕਹਿੰਦਾ ਵੀਜ਼ੇ ਲਵਾਨਿਓ ਪੈਸੇ ਲੈਣਿਓ ਲੈ ਲੋ ਪਰ ਜਾਇਜ ਲੈ ਲੋ 10 ਵੀ ਹਜ਼ਾਰ ਲੈ ਲੋ ਕਹਿੰਦੇ ਤੁਸੀਂ ਤਾਂ 10-10 ਲੱਖ ਦੇ ਬੰਦੇ ਨੂੰ ਵੜ ਦਿੰਦੇ ਨਹੀਂ ਭਾਜੀ 25 ਲੱਖ ਚ 80 ਲੱਖ ਰਵੇ 25 ਲੱਖ ਚ ਮਾੜਾ ਮੋਟਾ ਬੰਦਾ 10 ਲੈ ਲਿੰਦਾ 5 ਲੈ ਲਿੰਦਾ 25-30 ਲੱਖ ਦੇ ਮੋٹے ਬੰਦੇ ਲਈ ਭਾਜੀ ਇਹ ਗਲਤੀ ਮੇਰੀ ਗੱਲ ਸੁਣੋ ਦਿਲ ਤੇ ਹੱਥ ਰੱਖ ਕੇ ਦੱਸੋ ਹਾਂ ਹੈ ਗਲਤ ਕੰਮ ਕਿ ਨਹੀਂ 100% ਗਲਤ ਗੱਲ ਆ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਅੱਜ ਦੇ ਇਸ ਖਾਸ ਪੋਡਕਾਸਟ ਦੇ ਵਿੱਚ ਦਾ ਡਿਜੀਟਲ ਪਿੰਡੂ ਹਮੇਸ਼ਾ ਦੀ ਤਰ੍ਹਾਂ ਅੱਜ ਵੀ ਇੱਕ ਖਾਸ ਮੁੱਦਾ ਲੈ ਕੇ ਆਇਆ ਪੰਜਾਬ ਦੇ ਵਿੱਚ ਜੇ ਗੱਲ ਕਿਸੇ ਵੀ ਮੁੱਦੇ ਦੀ ਹੁੰਦੀ ਆ ਐਦਾਂ ਨਹੀਂ ਹੋ ਸਕਦਾ ਵੀ ਇਮੀਗ੍ਰੇਸ਼ਨ ਦੇ ਮੁੱਦੇ ਦੀ ਗੱਲ ਨਾ ਹੋਵੇ ਕਿਉਂਕਿ ਪੰਜਾਬ ਦੇ ਵਿੱਚ ਇਮੀਗ੍ਰੇਸ਼ਨ ਦੇ ਮੁੱਦੇ ਨੂੰ ਬਹੁਤ ਵੱਡਾ ਮੁੱਦਾ ਮੰਨਿਆ ਜਾਂਦਾ ਇਹ ਕਿਸੇ ਨਾ ਕਿਸੇ ਸੱਚ ਵੀ ਹੈ ਪਰ ਇਹਦੇ ਨਾਲ ਨਾਲ ਜਿੰਨੀ ਵੱਡੀ ਇੰਡਸਟਰੀ ਹੁੰਦੀ ਜਾ ਰਹੀ ਹੈ ਫਰੋਡ ਵਧ ਰਹੇ ਨੇ ਲੋਕਾਂ ਨਾਲ ਬਹੁਤ ਪੈਸੇ ਦੀ ਹੀਰਾਫੇਰੀ ਹੁੰਦੀ ਆ ਜਾਂ ਕਹਿ ਲਓ ਇਲੀਗਲ ਤਰੀਕੇ ਨਾਲ ਵੀ ਕੰਮ ਹੁੰਦੇ ਨੇ ਬਹੁਤ ਤਰ੍ਹਾਂ ਦੀ ਲੁੱਟ ਵੀ ਹੁੰਦੀ ਆ ਤੇ ਸਵਾਲ ਵੀ ਖੜੇ ਹੁੰਦੇ ਨੇ ਕੁਝ ਬੰਦੇ ਗਲਤ ਕੰਮ ਕਰਦੇ ਨੇ ਤਾਂ ਸਾਰੀ ਇੰਡਸਟਰੀ ਬਦਨਾਮ ਹੋ ਜਾਂਦੀ ਆ ਅੱਜ ਇਸ ਪੌਡਕਾਸਟ ਦੇ ਵਿੱਚ ਤੁਹਾਨੂੰ ਸੁਣਨ ਨੂੰ ਮਿਲਣਗੀਆਂ ਬਹੁਤ ਅੰਦਰਲੀਆਂ ਗੱਲਾਂ ਅਸੀਂ ਖੁਲਾਸੇ ਕਰਾਂਗੇ ਅੱਜ ਕਿਉਂਕਿ ਜਿਹੜੇ ਸਾਡੇ ਕੋਲ ਅੱਜ ਗੈਸਟ ਆਏ ਨੇ ਉਹ ਇਹਨਾਂ ਦੇ ਅੰਦਰ ਰਹਿ ਕੇ ਇੰਡਸਟਰੀ ਦੇ ਵਿੱਚ ਸਭ ਕੁਝ ਦੇਖ ਚੁੱਕੇ ਨੇ ਉਹ ਆਪਾਂ ਨੂੰ ਪੜੀ ਮੇ ਸਵਾਲ ਲਿਖੇ ਆ ਕਿ ਇਹ ਕਿੱਦਾਂ ਹੁੰਦਾ ਉਹ ਕਿੱਦਾਂ ਹੁੰਦਾ ਸਾਰਾ ਲਿਖਿਆ ਉਹ ਆਪਾਂ ਨੂੰ ਡਿਟੇਲ ਦੇ ਵਿੱਚ ਦੱਸਣਗੇ ਵੀ ਕਿੱਦਾਂ ਹੁੰਦਾ ਪਾਜੀ ਦਾ ਨਾਮ ਆ ਵੀਨਸ ਵੀਰ ਪਾਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਰਸੀਖਾ ਜਨਾਬ ਤੁਸੀਂ ਅੱਜ ਮੈਨੂੰ ਤੁਹਾਡੇ ਤੋਂ એનર્ਜੀ ਪਤਾ ਕਿੱਦਾਂ ਦੀ ਆ ਰਹੀ ਹੈ ਹਾਂਜੀ ਇੱਕ ਬੰਦਾ ਆਇਆ ਜਿਹੜਾ ਕੁਝ ਖੁਲਾਸੇ ਕਰੇਗਾ ਅੱਜ ਇਹ ਰੈਸਿਟਰੀ ਬਾਰੇ ਤੁਸੀਂ ਪੁੱਛੋ ਤੀ ਪੁੱਛਣਾ ਕੀ ਕੀ ਚਾਹੁੰਦੇ ਹੋ ਹਜੇ ਤੇ ਤੁਹਾਡੇ ਕੋਲ ਸਵਾਲ ਮੁੱਕ ਜਣਗੇ ਮੇਰੇ ਕੋਲ ਜਵਾਬ ਨਹੀਂ ਮੁੱਕਣਗੇ। ਕੀ ਬਾਤ ਹੈ ਬਈ ਇਹੀ ਮੈਨੂੰ ਚੀਜ਼ ਚਾਹੀਦੀ ਹੁੰਦੀ ਹੈ ਵੀ ਮੇਰੇ ਸਵਾਲਾਂ ਦੇ ਜਵਾਬ ਮੈਨੂੰ ਮਿਲ ਜਾਣ। ਬਿਲਕੁਲ ਤੁਹਾਨੂੰ ਸਾਰੇ ਮਿਲਣਗੇ। ਤੁਸੀਂ ਪਹਿਲਾਂ ਨਾ ਮੈਂ ਤੁਹਾਡੇ ਤੇ ਸਟਾਰਟਿੰਗ ਕਰੂੰਗਾ। ਜੀ। ਤੁਸੀਂ ਇਸ ਇੰਡਸਟਰੀ ਦੇ ਵਿੱਚ ਕਿੱਦਾਂ ਆ ਗਏ? ਇਹ ਭਾਜੀ ਮੈਂ ੱੱਕੇ ਨਾਲ ਹੀ ਆ ਗਿਆ ਇਹ ਇੰਡਸਟਰੀ ਦੇ ਵਿੱਚ। ਹਾਂ। ਮੈਂ ਤੇ ਬਾਹਰ ਜਾਣਾ ਸੀ। ਅੱਛਾ। ਮੈਂ ਤੇ ਪੂਰਾ ਏਡੀ ਚੋਟੀ ਦਾ ਜ਼ੋਰ ਲਾਤਾ ਬਾਹਰ ਜਾਣ ਦੇ ਉੱਪਰ। ਹਾਂ। ਮੈਂ ਆਪਣਾ 2014-15 ਦੇ ਵਿੱਚ 12ਵੀਂ ਕੀਤੀ ਆ ਹੂੰ 12ਵੀਂ ਕਰਨ ਤੋਂ ਬਾਅਦ ਫਿਰ ਆਪਣਾ ਲੋਕੀ ਜਿੰਨੀ ਦੇਰ ਦੇ ਵਿੱਚ ਕੋਈ ਡਿਪਲੋਮਾ ਕਰਦੇ 19 ਦੇਰ ਚ ਮੇਰੇ ਕੋਲ ਆਇਲਸ ਹੋਈ 2 ਸਾਲ ਲੱਗੇ ਆਇਲਸ ਕਰਨ ਦੇ ਉੱਪਰ ਹੂੰ ਸਾਢੇ 5 ਬੈਂਡ ਸਕੋਰ ਆਏ ਜਾਣਾ ਮੈਂ ਕੈਨੇਡਾ ਹੀ ਕਿਉਂਕਿ ਉਦੋਂ ਕੈਨੇਡਾ ਦਾ ਬੜਾ ਟ੍ਰੈਂਡ ਹੁੰਦਾ ਹੈ ਹੂੰ ਪਰ ਉਦੋਂ ਕੈਨੇਡਾ ਆਪਣਾ ਸਮਝ ਲਓ ਕਿ ਜਦੋਂ ਮੈਂ ਫਾਈਲ ਅਪਲਾਈ ਕੀਤੀ ਆ ਤੇ ਉਦੋਂ ਹੀ ਨਾ ਕੈਨੇਡਾ ਨੇ ਰੂਲ ਚੇਂਜ ਕਰਤੇ ਕਿ ਜਿਹੜੇ ਆਪਾਂ ਨੂੰ ਨੰਬਰ ਚਾਹੀਦੇ ਹੁੰਦੇ ਆ ਨਾ ਉਦੋਂ ਪਰਸੈਂਟੇਜ ਮੈਟਰ ਨਹੀਂ ਕਰਦੀ ਸਿਰਫ ਬੈਂਡ ਸਕੋਰ ਜਿਹੜੇ ਸੰਦੀ ਗੱਲ ਹੈ ਇਹ ਗੱਲ ਹੈਗੀ ਆ 15 16 ਦੀ ਅੱਛਾ 15 16 ਦੇ ਵਿੱਚ ਵਿੱਚ ਦੀ ਆ ਮਤਲਬ ਉਦੋਂ 12ਵੀਂ ਕਰ ਲਈ 12ਵੀਂ ਤੋਂ ਬਾਅਦ 16 ਆ ਗਿਆ ਤੇ ਉਦੋਂ ਦੀ ਗੱਲ ਆ ਉਸ ਤੋਂ ਬਾਅਦ ਕੀ ਹੋਇਆ ਕਿ ਜਿੱਦਾਂ 100 ਪਰਸੈਂਟੇਜ ਚੱਲਦੀ ਕਿ ਤੁਹਾਨੂੰ 60% ਚਾਹੀਦੇ ਹੀ ਚਾਹੀਦੇ ਹੁੰਦੇ ਨੰਬਰ ਕੀ ਆਪਣਾ ਜੀਟੀ ਫਾਈਲ ਅਪਲਾਈ ਕਰਨੀ ਬਿਲਕੁਲ ਮੇਰੇ ਉਦੋਂ ਨੰਬਰ ਹੈਗੇ ਹੀ 59% ਅੱਛਾ ਤੇ ਉਦੋਂ ਆਪਣਾ ਸਮਝ ਲਓ ਕਿ ਮੈਂ ਫਾਈਲ ਅਪਲਾਈ ਕੀਤੀ ਆ ਤੇ ਸਭ ਤੋਂ ਪਹਿਲਾਂ ਕੀ ਹੋਇਆ ਕਿ ਬੈਂਡ ਸਕੋਰ ਮੇਰੇ 5.5 ਆ ਗਏ ਉਹਦੇ ਕਰਕੇ ਮੇਰੀ ਕੈਨੇਡਾ ਦੀ ਫਾਈਲ ਨਹੀਂ ਲੱਗੀ ਕਿ 6 ਬੈਂਡ ਚਾਹੀਦੇ ਹੁੰਦੇ ਸਾਢੇ 6 ਬੈਂਡ ਚਾਹੀਦੇ ਆ ਕੈਨੇਡਾ ਦੀ ਫਾਈਲ ਦੇ ਲਈ ਦੂਜੇ ਤੋਂ ਬਾਅਦ ਫਿਰ ਮੈਂ ਆਸਟ੍ਰੇਲੀਆ ਦੀ ਫਾਈਲ ਅਪਲਾਈ ਕਰਨ ਲੱਗਾ ਕਿ ਚੱਲ ਕੈਨੇਡਾ ਨਹੀਂ ਤੇ ਆਸਟ੍ਰੇਲੀਆ ਹੀ ਸਹੀ ਫਿਰ ਮੈਂ ਆਪਣੀ ਜਿਹੜੀ ਹੈਗੀ ਆ ਆਸਟ੍ਰੇਲੀਆ ਦੀ ਫਾਈਲ ਜਿਹੜੀ ਹੈਗੀ ਅਪਲਾਈ ਕਰਤੀ ਤੇ ਪਰ ਏਜੰਟ ਨੇ ਫੇਰ ਸੱਦਿਆ ਕਿ ਨਹੀਂ ਵੀਰ ਰੂਲ ਚੇਂਜ ਹੋ ਗਏ ਪਿਛਲੇ ਹਫਤੇ ਉਹਨੇ ਮੈਨੂੰ ਬੜੇ ਪਿਆਰ ਨਾਲ ਸਾਰੀ ਗੱਲ ਸਮਝਾਈ ਜਦੋਂ ਉਹਨੇ ਬੁਲਾਇਆ ਪਤਾ ਤੇ ਮੈਨੂੰ ਉਹਦੇ ਲੱਗ ਗਿਆ ਕਿ ਨਾ ਪੈ ਗਿਆ ਪੰਗਾ ਕਿ ਹਜੇ ਤੇ ਮਸਾ ਹੀ ਕਰਦਿਆਂ ਨੂੰ ਮਨਾਇਆ ਮਾਹੀ ਲੋਨ ਅਪਰੂਵ ਹੋਇਆ ਲੋਨ ਅਪਰੂਵ ਹੋਇਆ ਤੇ ਮੈਂ ਕਿਹਾ ਲੈ ਹਾਂ ਤੇ ਆਪਾਂ ਪਹੁੰਚ ਜਾਣਾ ਆਪਾਂ ਪੂਰੀ ਗੱਲ ਬਾਤ ਕੀਤੀ ਸੀ ਕਿ ਹੁਣ ਬਾਹਰ ਪਹੁੰਚ ਜਾਣਾ ਵਾ ਬਾਹਰ ਆਪਣਾ ਭਾਈਏ ਕੋ ਜਾਣਾ ਸੀ ਉਹਨਾਂ ਨੇ ਗੱਡੀ ਗੱਡੀ ਲੈ ਕੇ ਰੱਖੀ ਪੂਰੇ ਸੁਪਨੇ ਵਿਖਾਏ ਹੈਗੇ ਆਪਣਾ ਉਥੇ ਇਸ ਪਿੰਡ ਦੇ ਵਿੱਚ ਜਾਣਾ ਉਥੇ ਹੁੰਦਾ ਨਾ ਕਿ ਆਪਾਂ ਪਿੰਡੂ ਇਲਾਕੇ ਦੀ ਜਾਈ ਤੇ ਪੀਆਰ ਛੇਤੀ ਮਿਲ ਜਾਂਦੀ ਹੈ ਜਿੱਥੇ ਉਹਨਾਂ ਨੂੰ ਪੀਆ ਕੀਤੀ ਪਿੰਡ ਚ ਜਾ ਕੇ ਇਹ ਗੱਡੀ ਗੁੱਡੀ ਰੱਖੀ ਸਪਨੇ ਪੂਰੇ ਚੱਲਦੇ ਮੈਂ 1% ਨਹੀਂ ਸੋਚਿਆ ਕਿ ਕਿਤੇ ਮੈਂ ਰਹਿ ਵੀ ਜਾਊਂਗਾ ਕਿਉਂਕਿ ਸ਼ੁਰੂ ਤੋਂ ਹੀ ਪੱਕਾ ਸੀ ਕਿ ਜਾਣਾ ਹੀ ਜਾਣਾ ਬਾਹਰ ਕੀ ਚੱਲ ਜਾਣਾ ਪੱਕਾ ਹੋ ਜਾਣਾ ਵਕਮ ਚਲੋ ਬਾਅਦ ਚ ਫਿਰ ਆਸਟ੍ਰੇਲੀਆ ਨੇ ਰੂਲ ਕੀ ਚੇਂਜ ਕਰਤੇ ਕਿ ਹੁਣ ਤੁਹਾਡੇ ਜਿਹੜੇ ਨੰਬਰ ਆ ਉਹ 60% ਚਾਹੀਦੇ ਯਾਰ ਜੇ ਮਰੇ ਨੰਬਰ ਹੁੰਦੇ ਨਾ ਚਲੋ 45 50 ਦੇ ਮੈਂ ਮੰਨਦਾ ਕਿ ਚਲ ਠੀਕ ਆ ਉਹ 1% ਤੋਂ ਇਹੜਾ ਨੰਬਰ ਰਹਿ ਗਿਆ ਨਾ ਕਿ ਉਹਨੇ ਮੈਨੂੰ ਮਨਾ ਕਰਤਾ ਉਹ ਗੱਲ ਬੜੀ ਦੁਖੀ ਪਰ ਉਸ ਤੋਂ ਬਾਅਦ ਫਿਰ ਮੈਂ ਆਪਣਾ ਕੀ ਕੀਤਾ ਕਿ ਜਦੋਂ ਉਹਨਾਂ ਨੇ ਮਨਾ ਕਰਤਾ ਨਾ ਮੈਂ ਬੜੀ ਧੀਰ ਉਹ ਚੀਜ਼ ਦੇ ਪਿੱਛੇ ਭਜਦਾ ਰਿਆ ਉਹ ਟਾਈਮ ਦੇ ਵਿੱਚ ਨਾ ਮੈਂ ਫੋਨ ਸੇਲ ਕਰਦਾ ਹੁੰਦਾ ਨਹੀਂ ਆਈਫੋਨ ਦੇ ਆਪਣੇ ਉਹ ਆਈਫੋਨ ਸੇਲ ਕਰਦਾ ਹੁੰਦਾ ਨਹੀਂ ਉਹ ਮੈਂ OLX ਦੇ ਉੱਪਰ ਐਡ ਪਾਉਣੀ ਉੱਥੇ ਹੀ ਆਪਣਾ ਖਰੀਦ ਲੈਣੇ ਉੱਥੇ ਹੀ ਵੇਚ ਦੇਣੇ ਉਹਦੇ ਨਾਲ ਜਿਹੜੇ ਪੈਸੇ ਬਣਦੇ ਸੀ ਉਹਦੇ ਨਾਲ ਮੈਂ ਕੀ ਕਰਦਾ ਸੀ ਕਿ ਜਿੱਦਾਂ ਸਮਝ ਲਓ ਕਿ ਮੈਂ ਲੁਧਿਆਣਾ ਸ਼ਹਿਰ ਦੀ ਐਡ ਪਾ ਤੀ ਹੂੰ ਉਥੇ ਐਡ ਪਾਕ ਤੀ ਕਿ ਮੇਰੇ ਕੋਲ ਆ ਆਈਫੋਨ ਵਾ ਜਿਹੜਾ ਹੈਗਾ ਵਾ ਆਪਣਾ ਉਦੋਂ ਚੱਲਦਾ ਸੀ ਮੇਰੇ ਸਹਾਰਨ ਆਈਫੋਨ 5 ਕੇ 6 ਚੱਲਦੇ ਹੁੰਦੇ ਸੀ ਜਿਆਦਾ 6 6 ਪਲਸ ਉਹਦੀ ਐਡ ਪਾ ਦੇਣੀ ਉਥੇ ਕੋਈ ਨਾ ਕੋਈ ਜਦੋਂ ਮੈਨੂੰ ਗਾਹਕ ਮਿਲਣਾ ਉਸ ਸ਼ਹਿਰ ਦੇ ਵਿੱਚ ਮੈਂ ਜਾਣਾ ਪਹਿਲਾਂ ਹੀ ਮੈਂ ਉਦੋਂ Google ਦੇ ਉੱਪਰ ਸਰਚ ਕੀਤਾ ਹੋਣਾ ਕਿ ਇੱਥੇ ਕਿਹੜੇ ਕਿਹੜੇ ਏਜੰਟ ਹੈ ਕਿਉਂਕਿ ਤੋ Instagram ਨਹੀਂ ਇੱਡਾ ਚੱਲਦਾ ਹੁੰਦਾ ਤੇ ਜਦੋਂ ਉਥੇ ਪਹੁੰਚਣਾ ਉਥੇ ਪਹੁੰਚ ਕੇ ਫੋਨ ਵੇਚ ਕੇ ਚਲੋ ਮੇਰਾ ਕੰਮ ਹੋ ਗਿਆ ਫੋਨ ਵਗੈਰਾ ਲੈ ਲਿਆ ਉਥੇ ਜਿਹੜੇ ਏਜੰਟ ਨਾਲ ਗੱਲ ਕੀਤੀ ਨਹੀਂ ਉਹਨੂੰ ਜਾ ਕੇ ਆਪਣੀ ਫਾਈਲ ਫੜਾ ਮੇਰੇ ਹਿਸਾਬ ਨਾਲ ਤੁਸੀਂ ਲਾ ਕੇ ਚੱਲੋ ਕਿ ਹੁਣ ਤੱਕ ਆਰਾਊਂਡ 26-27 ਲੱਖ ਰੁਪਏ ਖਰਾਬ ਕੀਤਾ ਹੋਗਾ ਮੈਂ ਆਪਣੀ ਫਾਈਲ ਦੇ ਵਿੱਚ ਬਾਹਰ ਜਾਣੇ ਕਰਕੇ ਬਾਹਰ ਜਾਣ ਕਰਕੇ 26-27 ਲੱਖ ਰੁਪਏ 26-27 ਲੱਖ ਤੇ ਨੋ ਰਿਫਿਊਜ਼ ਲਾ ਤੇ ਵੀਜ਼ਾ ਫੇਰ ਨਹੀਂ ਕੈਨੇਡਾ ਆਸਟ੍ਰੇਲੀਆ ਯੂਕੇ ਨਿਊਜ਼ੀਲੈਂਡ ਅਮਰੀਕਾ ਸਾਰੀਆਂ ਜਗ੍ਹਾ ਤੋਂ ਫਾਈਲ ਡਾਈ ਮੈਂ ਆਪਣੀ ਮੈਂ ਕਹੇ ਕਿ ਕਿਤੇ ਹੁਣ ਕੋਈ ਐਸੀ ਜਗ੍ਹਾ ਲੱਭ ਜੇ ਤੇ ਲੱਗ ਜਾਵੇ ਬਸ ਮਤਲਬ ਪੂਰਾ ਹੀ ਜ਼ੋਰ ਲਾ ਤਾਂ ਉਹ ਸਮਝ ਲਓ ਕਿ ਇੱਕ ਬੰਦਾ ਜਿਹੜਾ ਅਸਲ ਤੇ ਡਿਪਰੈਸ ਹੋ ਜਾਂਦਾ ਨਾ ਉਹ ਗਿਆ ਸਿਸਟਮ ਪਰ ਇਹ ਹੈ ਕਿ ਉਦੋਂ ਸਿਰਫ ਸਿਸਟਮ ਹੈ ਕਿ ਕਿਸੇ ਤਰੀਕੇ ਨਾਲ ਵੀਜ਼ਾ ਲੱਗ ਜਾਵੇ ਚਾਹੀਦਾ ਇਹ じゃ ਕਿਹੜਾ ਕਿਹੜਾ ਸੀਗਾ ਵੀ ਜਾਣਾ ਹੀ ਜਾਣਾ ਬਾਹਰ ਨੋ ਰਿਫਿਊਜ਼ ਲਾਗੀ ਤਾਂ ਵੀ ਜਾਣਾ ਹੀ ਜਾਣਾ ਭਾਜੀ ਕਿਹੜਾ ਸੁਪਨੇ ਹੀ ਬੜੇ ਵੇਖੇ ਸੀ ਉਹ ਚੀਨ ਨੂੰ ਲੈ ਕੇ ਕਿਉਂਕਿ ਲੱਗਦਾ ਪਤਾ ਕੀ ਆ ਜੋ ਅੱਜ ਦੇ ਹਰ ਜਵਾਬ ਨੂੰ ਲੱਗਦਾ ਵਾ ਕਿ ਬਾਹਰ ਜਾਵਾਂਗੇ ਜਾਨੇ ਦੇਖੋ ਹੁਣ ਭਾਈ ਨੇ ਪਹਿਲਾਂ ਹੀ ਗੱਡੀ ਲੈ ਕੇ ਰੱਖੀ ਹੈ ਇਥੇ ਘਰ ਦੇ ਆਪਾਂ ਨੂੰ ਆਪਣੀ ਗੱਡੀ ਨਹੀਂ ਫੜਾਉਂਦੇ ਉਥੇ ਭਾਈ ਨੇ ਪਹਿਲਾਂ ਗੱਡੀ ਲੈ ਕੇ ਰੱਖੀ ਉਹਦਾ ਨੰਬਰ ਵੀ PB02 ਤੇ ਹੀ ਸੋਚੋ ਕਿਹਦਾ ਦਿਲ ਨਹੀਂ ਕਰਦਾ ਕਿ ਜਾਂਦਿਆਂ ਗੱਡੀ ਮਿਲ ਜਾਣੀ ਆ ਉਥੇ ਆ ਕਿ ਯੈਸ ਕਰਾਵਾਂਗੇ ਹਾਂ ਸਾਰਾ ਦਿਨ ਟੈਕਸੀ ਚਲਾਇਆ ਕਰਨੀ ਆ ਤੇ ਆਪਣਾ ਵਿੱਚੋਂ ਇੱਕ ਅੱਧਾ ਦਿਨ ਚਲੋ ਕਾਲਜ ਵੀ ਲਾਇਆ ਕਰਾਂਗੇ ਤੇ ਬਾਅਦ ਚ ਆਪਣਾ ਛੇਤੀ ਜਦੋਂ ਸਟੱਡੀ ਮੁੱਕੀ ਤੇ ਫਿਰ ਪੱਕੇ ਤੇ ਫਿਰ ਪੈਸੇ ਪੈਸੇ ਕਿਉਂਕਿ ਜਦੋਂ ਦੇਖੋ ਰਿਸ਼ਤੇਦਾਰ ਬਾਹਰੋਂ ਆਉਂਦੇ ਆ ਨਾ ਉਹਨਾਂ ਨੂੰ ਵੇਖੀਦਾ ਵਾ ਵੇਖ ਤੇ ਉਹ ਆਪਣਾ ਸਾਰਾ ਦਿਨ ਆਪਣਾ ਕਦੀ ਕਿਤੇ ਕਦੀ ਕਿਤੇ ਖੁੱਲੇ ਪੈਸੇ ਜੋ ਮਰਜ਼ੀ ਖਰੀਦ ਲਿਆ ਉਹਨਾਂ ਨੂੰ ਵੇਖ ਕੇ ਨਾ ਅੰਦਰੋਂ ਚਾਅ ਉੱਠਦੀ ਆ ਕਿ ਆਪਾਂ ਵੀ ਜਾਈਏ ਉੱਤੋਂ ਨਾ ਉਦੋਂ ਉਹ ਕੈਂਬੀ ਦਾ ਗਾਣਾ ਨਹੀਂ ਆ ਜਿਹੜਾ ਕੈਨੇਡਾ ਵਾਲਾ ਜਦੋਂ ਕੋਈ 5 ਸਾਲ ਬਾਅਦ ਕੈਨੇਡਾ ਤੋਂ ਵਾਪਸ ਆਉਂਦਾ ਵਾ ਤੇ ਆਪਣੇ ਘਰ ਦੇ ਨਾਲ ਸਰਪ੍ਰਾਈਜ਼ ਦਿੰਦਾ ਵਾ ਜਾਂ ਫਿਰ ਆਪਾਂ ਉੱਥੋਂ ਗੱਡੀ ਗਿਫਟ ਕਰਤੀ ਕੁਝ ਕਰਤਾ ਉਹ ਬੰਦਾ ਆਪਣੀ ਜਿਹੜੀ ਆਪਾਂ ਸਟੋਰੀ ਸੋਚੀ ਨਾ ਆਪਣੀ ਸਟੋਰੀ ਦੇ ਹੀਰੋ ਪੱਕ ਖੋਦੀ ਹੁੰਨੇ ਕਿ ਮੈਂ ਹੀ ਉਹ ਹੀਰੋ ਹਾਂ ਕਿ ਜਿਹੜਾ ਉਹ ਉਹਨੂੰ ਆਪਾਂ ਇਮੇਜਿਨ ਉਸ ਸਟੋਰੀ ਦੇ ਵਿੱਚ ਆਪਣੇ ਆਪ ਨੂੰ ਕਰਦੇ ਪਏ ਹੁੰਦੇ ਕਿ ਮੈਂ ਵੀ 5 ਸਾਲ ਬਾਅਦ ਆਵਾਂਗਾ ਇਦਾਂ ਹੀ ਘਰੇ ਵਿਆਹ ਹੋਊਗਾ ਕਿਸੇ ਦਾ ਤੇ ਰਿਸ਼ਤੇਦਾਰਾਂ ਦੇ ਸਾਹਮਣੇ ਸਰਪ੍ਰਾਈਜ਼ ਦਵਾਂਗੇ ਆਪਣੀ ਵੀ ਵੱਲੇ-ਵੱਲੇ ਹੋਊਗੀ ਉਹ ਚੀਜ਼ਾਂ ਸੋਚਣੀ ਆ ਜਾਂ ਫਿਰ ਉਥੇ ਸਮਝ ਲਓ ਇੱਥੇ ਤੇ ਕੰਮ ਕਰਨ ਤਾਂ ਕਦੀ ਸੋਚਿਆ ਹੀ ਨਹੀਂ ਸੋਚਿਆ ਤਾਂ ਨਹੀਂ ਕਿਉਂਕਿ ਦੇਖੋ ਮੈਂ ਹੋਰ ਵੀ ਬੜੀਆਂ ਚੀਜ਼ਾਂ ਇੱਥੇ ਕੰਮ ਹੋਣ ਤੱਕ ਆਪਣਾ ਮੈਂ ਮੇਰੇ ਸਾਹਮਣੇ 11ਵੀਂ ਤੋਂ ਕੰਮ ਕਰਨਾ ਸਟਾਰਟ ਕਰਤਾ ਹੈ ਤੇ ਉਹ ਤੋਂ ਬਾਅਦ ਉਹ ਚਲੋ ਸਾਰੀਆਂ ਚੀਜ਼ਾਂ ਹੁੰਦੀਆਂ ਰਹੀਆਂ ਮੈਂ ਤੁਹਾਨੂੰ ਆਪਣੀ ਚੀਜ਼ ਦੱਸਦਾ ਕਿ ਇਸ ਇੰਡਸਟਰੀ ਦੇ ਵਿੱਚ ਕਿੱਦਾਂ ਆਇਆ ਬਾਅਦ ਚ ਕਿ ਜਦੋਂ ਫਿਰ ਮੈਂ ਆਪਣਾ ਨਾ ਜਾਨਾ ਹੀ ਫੋਨ ਵਗੈਰਾ ਸੇਲ ਕਰਦਾ ਸੀ ਪੈਸੇ ਕਮਾਉਂ ਉੱਥੋਂ ਪੈਸੇ ਮੇਰੇ ਕੋਲ ਆ ਹੀ ਜਾਂਦੇ ਕਰੋਣੀ ਮੈਂ ਪੈਸੇ ਲੈ ਬਾਅਦ ਚ ਕਿਉਂਕਿ ਆਪਣਾ ਦੇਖੋ ਮੈਂ ਤੇ ਫੀਸ ਵੀ ਜਿਹੜੀ ਹੈਗੀ ਲੋਨ ਅਪਰੂਵ ਕਰਾਇਆ ਸੀ ਤੇ ਨਹੀਂ ਗੱਲ ਬਣੀ ਤੇ ਉਹ ਰਹਿ ਗਿਆ ਉੱਥੇ ਦਾ ਉੱਥੇ ਤੇ ਉਸ ਤੋਂ ਬਾਅਦ ਮੈਨੂੰ ਪਤਾ ਹੀ ਘਰੋਂ ਪੈਸੇ ਨਹੀਂ ਮਿਲਦੇ ਮੇਰੀ ਉਹਦੋਂ ਘਰ ਦੇਣਾ ਬੜੀ ਘਟ ਬੰਦੀ ਸੀ ਕਿਉਂਕਿ ਉਹ ਇੱਕ ਹੁੰਦਾ ਨਾ ਕਿ ਆਪਣਾ ਘਰ ਦੇ ਦੀ ਗੱਲ ਨਹੀਂ ਮੰਨੀ ਤੇ ਆਪਣੀ ਮਰਜ਼ੀ ਕਰਨੀ ਚਾਹੇ ਜਿਹੀ ਜਿਹੀ ਮੁੰਡਾ ਸੀ ਬਸ ਉਹ ਬਿਲਕੁਲ ਉਹੀ ਕਿ ਪੂਰੀ ਐਸ ਕਰਾਉਣੀ ਉਹਦੋਂ ਕਿ ਘਰ ਦੇਣਾ ਪੂਰਾ ਆਪਣਾ ਵੈਰ ਚੱਲਦਾ ਹੁੰਦਾ ਹੈ ਤੇ ਬਾਅਦ ਚ ਕੀ ਹੋਇਆ ਕਿ ਆਪਣਾ ਮੈਂ ਬੜੀ ਧੀਰ ਇਹ ਚੀਜ਼ ਦਾ ਜ਼ੋਰ ਲੋਂਦਾ ਰਿਆ ਪਰ ਹੋਇਆ ਕਿ 1 ਸਾਲ ਤਕਰੀਬਨ 1.5 ਸਾਲ ਇਹ ਚੀਜ਼ਾਂ ਦੇ ਵਿੱਚ ਲੰਘਦਾ ਗਿਆ ਗੱਲ ਨਹੀਂ ਬਣੀ ਤੇ ਉਸ ਤੋਂ ਬਾਅਦ ਕੀ ਹੋਇਆ ਕਿ ਆਪਣਾ ਮੇਰਾ ਫੋਨਾਂ ਵਾਲਾ ਕੰਮ ਬੰਦ ਹੋ ਗਿਆ ਹੂੰ ਜਦੋਂ ਫੋਨਾਂ ਵਾਲਾ ਕੰਮ ਬੰਦ ਹੋਇਆ ਕਿਉਂਕਿ OLX ਨਾ ਬੰਦ ਹੋ ਗਈ ਸੀ ਉਹ OLX ਤੇ ਫਰੋਡ ਬੜਾ ਹੋਣ ਲੱਗ ਪਿਆ ਸੀ ਉਹ ਕਰਦੇ ਕੀ ਹੈ ਕਿ ਆਪਣਾ ਝੂਠੀ ਐਡ ਪਾਉਣੀ ਬੰਦੇ ਨੂੰ ਸੱਦਣਾ ਉਹਦੇ ਕੋ ਪੈਸੇ ਵੀ ਖਾ ਲੈਣੇ ਚਾਰਚ ਬੇੜਾ ਵੀ ਮਾਰ ਦੇਣੀਆਂ ਹਾਂ ਤੇ ਆਪਣਾ ਇਹ ਚੱਲਣ ਲੱਗ ਪਿਆ ਉਹਨਾਂ ਨੇ ਨਾ ਉਹ ਬੰਦ ਕਰਤਾ ਕਿ ਇੱਕ ਪਹਿਲਾਂ ਫੋਨ ਪੈਣਾ ਫੋਨ ਨੰਬਰ ਪੈਣਾ ਬੰਦ ਹੋਇਆ ਬਾਅਦ ਚ OLX ਹੀ ਬੰਦ ਹੋ ਗਈ ਕੁਝ ਦੇਰ ਲਈ ਬੰਦ ਹੋਈ ਤੇ ਮੇਰਾ ਬਿਜ਼ਨਸ ਪੂਰਾ ਠੱਪ ਹੋ ਗਿਆ ਚਲੋ ਮੈਂ 2-4 ਮਹੀਨੇ ਲਈ ਘਰੇ ਬਹਿ ਗਿਆ ਹੂੰ ਉਹ 2-4 ਮਹੀਨੇ ਘਰੇ ਬਹਿਣ ਤੋਂ ਬਾਅਦ ਕੀ ਹੋਇਆ ਕਿ ਉਸ ਤੋਂ ਬਾਅਦ ਨਾ ਸਾਡੇ ਨਾ ਸ਼ੁਰੂ ਤੋਂ 1990-92 ਤੋਂ ਨਾ ਕੱਪੜੇ ਦਾ ਸ਼ੋਰੂਮ ਆ ਸਾਡੇ ਦੋ ਸ਼ੋਰੂਮ ਆ ਮਤਲਬ ਦੋਨੋਂ ਹੀ ਪਿੰਡ ਦੇ ਵਿੱਚ ਆ ਇੱਕ ਆਪਣਾ ਮੇਰੇ ਹੀ ਪਿੰਡ ਜਿੱਥੇ ਮੈਂ ਰਹਿੰਦਾ ਉਹਨਾਂ ਵਾਲ ਤੇ ਇੱਕ ਮੇਤਾ ਮੇਤੇ ਚੌਂਕ ਦੇ ਵਿੱਚ ਹੀ ਮਤਲਬ ਬਟਾਲੀ ਸ਼ਹਿਰ ਦੇ ਲੱਗ ਗਈ ਆ ਦੋਨੋਂ ਤੇ ਮੈਂ ਆਪਣੇ ਸਾਡੀ ਜੁਆਇੰਟ ਫੈਮਿਲੀ ਆ ਤੇ ਇੱਕ ਜਗ੍ਹਾ ਦੇ ਉੱਪਰ ਮੇਰੇ ਫਾਦਰ ਸਾਹਿਬ ਤੇ ਮੇਰੇ ਰੀਅਲ ਬ੍ਰਦਰ ਉੱਥੇ ਬੈਠਦੇ ਸੀ ਤੇ ਦੂਜੇ ਸ਼ੋਰੂਮ ਦੇ ਉੱਪਰ ਮਤਲਬ ਸਾਡੀ ਤਿੰਨ ਹੀ ਅਣਾਂ ਦੀ ਜੁਆਇੰਟ ਫੈਮਲੀ ਹੈ ਸਾਡੀ ਚਾਚਾ ਜੀ ਦੀ ਤੇ ਭੂਆ ਜੀ ਦੀ ਠੀਕ ਹੈ ਫੁੱਫੜ ਜੀ ਨਹੀਂ ਹੈ ਇਸ ਕਰਕੇ ਤਿੰਨ ਜੁਆਇੰਟ ਫੈਮਲੀਆਂ ਸੀ ਤੇ ਮੇਤੇ ਵਾਲੇ ਸ਼ੋਰੂਮ ਦੇ ਉੱਪਰ ਮੇਰੇ ਚਾਚਾ ਜੀ ਤੇ ਭੂਆ ਜੀ ਦਾ ਬੇਟਾ ਵਾ ਜਿਹੜਾ ਉਹ ਬੈਠਦੇ ਹੀ ਤੇ ਭੂਆ ਜੀ ਦੇ ਬੇਟੇ ਦਾ ਲੱਗ ਗਿਆ ਆਸਟ੍ਰੇਲੀਆ ਦਾ ਵੀਜ਼ਾ ਭੈਣਾ ਬਾਹਰ ਆ ਬਰ ਸਿਟੀਜ਼ਨ ਆ ਤੇ ਉਹ ਚਲਾ ਗਿਆ ਬਾਹਰ ਜਦੋਂ ਉਹ ਬਾਹਰ ਗਿਆ ਤੇ ਮੈਂ ਉਥੇ ਕੱਪੜੇ ਵਾਲੀ ਦੁਕਾਨ ਤੇ ਬੈਠਣਾ ਸਟਾਰਟ ਕਰਤਾ ਜਦੋਂ ਮੈਂ ਕੱਪੜੇ ਵਾਲੀ ਦੁਕਾਨ ਤੇ ਬੈਠਾ ਤੇ ਉਥੇ ਫੇਰ ਮੇਰੇ ਦਿਮਾਗ 'ਚ ਆਈ ਆਈਡੀਆ ਹੈ ਕਿ ਇੱਥੇ ਵੀ ਮੈਂ ਕੰਮ ਕਰ ਸਕਦਾ ਹਾਂ ਕਿ ਦੇਖੋ ਜਿਹੜੀ ਸੇਲ ਹੁੰਦੀ ਪਈ ਦੁਕਾਨ ਤੇ ਉਹਦੇ ਗਾਹਗਾਆ ਚੀਜ਼ ਵੇਚੀ ਕਮਾਈ ਹੋਗੀ ਮੈਂ ਕੀ ਕੀਤਾ ਕਿ ਮੈਂ ਨਾ ਉਦੋਂ ਆਪਣਾ ਜਿਮ ਵਗੈਰਾ ਬੜਾ ਜਾਂਦਾ ਹੈ ਕਿਉਂਕਿ ਮੈਨੂੰ ਨਾ ਬੜਾ ਕੋਈ ਉਹ ਇੱਕ ਹੋਰ ਕੰਮ ਦੇ ਵਿੱਚ ਮਿਲਤਾ ਫਸਾਈਆਂ ਹੈ ਕਿ ਮੈਂ ਆਪਣਾ ਨਾ ਮੋਲਡਿੰਗ ਵਾਲੇ ਪਾਸੇ ਪਿਆ ਹੈ ਸਾਰਾ ਗੁਰਪਾਲ ਦਾ ਮੇਰਾ ਗਾਣਾ ਵੀ ਆਇਆ ਸੀ अच्छा हां तो वो ਉੱਥੇ ਕੀ ਹੋਇਆ ਕਿ ਆਪਣਾ ਮੈਂ ਸੋਚਿਆ ਕਿ ਹੁਣ ਕਮਾਈ ਤਾਂ ਮੈਨੂੰ ਚਾਹੀਦੀ ਸੀ ਹੁਣ ਬੰਦ ਹੋ ਗਏ ਸੀ ਤੇ ਖਰਚੇ ਬੜੇ ਹੋਏ ਪਏ ਸੀ ਕਿ ਖਰਚਾ ਤੇ ਹੁਣ ਕਿਤੇ ਨਾ ਕਿਤੇ ਕਰਨਗੇ ਕਿ ਇਹ ਨਹੀਂ ਹੁੰਦਾ ਕਿ ਪੈਸੇ ਕਮਾਉਣੇ ਤੇ ਘਰੇ ਦੇਣੇ ਇਹ ਪੈਸੇ ਕਮਾਉਣੇ ਤੇ ਆਪ ਖਰਚਣੇ ਤੇ ਉਹ ਕੀ ਹੋਇਆ ਕਿ ਫਿਰ ਉੱਥੇ ਉਹਦਾ ਨਾ ਵਟਸਐਪ ਦੇ ਉੱਪਰ ਬ੍ਰੋਡਕਾਸਟ ਨਹੀਂ ਹੈਗੀ ਹਜੇ ਵੀ ਚੱਲਦੀ ਆ ਹਾਂਜੀ ਹਾਂਜੀ ਮੇਰੇ ਕੋਲ ਜਿੱਦਾਂ ਮੈਂ ਜਿਮ ਹੀ ਆਣਾ ਜਿਮ ਦੇ ਵਿੱਚ ਜਾ ਕੇ ਤੇ ਉੱਥੇ ਜਿੰਨੇ ਲਿੰਕ ਬਣੇ ਹੀ ਮੇਰੇ ਸਾਰੇ ਉੱਥੇ ਵਧੀਆ-ਵਧੀਆ ਬੰਦੇ ਨੇ ਕਹਿੰਦੇ ਮੈਂ ਜਿਮ ਬੜੀ ਵਧੀਆ ਜਾਂਦਾ ਹਾਂ ਹੂੰ ਹੂੰ ਤੇ ਨਾਲ ਦੇ ਨਾਲ ਆਪਣੇ ਯਾਰ ਦੋਸਤ ਬ੍ਰੋਡਕਾਸਟ ਦੇ ਵਿੱਚ ਨਾ ਮੈਂ ਆਪਣਾ ਕਿੰਨੇ ਹੀ ਬੰਦੇ ਐਡ ਕਰ ਲੇ 100 150 ਬੰਦੇ ਕਿ 240 ਬੰਦਿਆਂ ਦੀ ਲਿਸਟ ਬਣ ਜਾਂਦੀ ਆ ਉਹ ਦੋ ਤਿੰਨ ਲਿਸਟਾਂ ਬਣਾ ਲੀਆਂ ਤੇ ਮੇਰੇ ਕੋਲ ਜਿਹੜੇ ਉੱਥੇ ਵਪਾਰੀ ਹੁੰਦੇ ਸੀ ਨਾ ਜਿੱਦਾਂ ਆਪਣੇ ਕੋਲ ਵੱਡੇ ਸ਼ਹਿਰਾਂ ਤੋਂ ਵਪਾਰੀ ਹੁੰਦੇ ਆ ਉਹ ਲੈ ਕੇ ਐਣਕਾਂ ਕੜੀਆਂ ਸ਼ੂ ਜਾਂ ਫਿਰ ਕੋਈ ਵੀ ਐਸੈਸਰੀ ਲਾ ਲੋਦੇ ਸੀ ਉਹ ਉਹਨਾਂ ਨੇ ਕੀ ਕੀਤਾ ਕਿ ਮੈਨੂੰ ਇੱਕ ਦਿਨ ਕਈ ਚੀਜ਼ਾਂ ਦੇ ਗਏ ਕਿ ਤਹੀ ਇੱਕ ਵਾਰੀ ਵੇਚ ਕੇ ਦੇਖੋ ਨਾ बिकੋਗੀ ਅਗਲੀ ਵਾਰੀ ਵਾਪਸ ਕਰ ਦਿਓ ਪੈਸੇ ਨਹੀਂ ਲੈ ਹੂੰ ਤਹੀਂ ਵੇਚ ਕੇ ਪਹਦੇ ਦੇ ਦੱਬੜੇ ਵਪਾਰੀ ਹੁੰਦੇ ਆ ਸਾਰਿਆਂ ਦੀ ਦੁਕਾਨਾਂ ਦੇ ਉੱਪਰ ਆਉਂਦੇ ਆ ਮੈਂ ਰੱਖ ਲਈ ਮੈਂ ਕੀਤਾ ਮੈਂ ਉਹਨਾਂ ਦੀ ਨਾ ਬੜੀ ਵਧੀਆ ਫੋਟੋ ਖਿੱਚੀ ਕਿਉਂਕਿ ਹੈਗਾ ਨਾ ਮੇਰੇ ਕੋਲ ਲਾਈਫ ਹਣੀ ਵਧੀਆ ਜੀ ਫੋਟੋ ਖੇਚ ਕੇ ਮੈਂ ਬਰੋਡਕਾਸਟ ਦੇ ਵਿੱਚ ਪਾਤੀ ਤੇ ਉਹ ਆਪਣਾ ਉਥੇ ਚੀਜ਼ਾਂ ਵੇਚਣ ਲੱਗ ਪਿਆ ਤੇ ਉਹ ਤੁਸੀਂ ਦੇਖੋ ਕਿ ਕੰਮ ਮੈਂ 6-7 ਮਹੀਨੇ ਕੀਤਾ ਪਰ ਮਹੀਨੇ ਦਾ 1.5-2 ਲੱਖ ਰੁਪਏ ਮੈਂ ਉਧਰੋਂ ਕੱਢਣ ਲੱਗ ਪਿਆ ਹਾਂ ਕੀ ਬਾਤ ਤੇ ਇਹ ਵੀ ਗੱਲ ਹੈ ਕਿ ਆ ਆਪਣਾ ਤੀ ਲਾਗੇ ਚੱਲੋ ਕਿ 16 ਦੇ ਲਾਸਟ 17 ਦੀ ਸਟਾਰਟਿੰਗ ਤੱਕ ਦੀ ਕੋਈ ਇਨਵੈਸਟਮੈਂਟ ਨਹੀਂ ਉਹਦੀ ਕੋਈ ਇਨਵੈਸਟਮੈਂਟ ਨਹੀਂ ਯਾਰ ਤੀ ਦੇਖੋ ਅੱਜ ਵੀ ਜੇ ਕਿਨ ਇਥੇ ਇੰਡੀਆ ਕੰਮ ਕਰਨਾ ਹੋਵੇ ਨਾ ਤੇ ਬੜੇ ਸੋਖੇ ਕੰਮ ਆ ਚਲੋ ਗੱਲ ਬੜੀ ਵੱਡੀਆਂ ਨਹੀਂ ਪਰ ਕੀ ਹੈ ਸਿੱਧਾ ਤੀ ਕਿਤੇ ਵੀ ਕਿਹੇ ਵਪਾਰੀ ਨਾਲ ਗੱਲ ਕਰ ਲੋ ਸਮਾਨ ਕੋਈ ਵੀ ਜਿਹੜਾ ਹੈਗਾ ਮੇਰੇ ਆਪਣੇ بڑے ਬੰਦੇ ਇਦਾ ਕਰਦੇ ਪਏ ਆ ਕਿ ਕੋਈ ਵੀ ਚੀਜ਼ ਸੁਣ ਲੇ ਕਿਹੇ ਵਪਾਰੀ ਨਾਲ ਗੱਲ ਕਰ ਲਈ ਉਹਦੇ ਕੋ ਫੋਟਵਾ ਮੰਗਾਈਆਂ ਫੋਟਵਾ ਮੰਗਵਾ ਕੇ ਤੀ ਆਨਲਾਈਨ ਪਾ ਦੋ ਆਨਲਾਈਨ ਪਾਤੀ ਕਹਿੰਨੇ ਆਰਡਰ ਕੀਤਾ ਉਹਨੂੰ ਬੰਦੇ ਨੂੰ ਫੋਨ ਕਰੋ ਕਿ ਆ ਚੀਜ਼ ਚਾਹੀਦੀ ਆ ਇੰਨੇ ਪੀਸ ਚਾਹੀਦੇ ਆ ਤੇ ਉਹ ਸਿੱਧਾ ਹੀ ਉਹਦੇ ਐਡਰੈਸ ਤੇ ਤੀ ਭੇਜ ਦੋ ਜਾਂ ਉਹਨੂੰ ਕੈਸ਼ ਔਨ ਡਿਲੀਵਰੀ ਲੈ ਲਓ ਤੇ ਜਾਂ ਫਿਰ ਪਹਿਲਾਂ ਹੀ ਪੈਸੇ ਪਾ ਲਓ ਜਿੱਦਾਂ ਡ੍ਰੌਪ ਸ਼ਿਪਿੰਗ ਵਗੈਰਾ ਕਹਿੰਦੇ ਆ ਬਿਲਕੁਲ ਇਹ ਸ਼ਿਪਿੰਗ ਗੱਲ ਆ ਕਮ ਬਹੁਤ ਵਧੀਆ ਚੱਲਦਾ ਵਾ ਬੜੇ ਯਾਨੇ ਮੈਂ ਇਹੋ ਜਿਹੀ ਵਿਖੇ ਜਿਨ੍ਹਾਂ ਦੀ ਕੋਈ ਦੁਕਾਨ ਨਹੀਂ ਹੈਗੀ ਕੋਈ ਵੇਰ ਉਸਨੇ ਘਰ ਦੇ ਕਮਰੇ ਵਿੱਚ ਹੀ ਸਮਾਨ ਰੱਖਿਆ ਵਾ ਇਦਾਂ ਹੀ ਸਮਝ ਲਓ ਕਿ ਹੁਣ ਜਿੱਦਾਂ ਹੌਲੀ ਹੌਲੀ ਕੰਮ ਚੱਲਣ ਲੱਗ ਪੈਂਦਾ ਤੇ ਉਸ ਤੋਂ ਬਾਅਦ ਆਪਣਾ ਸਟਾਕ ਇਕੱ ਲੇ ਹੈ ਨਾ ਚੰਗੀ ਤਰ੍ਹਾਂ ਮੈਂ ਜਾਂਦਾ ਕੰਮ ਕਰਨਾ ਕੋਈ ਔਖਾ ਨਹੀਂ ਕਿਉਂਕਿ ਆ ਮੇਰੇ ਕਿੱਤਾ ਨਹੀਂ ਹੀ ਮੇਨ ਇਹ ਵਾਲਾ ਕੰਮ ਅਸਲ ਵਿੱਚ ਮੈਂ ਕਰਨਾ ਵੀ ਨਹੀਂ ਚਾਹੁੰਦਾ ਪਰ ਪੈਸੇ ਬੜੇ ਬਚਦੇ ਐ ਤੋਂ ਕਰਨਾ ਹੀ ਪੈਂਦਾ ਤੇ ਪਹਿਲੇ ਬੰਦੇ ਜਿਹੜੇ ਕਹਿ ਰਹੇ ਆ ਕਿ ਪੈਸੇ ਬੜੇ ਬਾਦ ਨਹੀਂ ਬੰਦੇ ਕਹਿੰਦੇ ਨਈ ਨਈ ਜਿ ਕੁਝ ਨਹੀਂ ਬਾਦਦਾ ਭਾਜੀ ਮੈਂ ਕਹਿੰਦਾ ਕਿ ਤੁਸੀਂ ਹਰ ਇੱਕ ਏਜੰਟ ਦੀ ਗੱਡੀ ਵੇਖਿਓ ਕਿਹੜੀ ਕਿਹੜੀ ਤੁਹਾਨੂੰ ਗੱਡੀ ਤੋਂ ਹੀ ਪਤਾ ਲੱਗ ਜਾਊਗਾ ਕਿ ਪੈਸੇ ਕਿੰਨੇ ਕ ਬਚਦੇ ਐ ਇਹਨਾਂ ਦੇ ਕਿੰਨੇ ਨਹੀਂ ਬਚਦੇ ਮੈਂ ਤਾਂ ਇਹੋ ਜਿਹੀ ਵੀ ਵੇਖਿਆ ਜਿਨ੍ਹਾਂ ਦੇ 6 ਮਹੀਨੇ ਪਹਿਲਾਂ ਮਰੂਤੀ ਹੀ ਤੇ ਹੁਣ ਉਹਨਾਂ ਨੇ ਸਕੋਰਪੀਆ ਨਿਕੜਾਈ ਮੇਰੇ ਆ ਤੇ ਉਹਦੇ ਵਿੱਚ ਚਲੋ ਉਹ ਚੀਜ਼ ਮੈਂ ਕਿਹੜਾ ਨਹੀਂ ਕਟਾਈਆਂ کافی ਜਿਆਦਾ ਪੈਸਾ ਇਨਕਮ ਆਣਾ ਬੜਾ ਬਹੁਤ ਜਿਆਦਾ ਪੈਸਾ ਬਹੁਤ ਜਿਆਦਾ ਕਿਉਂਕਿ ਭਾਜੀ ਇਹਦੇ ਵਿੱਚ ਏ ਨਹੀਂ ਕਿ ਚਲੋ ਫਰੋਡ ਇੱਕ ਅਲੱਗ ਚੀਜ਼ ਆ ਕਿ ਫਰੋਡ ਕਰਦੇ ਪਏ ਉਹ ਜਿਹੜਨਾਂ ਨੂੰ ਸਮਝ ਲਓ ਕਿ ਕੰਮ ਨਹੀਂ ਨਾ ਹੁੰਦਾ ਉਹ ਫਰੋਡ ਕਰਦੇ ਪਹਿਲਾਂ ਮੈਂ ਤੁਹਾਨੂੰ ਇਸ ਚੀਜ਼ ਦਾ ਜਵਾਬ ਦੇਣਾ ਮੈਂ ਕੰਮ 'ਚ ਕਿੱਦਾਂ ਆ ਫਿਰ ਤੁਹਾਨੂੰ ਇਹਦੇ ਵੱਲ ਵੀ ਵਧਦੇ ਆ ਉਸ ਤੋਂ ਬਾਅਦ ਚਲੋ ਉਹ ਕੰਮ ਕਰਨ ਲੱਗ ਪਿਆ ਬੜਾ ਵਧੀਆ ਚੱਲਣ ਲੱਗ ਪਿਆ ਵਧੀਆ ਕਮਾਈ ਹੋਣ ਲੱਗ ਪਈ ਪਰ 6-7 ਮਹੀਨੇ ਬਾਅਦ ਮੇਰਾ ਭਰਾ ਆਸਟ੍ਰੇਲੀਆ ਤੋਂ ਮੁੜ ਆਇਆ ਜਿਹੜੀ ਜਿਹੜੀ ਚੀਜ਼ ਆਪਾਂ ਪੁੱਛਦੇ ਆ ਨਾ ਕਿ ਬਾਹਰ ਜਾ ਕੇ ਮੋੜ ਕੇ ਹੁੰਦੇ ਜਾਂ ਕੁਝ ਮੇਰੇ ਘਰ ਚ ਸਭ ਕੁਝ ਪਹਿਲਾਂ ਹੀ ਹੋ ਚੁੱਕਾ ਵਾ ਭਰਾ ਮੋੜਿਆ ਕਿਉਂਕਿ ਤਾਂ ਦਿਲ ਨਹੀਂ ਲੱਗਾ ਜਦੋਂ ਕਿ ਭੂਆ ਵੀ ਉੱਥੇ ਉਹਦੇ ਮਦਰ ਵੀ ਉਹਦੇ ਨਾਲ ਹੀ ਉੱਥੇ ਉਹਦੀ ਸਿਸਟਰ ਵੀ ਉੱਥੇ ਭਾਈ ਆ ਵੀ ਉੱਥੇ ਘਰ ਵੀ ਆਪਣਾ ਗੱਡੀ ਵੀ ਆਪਣੀ ਸਾਰਾ ਕੰਮ ਵੀ ਕਰਦਾ ਪਿਆ ਓਕੇ ਹੁਣ ਉਹ ਗਿਆ ਹੈ ਟੂਰਿਸਟ ਵੀਜ਼ਾ ਤੇ ਜਿਹੜਾ ਕਿ ਵੀਜ਼ਾ ਕਨਵਰਟ ਹੋ ਸਕਦਾ ਵਾ ਪਰ ਉਹ ਨਹੀਂ ਰੁਕਿਆ ਉੱਥੇ ਉਹ ਮੋੜਿਆ ਜਦੋਂ ਉਹ ਆਇਆ ਤੇ ਉਦੋਂ ਮੈਨੂੰ ਪਤਾ ਲੱਗ ਗਿਆ ਉਦੋਂ ਨਾ ਘਰ ਦੀ ਕੁਝ ਕੰਡੀਸ਼ਨ ਪਤਾ ਲੱਗਣ ਲੱਗ ਪਈ ਸੀ ਕਿ ਕਿ ਕਰਦੇ ਨਾਲ ਕਦੀ ਮੈਂ ਬੈਠਾ ਨਹੀਂ ਚੀਜ਼ਾਂ ਦਾ ਪਤਾ ਨਹੀਂ ਸੀ ਤੇ ਕੁਝੇ ਚੀਜ਼ਾਂ ਕਰਕੇ ਉਹਦਾ ਨਾ ਨੋਟਬੰਦੀ ਹੋਈ ਹੀ ਨਵੀਂ ਨਵੀਂ ਉਹ ਚੀਜ਼ ਨਾਲ ਸਾਡੇ ਖਰਚੇ ਨਾ ਬੜਾ ਉਹ ਕੰਮ ਕਮਾਈ ਦੇ ਵਿੱਚ ਲੋਸ ਹੋਇਆ ਕੰਮ ਬੜੇ ਘਟ ਗਏ ਬੜਾ ਕੁਝ ਮਤਲਬ ਕੁਝ ਐਸੀਆਂ ਚੀਜ਼ਾਂ ਹੋ ਗਈ ਜਿੰਨਾ ਲੋਸ ਬਹੁਤ ਵੱਡਾ ਹੋ ਗਿਆ ਵੱਡਾ ਸਮਝ ਲਓ ਕਿ ਤਹੀ ਜਿੰਨਾ ਲਾਲੋ 1.5-2 ਕਰੋੜ ਤੱਕ ਦਾ ਕਰਜ਼ਾ ਜਿਹੜਾ ਹੋ ਗਿਆ ਹੋ ਗਿਆ ਬਹੁਤ ਉੱਪਰ ਤੱਕ ਦੀ ਗੱਲ ਹੋਗੀ ਉਹ ਪਤਨਹੀ ਹੀ ਮੈਨੂੰ ਉਦੋਂ ਪਰ ਜਦੋਂ ਭਰਾ ਆ ਉਹਨੇ ਫਿਰ ਹੌਲੀ ਹੌਲੀ ਦੱਸਣਾ ਸਟਾਰਟ ਕੀਤਾ ਕਿ ਆ ਪ੍ਰੋਬਲਮ ਚਲਦੀਆਂ ਪਈਆਂ ਜਿੱਥੇ ਮੇਰਾ ਆ 1.5 ਤੋਂ 2 ਲੱਖ ਜਿਹੜਾ ਹੁੰਦਾ ਹੈ ਨਾ ਕੁਝ ਨਹੀਂ ਹੀ ਕਰ ਸਕਦਾ ਕਿਉਂਕਿ ਉਹਦੇ ਨਾਲ ਬੜੇ ਖਰਚੇ ਹੋਰ ਹੁੰਦੇ ਜਿਹੜੇ ਨਿਕਲਦੇ ਜਾਂ ਕੁਝ ਉਹ ਇਹ ਕੁਝ ਨਹੀਂ ਹੀ ਕਰ ਸਕਦਾ ਮੇਰਾ ਇੱਕ ਦੋਸਤ ਹੁੰਦਾ ਸੀ ਅੰਮ੍ਰਿਤਸਰ ਤੇ ਉਹ ਮਤਲਬ ਕਿ ਉਹ ਇਸ ਕੰਮ ਦੇ ਵਿੱਚ ਲਿਉਣ ਵਾਲਾ ਉਹੀ ਆ ਬੰਦਾ ਮੈਨੂੰ ਹੁਣ ਤੱਕ ਅੱਜ ਮੇਰੇ ਨਾਲ ਕੋਈ ਬੋਲ ਚੱਲ ਨਹੀਂ ਹੈਗਾ ਤੇ ਅੱਜ ਤੇ ਚਲੋ ਉਹ ਗੱਲ ਹੀ ਖਤਮ ਹੋ ਗਈ ਪਰ ਉਹ ਬੰਦਾ ਹੀ ਆ ਜਿੰਨੇ ਮੈਨੂੰ ਇਹ ਕੰਮ ਦੇ ਵਿੱਚ ਲਿਆਂਦਾ ਉਨੇ ਮੈਨੂੰ ਫੋਨ ਕੀਤਾ ਕਿ ਆਪਣਾ ਇੱਥੇ ਬੜਾ ਵਧੀਆ ਕੰਮ ਹੈਗਾ ਹੀ ਉਹ ਤੇ ਆਪਾਂ ਇਹ ਕਰੀਏ ਹਮ ਮਤਲਬ ਕਿ ਆਹੀ ਇਮੀਗ੍ਰੇਸ਼ਨ ਲਾਈਨ ਦਈ ਕਿ ਉਹ ਕਰਦੇ ਸੀ ਉਹ 2012 ਤੋਂ 11 12 ਤੋਂ ਕਰਦੇ ਪਏ ਸੀ ਤੇ ਮੈਂ ਪਹਿਲਾਂ ਮੰਨਦਾ ਨਹੀਂ ਸੀ ਉਹ ਮਨਾਇਆ ਉਹਨੇ ਮੈਨੂੰ ਇਦਾਂ ਕਿ ਉਹ ਇੱਕ ਦਿਨ ਮੇਰੇ ਕੋਲ ਆਇਆ ਸੀ ਤੇ ਮੈਨੂੰ ਕਹਿੰਦਾ ਤੈਨੂੰ ਇੱਕ ਸਰਪ੍ਰਾਈਜ਼ ਦੇਣਾ ਮੈਂ ਕਿਹਾ ਦੇ ਉਹਨੇ ਆਪਣਾ ਫੋਨ ਕੱਢ ਕੇ ਤੇ ਆਪਣਾ ਤੇ ਸਾਡਾ ਇੱਕ ਤੀਸਰਾ ਦੋਸਤ ਹੋਰ ਹੁੰਦਾ ਸੀ ਆਪਣੇ ਦੋਨਾਂ ਦਾ ਵੀਜ਼ਾ ਕੱਢ ਕੇ ਮੈਨੂੰ ਵਿਖਾਤਾ ਮੇਰੇ ਨਾਲੇ ਰੰਗ ਓਟ ਕੇ ਮੈਂ ਕਿਹਾ ਯਾਰ ਇਹ ਕਿੱਦਾਂ ਹੋ ਸਕਦਾ ਕਿਉਂਕਿ ਆਪਾਂ ਤਿੰਨੋਂ ਹੀ ਆ ਜਿਹੜੇ ਆਪਣਾ 2015 ਚ ਆਇਲਟਸ ਕਰਦੇ ਸੀ ਮਤਲਬ ਈਅਰ ਦਾ ਮਨ ਪਲੇ ਖਾ ਪੈ ਸਕਦਾ ਉਹ ਤਾਂ 12ਵੀਂ ਤੋਂ ਬਾਅਦ ਨਾ ਆਪਾਂ ਆਇਲਟਸ ਕਰਨ ਲੱਗ ਪਏ ਸੀ ਆਪਾਂ ਇਕੱਠੇ ਕਰਦੇ ਸੀ ਇਕੱਠਿਆਂ ਨਾਲ ਸਕੀਤੀ ਤਿੰਨਾਂ ਦੀ ਬੈਂਡ ਨਹੀਂ ਆ ਤੇ ਤਿੰਨੇ ਹੀ ਨਹੀਂ ਗਏ ਉਹਨਾਂ ਕਿੰਨਾ ਉਦਾਂ ਹੀ ਵੀਰ ਨੇ ਲਵਾ ਕੇ ਦਿੱਤਾ ਮਤਲਬ ਕਿ ਉਹਨਾਂ ਦਾ ਵੱਡਾ ਬ੍ਰਦਰ ਹੀ ਜਿਹੜਾ ਕੰਮ ਕਰਦਾ ਸੀ ਇਸ ਫੀਲਡ ਦੇ ਵਿੱਚ ਫਿਰ ਕਹਿੰਦਾ ਤੂੰ ਵੀ ਆ ਜਾ ਅਮਰੀਤ ਸਰ ਨਾਲ ਤੇਰੀ ਫਾਈਲ ਲਾ ਲਾਂਗੇ ਤੇ 19 ਦਿਨ ਤੱਕ ਮੇਰੇ ਕੋਲ ਕੰਮ ਕਰਦਾ ਰਹੀ ਫਿਰ ਮੈਨੂੰ ਆਪਣੀ ਸਿਚੁਏਸ਼ਨ ਦੱਸ ਸੀ ਕਿ ਮੇਰੇ ਘਰ ਚ ਨਾ ਪ੍ਰੋਬਲਮ ਹੀ ਚੱਲਦੀ ਵੀ ਕਿੰਨਾ ਇਹਦੇ ਕੋਈ ਚੱਕਰ ਹੀ ਨਹੀਂ 6 ਮਹੀਨੇ ਦੀ ਗੱਲ 6 ਮਹੀਨੇ ਲਾ ਕੇ ਦੁਪਰਾ ਮਾਰਨਾ ਮੈਂ ਕਹ ਲੈ ਵਧੀਆ ਗੱਲ ਫਿਰ ਮੈਂ ਉੱਥੇ ਉਹਦੇ ਕੋਲ ਜਾਣਾ ਸਟਾਰਟ ਕਰਤਾ ਤੇ ਸੋਚੋ ਕਿ 1.5-2 ਲੱਖ ਦੀ ਕਮਾਈ ਮੈਨੂੰ ਆਵਲੇ ਕੱਪੜੇ ਦੇ ਕੰਮ ਚ ਵੀ ਹੁੰਦੀ ਸੀ ਫੋਨਾਂ ਚੋ ਵੀ ਮੈਂ 1.5 ਲੱਖ ਰੁ ਕੀ ਆ ਬੜਾ ਤੇ ਉੱਥੇ ਜਿਹੜੀ ਮੈਂ ਸਟਾਰਟਿੰਗ ਕੀਤੀ ਆਪਣੀ ਉਹ ਕਿੱਥੋਂ ਕੀਤੀ ਆ ਆਇਲਟ ਸੈਂਟਰ ਦੇ ਬਾਰੇ ਮੁੰਡੇ ਨਹੀਂ ਖੜੇ ਹੁੰਦੇ ਹੂੰ ਜਿਹੜੇ ਮੁੰਡੇ ਤੁਹਾਨੂੰ ਗਰੁੱਪ ਨਵਾਇ ਮਾਰਦੇ ਕੀ ਭਾਜੀ ਸਾਡੀ ਆਫਿਸ ਚ ਆਓ ਪੇਪਰ ਚੱਲੇ ਗਏ ਹਣਾ ਭਾਈ ਆਏ ਆਏ ਉੱਪਰ ਹਾਂ ਉੱਥੋਂ ਸਟਾਰਟਿੰਗ ਕੀਤੀ ਮੈਂ ਅੱਛਾ ਮੈਂ ਉਹ ਆਪਣਾ ਇੱਥੇ ਰਣਜੀਤ ਐਮਨੀਊ ਦੇ ਵਿੱਚ ਹੀ ਨਾ ਟਾਸਟ ਓਨ ਹੈਗਾ ਵਾ ਮਤਲਬ ਉੱਥੇ ਹੀ ਆਪਾਂ ਮੈਂ ਵੀ ਆਇਲਟਸ ਕੀਤੀ ਬਹੁਤ ਬੱਚਾ ਉੱਥੇ ਉਹਨਾਂ ਕਿਉਂਕਿ ਟਾਸਟ ਓਨ ਵੈਬਸ ਮੈਂ ਕਿਹੜਾ ਰਣਜੀਤ ਐਮਨੀਊ ਮਨ ਪਤਾ ਹਾਂਜੀ ਅੰਮ੍ਰਿਤਸਰ ਅਨਜੀਤ ਹੈ ਮੈਨੂੰ ਤੇ ਉੱਥੇ ਤੁਹਾਨੂੰ ਪਤਾ ਹੋਵੇਗਾ ਆਲਟਾਇਲਸ ਦੀ ਹੱਬਾ ਹੁਣ ਬੀ ਬਲੋਗ ਮਾਰਕੀਟ ਹੋਗੀ ਉੱਥੇ ਬਹੁਤ ਬੱਚਾ ਹੁੰਦਾ ਹੈ ਮੈਂ ਉਹਨਾਂ ਨੂੰ ਬੱਚਿਆਂ ਨੂੰ ਲੈ ਕੇ ਜਾਣਾ ਉੱਥੋਂ ਉਹ ਹਰ ਬੱਚੇ ਪਿੱਛੇ ਕੇ ਪਿੱਛੇ 250 ਕੇ ਪਿੱਛੇ 300 ਪਰ ਇਹ ਕਿ ਬੱਚੇ ਮੈਂ ਲੈ ਬੜੇ ਹੁੰਦਾ ਕਿਉਂਕਿ ਜਿਹੜਾ ਮੈਂ ਕੰਮ ਕੀਤਾ ਹੈ ਨਾ ਮੋਬਾਈਲਾਂ ਦਾ ਜਾਂ ਕੱਪੜੇ ਦਾ ਇਹਦੇ ਵਿੱਚ ਤੁਹਾਡੀ ਕਮਿਊਨੀਕੇਸ਼ਨ ਸਕਿਲਸ ਬੜੀਆਂ ਵਧੀਆ ਹੋਰ ਹੋ ਜਾਂਦੀਆਂ ਬਿਲਕੁਲ ਕਿ ਕੌਨਫੀਡੈਂਸ ਲੈਵਲ ਬਹੁਤ ਜ਼ਿਆਦਾ ਬੂਸਟ ਹੁੰਦਾ ਤੁਹਾਡਾ ਤੁਹਾਨੂੰ ਗੱਲਾਂ ਕਰਨੀਆਂ ਆ ਜਾਂਦੀਆਂ ਕਿ ਕਿੱਦਾਂ ਕਰਨੀਆਂ ਉਦੋਂ ਆਪਣਾ ਚਲੋ ਉਹ ਕੰਮ ਦੀ ਉੱਥੇ ਸਟਾਰਟਿੰਗ ਹੋ ਗਈ ਉਸ ਤੋਂ ਬਾਅਦ ਕੀ ਹੋਇਆ ਕਿ ਮੈਂ ਜਿੱਦਾਂ ਬੱਚੇ ਲੈ ਕੇ ਜਾਣੇ ਤੇ ਹੁਣ ਕਈ ਬੱਚੇ ਜਿਹੜੇ ਫਾਈਲਾਂ ਲਗਵਾਉਣ ਲਈ ਆਉਂਦੇ ਹੀ ਉਹ ਫਿਰ ਉਹ ਵਾਲਾ ਮੇਰਾ ਕੰਮ ਚੱਲਿਆ ਐਜ਼ ਅ ਮੀਡੀਏਟਰ ਕਿ ਉਹਨਾਂ ਨੂੰ ਮੈਂ ਕਹਣਾ ਲਿਆ ਮੈਂ ਤੁਹਾਡੀ ਫਾਈਲ ਲਵਾਦਾ ਮੈਂ ਫਾਈਲ ਉਹਨਾਂ ਦੀ ਉੱਥੇ ਲੈ ਕੇ ਜਾਣੀ ਤੇ ਉਹਦੇ ਵਿੱਚੋਂ ਫਿਰ ਮੈਨੂੰ ਉਹ ਕਮਿਸ਼ਨ ਮਿਲਣ ਲੱਗ ਪਈ ਹਮ ਬੜੀਆਂ ਵਧੀਆ ਕਮਿਸ਼ਨਾਂ ਸਾਰੇ ਜਿੰਨੇ ਵੀ ਏਜੰਟ ਕੰਮ ਕਰਦੇ ਨੇ ਮੈਂ ਕਰਦਾ ਜਾਂ ਕੋਈ ਵੀ ਕਰਦਾ ਕੋਈ ਚੰਗੇ ਤੋਂ ਚੰਗਾ ਤੇ ਕੋਈ ਮਾੜੇ ਤੋਂ ਮਾੜਾ ਲਾ ਲਓ ਹਰ ਇੱਕ ਏਜੰਟ ਦੇ ਨਾਲ ਕੋਈ ਤੀਲਾ ਅਗੇ ਚੱਲੋ ਕਿ 25 30 ਜਾਂ 40 5 ਫਾਮੇ ਉਹ ਸ਼ਾਇਦ ਉਸ ਬੰਦੇ ਦਾ ਰਿਸ਼ਤੇਦਾਰ ਵੀ ਹੋ ਸਕਦਾ ਵਾ ਸਕੇਆਂ ਚ ਵੀ ਹੋ ਸਕਦਾ ਵਾ ਤੇ ਉਦਾਂ ਵੀ ਹੋ ਸਕਦਾ ਵਾ ਕਿ ਕੋਈ ਨਾ ਕੋਈ ਤੈਨੂੰ ਦੱਸ ਦੇ ਨਾ ਇੱਥੇ ਚੱਲੀਏ ਤੁਹਾਨੂੰ ਲੱਗਣ ਦੇ ਹੁੰਦਾ ਕਿ ਉਹ ਤੁਹਾਨੂੰ ਭਰਾਵਾਂ ਦੇ ਤੌਰ ਤੇ ਲੈ ਕੇ ਆਇਆ ਵਾ ਪਰ ਅਸਲ ਚ ਉਹਦੀ ਕਮਿਸ਼ਨ ਹੁੰਦੀ ਹੈ ਸਾਡੇ ਨਾਲ ਉਹ ਤਾਂ ਆਇਆ ਹੁੰਦਾ अच्छा, अच्छा जितका रिश्तेदार कहंदा तेरा मै लगवा दंदा मेरा बिल्कुल दी दी। ओ पा, दे दा 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 रिष्टे, दी कमीशन भाई वाली च लगवांदा पया ओ कोई भाई वाली नहीं उनु पैसे बचन देंदे हो तां लगवांदा पया हुंदा ਤੁਹਾਡਾ ਵੀਜ਼ਾ ਤੇ ਇਹ ਨਹੀਂ ਕਿ ਕੋਈ ਕਮਿਸ਼ਨ ਛੋਟੀ ਮੋਟੀ ਹੁੰਦੀ ਇਸ ਰਿਸ਼ਤੇ ਦਾ ਰਿਸ਼ਤੇਦਾਰ ਨੂੰ ਰਗੜ ਗਿਆ ਪੂਰਾ ਰਗੜਦਾ ਉਹ ਤੇ ਕਈ ਦੇ ਰਿਸ਼ਤੇਦਾਰ ਇਹੋ ਜੇ ਹੁੰਦੇ ਆ ਕਿ ਸਮਝ ਲਓ ਕਿ ਜੇ ਆਪਾਂ ਕੋਈ ਐਗਜ਼ਾਮਪਲ ਦੇ ਤੌਰ ਤੇ ਮੈਂ ਕਹਿਣਾ ਕਿ ਆ ਚੀਜ਼ ਦਾ ਲੱਖ ਰੁਪਿਆ ਲੱਗਣਾ ਉਹ ਮੈਨੂੰ ਆ ਕੇ ਕਹਿੰਦੇ ਕਿ ਪਾਜੀ ਤੁਸੀਂ ਤਿੰਨ ਕਹਿ ਦਿਓ ਪਰ ਉਨੂੰ ਦੱਸਿਆਣਾ ਕਿ ਇੰਨੇ ਲੱਗਣੇ ਤੇ ਇਹ ਚੀਜ਼ਾਂ ਵੀ ਇਹ ਸਿਰਫ ਮੇਰੇ ਨਾਲ ਨਹੀਂ ਤੁਸੀਂ ਜਿਹੜੇ ਮਰਜੀ ਤੁਹਾਡੇ ਕੋ ਜਿੰਨੇ ਬੰਦੇ ਵੀ ਹੋਣਗੇ ਹਰ ਇੱਕ ਬੰਦੇ ਨੇ ਪੁੱਛੇ ਇਦਾਂ ਹੁੰਦਾ ਕਿ ਨਹੀਂ ਹੁੰਦਾ ਤੇ ਇਹੀ ਸਾਰੀਆਂ ਚੀਜ਼ਾਂ ਹੁੰਦੀ ਹੈ ਚਲੋ ਉੱਥੋਂ ਮੈਂ ਕੰਮ ਸਟਾਰਟ ਕਰਤਾ ਉਹਦੀ ਜਿਹੜੀ ਸਟਾਰਟਿੰਗ ਹੋਈ ਨਾ ਉਹ ਕੰਮ ਦੀ ਉਹ ਕੰਮ ਬੜਾ ਵਧੀਆ ਤੁਰ ਪਿਆ ਉਹ ਤੋਂ ਜਿਹੜੀ ਮੈਨੂੰ ਕਮਾਈ ਆਉਣੀ ਸਟਾਰਟ ਹੋਈ ਉਹ ਕਮਾਈ ਦੇ ਨਾ ਮੇਰੇ ਆਪਣੀ ਕੋਈ ਰਿਲੇਟਿਵ ਹੀ ਉਹਨਾਂ ਦਾ ਕੈਂਬਰੇ ਦਾ ਕੰਮ ਹੁੰਦਾ ਸੀ ਡਰੋਨ ਨਹੀਂ ਹੁੰਦੇ ਜਿਹੜੇ ਵਿਆਹਾਂ ਦੇ ਵਿੱਚ ਉੱਡਦੇ ਆ ਦੁਬਈ ਤੋਂ ਬੜਾ ਸਸਤਾ ਮਿਲਦਾ ਸੀ ਉਹਨੇ ਮੈਨੂੰ ਦੱਸਿਆ ਕਿ ਉਹਨੂੰ ਇਸ ਚੀਜ਼ ਦੀ ਜਾਣਕਾਰੀ ਆ ਅੱਛਾ ਠੀਕ ਹੈ ਤਾਂ ਤੁਹਾਨੂੰ ਪਤਾ ਹੀ ਹੈ ਕਿ ਪਰ ਇਹ ਆ ਕਿ ਉਹ ਪ੍ਰੋਫੈਸ਼ਨਲ ਡਰੋਨ ਜਿਹੜਾ ਆਪਣਾ ਚੱਲਦਾ ਹੈ ਨਾ ਜਿੱਤੇ ਫੋਟੋ ਸ਼ੂਟ ਵਗੈਰਾ ਜਾਂ ਵੀਡੀਓ ਵਗੈਰਾ ਮੈਂ ਕਦੀ ਚਲਾ ਕੇ ਮੈਂ ਤੇ ਵੇਖਿਆ ਵੀ ਨਹੀਂ ਮੈਂ ਵੀ ਕੰਪਨੀ ਦਾ ਮੈਂ ਵੀ ਕੰਪਨੀ ਬੋਲਦੇ ਨਾ ਡੀਜੀ ਦਾ ਹੁੰਦਾ ਓਕੇ ਮੈਨੂੰ ਮੈਨੂੰ ਇਸ ਚੀਜ਼ ਬਾਰੇ ਜਿਆਦਾ ਨੋਲੇਜ ਨਹੀਂ ਕਿਉਂਕਿ ਉਹ ਉਹਦਾ ਕੰਮ ਹੀ ਉਹਦਾ ਪ੍ਰੋਫੈਸ਼ਨ ਹੀ ਤੇ ਕਹਿੰਦਾ ਭਾਜੀ ਮੈਨੂੰ ਇਹ ਲੈ ਦੋ ਇਹ ਤੋਂ ਕਹਿੰਦਾ ਕਿ ਤੁਹਾਨੂੰ ਮਹੀਨੇ ਦਾ ਲਾ ਕੇ ਚੱਲੋ ਕਿ 30-40000 ਰੁਪਏ ਵੀ ਆ ਜਾ ਕਰਨਾ ਤੇ ਉਹ ਟਾਈਮ ਇਹੋ ਜਿਹਾ ਚੱਲਦਾ ਪਿਆ ਸੀ ਕਿ ਜਦੋਂ ਮੈਂ ਆਪਣਾ ਘਰ ਛੱਡ ਕੇ ਨਾ ਤੇ ਉੱਥੇ ਮੂ ਬਣ ਹੋ ਗਿਆ ਸੀ ਅਮ ਤੋ ਥੋੜਾ ਸਮਝ ਲਓ ਕਿ ਸੋਸ ਹੋਕਰ ਤੋ ਮਤਲਬ ਜ਼ਿਆਦਾ ਨਹੀਂ ਕਿ ਜ਼ਿਆਦਾ ਹਾਈ ਫਾਈ ਕਿ ਬੜੇ ਵਧੀਆ ਸਰ ਇਹ ਨਹੀਂ ਕਿ ਉਹਨਾਂ ਨੇ ਮੈਨੂੰ ਕੁਝ ਮਾੜਾ ਕੀਤਾ ਡੇਢ ਡੇਢ ਦੋ ਇੱਕ ਇੱਕ ਜਗ੍ਹਾ ਤੋਂ ਡੇਢ ਲੱਖ ਦੂਜੀ ਜਗ੍ਹਾ ਤੋਂ ਡੇਢ ਲੱਖ 3 ਲੱਖ ਰੁਪਇਆ ਮਤਲਬ ਕੁਮਾਰ ਹੈ ਇੱਕ ਬੰਦਾ ਕਿੰਨੀ ਕੁ ਉਮਰ ਹੋਣੀ ਉਸ ਟਾਈਮ ਮੈਂ ਆਪਣਾ 17 ਸਾਲ ਦੀ ਉਮਰ ਤੋਂ ਕੰਮ ਸਟਾਰਟ ਕਰਦਾ ਬਾਣੀ ਪਰਿਵਾਰ ਚ ਤਾਂ ਨਹੀਂ 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 ਸੁਨਿਆਰੇ ਕਾਸਟਰ ਅੱਛਾ ਹਾਂ ਜੀ ਕੋਈ ਬਾਣੀ ਪਰਿਵਾਰ ਤੇ ਨਹੀਂ ਮੇਰੇ ਆਪਣਾ ਫਾਦਰ ਕਿ ਇਤਨੇ ਗੋਣੇ ਤਾਂ ਬਾਣੀ ਪਰਿਵਾਰ ਚ ਨਾ ਹੁੰਦੇ ਹੈ ਕਿ ਬੱਚੇ ਨਾਲ ਛੋਟੀ ਉਮਰ ਚ ਪੈਸੇ ਕਮਾਣ ਲੱਗ ਜਾਂਦੇ ਨੇ ਮਤਲਬ ਨਹੀਂ 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 ਮੇਰੇ ਦਾਦਾ ਜੀ ਨੇ ਸਾਈਕਲ ਪੈਂਚਰ ਦਾ ਸਟਾਰਟਿੰਗ ਕੀਤੀ ਸੀ ਮੇਰੇ ਸਾਹਮਣੇ ਆਪਾਂ ਮੋਟਰਸਾਈਕਲ ਦੇ ਇੰਜਨ ਖੋਲਦੇ ਵੇਖਦੇ ਰਹੇ ਹਾਂ ਉਸ ਤੋਂ ਬਾਅਦ ਹੌਲੀ ਹੌਲੀ ਚਾਚੇ ਨੇ ਕੱਪੜੀ ਦੁਕਾਨ ਖੋਲੀ ਫਿਰ ਫਾਦਰ ਸਾਹਿਬ ਨੂੰ ਖੁਲਾ ਕੇ ਤੇ ਇੱਥੋਂ ਸਟਾਰਟਿੰਗ ਹੋਈ ਆ ਪਰ ਇਹ ਆ ਕਿ ਜਿੱਦਾਂ ਜਿੱਦਾਂ ਸਮਝ ਲਓ ਕਿ ਕੁਝ ਕੰਪਲਿਕੀਸ਼ਨ ਇਦਾਂ ਦੀਆਂ ਆ ਰਹੀਆਂ ਪਰ ਉਸ ਉਮਰ ਸਮਝ ਚ ਲੱਗੇ ਕੁੜੀਆਂ ਪਿੱਛੇ ਗੇੜੀ ਇਧਰ ਉਧਰ ਫਿਰੇਗੇ ਤੁਹਾਡਾ ਧਿਆਨ ਪੈਸੇ ਇਹ ਤੁਹਾਡੇ ਗਰੁੱਪ ਤੇ ਡਿਪੈਂਡ ਕਰਦਾ ਭਾਜੀ ਗਰੁੱਪ ਦੇ ਉੱਪਰ ਵੀ ਤੇ ਤੁਹਾਡੀ ਘਰ ਦੀ ਸਿਚੁਏਸ਼ਨ ਦੇ ਉੱਪਰ ਕਿਉਂਕਿ ਦੇਖੋ ਓਨੀ ਦੇਰ ਤੱਕ ਮੈਂ ਵੀ ਤੁਹਾਨੂੰ ਕਹਿਆ ਕਿ ਮੈਂ ਘਰੇ ਨਹੀਂ ਸੀ ਮੈਂ ਵੀ ਕਦੀ ਪੈਸੇ ਤੇ ਮੈਂ ਆਪਣੀ ਸਮਝ ਲਓ ਕਿ ਸਟਾਰਟਿੰਗ ਹੀ ਮੇਰੀ ਇਹੋ ਜੀ ਹੋਗੀ ਕਿ ਮੈਂ ਪੈਸੇ ਵੱਲ ਪੈ ਗਿਆ ਕਿਉਂਕਿ ਮੈਂ ਆਪਣਾ ਨਾ ਸਟਾਰਟਿੰਗ ਤੋਂ ਹੀ ਕੋਈ ਨਾ ਕੋਈ ਕੰਮ ਕਰਕੇ ਪੈਸੇ ਕਮਾਉਣਾ ਚਾਹੁੰਦਾ ਇਹ ਨਹੀਂ ਪਤਾ ਕੀ ਕਰਨਾ ਆਟੋਮੈਟਿਕਲੀ ਉਹ ਚੀਜ਼ਾਂ ਹੋਈ ਜਾਂਦੀਆਂ ਤੁਹਾਡੇ ਨਾਲ ਜਦੋਂ ਤੁਸੀਂ ਕੋਈ ਵੀ ਚੀਜ਼ ਵੱਲ ਵਧਦੇ ਹੈ ਨਾ ਆਟੋਮੈਟਿਕਲੀ ਤੁਹਾਡੇ ਨਾਲ ਹੋਈ ਜਾਂਦੀਆਂ ਹਮ ਜਿਹੜਾ ਉੱਥੇ ਮੈਂ ਉਹ ਕੰਮ ਕੀਤਾ ਉੱਥੇ ਜਾ ਕੇ ਉਹ ਕੰਮ ਮੈਂ ਇਹੋ ਜਿਹੀ ਵਧੀਆ ਲੈਵਲ ਤੇ ਕਰਨ ਲੱਗ ਪਿਆ ਕਿ ਮੇਰੇ ਜਿਹੜੇ ਉਹ ਬੰਦੇ ਜਿਹੜੇ ਆਪਣੇ ਦੋਸਤ ਦੇ ਕੋਲ ਮੈਂ ਕੰਮ ਕਰਦਾ ਪਿਆ ਸੀ ਉਹਦੇ ਨਾਲ ਮੈਂ ਪਾਰਟਨਰਸ਼ਿਪ ਕਰ ਲਈ ਅਪਾ 파ਟਨਰ ਬਣ ਗਏ ਅਪਾ ਇਕੱਠੇ ਕੰਮ ਕਰਦੇ ਜਿਹੜੇ ਜੋਬ ਕਰਦੇ ਉਹਦੇ 파ਟਨਰ ਜੀ ਬਿਲਕੁਲ ਮਤਲਬ ਕਿ ਮੇਰਾ ਦੋਸਤ ਹੀ ਉਹਦਾ ਵੱਡਾ ਭਰਾ ਉਹ ਕੰਮ ਕਰਦਾ ਸੀ ਉਹਦਾ ਆਫਿਸ ਸੀ ਫਿਰ ਉਹਨਾਂ ਦੇ ਜਿਹੜਾ ਛੋਟਾ ਉਹ ਜਿਹੜਾ ਮੇਰਾ ਦੋਸਤ ਹੀ ਫਿਰ ਅਪਾ ਦੋਨੋਂ 파ਟਨਰ ਬਣ ਗਏ ਮਤਲਬ ਤਿੰਨ 파ਟਨਰ ਬਣੇ ਅਪਾ ਤਿੰਨ ਦੋਸਤ ਹੁੰਨੇ ਸੀ ਇੱਕ ਤੇ ਉਹ ਜਿਹਨਾਂ ਦੇ ਭਰਾ ਦਾ ਆਫਿਸ ਸੀ ਤੇ ਤੀਸਰਾ ਵੀ ਅਪਾ ਇਕੱਠੇ ਹੀ ਮਤਲਬ ਹੁੰਦੇ ਸੀ ਤਿੰਨਾਂ ਨੇ 파ਰਨਰਸ਼ਿਪ ਕੀਤੀ ਪੂਰਾ ਪੰਜਾਬ ਗਾ ਤਾਂ ਅਪਾ ਕੱਲੇ ਕੱਲੇ ਆਫਿਸ ਦੇ ਵਿੱਚ ਗਏ ਕਿ ਸਾਨੂੰ ਤੇ ਹੀ ਕੰਮ ਦਿਓ ਇੱਕ ਵੀ ਆਫਿਸ ਨਹੀਂ ਛੱਡਿਆ ਜਿਹੜੇ ਆਪਣਾ ਹੁਣ ਸਮਝ ਫਰੋਡ ਕਰਨਾ ਕੋਈ ਢੀ ਓਖੀ ਗੱਲ ਨਹੀਂ ਆ ਫਰੋਡ ਬਹੁਤ ਸੌਖਾ ਕੰਮ ਚੁਟਕਿਆਂ ਦਾ ਇਦਾਂ ਕੰਮ ਹੁੰਦਾ ਕੋਈ ਮੈਂ ਕਹਿੰਦਾ ਇੰਨੀਆਂ ਗੇਮਾਂ ਕਿ ਜਿੰਨੀਆਂ ਗਿਣ ਲਓਣੀਆਂ ਘੱਟ ਸਾਰੀਆਂ ਸੁਣਨੀ ਆ ਮੈਂ ਤੁਹਾਡੇ ਸਾਰੀਆਂ ਸੁਣਾ ਦੂੰਗਾ ਮੈਂ ਤੁਹਾਨੂੰ ਮੈਂ ਕਹਿੰਦਾ ਕਿ ਭਾਜੀ ਜਿਹੜਾ ਵੀ ਇਸ ਇੰਡਸਟਰੀ 'ਚ ਬੰਦਾ ਨਾ ਹਰ ਇੱਕ ਬੰਦੇ ਨੇ ਇਹ ਗੇਮਾਂ ਦੇਖੀਆਂ ਹੋਣਗੀਆਂ ਸਾਹਮਣੇ ਹੁੰਦੀਆਂ ਵੇਖੀਆਂ ਜਾਂ ਨਹੀਂ ਦੱਸ ਤਾਂ ਹੀ ਹੋਈ ਸਕੇ ਸਾਰੇ ਭਾਜੀ ਪਤਾ ਕੀ ਉਹ ਉਹ ਹੁਣ ਕੈਮਰਾ ਨਹੀਂ ਦੱਸਦੇ ਆਫ ਕੈਮਰਾ ਤੇ ਦੱਸਦੇ ਹੀ ਹੋਣਗੇ ਤੁਹਾਨੂੰ ਵੀ ਪਤਾ ਤੇ ਉਹਦੇ ਵਿੱਚ ਚਲੋ ਉੱਥੋਂ ਜਿਹੜੀ ਉਹ ਕੰਮ ਦੀ ਸਟਾਰਟਿੰਗ ਹੋਈ 2019 ਲੋਕਡਾਊਨ ਤੱਕ ਮੈਂ ਉੱਥੇ ਉਹਨਾਂ ਦੇ ਕੋਲ ਕਰਦਾ ਰਿਆ ਲੋਕਡਾਊਨ ਤੋਂ ਬਾਅਦ ਚਲੋ ਆਪਣਾ ਜਿਹੜਾ ਮੈਂ ਤੁਹਾਨੂੰ ਆਪਣੇ ਵੀਜ਼ੇ ਦੀ ਗੱਲ ਦੱਸਦਾ ਪਿਆ ਸੀ ਨਾ ਕਿ ਮੈਂ ਆਪਣਾ ਵੀਜ਼ਾ ਲਗਵਾਉਣ ਲਈ ਆਪਣਾ ਇਸ ਆਪਣਾ ਇਹ ਚੀਜ਼ਾਂ ਕੀਤੀਆਂ ਮੇਰਾ ਵੀਜ਼ਾ ਉਦੋਂ ਤੱਕ ਲੱਗਾ ਨਹੀਂ 2019 ਦੇ ਵਿੱਚ ਆ ਕੇ ਮੈਂ ਕੋਈ ਜਿਗਾਰੜ ਲਾ ਕੇ ਆਪਣੇ ਵੀਜ਼ਾ ਲਗਵਾ ਲਿਆ ਮੇਰਾ ਵੀਜ਼ਾ ਲੱਗ ਗਿਆ ਪਰ ਭਾਜੀ ਕਰਮਾ ਦੀ ਖੇਡ ਜਦੋਂ ਤੱਕ ਤੁਹਾਡਾ ਦਾਣਾ ਪਾਣੀ ਨਹੀਂ ਨਾ ਲਿਖਿਆ ਤੁਸੀਂ ਬਾਹਰ ਨਹੀਂ ਜਾ ਸਕਦੇ ਮੈਂ ਪਹਿਲੀ ਵਾਰੀ ਟਿਕਟ ਕਰਾਈ ਪਹਿਲਾ ਲੋਕਡਾਊਨ ਲੱਗ ਗਿਆ ਦੂਜੀ ਵਾਰੀ ਟਿਕਟ ਕਰਾਈ ਦੂਜਾ ਲੋਕਡਾਊਨ ਲੱਗ ਗਿਆ ਤੀਜੀ ਵਾਰੀ ਟਿਕਟ ਕਰਾਈ ਮੇਰੇ ਦਾਦਾ ਜੀ ਦੀ ਡੈਥ ਹੋ ਗਈ ਚੌਥੀ ਵਾਰੀ ਟਿਕਟ ਕਰਾਈ ਤੇ ਮੇਰੇ ਕੰਮ 'ਚ ਹੀ ਮੇਰਾ ਬਹੁਤ ਵੱਡਾ ਲਾਸ ਹੋ ਗਿਆ ਹੁਣ ਤੀ ਸੋਚ ਮੈਂ ਇਹ ਤੋਂ ਕੀ ਸਮਝਾਂ ਕਿ ਮੈਂ ਟਿਕਟ ਕਰਾਵਾਂ ਹੀ ਨਾ ਕਿ ਉਹਦੇ ਵਿੱਚ ਮਤਲਬ ਕਿ ਦਾਣਾ ਪਾਣੀ ਨਹੀਂ ਲਿਖਿਆ ਉਹਦੇ ਵਿੱਚ ਮੈਂ ਹੁਣ ਆਪਣਾ ਚਲੋ ਉਪਰ ਉਥੇ 2019 ਚ ਮੈਂ ਉਹਨਾਂ ਕੰਮ ਛੱਡ ਦਿੱਤਾ ਜਿੱਦੋਂ ਡੈਥ ਹੋ ਗਈ ਦਾਦਾ ਜੀ ਦੀ ਫਿਰ ਮੈਂ ਇੱਥੇ ਕੰਮ ਕਰਨੇ ਸਟਾਰਟ ਕੀਤੇ ਪਰ ਇੱਥੇ ਨਾ ਲੋਕਡਾਊਨ ਨੇ ਇਹੋ ਜਿਹਾ ਮੈਨੂੰ ਚੇਂਜ ਕਰਤਾ ਕਿ ਮੈਂ ਸੋਚਿਆ ਕਿ ਕੰਮ ਹੀ ਮੈਂ ਛੱਡ ਦੇਣਾ ਤੇ ਮਤਲਬ ਕਿ ਇਹ ਨਹੀਂ ਕਿ ਆਪਣਾ ਕੋਈ ਕੰਮ ਮਾੜਾ ਹੁੰਦਾ ਜਾਂ ਕੁਝ ਮੈਂ ਸੋਚਦਾ ਹਾਂ ਕਿ ਹੁਣ ਮੈਂ ਸੈਪਰੇਟਲੀ ਆਪਣਾ ਕੋਈ ਕੰਮ ਕਰਾਂ ਤੇ ਮੇਰੇ ਦਿਮਾਗ 'ਚ ਆਇਆ ਕਿ ਮੈਂ ਕੁਝ ਹੋਰ ਕੰਮ ਕਰਕੇ ਦੇਖਦਾ ਵਾਂ ਮੈਂ ਆਪਣੇ ਗ੍ਰੋਸਰੀ ਸਟੋਰ ਵਗੈਰਾ ਵੱਲ ਵੜ ਗਿਆ ਕਿਉਂਕਿ ਮੈਂ ਨਾ ਆਪਣਾ ਲੋਕਡਾਊਨ ਦੇ ਵਿੱਚ ਕਿਤਾਬਾਂ ਬੜੀਆਂ ਪੜੀਆਂ ਕਿਸੇ ਕਿਤਾਬ ਦਾ ਨਾਮ ਨਹੀਂ ਯਾਦ ਮੈ ਕਿਉਂਕਿ ਉਹਦੇ ਵਿੱਚ ਕੀ ਹੋਇਆ ਕਿ ਮੈਂ ਨਾ ਜਦੋਂ ਆਨਲਾਈਨ ਕਿਤਾਬ ਪੜ੍ਹਨੀ ਸਟੋਰੀ ਪੜ੍ਹਨੀ ਮੋਟੀਵੇਟ ਹੁੰਦੇ ਰਹਿਣਾ ਹਰ ਇੱਕ ਚੀਜ਼ ਪਤਾ ਨਹੀਂ ਦਿਨ ਰਾਤ ਸਮਝ ਲਓ ਕਿ ਇੱਕ ਬੰਦਾ ਹੁੰਦਾ ਨਹੀਂ ਇੱਕ ਚੀਜ਼ ਵੱਲ ਹੋ ਜਾਂਦਾ ਤੇ ਉਹ ਜਿਆਦਾ ਹੀ ਕੋਸ਼ਿਸ਼ ਜਿੰਦਾ ਉਸ ਚੀਜ਼ ਵੱਲ ਜਿਆਦਾ ਹੀ ਵੜੀ ਜਾਂਦਾ ਉਸ ਚੀਜ਼ ਵੱਲ ਮੈਂ ਉਹ ਚੀਜ਼ਾਂ ਵੱਲ ਹੋ ਗਿਆ ਕਿਦਾਂ ਬਿਜ਼ਨਸ ਕਰਨਾ ਸ਼ੇਅਰ ਮਾਰਕੀਟ ਕਿੱਦਾਂ ਹੋਊਗੀ ਕਿ ਇਹ ਹੋਗਾ ਸਾਰੀਆਂ ਚੀਜ਼ਾਂ ਮਿਕਸ ਕਰਦੀਆਂ ਤੇ ਉਦੋਂ ਮੇਰੇ ਦਿਮਾਗ 'ਚ ਇਹ ਗੱਲ ਆਈ ਕਿ ਮੈਂ ਨਾ ਆਪਣਾ ਇੱਕ ਕਨਸੈਪਟ ਕਰਾਂ ਕਿ ਇੱਕ ਗ੍ਰੋਸਰੀ ਸਟੋਰ ਖੋਲਾਂ ਮੇਰੇ ਦੋ ਦੋਸਤ ਸੀ ਦੋਨਾਂ ਦੇ ਗ੍ਰੋਸਰੀ ਸਟੋਰ ਹੀ ਠੀਕ ਆ ਅਪਲਗ ਕਿਲੋਮੀਟਰ ਦੂਰ ਹੀ ਪਿੰਡ ਦੇ ਵਿੱਚ ਉਹਦਾ ਅੱਗੇ ਕੋਈ ਰਿਸ਼ਤੇਦਾਰ ਹੀ ਉਹਦਾ ਵੀ ਇੱਕ ਗ੍ਰੋਸਰੀ ਸਟੋਰ ਹੈਗਾ ਹੀ ਮੇਰੇ ਇੱਧਰ ਪਿੰਡ ਵਾਲੇ ਦੋਸਤ ਦਾ ਵੀ ਅੱਗੇ ਕੋਈ ਰਿਸ਼ਤੇਦਾਰੀ ਹੋਦਾ ਵੀ ਗ੍ਰੋਸਰੀ ਸਟੋਰ ਹੈਗਾ ਹੀ ਉਹਨਾਂ ਦੇ ਵੀ ਅੱਗੇ ਹੈਗੇ ਹੀ ਮੈਂ ਸਾਰਿਆਂ ਨੂੰ ਰਲਾ ਲਿਆ ਕਿ ਆਪਾਂ ਇੱਕ ਕਨਸੈਪਟ ਚਲਾਉਨੇ ਆ ਕਿ ਤੁਸੀਂ ਸਾਰਿਆਂ ਨੇ ਆਪਣੇ ਗ੍ਰੋਸਰੀ ਸਟੋਰ ਦਾ ਨਾਮ ਸੇਮ ਰੱਖ ਦੋ ਤੇ ਉਹ ਨੇਮ ਮੈਂ ਮਤਲਬ ਕਿ ਨਾਮ ਰੱਖਤਾ ਈਜ਼ੀ ਵੇ ਇਜ਼ੀ ਜ਼ ਵਾਈ ਇੱਕ ਤੇ ਉਹ ਆਪਣਾ ਇੱਕ ਹੋਰ ਹੁੰਦਾ ਨਾ ਉਹ ਈਜ਼ੀ ਪਤਾ ਨਹੀਂ ਕਿਹੜਾ ਇੱਕ ਹੋਰ ਬਣਾ ਨਾਮ ਸਟੋਰ ਈਜ਼ੀ ਡੇ ਹੁੰਦਾ ਮੈਂ ਈਜ਼ੀ ਵੇ ਚ ਲਾਤਾ ਹਾਂ ਕਿ ਉਹ ਆਪਣਾ ਉਸ ਤੋਂ ਬਾਅਦ ਕੀ ਹੋਇਆ ਉਹਨਾਂ ਸਾਰਿਆਂ ਨੂੰ ਮੈਂ ਮਿਲਾ ਲਿਆ ਕਿ ਮੈਂ ਆਪਣਾ ਇੱਕ ਵੇਰਸ ਰੱਖੂੰਗਾ ਜਿੱਥੇ ਮੈਂ ਸਮਝ ਲਓ ਕਿ ਹੁਣ ਤਹੀ 10 ਸਟੋਰ ਮੇਰੇ ਕੋਲ ਸਾਮਾਨ ਮੰਗਵਾਉਂਦੇ ਪਏ ਆ ਘੱਟੋ ਘੱਟ ਮਹੀਨੇ ਦਾ 10-10 ਲੱਖ ਦਾ ਤੇ ਸਾਮਾਨ ਮੰਗਵਾਉਣਗੇ 10-10 ਲੱਖ ਦਾ ਮਾਲ ਜੇ 10 ਲੋਕ ਮੰਗਵਾਉਂਦੇ ਪਏ 1 ਕਰੋੜ ਦਾ ਮਾਲ ਆਇਆ 10% ਵਿੱਚ ਕਮਿਸ਼ਨ ਹੁੰਦੀ ਕਿ 10 ਲੱਖ ਰੁਪਏ ਮਹੀਨਾ ਦੇ ਬੰਨ ਹੀ ਜਾਊਗਾ ਇਹ ਸੋਚ ਦੇ ਨਾਲ ਮੈਂ ਉਹ 10 ਬੰਦੇ ਜਿਹੜੇ ਹੈਗੇ ਆ ਜੋੜ ਲਏ ਤੇ ਦਸਾਂ ਇਹਨਾਂ ਦੇ ਨਾਲ ਮੈਂ ਸਾਰੀ ਗੱਲ ਕਰਕੇ ਤੇ ਆਪਣਾ ਨਾ ਇੱਕ ਮੈਂ ਛੋਟਾ ਜਿਹਾ ਸਟੋਰ ਖੋਲਤਾ ਆਪਣੇ ਲੱਗ ਗਈ ਕਿ ਪਿੰਡ ਆ ਉੱਥੇ ਠੀਕ ਆ ਕਿਰਾਏ ਤੇ ਜਗਾ ਲਈ 8000 ਰੁਪਏ ਦੀ ਦੁਕਾਨ ਮਿਲੀ ਆਪਾਂ ਨੂੰ ਉੱਥੇ ਚਲੋ ਸਾਰੀ ਸੈਟਿੰਗ ਹੋਈ ਸਭ ਕੁਝ ਕੀਤਾ ਉਸ ਤੋਂ ਬਾਅਦ ਉੱਥੇ ਮੈਂ ਕੰਮ ਸਟਾਰਟ ਕਰਨਾ ਸਟਾਰਟ ਕਰਤਾ ਪਰ ਉਹ ਪਤਾ ਕੀ ਆ ਉਹ ਜਦੋਂ ਤੁਸੀਂ ਆਪਣੇ ਬੰਦਿਆਂ ਦੇ ਨਾਲ ਕੰਮ ਸਟਾਰਟ ਕਰਦੇ ਹੋ ਨਾ ਤੁਹਾਨੂੰ ਸਟਾਰਟ ਕਰਨ ਤੋਂ ਪਹਿਲਾਂ ਲੱਗਦਾ ਕਿ ਬੜਾ ਸੋਖਾ ਆ ਹਮ ਹੁਣ ਤੁਸੀਂ ਕਹਿੰਦੇ ਕਿ ਆਪਣਾ ਆ ਬੰਦੇ ਬਾਹਰ ਕਿਉਂ ਆ ਜਾਂਦੇ ਆ ਉਹ ਤਾਂ ਆ ਜਾਂਦੇ ਕਿਉਂਕਿ ਇੱਥੇ ਕੰਮ ਕਰਨਾ ਏਡਾ ਸੌਖਾ ਵੀ ਨਹੀਂ ਆ ਹੁਣ ਕੀ ਆ ਮੈਂ ਆਪਣੇ ਵੱਲੋਂ ਕੰਮ ਸਟਾਰਟ ਕੀਤਾ ਮੈਂ ਜਦੋਂ ਉਹ ਕੰਮ 'ਚ ਵੜਿਆ ਨਾ ਤੇ ਫਿਰ ਮੈਨੂੰ ਪਤਾ ਲੱਗਾ ਕਿ ਇਹ ਕਿੱਡਾ ਕੰਮ ਔਖਾ ਕਿ ਉੱਥੇ ਚੁਆਨੀ ਚੁਆਨੀ ਵੀ ਤੁਹਾਨੂੰ ਕਮਾਉਣੀ ਪੈਂਦੀ ਆ ਹੁਣ ਤੁਸੀਂ ਸੋਚੋ ਇੱਕ ਪਾਸੇ ਮੈਂ 1.5-2 ਲੱਖ ਕਮਾਉਣ ਵਾਲਾ ਤੇ ਮੈਨੂੰ ਇਥੇ ਚਵਾਨੀ ਜਵਾਨੀ ਵੀ ਕਮਾਉਣੀ ਪੈਂਦੀ ਕਿ ਆ ਆਪਣਾ ਬ੍ਰੈਡ ਦਾ ਪੀਸ ਨਾ ਖਰਾਬ ਹੋ ਜੇ ਇਹਨੂੰ ਛੇਤੀ ਇਧਰੋਂ ਵੇਚ ਦੋ ਆ ਚੀਜ਼ ਇਥੇ ਦਾਲਾਣਾ ਇਦਾਂ ਹੋ ਜੇ ਦਾ ਰੋੜਨਾ ਜਬੇ ਐਕਸਪਾਇਰ ਨਾ ਹੋ ਜੇ ਇਹ ਨਾ ਹੋ ਜੀ ਉਹ ਭਾਜੀ ਮੈਂ 15 20 ਦਿਨ ਹੀ ਕੱਡੇ ਆ ਉੱਥੇ ਮੈਂ ਆਪਣੇ ਭਰਾ ਨੂੰ ਬਿਠਾ ਦਿੱਤਾ ਨਾਲ ਜਾ ਚੈਨ ਬਿਠਾ ਦਮੈਂ ਤੂੰ ਹੀ ਬੈਠੋ ਹੁਣ ਮੈਂ ਹੱਥ ਖੜੇ ਕਰਤੇ ਉਹ ਚੀਜ਼ ਤੋਂ ਕਰਨ ਨੂੰ ਮੈਂ ਕਰ ਸਕਦਾ ਸੀ ਪਰ ਮੈਂ ਉੱਥੇ ਨੇ ਇੱਕ ਇਹ ਚੀਜ਼ ਦੇਖੀ ਕਿ ਜਿਹੜੀ ਚੀਜ਼ ਮੈਂ ਸੋਚਦਾ ਪਿਆ ਸੀ ਨਾ ਉਹ ਚੀਜ਼ ਤਾਂ ਹੋ ਸਕਦੀ ਆ ਕਿ ਜੇ ਇੱਕ ਰਿਟਨ ਐਗਰੀਮੈਂਟ ਹੋਵੇ ਪਰ ਜਿਹੜੇ ਬੰਦੇ ਮੇਰੇ ਤੋਂ 5 10 ਸਾਲ ਪਹਿਲਾਂ ਦਾ ਕੰਮ ਕਰਦੇ ਹੋ ਮੇਨਾਂ ਰਿਟਨ ਐਗਰੀਮੈਂਟ ਕਿਉਂ ਕਰਨਗੇ ਇੰਨੀ ਕ ਗੱਲ ਤੇ ਮੰਨ ਸਕਦੇ ਆ ਕਿ ਸਮਾਨ ਉਧਰੋਂ ਲੈਣਾਂ ਨੂੰ ਮੇਰੇ ਕੋਲ ਲੈ ਲੈਣਗੇ ਪਰ ਪੱਕਾ ਨਹੀਂ ਕਰਨਗੇ ਪਰ ਮੈਨੂੰ ਇਹ ਡਰ ਰਹੀ ਜੇ ਕੱਲ ਨੂੰ ਇਹਨਾਂ ਨੇ ਨਾ ਲਿਆ ਤੇ ਮੇਰੇ ਕੋਲ ਉਹ ਚੀਜ਼ ਵਾਲ ਨਾ ਆਵਦੇਗਾ ਇਨਵੈਸਟਮੈਂਟ ਬੜੀ ਤਗੜੀ ਹੋਣੀ ਜੋ ਕਿ ਮੇਰੇ ਕੋਲ ਨਹੀਂ ਹੈਗੀ ਦੀ ਵੱਡੀ ਇਨਵੈਸਟਮੈਂਟ ਚਲੋ ਉਹ ਕੰਮ ਨਹੀਂ ਬਣਿਆ ਉਸ ਤੋਂ ਬਾਅਦ ਫਿਰ ਆਪਣਾ ਮੈਂ ਆਪਣਾ ਆਪਣਾ ਹੀ ਆਫਿਸ ਖੋਲਤਾ ਉਧਰੋਂ ਬੈਠ ਕੇ ਇਧਰ ਮੈਂ ਆਪਣਾ ਬਟਾਲੇ ਸ਼ਹਿਰ ਦੇ ਵਿੱਚ ਵੀ ਰਿ ਇਮੀਗ੍ਰੇਸ਼ਨ ਨਾਂ ਤੋਂ ਆਪਣਾ ਹੀ ਆਫਿਸ ਕਰ ਲਿਆ ਤੇ ਬਾਬੇ ਦੀ ਮੇਰੇ ਨਾਲ ਬਹੁਤ ਵਧੀਆ ਚੱਲਿਆ ਕਿਉਂਕਿ ਉਹ ਚੱਲਿਆ ਵੀ ਸਟਾਰਟਿੰਗ ਵੀ ਉਹਦੀ ਹੋਈ ਆਇਲੈਂਡ ਸੈਂਟਰ ਤੋਂ ਆਇਲੈਂਡ ਦਾ ਬੜਾ ਰੋਲਾ ਹੁੰਦਾ ਹੀ ਉਹ ਤੋਂ ਹੋਂਦ ਤੇ ਘਟਿਆ ਬੜਾਈ ਉਦੋਂ ਬੜਾ ਰੋਲਾ ਹੁੰਦਾ ਸੀ ਤੇ ਉਹ ਉੱਥੋਂ ਸਟਾਰਟ ਕੀਤਾ ਤੇ ਉੱਥੋਂ ਚੱਲਦਾ ਚੱਲਦਾ ਫਿਰ ਮੈਂ ਇਮੀਗ੍ਰੇਸ਼ਨ ਲਾਈਨ ਵਾਲ ਜਿਹੜਾ ਹੈਗਾ ਆ ਗਿਆ ਮਤਲਬ 2017 ਤੋਂ ਇਹ 17 18 ਚ ਕੰਮ ਚ ਪਿਆ ਮ ਹਜੇ ਤੱਕ ਕਰਦਾ ਪਿਆ ਤੇ ਹੁਣ ਆਪਣਾ ਇਹ ਆਫਿਸ ਕਰਦਾ ਪਿਆ ਤੇ ਇਹ ਤਰੀਕੇ ਨਾਲ ਬੜਾ ਸਟੋਰੀ ਤੋਂ ਮੈਂ ਸਮਝਿਆ ਤੁਸੀਂ ਬੜਾ ਡਿਟੇਲ ਚ ਦੱਸਿਆ ਬਹੁਤ ਬੜਾ ਅੱਛਾ ਲੱਗਿਆ ਜੀ ਤੁਹਾਡੀ ਸਟੋਰੀ ਮੈਂ ਦੇਖ ਕੇ ਇਹ ਸਮਝਿਆ ਕਿ ਐਂਟਰਪ੍ਰੀਨਿਅਰ ਕਹੂੰਗਾ ਮੈਂ ਇੱਕ ਤਰ੍ਹਾਂ ਦੇ ਇੱਕ ਬਿਜ਼ਨਸ ਮਾਈਂਡ ਰਿਹਾ ਤੁਹਾਡਾ ਛੋਟੇ ਹੁੰਦੇ ਤੁਸੀਂ ਜੀ ਜੋ ਕਿ ਅੱਜ ਕੱਲ੍ਹ ਬਹੁਤ ਜ਼ਿਆਦਾ ਨੌਜਵਾਨਾਂ ਚ ਦੇਖਣ ਨੂੰ ਨਹੀਂ ਮਿਲਦਾ ਬਿਲਕੁਲ ਇਹੀ ਗੱਲ ਸੁਣਦੇ ਆਂ ਤੇ ਇਹੀ ਗੱਲ ਦੇਖਦੇ ਆਣੇ ਦਿਵਾਲੇ ਕਿ ਨੌਜਵਾਨ ਮਤਲਬ ਪ੍ਰਸਤੂਤ ਬਾਤ ਆ ਛੱਡੋ ਬੀਬੇ ਬੀ ਐਮ ਐਮ ਵਿੱਚ ਕਰਕੇ ਭਾਜੀ ਮੇਰੇ ਕੋਲ ਕੋਈ ਸਟੂਡੈਂਟ ਹੁੰਦਾ ਵੀ ਹੈ ਨਾ ਉਹਨੂੰ ਮੈਂ ਪਹਿਲੇ ਦੇ ਨਹੀਂ ਜਿਹੜੀ ਹੈ ਕਹਿੰਦਾ ਐਡਵਾਈਸ ਦਿੰਦਾ ਵਾਂ ਕਿ ਯਾਰ ਤੂੰ ਇੱਥੇ ਪੈਸੇ ਲਾਉਣ ਲੱਗਾ ਇਹ ਨਹੀਂ ਕਿ ਮੈਂ ਕੋਈ ਇੱਥੇ ਵੀਡੀਓ ਦੇ ਵਿੱਚ ਦਿਖਾਉਣ ਲਈ ਕਹਿੰਦਾ ਭਾ ਅਸਲ ਦੇ ਵਿੱਚ ਬੜੇ ਮੇਰੇ ਕਲਾਇੰਟ ਹੋਣਗੇ ਜਿਹੜੇ ਸਿੱਧੀ ਗੱਲ ਕਹਿੰਨ ਮੈਨੂੰ ਕਹਿੰਦਾ ਸਿੱਧਾ ਕਿ ਇੰਨੇ ਲੱਖ ਲਾਉਣ ਲੱਗੇ ਇੱਥੇ ਹੀ ਘਰ ਤੋਂ ਕੀ ਆਪਣਾ ਤੁਸੀਂ ਬਾਹਰ ਤੇ 20 ਲੱਖ ਰੁਪਏ ਲਾਤਾ ਤੇ ਇੱਕ ਵਾਰ ਇੱਥੇ ਲਾ ਕੇ ਵੇਖ ਲਓ ਮੈਂ ਉਹਨਾਂ ਨੂੰ ਪ੍ਰੋਪਰ ਐਗਜ਼ੈਂਪਲ ਆ ਦਿੰਦਾ ਕਿ ਹਾਲੇ ਮੈਂ ਆਪਣੀ ਸਟੋਰੀ ਵੀ ਦੱਸਦਾ ਹੁੰਦਾ ਬੜੇ ਬਚਨ ਜਦੋਂ ਮੈਂ ਫ੍ਰੀ ਬੈਠਾ ਹੁੰਣਾ ਤੇ ਮੈਂ ਚਲੋ ਘਟ ਬੰਦੀ ਆ ਤੇ ਦੱਸਦਾ ਤੇ ਮੈਂ ਉਹਨਾਂ ਨਾਲ ਦੱਸਦਾ ਕਿ ਤੁਸੀਂ ਬਾਹਰ ਜਾ ਕੇ ਕੀ ਕਰ ਸਕਦੇ ਬੱਚਾ ਇਥੋਂ ਇਸ ਸੋਚ ਦੇ ਨਾਲ ਬਾਹਰ ਜਾਂਦਾ ਪਿਆ ਵਾ ਕਿ ਬਸ ਇੱਕ ਵਾਰ ਮੇਰਾ ਵੀਜ਼ਾ ਲੱਗ ਜੇ ਤੁਹਾਨੂੰ ਪਤਾ ਕਿ ਉਹ ਜਿਹੜੀ ਉਹਨੇ ਆਪਣਾ ਜਿਹੜਾ ਟਾਰਗੇਟ ਰੱਖਿਆ ਵਾ ਨਾ ਉਹ ਜਿਹੜਾ ਵੀ ਸੋਚਦਾ ਪਿਆ ਕਿ ਜਿਹੜੀ ਚੀਜ਼ ਮੈਂ ਅਚੀਵ ਕਰਨੀ ਆ ਉਹ ਇਹ ਨਹੀਂ ਹੈ ਕਿ ਬਾਹਰ ਜਾ ਕੇ ਤੇ ਮੈਂ ਸੈਟਲ ਹੋਣਾ ਵਾ ਵੀਆਰ ਉਹਦਾ ਟਾਰਗੇਟ ਇਹ ਆ ਇੱਥੋਂ ਕਿਸੇ ਵੀ ਤਰੀਕੇ ਨਾਲ ਬਾਹਰ ਪਹੁੰਚਣਾ ਉਹ ਟਾਰਗੇਟ ਆ ਬਾਹਰ ਪਹੁੰਚ ਗਿਆ ਫੋਟੋ ਪਾਤੀ ਰਿਸ਼ਤੇਦਾਰਾਂ ਨੇ ਵੇਖ ਲਈ ਕਮੈਂਟ ਕਰਤੇ ਲੈ ਹਾਂ ਇਹ ਸਕੂਨ ਮਿਲ ਗਈ ਦਿਲ ਨੂੰ ਇਹ ਟਾਰਗੇਟ ਆ ਬੱਚਿਆਂ ਦਾ ਕਿ ਇੱਕ ਵਾਰੀ ਲੋਕਾਂ ਦੇ ਵਿੱਚ ਦਿਖਾਉਣਾ ਚਲੋ ਉਹ ਟਾਰਗੇਟ ਅਚੀਵ ਹੋ ਜਾਂਦਾ ਨਾ ਉਹਨਾਂ ਨੂੰ ਲੱਗਦਾ ਕਿ ਹਾਂ ਮੈਂ ਆ ਚੀਜ਼ ਜਿਹੜੀ ਹੈਗੀ ਹਾਸਲ ਕਰ ਲਈ ਪਰ ਅਸਲ 'ਚ ਉਹਨਾਂ ਨੂੰ ਪਤਾ ਨਹੀਂ ਹੁੰਦਾ ਕਿ ਇਹ ਤਾਂ ਚੀਜ਼ ਸਟਾਰਟ ਇਥੋ ਹੀ ਆ ਇਹ ਤਾਂ ਸਟਾਰਟਿੰਗ ਪੁਆਇੰਟ ਹੀ ਆ ਕਿਉਂਕਿ ਲੋਕਾਂ ਦੇ ਸਾਹਮਣੇ ਵੀਜ਼ਾ ਲੈਣਾ ਹੀ ਬੜਾ ਔਖਾ ਆ ਤੇ ਉਹ ਇਸ ਕਰਕੇ ਇਸ ਚੀਜ਼ ਨੂੰ ਆਪਣਾ ਟਾਰਗੇਟ ਮੰਨੀ ਜਾਂਦੇ ਪਏ ਉਹਨਾਂ ਨੂੰ ਪਤਾ ਹੀ ਨਹੀਂ ਹੈ ਕਿ ਟਾਰਗੇਟ ਤੇ ਜੇ ਸਟਾਰਟ ਹੋਣਾ ਹੀ ਸਟਾਰਟਿੰਗ ਤੋਂ ਹੀ ਆਪਾਂ ਆਪਣੇ ਮਨ ਦੇ ਵਿੱਚ ਇਹ ਧਾਰ ਲਿਆ ਵਾ ਕਿ 12ਵੀਂ 12ਵੀਂ ਤੋਂ ਬਾਅਦ ਆਇਲਸ ਤੇ ਆਇਲਸ ਤੋਂ ਬਾਅਦ ਬਾਹਰ ਜੋ ਕਿ ਹੁਣ ਬ੍ਰੇਕ ਵੱਜੀ ਥੋੜੀ ਜੀ ਕਿਉਂਕਿ ਜਦੋਂ ਦੇ ਸਟੱਡੀ ਵੀਜ਼ੇ ਬੰਦ ਹੋ ਗਏ ਪਰ ਅਸਲ ਦੇ ਵਿੱਚ ਦੇਖੋ ਹੁਣ ਜਿਹੜੇ ਤੁਸੀਂ ਕਹਿੰਦੇ ਹੋ ਨਾ ਕਿ ਬੱਚਾ ਬਾਹਰ ਕਿਉਂ ਜਾਂਦਾ ਵਾ ਉਹ ਭਾਜੀ ਇੱਥੇ ਕਿਉਂਕਿ ਉਹਨੂੰ ਪਤਾ ਹੀ ਨਹੀਂ ਕਿ ਕੀ ਕੰਮ ਕਰਨਾ ਹੁਣ ਦੇਖੋ ਕਿ ਜੇ ਕਿਸੇ ਦੇ ਘਰ ਦਿਆ ਦੇ ਸਿਰ ਤੇ ਹੁਣ ਮੈਂ ਤੁਹਾਨੂੰ ਕਿੰਨਾ ਪਿਆ ਕਿ ਮੇਰੇ ਸਿਰ ਤੇ ਉਹ ਕਰਜ ਹੈ ਮੈਨੂੰ ਪਤਾ ਹੀ ਮੈਂ ਚਾਹ ਕਿਉਂ ਨਹੀਂ ਬਾਹਰ ਜਾ ਸਕਦਾ ਕਿਉਂਕਿ ਮੈਂ ਤੇ ਕਿਸਾਲੀ ਹੀ ਮੈਂ ਤੇ ਸਾਰੇ ਪਾਸੇ ਹੀ ਆਪਣਾ ਹੋ ਗਿਆ ਆ ਗਿਆ ਮੈਂ ਕੋਈ ਆਫਿਸ ਨਹੀਂ ਛੱਡਿਆ ਮੈਂ ਕੋ ਵੀ ਚਲ ਗਿਆ ਇਹ ਬਿੰਗ ਗਿਆ ਹੀ ਗੁੱਸਾ ਲੱਗਿਆ ਮੈਂ ਇਕੱਲੇ ਇਕੱਲੇ ਬੰਦੇ ਦੇ ਕੋਲ ਜਾ ਕੇ ਆਇਆ ਕੋਈ ਬੰਦਾ ਮੈਂ ਛੱਡਿਆ ਹੀ ਨਹੀਂ ਉੱਥੇ ਤੇ ਉੱਥੇ ਭਾਜੀ ਪਰ ਗੱਲ ਨਹੀਂ ਬਣੀ ਇੰਨੇ ਪੈਸੇ ਖਰਾਬ ਕਰਨ ਤੋਂ ਬਾਅਦ ਮੈਨੂੰ ਪਤਾ ਲੱਗਾ ਕਿ ਨਹੀਂ ਗੱਲ ਨਹੀਂ ਬਣਨੀ ਹੁਣ ਜਦੋਂ ਗੱਲ ਬਣਨੀ ਨਹੀਂ ਤੇ ਮੈਨੂੰ ਪਤਾ ਹੈ ਕਿ ਮੈਂ ਕਿਹੇ ਤਰੀਕੇ ਦੇ ਨਾਲ ਹੁਣ ਪੈਸੇ ਮੈਨੂੰ ਇੱਥੇ ਹੀ ਲਾਉਣੇ ਪੈਣੇ ਆ ਉਹ ਜਦੋਂ ਬੰਦਾ ਫਸਿਆ ਹੁੰਦਾ ਨਾ ਪਤਾ ਵਾ ਕਿ ਉਹਨੇ ਚਾਹ ਕੇ ਵੀ ਮੈਂ ਬਾਹਰ ਨਹੀਂ ਜਾ ਸਕਦਾ ਫਿਰ ਮੈਨੂੰ ਪਤਾ ਹੈ ਹੁਣ ਮੈਨੂੰ ਇੱਥੇ ਹੀ ਕਰਨਾ ਪੈਣਾ ਮੈਂ ਜੋ ਵੀ ਕਰਨਾ ਮੈਂ ਇੱਥੇ ਹੀ ਕਰਨਾ ਫਿਰ ਇੱਥੇ ਕੀਤਾ ਹੋਇਆ ਵੀ ਤੁਸੀਂ ਸਮਝ ਲਓ ਕਿ ਲੋਕਡਾਊਨ ਤੋਂ ਪਹਿਲਾਂ ਪਹਿਲਾਂ ਜੋ ਵੀ ਆਪਣਾ ਘਰ ਦਿਆਂ ਜੋ 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 ਪੈਸਾ ਦੇਣਾ ਉਹ ਸਾਰੇ ਹੀ ਖਤਮ ਕਰ ਦਿੱਤਾ। ਕੁਲਮ ਲਾ ਕੇ ਤੁਹਾਨੂੰ ਰੱਬ ਨੇ ਨਹੀਂ ਜਾਣ ਦਿੱਤਾ। ਨਹੀਂ ਤੁਸੀਂ ਕਸਰ ਨਹੀਂ ਛੱਡੀ। ਕਸਰ ਨਹੀਂ ਮੈਂ ਕੋਈ ਛੱਡੀ। ਕਸਰ ਮੈਂ ਹਜੇ ਵੀ ਨਹੀਂ ਕੋਈ ਵੀ ਛੱਡਦਾ। ਹੁਣ ਮੈਂ ਆਪਣਾ ਵਰਲਡ ਟੂਰ ਲਾਉਣ ਲੱਗਾ। ਬੈਠੇ ਇੱਕ ਕੰਟਰੀ ਚ ਜਾਣ ਨੂੰ ਫਿਰਦਾ ਹਾਂ ਤੇ ਉਹ ਪਰ ਪਤਾ ਕੀ ਆ ਕਰਮਾਂ ਚ ਮੇਰੇ ਇਹ ਲਿਖਿਆ ਹੈ ਕਿ ਮੈਂ ਕੱਲੀ ਇੱਕ ਕੰਟਰੀ ਨਹੀਂ ਜਾਣਾ। ਮੈਂ ਸਾਰਾ ਵਰਲਡ ਹੀ ਘੁੰਮਣਾ। ਸਹੀ ਗੱਲ ਹੈ। ਇਹ ਭਾਜੀ ਜੋ ਹੁੰਦਾ ਨਾ ਇਹ ਸੱਚੀ ਉੱਪਰੋਂ ਲਿਖੀਆਂ ਗੱਲਾਂ ਆਉਂਦੀਆਂ ਵਾ ਇਹ ਤਾਂ ਹੀ ਕੰਮ ਜਿਹੜਾ ਹੁੰਦਾ ਹੁੰਦੇ ਆ। ਜੇ ਮੇਰੇ ਕਰਮਾਂ ਚ ਲਿਖਿਆ ਹੈ ਕਿ ਨਹੀਂ ਮੈਂ ਬਾਹਰ ਜਾ ਕੇ ਦਿਹਾੜੀ ਨਹੀਂ ਲਾਉਣੀ ਸਟਰਗਲ ਹੁੰਦੀ ਹਰ ਇੱਕ ਦੇ ਕੰਮ ਦੇ ਵਿੱਚ ਹੁੰਦੀ ਆ ਪਰ ਜਿਹੜਾ ਉਥੇ ਖਲੋ ਕੇ ਭਾਂਡੇ ਮਾਂਜਨੇ ਜਾਂ ਦਿਹਾੜੀਆਂ ਲਾਉਣੀਆਂ ਨਾ ਉਹ ਚੀਜ਼ਾਂ ਮੈਨੂੰ ਪਤਾ ਵਾ ਕਿ ਮੈਂ ਨਹੀਂ ਕਰ ਸਕਦਾ ਇਹ ਮੈਨੂੰ ਹੁਣ ਪਤਾ ਲੱਗਾ ਵਾ ਪਰ ਉਦੋਂ ਮੈਂ ਸੋਚਿਆ ਹੀ ਨਹੀਂ ਕਿ ਮੈਂ ਜਾ ਕੇ ਇਹ ਕੰਮ ਕਰਾਂਗਾ ਕਿ ਉਦੋਂ ਤੇ ਮੇਰੇ ਦਿਮਾਗ 'ਚ ਸੋਚ ਹੀ ਨਹੀਂ ਹੈਗੀ ਕਿ ਮੈਨੂੰ ਉਧਰ ਜਾ ਕੇ ਇਹ ਕਰਨਾ ਪੈਣਾ ਵਾ ਇੱਥੇ ਜਿਹੜਾ ਕੰਮ ਲੋਕੀ ਨਹੀਂ ਨਾ ਕਰਦੇ ਪਏ ਉਹ ਨਾ ਕਰਨ ਦਾ ਕਾਰਨ ਹੀ ਸਿੱਧਾ ਇਹ ਹੈਗਾ ਵਾ ਕਿਉਂਕਿ ਦੇਖੋ ਜਿਹੜੇ ਬੰਦੇ ਦੇ ਉੱਪਰ 10-15 ਲੱਖ ਰੁਪਏ ਦਾ ਕਰਜ਼ਾ ਵਾ ਨਾ ਮੈਂ ਜਦੋਂ ਪੁੱਛਦਾ ਵੀ ਹੈ ਬੱਚੇ ਗੱਲ ਦੱਸਦੇ ਕਹਿੰਦੇ ਭਾਜੀ ਯਾਰ 10-15 ਲੱਖ ਰੁਪਏ ਦੇ ਅੱਗੇ ਮੇਰਾ ਖਰਾਬ ਹੋਇਆ ਪਿਆ ਜਾਂ ਤੇ ਇੰਨਾ ਕੰਮ ਵਿੱਚ ਖਰਾਬ ਹੋ ਗਿਆ ਜਾਂ ਹੋਰ ਕਿਸ ਕਰਨ ਕਰਕੇ ਹੋ ਗਿਆ ਕਿੰਨਾ ਹੁਣ 15-20 ਲੱਖ ਇਹ ਵੀ ਚੁੱਕ ਕੇ ਤੇ ਲੋਨ ਲੱਗਾ ਵਾ ਜੇ ਇਹ ਵੀ ਚੁੱਕ ਕੇ ਮੈਂ ਇੱਥੇ ਲਾ ਲਿਆ ਗੱਲ ਨਾ ਬਣੀ ਤੇ ਫਿਰ ਮੇਰਾ ਕੰਮ ਖਰਾਬ ਹੋ ਜਾ ਕਿ ਫਿਰ ਤੇ ਮੈਂ ਕਿਸੇ ਜੋਗਾ ਹੀ ਨਹੀਂ ਰਿਹਾ ਬਾਹਰ ਦਾ ਇਹ ਤੇ ਪਤਾ ਨਾ ਇੱਕ ਵਾਰ ਬਾਹਰ ਹਰ ਇੱਕ ਬੰਦੇ ਨੇ ਨਾ ਆਪਣੀ ਇੱਕ ਐਗਜ਼ਾਮਪਲ ਸੈੱਟ ਕੀਤੀ ਹੁੰਦੀ ਆ ਆਪਾਂ ਆਪਣੇ ਆਪ ਨੂੰ ਉਸ ਬੰਦੇ ਦੇ ਨਾਲ ਕੰਪੇਅਰ ਕਰਦੇ ਆ ਜਿਹੜਾ ਬੰਦਾ ਕੁਝ ਨਾ ਕੁਝ ਜਿੰਨੇ ਖੱਟਿਆ ਹੁੰਦਾ ਏ ਕੰਮ ਦੇ ਵਿੱਚੋ ਜਿਹੜੇ ਬੰਦੇ ਨੇ ਵੱਡੀ ਤਗੜੀ ਕੋਠੀ ਪਾਈ ਹੁੰਦੀ ਘਰ ਦੇਆਂ ਨੂੰ ਗੱਡੀ ਲੈ ਕੇ ਦਿੱਤੀ ਹੁੰਦੀ ਆ ਆਪ ਵੀ ਬਾਹਰ ਪੂਰੀ ਐਸ਼ ਕਰਨ ਦੇਂਦਾ ਆਪਾਂ ਉਸ ਬੰਦੇ ਨਾਲ ਆਪਣੇ ਆਪ ਨੂੰ ਕੰਪੇਅਰ ਕਰਦੇ ਨਾ ਕਿ ਉਸ ਬੰਦੇ ਨਾਲ ਜਿਹੜਾ ਉਧਰ ਜਾ ਕੇ ਵਾਪਸ ਆ ਗਿਆ ਜਾਂ ਉਧਰ ਵਿਹਲਾ ਬੈਠਾ ਠੀਕ ਆ ਹਮੇਸ਼ਾ ਸਾਰੇ ਇਹਨੇ ਇੱਕ ਵਧੀਆ ਬੰਦੇ ਦੇ ਨਾਲ ਹੀ ਇੱਕ ਦੂਜੇ ਨਾਲ ਕੰਪੇਅਰ ਕਰਦੇ ਇਸ ਕਰਕੇ ਉਹਨਾਂ ਨੂੰ ਲੱਗਦਾ ਕਿ ਠੀਕ ਆ ਮੈਂ ਜਾਊਂਗਾ ਬਾਹਰ ਜੇ ਇਹਨੇ ਸਕੋਰਪੀ ਲੈਤੀ ਮੈਂ ਫੋਰਚਨਰ ਤੱਕ ਤੇ ਪਹੁੰਚ ਹੀ ਜਾਣਾ ਮੈਂ ਨਹੀਂ ਇਧਰ ਰਹਿਣਾ ਮੈਂ ਕੰਮ ਕਰ ਹੀ ਲੈਣਾ ਇਸ ਕਰਕੇ ਬਾਹਰ ਜਾਣਾ ਜ਼ਿਆਦਾ ਸੇਫ ਲ ਇਕੋ ਦੇ ਸੋਚੋ ਜਿਹੜੇ ਬੰਦੇ ਦੇ ਸਿਰ ਤੇ ਇੱਥੇ 10 ਲੱਖ ਰੁਪਏ ਦਾ ਕਰਜ਼ਾ ਵਾ ਉਹ ਮਹੀਨੇ ਦੀ ਹੁਣ ਜੇ 12ਵੀਂ ਕੀਤੀ ਉਹਨੇ ਕਿਹੜੀ ਜੋਬ ਮਿਲ ਜੂਗੀ ਉਹਨੂੰ ਕਿੰਨੇ ਕੁ ਤਨਖਾਹ ਦੀ ਮਿਲ ਜੂਗੀ ਮੈਂ ਕਹਿੰਦਾ ਐਮਏ ਬੀਏਡ ਵਾਲੇ ਨੂੰ ਨਹੀਂ ਮਿਲਦੀ 12ਵੇਂ ਰੁਪਏ ਮਿਲਨੀ ਹੈ ਬਿਲਕੁਲ ਤੁਸੀਂ ਸੋਚੋ ਹੁਣ ਮੇਰੇ ਕੋਲ ਵੀ ਬੜੇ ਜਾਣੇ ਐਮਏ ਬੀਏਡ ਵਾਲੇ ਕੰਮ ਕਰਦੇ ਆ ਮੈਂ ਫਾਰਮੇਸੀ ਕੀਤੀ ਹੈ ਪਰ ਮੈਂ ਬੰਦੇ ਆਪਣੇ ਰੱਖਦਾ ਪਿਆ ਜਿਨ੍ਹਾਂ ਨੇ ਐਮਏ ਬੀਏਡ ਕੀਤੀ ਉਸ ਤੋਂ ਵੀ ਵਧੀਆ ਬਿਜ਼ਨਸਮੈਨ ਹੋ ਗਏ ਨਾ ਹਾਂ ਚਲੋ ਮੈਂ ਉਹੀ ਨਾ ਕਿ ਮੈਂ ਬਿਜ਼ਨਸ ਕਰਦਾ ਪਿਆ ਹੁਣ ਹੁਣ ਮੈਂ ਬੰਦਿਆਂ ਨੂੰ ਰੱਖਦਾ ਪਿਆ ਪਰ ਮੈਂ ਚਾਹ ਕੇ ਵੀ ਉਹਨਾਂ ਨੂੰ 12-15000 ਤੋਂ ਵੱਧ ਆਪਣਾ ਸੈਲਰੀ ਥੋੜੀ ਦੇ ਸਕਦਾ ਤੇ ਜਿਹੜੇ ਬੰਦੇ ਦੇ ਸਿਰ ਤੇ 10-15 ਲੱਖ ਰੁਪਏ ਦਾ ਕਰਜ਼ਾ ਤੁਹਾਨੂੰ ਕੀ ਲੱਗਦਾ ਕਿ 10-15000 ਸੈਲਰੀ ਲਹੂਗਾ ਤੇ ਤੁਹਾਨੂੰ ਲੱਗਦਾ ਦੱਸ ਸਾਲਾ ਤੋਂ ਘੜਚੋ ਲਾ ਦੂ ਲਾਊਗਾ ਵੀ ਕਿਦਾਂ ਸਾਲ ਦਾ 1 ਲੱਖ 1.5 ਲੱਖ ਰੁਪਏ ਥੋੜੀ ਕਮਾਉਂਦਾ ਪਿਆ 10-15000 ਰੁਪਏ ਦੇ ਵਿੱਚ ਉਹ ਤੇ ਸਾਰਾ ਉਹਦਾ ਖਰਚਾ ਹੀ ਹੋ ਜਾਂਦਾ ਹਣਾ ਅੱਜ ਪਲੱਸ ਹੋ ਜਾਂਦਾ ਹਣਾ ਬਾਕੀ ਤੇ ਮਾਈਨਸ ਤੇ ਜਾਂਦਾ ਹਣਾ ਬਾਕੀ ਤੇ ਇਧਰ ਉਧਰ ਕਰ ਕਰਕੇ ਕਿਤੇ ਸਾਰਦਾ ਪਿਆ ਹਣਾ ਇੱਥੇ ਉਹ ਓਪਰਚ्युनिटीਜ਼ ਹੈਗੀਆਂ ਵਾ ਪਰ ਉਹ ਇਸ ਤਰੀਕੇ ਨਾਲ ਜੇ ਆਪਾਂ ਸੋਚ ਕੇ ਕਰੀਏ ਉਹ ਚੀਜ਼ ਹੈ ਕਿ ਆਪਾਂ ਕੀ ਕਰਨਾ ਕੀ ਆ ਦੇਖੋ ਪਤਾ ਕੀ ਆ ਭਾਜੀ ਜੋ ਜਿੱਥੋਂ ਤੱਕ ਮੈਨੂੰ ਲੱਗਦਾ ਨਾ ਬੰਦੇ ਨੂੰ ਜੋਬ ਨਹੀਂ ਕਦੀ ਵੀ ਕਰਨੀ ਚਾਹੀਦੀ ਬਿਜ਼ਨਸ ਕਰੇ ਬੰਦਾ ਪੱਕੀ ਗੱਲ ਪੱਕੀ ਗੱਲ 100% ਮੈਂ ਤੁਹਾਨੂੰ ਕਹਿੰਦਾ ਕਿ ਬਿਜ਼ਨਸ ਕਰੋਗੇ ਤੇ ਤਰੋਗੇ ਨਹੀਂ ਤੇ ਜਿੰਨੇ ਜਣੇ ਨੇ ਸੁਪਨੇ ਵੇਖੇ ਆ ਨਾ ਜੋ ਚੀਜ਼ ਆਪਾਂ ਸੋਚ ਕੇ ਰੱਖੀਆਂ ਜਿਹੜੀਆਂ ਆਪਾਂ ਰੀਲਾਂ ਸੇਵ ਕਰਕੇ ਰੱਖੀਆਂ ਵਾ ਕਿ ਫਿਊਚਰ ਚ ਜਾ ਕੇ ਆਹ ਕਰਨਾ ਇਦਾਂ ਕਰਨਾ ਉਹ ਨਹੀਂ ਪੋਸੀਬਲ ਹੈਗਾ ਕਿਤੇ ਨਹੀਂ ਪੋਸੀਬਲ ਜੇ ਤੁਸੀਂ ਜੋਬ ਕਰਦੇ ਜੇ ਬਿਜ਼ਨਸ ਕਰੋਗੇ ਤੇ ਤਾਂ ਹੀ ਤਰ ਸਕਦੇ ਜੇ ਜੋਬ ਤੋਂ ਕਿਹ ਦੇਖੋ ਜੇ ਜੋਬ ਵਧੀਆ ਕਰਨੀ ਬੇਨਾ ਫਿਰ ਪੜ੍ਹਾਈ ਵੀ ਓਡੀ ਕਰੋ ਤੁਹਾਨੂੰ ਕੀ ਲੱਗਦਾ ਕਿ 12ਵੀਂ ਤੋਂ ਵੱਧ ਕੇ ਨਾ ਪੜ੍ਹਾਈ ਕੀਤੀ ਪਿੱਛੇ ਵੇਖਿਆ ਹੈ ਨਾ ਕਿੰਨੇ ਕਾਲਜ ਯੂਨੀਵਰਸਿਟੀਆਂ ਖਾਲੀ ਹੋ ਗਈਆਂ ਹੈ ਕਿਤੇ ਕੋਈ ਬੱਚਾ ਹੀ ਨਹੀਂ ਹੈਗਾ ਹੁਣ ਬੱਚੇ ਗਏ ਆ ਉੱਥੇ ਹੁਣ ਐਡਮਿਸ਼ਨਾਂ ਲੱਗੀ ਆ ਇਸ ਕਰਕੇ ਆਪਣਾ ਜੇ ਤੇ ਇੰਡੀਆ ਜੇ ਕਰਨਾ ਜਾਂਦੇ ਟਰਾਈ ਕਰੋ ਕਿ ਛੋਟੇ ਮੋਟੇ ਬਿਜ਼ਨਸ ਤੋਂ ਸਟਾਰਟਿੰਗ ਕਰ ਦੋ ਜੇ ਨਹੀਂ ਬਿਜ਼ਨਸ ਤੋਂ ਡਰ ਲੱਗਦਾ ਪਹਿਲਾਂ 2-4 ਮਹੀਨੇ ਉੱਥੇ ਤਹੀ ਆਪਣੀ ਜੋਬ ਕਰ ਲਓ ਸਿੱਖਣ ਲਈ ਜੋ ਕਰ ਲੋ ਐਕਸਪੀਰੀਅੰਸ ਲੈ ਲੈ ਹਾਂ ਤੇ ਭਾਜੀ ਜੇ ਕੁਝ ਸਿੱਖਿਆ ਹੋਊਗਾ ਤੀ ਇੱਥੇ ਵੀ ਤਰਜੋਗੇ ਤੇ ਬਾਹਰ ਵੀ ਤਰਜੋਗੇ ਕਿਉਂਕਿ ਬੰਦਾ ਹਮੇਸ਼ਾ ਜੇ ਬਾਹਰ ਕੰਮ ਘੱਟ ਵੀ ਆ ਨਾ ਪਰ ਮੈਨੂੰ ਦੇਖੋ ਮੈਂ ਆਪਣਾ ਕੰਮ ਮੇਰਾ ਬਾਹਰ ਚੱਲਦਾ ਮੇਰਾ ਕੋਈ ਬਿਜ਼ਨਸ ਹੋਊਗਾ ਬਾਹਰ ਮੈਂ ਤਾਂ ਉਸੇ ਬੰਦੇ ਨੂੰ ਆਪਣੇ ਕੋਲ ਰੱਖੂਗਾ ਨਾ ਜਿਹਨੂੰ ਕੰਮ ਹੁੰਦਾ ਮੇਰੇ ਸਾਹਮਣੇ ਦੋ ਬੰਦੇ ਖੜੇ ਆ ਇੱਕ ਨੂੰ ਕੰਮ ਹੁੰਦਾ ਇੱਕ ਨੂੰ ਨਹੀਂ ਹੁੰਦਾ ਮੈਂ ਕਿਨੂੰ ਰੱਖੂਗਾ ਆਬਵੀਅਸਲੀ ਉਹਨੂੰ ਰੱਖੂਗਾ ਜਿਹਨੂੰ ਕੰਮ ਹੁੰਦਾ ਮੈਂ ਦੂਜੇ ਨੂੰ ਕਾਤੋਂ ਰੱਖਾਂ ਕਿ ਮੈਨੂੰ ਪਹਿਲਾਂ ਇਹਨੂੰ ਕੰਮ ਸਿਖਾਉਣਾ ਪੈਣਾ ਇਹ ਇਸ ਕਰਕੇ ਆਪਣਾ ਹਰ ਇੱਕ ਬੰਦਾ ਸੇਫ ਸਾਈਡ ਲੈ ਕੇ ਚੱਲਦਾ ਵਾ ਸੋ ਇਹ ਚੀਜ਼ ਤੁਹਾਡੇ ਉੱਪਰ ਡਿਪੈਂਡ ਕਰਦੀ ਹੈ ਕਿ ਤੁਸੀਂ ਕਿੱਦਾਂ ਕਰਨਾ ਮਤਲਬ ਪਹਿਲਾਂ ਲਰਨ ਫਿਰ ਅਰਨ ਬਿਲਕੁਲ 100% ਇਹੀ ਚੀਜ਼ ਆ ਕਿ ਤੁਹਾਨੂੰ ਦੇਖੋ ਅੱਜ ਦੇ ਟਾਈਮ ਦੇ ਵਿੱਚ ਤੇ ਭਾਜੀ ਬਾਹਰ ਇਹੀ ਰਹਿ ਗਿਆ ਜੇ ਜੇ ਤੁਹਾਡੇ ਕੋਲ ਸਕਿੱਲ ਹੈਗੀ ਆ ਤੇ ਤੁਹਾਡਾ ਬਾਹਰ ਜਾਂਦਾ ਬੈਨੀਫਿਟ ਹੈਗਾ ਜੇ ਸਕਿੱਲ ਨਹੀਂ ਨਾ ਹੈਗੀ ਦਿਹਾੜੀਆਂ ਨਹੀਂ ਮਿਲਦੀਆਂ ਪਈਆਂ ਬਾਹਰ ਇਹ ਪੱਕੀ ਗੱਲ ਹੈ ਕਿ ਦੇਹੜੀ ਕਹਿੰਦੇ ਬਈ ਕੈਨੇਡਾ ਦਾ ਬੁਰਾ ਹਾਲ ਹੈ ਕਹਿੰਦੇ ਕੰਮ-ਕੁਮ ਨਹੀਂ ਮਿਲਦਾ ਭਾਜੀ ਨਹੀਂ ਐਡਾ ਨਹੀਂ ਬੁਰਾ ਹਾਲ ਹੈਗਾ ਕੋਈ ਵੀ ਐਡਾ ਕਹਦੇ ਸੋਸ਼ਲ ਮੀਡੀਆ ਦੇਖ ਲੋ ਕਹਿੰਦੇ ਆਏ ਹੋ ਨਾ ਹੱਥ ਜੰ ਬੰਨੇ ਕਿਸੇ ਦਾ ਨੋ ਫੋਨ ਮਾਰ ਲੋ ਕਿ ਜੇ ਉਹ ਕਹਿੰਦੇ ਆਈ ਨਾ ਮਰ ਜਾਏਗਾ ਤੇ ਆਗੇ ਤੇ ਇੱਕ ਚੀਜ਼ ਸੋਚੋ ਕਿ ਜਿਹੜੇ ਬੰਦੇ ਦੇ ਕੋਲ ਕੰਮ ਨਹੀਂ ਹੈਗਾ ਉਹੀ ਬੰਦਾ ਵੀਡੀਓ ਪਾਉਂਦਾ ਪਿਆ ਤੁਹਾਨੂੰ ਕੀ ਲੱਗਦਾ ਕਿ ਜਿਹੜੇ ਬੰਦੇ ਦਾ ਬੜਾ ਵਧੀਆ ਸਰਦਾ ਪਿਆ ਕਦੀ ਕਿਸੇ ਦੀ ਵੀਡੀਓ ਵੇਖੀ ਕਿ ਮੈਨੂੰ 1 ਲੱਖ 1.5 ਲੱਖ ਰੁਪਏ ਬਚਦਾ ਪਿਆ ਇੱਥੇ ਤੇ ਬੜਾ ਮੇਰੀ ਵਧੀਆ ਗੱਲ ਹੋਈ ਪਈ ਪੋਜ਼ਿਟਿਵ ਜਿਹੜਾ ਹੁੰਦੀ ਹੈ ਨਾ ਚੀਜ਼ ਉਹ ਨਹੀਂ ਹੁੰਦੀ ਸੋਸ਼ਲ ਮੀਡੀਆ ਦੇ ਉੱਪਰ ਹਮੇਸ਼ਾ ਨੈਗੇਟਿਵ ਚੀਜ਼ਾਂ ਹੀ ਹੁੰਦੀਆਂ ਪਈਆਂ ਮੰਨਿਆ ਕਿ ਕੰਮ ਦੀ ਘਾਟ ਹੈ ਤੇ ਹੁਣ ਉਹਨੂੰ ਸੈੱਟ ਕਿੱਦਾਂ ਕੀਤਾ ਜਾਵੇ ਉਹ ਵੀ ਤਾਂ ਆਪਾਂ ਹੀ ਕਰਾਂਗੇ ਇਹ ਥੋੜੀ ਹੋਵੇ ਕੈਨੇਡਾ ਤੇ ਉੱਥੇ ਦੁਕਾਨਦਾਰ ਨੇ ਸਾਰਿਆਂ ਨੂੰ ਸ਼ਟਰ ਮਾਰਤੇ ਆ ਕਿਤਨਾ ਨਕਰ ਦੇ ਵਿੱਚ ਬੰਦੇ ਰਹਿੰਦੇ ਪੈਂਦੇ ਆ ਉੱਥੇ ਹੀ ਦੋ ਤਿੰਨ ਉੱਥੇ ਦੋ ਜਿਹੜਾ ਇੱਕ ਬੰਦਾ ਵਾ ਉਹ ਦੋ ਦੋ ਤਿੰਨ ਤਿੰਨ ਜੋਬਾ ਕਰਦਾ ਪਿਆ ਵਾ ਤੇ ਇੱਕ ਬੰਦਾ ਜਿਹੜਾ ਚਿੱਟਾ ਵਿਹਲਾ ਬੈਠਾ ਵਾ ਤੇ ਇੱਕ ਬੰਦੇ ਨੂੰ ਆਏ ਨੂੰ ਹਜੇ ਇਸ ਨੂੰ ਮਹੀਨਾ ਹੋਣੀਆਂ ਐਨੂੰ ਜੋਬ ਮਿਲ ਗਈ ਇੱਕ ਬੰਦੇ ਨੂੰ ਸਾਲ ਹੋ ਗਿਆ ਤੇ ਕੋਈ ਕੰਮ ਨਹੀਂ ਮਿਲਿਆ ਮੇਰਾ ਛੋਟਾ ਭਰਾ ਬਾਹਰ ਗਿਆ ਤਿੰਨ ਜੋਬਾ ਕਰਦਾ ਵੇ ਪੜ੍ਹਾਈ ਵਧੀਆ ਸੀ ਉਹਦੀ ਜਾਂਦੇ ਕੋਲੇਜ ਵਾਲਿਆਂ ਨੇ ਉਹਨੂੰ ਉੱਥੇ ਜੋਬ ਦੇ ਦਿੱਤੀ ਕਿ ਤੂੰ ਬੱਚੇ ਨੂੰ ਟਿਊਸ਼ਨ ਦੇ ਟਿਊਸ਼ਨ ਦੇਣ ਲੱਗ ਪਿਆ ਤੂੰ ਹੀ ਉਧਰ ਜਾਂਦੇ ਜੇ ਤੂੰ ਉਧਰ ਜਾ ਕੇ ਸਮਝ ਲਓ ਕਿ ਆਪਣੀ ਟਿਊਸ਼ਨ ਦੇਣ ਲੱਗ ਪੋ ਜਿਹਦਾ ਦੀ ਪੜ੍ਹਾਈ ਵਧੀਆ ਕਿਉਂ ਨਾ ਚੱਲੂਗਾ ਤੁਹਾਨੂੰ ਜੇ ਕੋਈ ਖਾਣਾ ਬਣਾਉਣਾ ਆਉਂਦਾ ਵਾ ਉੱਥੇ ਅਗਰ ਰੋਟੀ ਬਣਾਉਣ ਲੱਗ ਪੋ ਜੇ ਤੂੰ ਆਪਣਾ ਉੱਥੇ ਸਮਝ ਲਓ ਕਿ ਇੱਥੇ ਟੀਫਨ ਦੇ ਸਕਦੇ ਜੇ ਸਮਝ ਲਓ ਮੈਂ ਟੀਫਨ ਬੜੀ ਨੇ ਨੇ ਕਹਿਣਾ ਕਿ ਉਹ ਇਦਾਂ ਨਹੀਂ ਤੁਹਾਨੂੰ ਕਹਿਣ ਚੀ ਸੋਖਾ ਲੱਗਦਾ ਵਾ ਜੀ ਸੋਖਾ ਲੱਗਦਾ ਵਾ ਤੇ ਤੁਸੀਂ ਸੋਖਾ ਬਣਾ ਲਓ ਉਹਨੂੰ ਕਿਉਂਕਿ ਮੈਂ ਜੇ ਤੁਹਾਨੂੰ ਕਹਿਣਾ ਪਿਆ ਵਾ ਕੁਝ ਨਾ ਕੁਝ ਤੇ ਆਪਾਂ ਸੋਚ ਕੇ ਕਰ ਹੀ ਸਕਦੇ ਹੁਣ ਮੇਰਾ ਭਾਜੀ ਇੱਕ ਦੋਸਤ ਹੀ ਉਹਨੇ ਕੀ ਕੀਤਾ ਇੱਕ ਨਾ ਤੁਸੀਂ ਵੀਡੀਓ ਵੀ ਸ਼ਾਇਦ ਦੇਖੀ ਹੋਗੀ ਅੰਮ੍ਰਿਤਸਰ ਦੀ ਇੱਕ ਵੀਡੀਓ ਪਈ ਇੱਕ ਗੱਡੀ ਦੇ ਵਿੱਚ ਹੀ ਬੰਦੇ ਨੇ ਨਾ ਸੈਟਅਪ ਲਾਇਆ ਹੈ ਗੱਡੀ ਤੋਂ ਹੋਂ ਦਾ ਜਗਾਰਡ ਜਿਆ ਲਾਇਆ ਸੀ ਕਿ ਉਹਦੇ ਵਿੱਚ ਹੀ ਸਾਰੇ ਟੱਬ ਵਗੈਰਾ ਦੇ ਪਏ ਸਾਰੇ ਉਹਨੇ ਮਟੀਰੀਅਲ ਲੈ ਕੇ ਰੱਖਿਆ ਤੇ ਉਹ ਹੋਮ ਸਰਵਿਸ ਦਿੰਦਾ ਹੋਮ ਡਿਲੀਵਰੀ ਕਿ ਤੁਸੀਂ ਮੈਨੂੰ ਘਰੇ ਸੱਦੋ ਕਰੀ ਆ ਕੇ ਮੈਂ ਡਾਡੀ ਗੱਡੀ ਤੋਂ ਹੋ ਉਹ ਮੇਰੇ ਸ਼ਹਿਰ ਦੇ ਵਿੱਚ ਹੋਊਗਾ ਨਾ ਮੈਂ 100% ਉਹਨੂੰ ਸੱਦੂਗਾ ਕਿ ਆ ਕੇ ਯਾਰ ਮੇਰੀ ਗੱਡੀ ਧੋ ਜਾ ਕਿਉਂਕਿ ਮੇਰੇ ਕੋਲ ਐਡਾ ਟਾਈਮ ਨਹੀਂ ਹੈ ਨਾ ਪਹਿਲਾਂ ਮੈਂ ਜਾਵਾਂ 1-2 ਘੰਟੇ ਇੱਥੇ ਰੁਕਾਂ ਤੇ ਗੱਡੀ ਧਵਾਵਾਂ ਜਾਂ ਮੈਂ ਕਿਸੇ ਨੂੰ ਕਹਾਂ ਕਿੰਨੇ ਗੱਲ ਮੰਨਣੀ ਹੈ ਉਹ ਆਪਣਾ ਹੁਣ ਜੇ ਬੰਦਾ ਬਾਹਰ ਆ ਹੂੰ ਬਾਹਰ ਜਾ ਕੇ ਆਪਣਾ ਇੱਕ ਛੋਟਾ ਜਿਹਾ ਸੈਟਅਪ ਲਾ ਲੈ ਗੱਡੀ ਧੋਂ ਦਾ ਸਿੱਧਾ ਆਪਣੇ ਇੰਸਟਾਗ੍ਰam ਦੇ ਉੱਪਰ ਜਾਂ ਆਪਣੇ 11 ਦੋਸਤਾਂ ਨੂੰ ਕੁਝ ਨਾ ਕੁਝ 10-15 ਉਹਨੂੰ ਬੰਦੇ ਜਾਣਦੇ ਹੋਣਗੇ ਤੇ ਕੁਝ ਬੰਦੇ ਉਹਦੇ ਲੱਗੇ ਰਹਿੰਦੇ ਹੋਣਗੇ ਜਾਂ ਕਿਤੇ ਨਾ ਕਿਤੇ ਕੋਈ ਨਾ ਕੋਈ ਲਿੰਕ ਤੇ ਬਣੂ ਗਈ ਸਾਰਿਆਂ ਨੂੰ ਇੱਕ ਕਾਰਡ ਦੇਈ ਜਾਵੇ ਕਿ ਭਾਜੀ ਜੇ ਗੱਡੀ ਤੁਹਾਨੂੰ ਨਹੀਂ ਹੁੰਦੀ ਨਾ ਉਹ 15 ਡਾਲਰ ਲੈਂਦੇ ਜੇ ਮੈਂ 7.5 ਲਵਾਂਗਾ ਮੈਂ ਤੋ ਦੂੰਗਾ ਘਰੇ ਆ ਕਿਦਾਂ ਤੋ ਦੂੰਗਾ ਨੀ ਜਾਂ ਗੱਡੀ ਲੈ ਜਾਊਂਗਾ ਘਰੇ ਆ ਕੇ ਧਵਾ ਕੇ ਤੇ ਬਾਅਦ ਫਿਰ ਇੱਥੇ ਛੱਡ ਜਾਊਂਗਾ ਜੇ ਆਪਾਂ ਇਹ ਵੀ ਕਰਨ ਲੱਗ ਪਈਏ ਕੰਮ ਤੇ ਮਿਲ ਗਿਆ ਨਾ ਤੇ ਇਹੀ ਆਪਾਂ ਕਿ ਹੈ ਵਾਸ਼ਿੰਗ ਸ਼ੈਂਟ ਦਾ ਸੈਂਟਰ ਦੇ ਉੱਪਰ ਜਾ ਕੇ ਕੰਮ ਕਰਾਂਗੇ ਤੇ ਉੱਥੇ ਤੇ ਤੁਹਾਨੂੰ ਸਿਰਫ ਉਹੀ ਤਨਖਾਹੀ ਮਿਲਣੀ ਆ ਤੇ ਉਹੀ ਡਾਲਰ ਹੀ ਮਿਲਣੇ ਤੇ ਉਹ ਵੀ ਕੈਸ਼ ਜੇ ਤੁਹਾਨੂੰ ਕੈਸ਼ ਮਿਲਦੇ ਆ ਕਿੰਨੇ ਕੁ ਮਿਲ ਜਾਣਗੇ ਅਗਲੇ ਆਣੇ ਸਿੱਧਾ ਹੀ ਵੇਖੋ ਕੈਸ਼ ਵਾਲਿਆਂ ਨੂੰ ਤੇ ਉਹਨਾਂ ਨੇ ਘੱਟ ਹੀ ਦੇਣੇ ਆ ਉਹਨਾਂ ਨੂੰ ਪਤਾ ਵਾ ਕਿ ਇੱਕ ਨੰਬਰ 'ਚ ਕੰਮ ਨਹੀਂ ਕਰਦਾ ਭਾਈ ਤੇ ਦੋ ਨੰਬਰ 'ਚ ਤੇ ਤੁਹਾਨੂੰ ਓਨੀ ਕਮਾਈ ਦੇਣ ਨਹੀਂ ਲੱਗੇ ਉਹ ਇਸ ਕਰਕੇ ਤੁਸੀਂ ਆਪਣਾ ਉਹਨਾਂ ਦੇ ਆਈਡੀਆ ਸੁਣ ਕੇ ਇੰਨਾ ਹੈਰਾਨ ਆ ਤੁਸੀਂ ਇਮੀਗ੍ਰੇਸ਼ਨ ਤੁਸੀਂ ਮਤਲਬ ਇਮੀਗ੍ਰੇਸ਼ਨ ਦੇ ਨਾਲ ਆਪਣੇ ਉਹਨੇ ਜੋੜਦੇ ਹਾਂ ਤੁਸੀਂ ਇਮੀਗ੍ਰੇਸ਼ਨ ਵਾਲੇ ਬੰਦੇ ਹੈ ਨਹੀਂ ਭਾਜੀ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਮੈਂ ਇਮੀਗ੍ਰੇਸ਼ਨ ਦਾ ਕੰਮ ਪਤਾ ਕਿ ਕਰਦਾ ਪਿਆ ਮੈਨੂੰ ਪੈਸੇ ਬਚਦੇ ਪਏ ਠੀਕ ਆ ਮੈਨੂੰ ਪੈਸੇ ਨਾ ਬਚਦੇ ਪਏ ਕਿ ਮੈਂ ਕਦੋਂ ਕਰੂੰਗਾ ਇਹ ਵਾਲਾ ਕੰਮ ਬਲਕਿ ਤੁਹਾਨੂੰ ਆਈਡੀਆ ਬੜੇ ਆਣਦੇ ਆ ਤੁਸੀਂ ਗੱਲ-ਗੱਲ ਚ ਆਈਡੀਆ ਕੱਢ ਲੈਂਦੇ ਵੀ ਇਦਾਂ ਪੈਸੇ ਕਮਾ ਸਕਦੇ ਇਦਾਂ ਤੁਹਾਡੇ ਉਂਗਲੀਆਂ ਤੇ ਨੇ ਸਾਰੇ ਭਾਜੀ ਬਹੁਤ ਸਾਰੇ ਆਈਡੀਆ ਹੈਗੇ ਆ ਬੰਦਾ ਆਪ ਵੀ ਇਹ ਆਈਡੀਆ ਕੱਢ ਸਕਦਾ ਵਾ ਸਿਰਫ ਬੰਦਾ ਕਰਨਾ ਨਹੀਂ ਚਾਹੁੰਦਾ ਆਪਾਂ ਇਹ ਸੋਚਦੇ ਪਏ ਕਿ ਜਿਹੜੇ ਬੰਦੇ ਨੇ ਪਹਿਲਾਂ 10 ਸਾਲ ਪਹਿਲਾਂ ਇਹ ਕੰਮ ਕਰਕੇ ਕਮਾਈ ਕੀਤੀ ਕਰਦਨ ਕੀਤੀ ਆਪਾਂ ਵੀ ਅੱਜ ਉਹੀ ਲੀ ਤੇ ਤੁਰਕੇ ਤੇ ਪਾਓ ਕਰੀਏ ਕਿ ਮੇਰੇ ਭਰਾ ਨੇ ਮੈਨੂੰ ਇਹ ਸਿਖਾਇਆ ਵਾ ਉਹ 10 ਸਾਲ ਪਹਿਲਾਂ ਹੀ 10 ਸਾਲ ਬਾਅਦ ਅੱਜ ਕਿਹੜਾ ਜਮਾਨਾ ਚੱਲਦਾ ਪਿਆ ਅੱਜ ਕੁਝ ਹੋਰ ਚੱਲਦਾ ਪਿਆ ਵਾ ਤੁਹਾਡੇ ਕੋਲ 100 ਕੰਮ ਕਰਨ ਨੂੰ ਹੈ ਕਿਉਂਕਿ ਆਪਾਂ ਪਤਾ ਕਿ ਇੱਕ ਹੀ ਰੱਟ ਫੜੀ ਆ ਬਾਹਰ ਜਾਣਾ ਲਾਇਸੈਂਸ ਬਣਾਉਣਾ ਜਿੱਦਨ ਲਾਇਸੈਂਸ ਬਣੂਗਾ ਉਸ ਦਿਨ ਮੈਂ ਆਪਣਾ ਟਰੱਕ ਚਲਾਉਂਗਾ ਠੀਕ ਆ ਤੇ ਉਹ ਚੀਜ਼ਾਂ ਪੋਸੀਬਲ ਨਹੀਂ ਰਹਿ ਗਈਆਂ ਅੱਗੇ ਕੀ ਹੁੰਦਾ ਸੀ ਲੋਕੀ ਕੈਨੇਡਾ ਜਾਂਦੇ ਸੀ ਕੈਨੇਡਾ ਜਾ ਕੇ ਕੀ ਕਰਨਾ ਇਹਨਾਂ ਨੇ ਸਟੱਡੀ ਵੀਜ਼ਾ ਦੇ ਉੱਪਰ ਉੱਥੇ ਜਾ ਕੇ ਤੇ ਆਪਣੇ ਸਟੱਡੀ ਨਹੀਂ ਕਰਨੀ ਇਹਨਾਂ ਨੇ 2 ਸਾਲ ਕੈਸ਼ ਦੇ ਉੱਪਰ ਕੰਮ ਕਰਦੇ ਰਹਿਣਾ ਕਰਦੇ ਰਹਿਣਾ ਕਿ ਕਾਲਜ ਨਾ ਜਾਣਾ ਪੈ ਜੇ ਕੀ ਲੋਡ ਪਈ ਐ ਮੇਰੇ ਕੋਲ ਜਾਂਦੀ ਜਦੋਂ ਇਹਨਾਂ ਦਾ ਆਪਣਾ ਵੀਜ਼ਾ ਮੁੱਕਨ ਤੇ ਆਉਂਦਾ ਸੀ ਦੁਬਾਰਾ ਤੋਂ ਨਵੇਂ ਕਾਲਜ ਦੇ ਵਿੱਚ ਆਪਣੀ ਐਡਮਿਸ਼ਨ ਕਰਵਾਉਂਦੇ ਸੀ ਤੇ ਫਿਰ ਸਟੱਡੀ ਕਰਨ ਲੱਗ ਪੈਂਦੇ ਫਿਰ ਇਹਨਾਂ ਦਾ ਪਰਮਿਟ ਜਿਹੜਾ ਹੈਗਾ ਵੱਜ ਜਾਂਦਾ ਸੀ ਅੱਜ ਸਰਕਾਰ ਨੇ ਰੂਲ ਹੀ ਖਤਮ ਕਰਤਾ ਹੁਣ ਤੁਸੀਂ ਆਪਣਾ ਕਾਲਜ ਸਵਿਚ ਹੀ ਨਹੀਂ ਕਰ ਸਕਦੇ ਕਾਲਜ ਸਵਿਚ ਕਰੋਗੇ ਤੇ ਤੁਹਾਨੂੰ ਦੁਬਾਰਾ ਤੋਂ ਆਪਣੀ ਫਾਈਲ ਜਿਹੜੀ ਹੈਗੀ ਅਪਲਾਈ ਕਰਨੀ ਪਊਗੀ ਤੇ ਉਹਨਾਂ ਨੇ ਵੇਖਣਾ ਕਿ ਤੁਸੀਂ ਪਹਿਲੇ 2 ਸਾਲ ਕੀ ਕਰਦੇ ਰਹੇ ਜੇ ਨੇ ਨਹੀਂ ਪੜਾਈ ਕੀਤੀ ਸਿੱਧਾ ਚੁੱਕ ਕੇ ਉਹਨਾਂ ਨੇ ਬਾਹਰ ਮਾਰਨਾ ਤੁਹਾਨੂੰ ਕਿ ਤੇ ਹੀ ਤਿੰਨ ਚਾਰ ਮਹੀਨੇ ਦਵਾਦੇ ਇੱਥੇ ਕੱਢ ਹੀ ਨਹੀਂ ਸਕਦੇ ਸਾਰੇ ਰੂਲ ਚੇਂਜ ਹੁੰਦੇ ਪਏ ਆ ਸਪਾਊਸ ਵੀਜ਼ਾ ਵਾ ਕੁੜੀਆਂ ਜਾਂਦੀਆਂ ਹੀ ਬਾਹਰ ਆਪਣੇ ਘਰ ਦੇ ਅਨਸਾਦਾਂ ਲੈਂਦੀਆਂ ਹੀ ਘਰ ਦੇ ਸਾਦਲਣਦੀਆਂ ਹੀ ਹਾਂ ਸਾਦੀਆਂ ਹੀ ਘਰ ਜਾਂ ਵੇਖੋ ਪਾਜੀ ਜਿਆਦਾਤਰ ਦੇਖੋ ਪਾਜੀ ਨਿਊਜ਼ੇ ਹੀ ਮਿਲਦੀ ਹੈ ਵੀ ਕੁੜੀ ਚਲੇ ਗਈ ਪੁੱਛੇ ਮੁੰਡੇ ਨੂੰ ਬੁਲਾਇਆ ਨਹੀਂ ਪਾਜੀ ਦੇਖੋ ਮੇਰੇ ਕੋਲ ਵੀ ਇਦਾਂ ਦੇ ਬੜੇ ਕੇਸ ਆਏ ਆ ਚਲੋ ਦੇਖੋ ਜਿੱਥੇ ਤੇ ਆਪਣਾ ਇਹ ਆਪਾਂ ਸਾਰੀਆਂ ਨਹੀਂ ਕਹਿ ਸਕਦੇ ਕਿਤੇ ਆ ਕਿਉਂਕਿ ਦੇਖੋ ਜਿੱਥੇ ਹੋਇਆ ਉਹਦੀ ਨਿਊਜ਼ ਹੀ ਫੈਲੀ ਹੈ ਨਾ ਤੇ ਹੀ ਨਿਊਜ਼ਾ ਕਿੰਨੀਆਂ ਸੁਣੀਆਂਗੇ 10 15 20 ਸੋ ਸੁਣੀਆਂਗੇ ਨਾ ਕੁੜੀਆਂ ਤੇ ਲੱਖਾਂ ਗਈਆਂ ਆ ਆਪਾਂ ਹੁਣ ਲੱਖਾਂ ਚ ਜੀ ਸੋ ਜਾਣੇ ਨੇ ਇਹ ਕੀਤਾ ਤੇ ਜ਼ਰੂਰੀ ਥੋੜੀ ਆਪਾਂ ਲੱਖਾਂ ਨੂੰ ਬਦਨਾਮ ਕਰ ਦਾਂਗੇ ਕਰਦੀਆਂ ਨੇ ਇਦਾਂ ਹਾਂ 100% ਕਰਦੀ ਮੈਂ ਤੁਹਾਨੂੰ ਦੱਸਦਾ ਮੈਨੂੰ ਨਾ ਆਪਣਾ ਲਾਸਟ ਵੀਕ ਹੀ ਇੱਕ ਕਾਲ ਆਈ ਉਹਦੇ ਵਿੱਚ ਉਹ ਕੁੜੀ ਨੇ ਕੀ ਕੀਤਾ ਕਿ ਕਹਿੰਦੀ ਕਿ ਸਰ ਮੈਂ ਨਾ ਆਪਣੇ ਬੋਏਫ੍ਰੈਂਡ ਨੂੰ ਇੱਥੇ ਸੱਦਣਾ ਵਾਂ ਆਪਣੇ ਕੋਲ ਕੈਨੇਡਾ ਦੇ ਵਿੱਚ ਮੈਂ ਕਿਹਾ ਚਲੋ ਠੀਕ ਆ ਮੈਂ ਕੋਈ ਗੱਲ ਨਹੀਂ ਮੈਂ ਆਪਣੀ ਇਨਵੀਟੇਸ਼ਨ ਲੈਟਰ ਭੇਜ ਦਿਓ ਤੇ ਮੈਂ ਤੁਹਾਨੂੰ ਇਨਵਿਟੇਸ਼ਨ ਲੈਟਰ ਦਾ ਮੈਟਰ ਪ੍ਰੋਵਾਈਡ ਕਰ ਦਾਂਗਾ ਤੁਸੀਂ ਤੇ ਬਾਕੀ ਆਪਣੇ ਕੁਝ ਡਾਕੂਮੈਂਟਸ ਭੇਜ ਦਿਓ ਤੇ ਉਹਦਾ ਇਹ ਕਹਿਣਾ ਹੀ ਹੂੰ ਕਿ ਸਰ ਬੁਆਏਫ੍ਰੈਂਡ ਨੂੰ ਤੇ ਮੈਂ ਸਦਨਾਵਾ ਪਰ ਮੈਂ ਮੈਰਿਡ ਹੂੰ ਮੈਨੂੰ ਇਹ ਲੱਗਾ ਕਿ ਚਲ ਜਿੱਦਾਂ ਬੁਆਏਫ੍ਰੈਂਡ ਗਰਲਫ੍ਰੈਂਡ ਇੱਕ ਦੂਜੇ ਨੂੰ ਸਾਧਦੇ ਆ ਉਹ ਚੱਕਰ ਦੇ ਵਿੱਚ ਉਹਨੇ ਕੁੜੀ ਨੇ ਆਪਣੇ ਬੁਆਏਫ੍ਰੈਂਡ ਨੂੰ ਸਦਨਾ ਹੋਊਗਾ ਉਹ ਕੁੜੀ ਦਾ ਵਿਆਹ ਵੀ ਹੋਇਆ ਏ ਤੇ ਉਹ ਕੁੜੀ ਦਾ ਉਹਨੇ ਜੇ ਆਪਣੇ ਹਸਬੰਦ ਨੂੰ ਨਹੀਂ ਸਦਿਆ ਉਹਨੇ ਆਪਣੇ ਬੁਆਏਫ੍ਰੈਂਡ ਨੂੰ ਸਦ ਲਿਆ ਕਿਉਂ ਉਹਦਾ ਸਿੱਧਾ ਸਿੱਧਾ ਕਾਰਨ ਮੈਂ ਤੁਹਾਨੂੰ ਦੱਸ ਦਾਂ ਕਿਉਂਕਿ ਉੱਥੇ ਸਟਾਰਟਿੰਗ ਦੇ ਵਿੱਚ ਕੁੜੀ ਮੁੰਡੇ ਦਾ ਵਿਆਹ ਨਹੀਂ ਹੋਇਆ ਗਰਲਫ੍ਰੈਂਡ ਬॉयਫ੍ਰੈਂਡ ਦਾ ਵਿਆਹ ਨਹੀਂ ਹੋਇਆ ਕਿਉਂਕਿ ਦੋਨੋਂ ਹੀ ਪਾਰਟੀਆਂ ਵੀਕ ਸੀ ਦੋਵੇਂ ਹੀ ਯਾਨੇ ਪੈਸੇ ਨਹੀਂ ਲਾ ਸਕਦੇ ਬਾਹਰ ਜਾਣ ਵਾਸਤੇ ਇੱਕ ਨਵਾਂ ਮੁਰਗਾ ਲੱਭਾ ਜਿਹੜਾ ਪੈਸੇ ਲਾ ਸਕਦਾ ਸੀ ਹੁਣ ਬॉयਫ੍ਰੈਂਡ ਗਰਲਫ੍ਰੈਂਡ ਨੇ ਇਹ ਪਲਾਨ ਬਣਾ ਲਿਆ ਕਿ ਆਪਾਂ ਇਹ ਕੰਮ ਕਰਦੇ ਆ ਕਿ ਤੂੰ ਵਿਆਹ ਕਰਵਾ ਲਾ ਵਿਆਹ ਕਰਵਾਉਣ ਤੋਂ ਬਾਅਦ ਤੇ ਤੂੰ ਆਪਣਾ ਬਾਹਰ ਆ ਜੀ ਜਦ ਤੂੰ ਬਾਹਰ ਜਾਏਂਗੀ ਤੇ ਬਾਹਰ ਜਾ ਕੇ ਮੈਨੂੰ ਸਾਧ ਲਈ ਤੇ ਤੂੰ ਇਹਨੂੰ ਸਿੱਧਾ ਕਹਿ ਦੀ ਕਿ ਆਪਣਾ ਤੁਹਾਡੇ ਜਿੰਨੇ ਪੈਸੇ ਲੱਗੇ ਮੇਰੇ ਕੋਲ ਪੈਸੇ ਲਓ ਤੇ ਉਹ ਆਪਣਾ ਕੀ ਕਰੂਗਾ ਇਹੋ ਜਿਹੇ ਪੈਸਿਆਂ ਨੂੰ ਕਿੰਨੀ ਮਾੜੀ ਗੱਲ ਹੈ ਨਾ ਬਿਲਕੁਲ ਬਹੁਤ ਜ਼ਿਆਦਾ ਮਾੜੀ ਗੱਲ ਹੈ ਭਾਜੀ ਇਹੋ ਜੀਆਂ ਪਤਾ ਨਹੀਂ ਕਿੰਨੀਆਂ ਕਾ ਜੇ ਸਟੋਰੀਆਂ ਵਾ ਜਿਹੜੀਆਂ ਰੋਜ਼ ਦੇ ਰੋਜ਼ ਹੀ ਸਾਡੇ ਨਾਲ ਹੁੰਦੀਆਂ ਵਾ ਇਹ ਆਪਣਾ ਉਥੇ ਹੁਣ ਸਮਝ ਲਓ ਆਪਾਂ ਬਾਹਰ ਦੇਖਦੇ ਆ ਹੁਣ ਜਿੱਦਾਂ ਸਾਡੇ ਬੱਚੇ ਉਧਰ ਸਟੂਡੈਂਟਸ ਜਾਂਦੇ ਆ ਉਧਰ ਵਿਆਹੀਆਂ ਕੁੜੀਆਂ ਆਪਣੀ ਜਿਹੜੀ ਹੈਗੀਆਂ ਵਾ ਸਿਰਫ ਉਹਨਾਂ ਦੇ ਕੋਲ ਆਉਣ ਜਾਣ ਲਈ ਕੋਈ ਸਮਝ ਲਓ ਕੀ ਹੈਗਾ ਨਹੀਂ ਕੋਈ ਵੀ ਸਾਧਨ ਆਪਣੇ ਇੱਥੇ ਕਿਤੇ ਆਉਣ ਜਾਣ ਵਾਸਤੇ ਨਾ ਉਹਨਾਂ ਨੇ ਬੁਆਏਫਰੈਂਡ ਰੱਖੇ ਆ ਬਸ ਆਉਣ ਜਾਣ ਨੂੰ ਹਾਂ ਸਿਰਫ ਆਉਣ ਜਾਣ ਨੂੰ ਕਿਉਂਕਿ ਭਾਜੀ ਆਪਣਾ ਪਰ ਟੈਕਸੀ ਦੇ ਉੱਪਰ ਜਾਵਾਂਗੇ ਨਾ ਤੇ ਆਪਣਾ ਇੱਕ ਦਿਨ ਦਾ 100 ਡਾਲਰ ਐਵੇਂ ਹੀ ਖੋਲੇ ਨਾ। ਅੱਛਾ ਤੇ ਆਪਣਾ ਹੁਣ ਬੱਸ ਦੇ ਉੱਪਰ ੱੱਕੇ ਖਾਣ ਨੂੰ ਕਿਹਦਾ ਦਿਲ ਕਰਦਾ ਤੇ ਫੇਰ ਜਦੋਂ ਆਪਣਾ ਹੁਣ ਤੁਹਾਨੂੰ ਬਦ ਮੁੰਡੇ ਵੀ ਉਹੋ ਜੇ ਮੁੰਡੇ ਕਿਹੜਾ ਘੱਟ ਕਰਦੇ ਆ ਮੁੰਡਿਆਣੇ ਦੇ ਆਪਣਾ ਇਹੀ ਤਾਅਕ ਚ ਹੁੰਦੇ ਕਿ ਕਦੋਂ ਕੋਈ ਲਾਈਨ ਦਵੇ ਤੇ ਆਪਾਂ ਇਹ ਕੰਮ ਕਰ ਦਈਏ। ਇਹ ਬੜਾ ਕੰਮ ਬਾਰ ਖਰਾਬ ਹੈਗਾ ਵਾ ਇਸ ਕਰਕੇ ਮੇਰੇ ਹਿਸਾਬ ਨਾਲ ਜੇ ਤੇ ਤਹੀ ਕੁੜੀ ਨੂੰ ਬਾਹਰ ਭੇਜਿਆ ਵਾ ਨਾ ਜਾਂ ਤੇ ਉਹ ਕੁੜੀ ਦੇ ਪਿੱਛੇ ਪ੍ਰੋਪਰ ਉਹਦੀ ਸਪੋਰਟ ਰੱਖੋ। ਕੁੜੀ ਤੋ ਇਹ ਨਾ ਸੋਚੋ ਕਿ ਉਹ ਤੁਹਾਨੂੰ ਕਮਾਈ ਕਰਕੇ ਕੁੜੀ ਨੂੰ ਇਹ ਸੋਚ ਨਾਲ ਭੇਜ ਦਿਓ ਕਿ ਹਾਂ ਅੱਗੇ ਜਾ ਕੇ ਉਹਦਾ ਵਿਆਹ ਵਧੀਆ ਘਰ ਦੇ ਵਿੱਚ ਹੋ ਜੇ ਜੇ ਤੇ ਉਹ ਇੱਕ ਵਾਰੀ ਆ ਤੇ ਨਹੀਂ ਤੇ ਜੇ ਤੇ ਕਿਹੇ ਹਸ ਬੰਨੇ ਭੇਜਿਆ ਵਾ ਤੇ ਉਹ ਇਹ ਦੇਖ ਕੇ ਕਿ ਹਾਂ ਠੀਕ ਆ ਜੇ ਉਹ ਬਾਹਰ ਚਲ ਗਈ ਤਾਂ ਧਿਆਨ ਰੱਖਣ ਦੀ ਜ਼ਿੰਮੇਵਾਰੀ ਮੇਰੀ ਆ ਕਿਸੇ ਤਰੀਕੇ ਨਾਲ ਚੱਲ ਮੇਰਾ ਸਪਾਊਸ ਵੀਜ਼ਾ ਜਦੋਂ ਲੱਗੂਗਾ ਮੈਂ ਜਾਊਂਗਾ ਮੈਂ ਪੈਸੇ ਕਮਾ ਲੂੰਗਾ ਕਿਉਂਕਿ ਕੁੜੀ ਕੀ ਕਰ ਲੂਗੀ ਮੁੰਡਾ ਤੇ ਭਾਜੀ ਆਪਣਾ ਦੇਖੋਗੇ ਆਪਣੇ 4-5 ਦੋਸਤਾ ਦੇ ਵਿੱਚ ਵੀ ਸੋਚ ਸਕਦਾ ਵਾ ਉਹ ਆਪਣਾ ਜੇ ਕਿਤੇ ਰਹਿਣਾ ਹੋਵੇ ਬਾਹਰ ਅੰਦਰ ਵੀ ਰਹਿ ਸਕਦਾ ਵਾ ਦਿਨ ਰਾਤ ਕੰਮ ਵੀ ਕਰ ਸਕਦਾ ਵਾ ਕੁੜੀਆਂ ਕਿੱਦਾਂ ਕਰ ਲੈਣਗੀਆਂ ਕੰਮ ਸੋ ਪ੍ਰੋਬਲਮ ਕੁੜੀਆਂ ਵਾਲੀਆਂ ਹੁੰਦੀਆਂ ਵਾ ਜ ਬਿਲਕੁਲ ਕਿਹੜੀ ਕਿਹੜੀ ਚੀਜ਼ ਦੀ ਆਪਾਂ ਡਿਸਕਸ਼ਨ ਕਰਾਂਗੇ ਕੁੜੀਆਂ ਨੂੰ ਬਾਹਰ ਜਾਣਾ ਕੱਲੇ ਭੇਜਣਾ ਸੇਫ ਨਹੀਂ ਹੈਗਾ ਸੇਫ ਨਹੀਂ ਹੈਗਾ ਭਾਜੀ ਕੁੜੀਆਂ ਦਾ ਬਾਹਰ ਬਹੁਤ ਜ਼ਿਆਦਾ ਮੰਦਾ ਹਾਲ ਹੋ ਜਾਂਦਾ ਵਾ ਉਹ ਉਹਦੇ ਵਿੱਚ ਇਹ ਨਹੀਂ ਕਿ ਮੈਂ ਕਹੂੰਗਾ ਕਿ ਕੁੜੀਆਂ ਗਲਤ ਹੋ ਜਾਂਦੀਆਂ ਵਾ ਜਾਂ ਕੁਝ ਹੋ ਜਾਂਦੀਆਂ ਵਾ ਮੁੰਡੇ ਵੀ ਨੀ ਸਹੀ ਰਹਿਣ ਦਿੰਦੇ ਨਾ ਉਹਨਾਂ ਨੂੰ ਤੀ ਸੋਚੋ ਕਿ ਆਪਣਾ ਤੁਹਾਨੂੰ ਕੋਈ ਕੰਪੈਲ ਕਰੀ ਜਾਊਗਾ ਕਿਤੇ ਨਾ ਕਿਤੇ ਕੁੜੀ ਤੰਗ ਹੋਊਗੀ ਪੈਸੇ ਨੂੰ ਲੈ ਕੇ ਆਪਣੇ ਪਿੱਛੇ ਉਹਨੂੰ ਵੀ ਤੰਗ ਕਰਦੇ ਪਏ ਉਹਨਾਂ ਦੇ ਘਰ ਦੇ ਕਿ ਮੈਂ ਤੇਰੀ ਫੀਸ ਕਿੱਦਾਂ ਕੱਢਾਂ ਤੂੰ ਆਪਣੀ ਫੀਸ ਆਪੇ ਕੱਢ ਤੇਰੇ ਤੇ ਆਪ ਇੰਨਾ ਪੈਹ ਲਾ ਕੇ ਭੇਜਿਆ ਵਾ ਤੂੰ ਫੇਰ ਵੀ ਇੰਨਾ ਨਹੀਂ ਕਰ ਸਕਦੀ ਤੂੰ ਵਿਹਲੀ ਬੈਠੀ ਰਹਿੰਦੀ ਜਦੋਂ ਇਹੋ ਜਿਹੇ ਤਾਣੇ ਮੈਨੇ ਮਿਲਦੇ ਆ ਤੇ ਉਤੋਂ ਉਹ ਅਗਲਾ ਬੰਦਾ ਪਹਿਲਾਂ ਡਿਪਰੈਸ ਹੋਇਆ ਪਿਆ ਹੁੰਦਾ ਫੇਰ ਉਹਨੂੰ ਕੋਈ ਐਸਾ ਬੰਦਾ ਮਿਲਦਾ ਜਿਹੜਾ ਉਹਦੀ ਸਪੋਰਟ ਕਰਦਾ ਵਾ ਪਹਿਲਾਂ ਐਜ਼ ਅ ਫਰੈਂਡ ਸਪੋਰਟ ਕਰਦਾ ਵਾ ਫੇਰ ਥੋੜਾ ਅੱਗੇ ਵਧਦਾ ਵਾ ਤੇ ਫੇਰ ਉਹ ਚ ਕਰੋਂ ਰੋਜ਼ ਤਾਣੇ ਮੈਨੇ ਮਿਲਦੇ ਪਏ ਆ ਤੇ ਇਧਰੋਂ ਇੱਕ ਪਾਸਿਓ ਪਿਆਰ ਮਿਲ ਗਿਆ। ਇਨਸਾਨ ਤੁਸੀਂ ਵੀ ਸੋਚੋ ਕਿ ਜਦੋਂ ਇਹ ਚੀਜ਼ਾਂ ਹੁੰਦੀਆਂ ਵਾ ਨਾ ਤੇ ਆਟੋਮੈਟਿਕਲੀ ਬੰਦਾ ਉਸ ਚੀਜ਼ ਵੱਲ ਅਟਰੈਕਟ ਹੁੰਦਾ ਵਾ ਜਿੱਥੋਂ ਉਹਨੂੰ ਪਿਆਰ ਮਿਲਦਾ ਵਾ। ਨਾ ਕਿ ਉਹਨਾਂ ਬੰਦੇ ਵੱਲ ਜਿਹੜੇ ਉਹਨੂੰ ਕੀ ਆਪਣਾ ਗੱਲਾਂ ਸੁਣਾਈ ਜਾਂਦੇ ਪਏ ਉਹਨੂੰ ਵੀ ਪਤਾ ਵਾ ਕਿ ਉਹ ਪੂਰਾ ਟਰਾਈ ਕਰਦੀ ਪਈ ਆ। ਪਰ ਫੇਰ ਵੀ ਚਾਹ ਕਿ ਵੀ ਉਹ ਚੀਜ਼ਾਂ ਨਹੀਂ ਬਣਦੀਆਂ ਪਈਆਂ ਤੇ ਉਹ ਕੀ ਕਰ ਲੇ। ਤਾਂ ਹੀ ਮੈਂ ਦੇਖਿਆ ਬੜੀ ਵੀਡੀਓ ਆਉਂਦੀਆਂ। ਕੈਨੇਡਾ ਮੈਂ ਕਦੇ ਗਿਆ ਨਹੀਂ ਪਰ ਮੈਂ ਵੀਡੀਓ ਦੇਖਦਾ ਉਹਨਾਂ। ਵੀ ਉਹ ਜਿਹੜੇ ਘਰ ਰਹਿੰਦੇ ਆ ਅੰਕਲ ਜੀ ਹੁੰਦੇ ਆ ਨਾ ਵੀ ਕੁੜੀਆਂ ਦਾ ਗਲਤ ਯੂਜ਼ ਕਰ ਹਾਂ ਬਿਲਕੁਲ ਉਹ ਪਹਿਲੇ ਕਰਾਇਆ ਸੀ ਜਿਹੜੀ ਵੀਰਲ ਵੀ ਹੋਈ ਸੀ ਹੁਣ ਤੁਸੀਂ ਸੋਚੋ ਕਿ ਉੱਥੇ ਆਪਣਾ ਬੇਸਮੈਂਟਾਂ ਦੇ ਵਿੱਚ ਕਰਾਇਆ ਜਿਹੜਾ ਹੁੰਦਾ ਵਾ ਉਹ ਇਹਨਾਂ ਜਿਹਾ ਹੁੰਦਾ ਜਦੋਂ ਕੰਮ ਹੀ ਨਹੀਂ ਹੈਗਾ ਕੁੜੀਆਂ ਦੇ ਕੋਲ ਜਿਹੜੀਆਂ ਨਹੀਂ ਕਰਦੀਆਂ ਪਈਆਂ ਤੇ ਉੱਥੇ ਫਿਰ ਆਪਣਾ ਉਹਨਾਂ ਨੇ ਵੀ ਤੇ ਕੁਝ ਨਾ ਕੁਝ ਇਹੋ ਜਿਹੀ ਚੀਜ਼ਾਂ ਨਹੀਂ ਜੋ ਚੀਜ਼ਾਂ ਤਾਂ ਮੈਂ ਪਹਿਲਾਂ ਦੱਸੀਆਂ ਕਿ ਆਪਣਾ ਜਦੋਂ ਪਿੱਛੋਂ ਆਪਣਾ ਜਾਂ ਆਪਣਾ ਉਹਨਾਂ ਦਾ ਘਰ ਦਾ ਤੇ ਜਾਂ ਫਿਰ ਉਹਨਾਂ ਦੇ ਘਰ ਦੇ ਉਹਨਾਂ ਨੂੰ ਤੰਗ ਕਰਨਗੇ ਫਿਰ ਇਹ ਚੀਜ਼ਾਂ ਹੋਣੀਆਂ ਹੀ ਹੋਣੀਆਂ ਕੁੜੀਆਂ ਬਾਹਰ ਪਾਜੀ ਦੇਖੋ ਆਪਣੀ ਮਰਜ਼ੀ ਦੇ ਨਾਲ ਸ਼ਾਇਦ ਆ ਕਿ ਕਿਤੇ ਕਈ ਕੁੜੀਆਂ ਜਾਂਦੀਆਂ ਹੋਣ ਨਹੀਂ ਤੇ ਜ਼ਿਆਦਾਤਰ ਕੁੜੀਆਂ ਨੂੰ ਉਹਨਾਂ ਦੇ ਮਦਰ ਫਾਦਰ ਕੰਪੈਲ ਕਰਦੇ ਆ ਕਿ ਤੁਸੀਂ ਜਾਓ ਤੇ ਜਾਂ ਫਿਰ ਉਹਨਾਂ ਦੇ ਹਸਬੰਦ ਕੰਪੈਲ ਕਰਦੇ ਆ ਕਿ ਜਾਓ ਠੀਕ ਆ ਉਹਦਾ ਕਾਰਨ ਕੀ ਆ ਮਦਰ ਫਾਦਰ ਨੂੰ ਇਹਨਾਂ ਦਾ ਵਾ ਕੁੜੀ ਬਾਰ ਜਾਊਗੀ ਤੇ ਉੱਥੇ ਉਹਦਾ ਵਿਆਹ ਵਧੀਆ ਹੋ ਜਾਊਗਾ ਕਿ ਮੁੰਡਾ ਵਧੀਆ ਲੱਭ ਜਾਊਗਾ ਕਿਉਂਕਿ ਘਰ ਚ ਵਿਆਹ ਕਰਨ ਜੋਗੇ ਭਾਵੇਂ ਪੈਸੇ ਨਾ ਹੋਣ ਪਰ ਇਧਰ ਉਧਰ ਫੜ ਕੇ ਉੱਤੇ ਲਾ ਦਿੰਦੇ ਆ ਕਿ ਹਾਂ ਅਗਲੀ ਲਾਈਫ ਸੇਫ ਰਹੂਗੀ ਠੀਕ ਆ ਤੇ ਆਪਣਾ ਅੱਜ ਕੱਲ ਮੁੰਡੇ ਹੁਣ ਸਮਝ ਲਓ ਕਿ ਆਪਾਂ ਕੁੜੀਆਂ ਨੂੰ ਗਲਤ ਨਾ ਕਹੀ ਜਾਈਏ ਬਿਲਕੁਲ ਮੁੰਡੇ ਵਾਲੇ ਜਿਹੜੇ ਹੈਗੇ ਆ ਮੁੰਡੇ ਵਾਲੇ ਕੁੜੀ ਉਹ ਅੱਜ ਲੱਭਦੇ ਪਏ ਆ ਜਿਸ ਕੁੜੀ ਦੇ ਸੱਤ ਬੈਂਡ ਹੈਗੇ ਆ ਜੇ ਕੁੜੀ ਦੇ ਸੱਤ ਬੈਂਡ ਹੈਗੇ ਆ ਫਿਰ ਉਹਨਾਂ ਨੂੰ ਭਾਵੇਂ ਕੁੜੀ ਦੀ ਫੋਟੋ ਨਾ ਵਿਖਾਉਣ ਨਾ ਵੱਲੋਂ ਯਸ ਉਹਨਾਂ ਨੇ ਨਾਲ ਹੀ ਆਪਣਾ ਹੁਣ ਦਾ ਵੀ ਇਦਾਂ ਹੀ ਹੁੰਦੇ ਸਮਝ ਲਓ ਵੀ ਆਵਾਂ ਦੇ ਖਰਚੇ ਬੜੇ ਬਚਣ ਲੱਗਦੇ ਜਿਹੜੇ ਆਪਾਂ ਕਹਿੰਦੇ ਹੁੰਦੇ ਨਾ ਕਿ ਆਵਾਂ ਦੇ ਖਰਚੇ ਬਚਾ ਉਹ ਇਸ ਢੰਗ ਨਾਲ ਬਚਦੇ ਦਾ ਜਿਹੜਾ ਸਿਸਟਮ ਖਤਮ ਕਰਤਾ ਆਇਆ ਇਸ ਨੇ ਬਿਲਕੁਲ ਜਿਆਦੀ ਆਇਲ ਚਾਹੀਏ ਹਾਂ ਬਿਲਕੁਲ ਜਿਆਦਾ ਜਿਹੜੇ ਸੱਤ ਬੈਂਡ ਹੋਣੇ ਚਾਹੀਦੇ ਆ ਦਾਤ ਛੱਡੋ ਮੈਂ ਸਾਡਾ ਰੇਲਵੇ ਪਾਜੀ ਹੁਣ ਤੇ ਦਾਸ ਕੋ ਮੁੰਡੇ ਵਾਲੇ ਦਿੰਦੇ ਆ ਹੂੰ ਹੌਣ ਮੁੰਡੇ ਵਾਲਿਆਂ ਨੇ ਪੈਸੇ ਲੋਣੇ ਹੁੰਦੇ ਆ ਪਹਿਲਾਂ ਉਹ ਵੇਖਦੇ ਕਿ ਕੁੜੀ ਦੇ ਸੱਤ ਬੈਂਡ ਹੈਗੇ ਆ ਜਾਂ ਸੱਤ ਬੈਂਡ ਲੈ ਆਉਗੀ ਜੇ ਲੈ ਆਉਗੀ ਰਿਸ਼ਤਾ ਫਾਈਨਲ ਜੋ ਨੀਚੇ ਡਾਵਾ ਕਰਕੇ ਘਰੇ ਲਿਆਂਦਾ ਚੁੰਨੀ ਜਿਹੜਾ ਵਾਲ ਕਰਕੇ ਉਸ ਤੋਂ ਬਾਅਦ ਉਹਨੂੰ ਬਾਹਰ ਭੇਜਦਾ ਹਾਂ ਜਦੋਂ ਬਾਹਰ ਪੀ ਆ ਰਹੂਗੀ ਆਜੋ ਆਪਾਂ ਪਾਰਟੀ ਕਰ ਲਾਂਗੇ ਇੱਥੇ ਆ ਕਿ ਤੇ ਫਿਰ ਰਿਸ਼ਤੇਦਾਰਾਂ ਨੂੰ ਪਤਾ ਲੱਗ ਗਿਆ ਰਿਸ਼ਤੇਦਾਰਾਂ ਨੂੰ ਪਤਾ ਹੀ ਨਹੀਂ ਹੁੰਦਾ 4-5 ਸਾਲ ਹੋ ਗਏ ਹੁੰਦੇ ਮੁੰਡੇ ਦਾ ਵਿਆਹ ਵੀ ਹੋ ਗਿਆ ਹੁੰਦਾ ਪਰ ਮੈਨੂੰ ਨਾ ਮੈਂ ਦੁਬਾਰਾ ਤੁਹਾਡੇ ਇਸ ਗੱਲ ਤੇ ਆਉਣਾ ਵੀ ਜਿਹੜੀ ਕੁੜੀ ਨੇ ਆਪਣੇ ਘਰ ਵਾਲੇ ਨੂੰ ਨਹੀਂ ਬੁਲਾਇਆ ਆਪਣੇ ਬੋਏਫ੍ਰੈਂਡ ਨੂੰ ਬਾਹਰ ਬੁਲਾ ਲਿਆ ਇਹਦੇ ਨਾਲ ਕਿਤੇ ਨਾ ਕਿਤੇ ਤੁਹਾਡੀ ਇੰਡਸਟਰੀ ਏਜੰਟਾਂ ਦੀ ਮੈਂ ਗਲਤੀ ਕੱਢੂਗਾ ਕਿਉਂਕਿ ਉਹ ਬੜੀ ਐਡਾ ਚੀਕ-ਚੀਕ ਕੇ ਬੋਲਦੇ ਆ ਆਪਣੇ ਬੋ ਜੀ ਇਹ ਉਹਨਾਂ ਵਾਸਤੇ ਆ ਹੁਣ ਦੇਖੋ ਆਪਣਾ ਜਿਹੜੇ ਬੱਚਿਆਂ ਨੇ ਇਥੋਂ ਪੜ੍ਹਾਈ ਕੀਤੀ ਉਹਨਾਂ ਦੇ ਅਸਲ ਦੇ ਵਿੱਚ ਬੁਆਏਫਰੈਂਡ ਗਰਲਫਰੈਂਡ ਹੁੰਦੇ ਆ ਹੁਣ ਜੇ ਕੁੜੀ ਨਹੀਂ ਕੰਮ ਕਰ ਪਾਰੀ ਤੇ ਆਪਾਂ ਅਸਲ ਦੇ ਵਿੱਚ ਜੇ ਇਹ ਚੀਜ਼ ਦੇਖੇ ਕਿ ਯਾਰ ਚੱਲ ਕੁੜੀ ਤੰਗ ਹੁਣ ਉਹਦੇ ਘਰ ਦੇ ਤੇ ਉੱਥੇ ਨਹੀਂ ਆ ਸਕਦੇ ਪਰ ਜੇ ਉਹਨਾਂ ਦੋਨਾਂ ਦੀ ਅਸਲ ਦੇ ਵਿੱਚ ਕਮਿਟਮੈਂਟ ਹੋ ਚੁੱਕੀ ਆ ਕਿ ਚਲੋ ਠੀਕ ਆ ਆਪਾਂ ਇੱਕ ਦੂਜੇ ਦਾ ਸਾਥ ਨਿਭਾਵਾਂਗੇ ਮੈਂ ਤੇਰੇ ਕੋ ਬਾਹਰ ਆਉਂਗਾ ਆਪਾਂ ਵਿਆਹ ਕਰ ਲਾਂਗੇ ਜੇ ਕਿਸੇ ਤਰੀਕੇ ਨਾਲ ਮੁੰਡਾ ਉੱਥੇ ਪਹੁੰਚ ਕੇ ਆਪਣਾ ਇਹ ਦੋਨੋਂ ਇੱਕ ਦੂਜੇ ਦੀ ਹੈਲਪ ਦੇ ਨਾਲ ਉੱਥੇ ਕੋਈ ਲਾਈਫ ਸੈਟਲਪਨੀ ਕਰ ਵਾਸਤੇ ਹੀ ਤੇ ਹੁਣ ਜਿਹੜੀਆਂ ਚੀਜ਼ਾਂ ਇਹ ਕੁੜੀਆਂ ਕਰਦੀਆਂ ਵਾਂ ਕਈ ਜਾਂ ਬੜੇ ਜਾਨੇ ਕਰਦੇ ਇਹ ਥੋੜੀ ਕਿ ਕੱਲੀਆਂ ਕੁੜੀਆਂ ਮੁੰਡੇ ਵੀ ਤੇ ਕਰਦੇ ਮੁੰਡੇ ਵੀ ਵਿਆਹ ਵਾਲੇ ਗਰਲਫ੍ਰੈਂਡ ਵੀ ਬੁਲਾਸਾ ਹਾਂ ਬਿਲਕੁਲ ਮੇਰੇ ਕੋਲ ਇੱਕ ਕੇਸ ਆਇਆ ਉਹਦੇ ਵਿੱਚ ਮੁੰਡਾ ਕਹਿੰਦਾ ਕਿ ਪਾਜੀ ਮੇਰਾ ਇੱਥੋਂ ਵਿਆਹ ਹੋ ਗਿਆ ਵਾ ਤੇ ਪਰ ਮੈਂ ਆਪਣਾ ਫਾਈਲ ਕਰ ਲੈਣੇ ਲਾਉਣੀ ਆ ਤੇ ਨਾਲ ਮੈਂ ਫਾਈਲ ਲਾਉਣੀ ਆ ਆਪਣੀ ਗਰਲਫ੍ਰੈਂਡ ਦੀ ਤੇ ਪਰ ਮੈਂ ਵਿਆਹਿਆ ਹਾਂ ਜੀ ਤੇ ਫਾਈਲ ਕਿਸੇ ਤਰੀਕੇ ਨਾਲ ਲਾਉ ਕਿ ਵੀਜ਼ਾ ਦੋਵਾਂ ਦਾ ਹੋਣਾ ਚਾਹੀਦਾ ਇਹ ਚੀਜ਼ਾਂ ਵੀ ਹੁੰਦੀਆਂ ਵਾ ਪਾਜੀ ਇੱਥੇ ਦੇਖੋ ਆਪਣਾ ਤੁਸੀਂ ਕਹਿ ਦੋਗੇ ਨਾ ਕਿ ਏਜੰਟ ਮਾੜੇ ਕੱਲੇ ਏਜੰਟ ਏਜੰਟ ਵੀ ਮੜਿਆ ਉਹ ਇਹਨਾਂ ਦਾ ਪੈਸੇ ਆ ਏਜੰਟ ਆ ਮੇਰੀ ਗੱਲ ਸੁਣੋ ਦਿਲ ਤੇ ਹੱਥ ਰੱਖ ਕੇ ਦੱਸੋ ਹਾਂ ਹੈ ਗਲਤ ਕੰਮ ਹੈ ਕਿ ਨਹੀਂ 100% ਗਲਤ ਗੱਲ ਆ ਭਾਜੀ ਪੈਸੇ ਹੁਣ ਤੁਸੀਂ ਸਮਝੋ ਪੈਸੇ ਪਤਾ ਕਿੱਦਾਂ ਕਮਾਏ ਜਾਂਦੇ ਆ ਤੁਹਾਡੇ ਕੋਲ ਹੁਣ ਸਮਝ ਲਓ ਇੱਕ ਟੂਰਿਸਟ ਵੀਜ਼ਾ ਮੈਂ ਜਿਆਦਾ ਆ ਟਾਈਮ ਦੇ ਵਿੱਚ ਨਾ ਟੂਰਿਸਟ ਵੀਜ਼ਾ ਡੀਲ ਕਰਦਾ ਪਿਆ ਹਾਂ ਤੇ ਮੇਰੇ ਕੋਲ ਰੋਜ਼ ਇਹੋ ਜਿਹੀਆਂ ਚੀਜ਼ਾਂ ਹੁੰਦੀਆਂ ਮੈਂ ਤੁਹਾਨੂੰ ਪਹਿਲਾਂ ਇੱਕ ਏਜੰਸੀ ਲੁਧਿਆਣੇ ਵਾਲੀ ਏਜੰਸੀ ਦੀ ਗੱਲ ਦੱਸਦਾ ਨਾ ਕੀ ਆ ਮੈਨੂੰ ਰੋਜ਼ ਜਦੋਂ ਬੱਚੇ ਫੋਨ ਕਰਦੇ ਰੋਜ਼ ਦੋ ਤਿੰਨ ਸਟੋਰੀਆਂ ਆਈਆਂ ਹੁੰਦੀਆਂ ਮੈਂ ਤੁਹਾਨੂੰ ਭਾਵੇਂ ਕੁਝ ਵੀਡੀਓ ਰਿਕਾਰਡਿੰਗ ਵੀ ਦੇ ਦਾਂਗਾ ਤੇ ਚੈੱਕ ਕਰਿਓ ਨਾਮਵਾਰ ਉਹ ਬੰਦਾ ਹੀ ਉਹ ਬੰਦੇ ਦੀ ਨਾ ਬੜੀ ਐਡ ਚੱਲਦੀ ਆ 15-15 ਲੱਖ ਰੁਪਏ ਦੇ ਵਿੱਚ ਕੈਨੇਡਾ ਦਾ ਵਰਕ ਪਰਮਿਟ ਲਓ ਉਹਨੇ ਥੋੜੀ ਦੇਰ ਪਹਿਲਾਂ ਆਪਣਾ ਯੂਕੇ ਦਾ ਵਰਕ ਪਰ ਗਰੁੱਪਾਂ ਦੇ ਵਿੱਚ ਬੰਦੇ ਆਏ ਭਾਜੀ ਗਰੁੱਪਾਂ ਦੇ ਵਿੱਚ ਉਹ ਗਰੁੱਪ ਹੈ ਕਹੇ 20 25 ਜਾਣਿਆਂ ਦਾ 20 25 ਜਾਣਿਆਂ ਨੇ ਉਸ ਏਜੰਟ ਦੇ ਕੋਲ ਜਾ ਕੇ ਤੇ ਇਹ ਗੱਲ ਕਰ ਲਈ ਕਿ ਆਪਣਾ ਭਾਜੀ ਆਪਾਂ ਜਾਣਾ ਯੂਕੇ ਸਾਨੂੰ ਕਿਹੇ ਤਰੀਕੇ ਨਾਲ ਵੀਜ਼ਾ ਲਵਾ ਦਿਓ ਉਹ ਏਜੰਟ ਕਹਿੰਦਾ ਮੈਂ ਲਵਾ ਦਊਂਗਾ ਪਰ ਕੰਮ ਜੇ ਆ ਗਿਆ ਆਪ ਲੱਭਣਾ ਜੀ ਉਨੇ ਗੱਲ-ਗੋਲ ਮੁੱਲ ਕੀਤੀ। ਅੱਛਾ ਕਹਿੰਦੇ ਹਾਂ ਠੀਕ ਆ ਕੋਈ ਗੱਲ ਨਹੀਂ ਕੰਮ ਆਪਾਂ ਲਵਾਂ ਤੂੰ ਹੀ ਇੱਕ ਟਪਾ ਦੋ 에어ਪੋਰਟ ਤੋਂ ਬਾਹਰ ਪਹੁੰਚਾ ਦਿਓ ਬਸ ਫਿਰ ਗੱਲ ਖਤਮ। ਉਹਨਾਂ ਚਲੋ ਬੱਚਾ ਵੀ ਜਿਹੜਾ ਐਕਸਾਈਟਡ ਹੁੰਦਾ ਨਾ ਓਵਰ ਐਕਸਾਈਟਡ ਹੁੰਦਾ ਕਿ ਯਾਰ ਸੱਚੀ ਵੀਜ਼ਾ ਲੱਗ ਜਾਊਗਾ ਯਾਰ ਲਵਾ ਤੇ ਦੋ ਬਾਕੀ ਦੀ ਬਾਅਦ ਦੀ ਬਾਦ ਵੇਖਾਂਗੇ। ਉਹਨੇ ਲਵਾਤਾ। ਇਹਨਾਂ ਨੇ ਗੱਲ ਕੀਤੀ ਹੀ ਕਿ ਯੂਕੇ ਦਾ ਵਰਕ ਪਰਮਿਟ ਲੈਣਾ ਕਿ ਪਿੱਛੇ ਬਹੁਤ ਜ਼ਿਆਦਾ ਚੱਲੇ ਸੀ। ਉਨੇ ਅਰਾਊਂਡ 20 25 ਜਾਣੇ ਦਾ 20 25 ਜਾਣੇ ਤੇ ਉਹ ਗਰੁੱਪ ਨੇ ਜਿਹਦੀ ਮੈਂ ਗੱਲ ਕਰਦਾ ਪਿਆ ਜਿਹਦੇ ਬੱਚੇ ਹੀ ਨਹੀਂ ਪਤਾ ਕੀ ਹੋਰ ਕਿੰਨੇ ਕਿੰਨੇ ਸੀ ਤင်း ਦੇਖ ਲਓ ਕਿ ਸ਼ਾਇਦ ਤੁਹਾਡੀ ਵੀਡੀਓ ਥੱਲੇ ਇੱਥੇ ਕਮੈਂਟ ਆ ਜੇ ਕਿਸੇ ਨਾ ਕਿਸੇ ਬੱਚੇ ਦਾ ਜਿਹਦੇ ਨਾਲ ਇਹ ਚੀਜ਼ ਹੋਈ ਹੋਊਗੀ ਆ ਵੀ ਜਾਣਗੇ ਉਹਨਾਂ ਬੱਚਿਆਂ ਨੂੰ 32 32 33 33 ਲੱਖ ਰੁਪਏ ਦਾ ਵਰਕ ਪਰਮਿਟ ਵਿੱਚ ਬੱਚਾ ਜਦੋਂ ਬਾਹਰ ਪਹੁੰਚਿਆ ਉਹਨੂੰ BRP ਕਾਰਡ ਮਿਲਿਆ ਉਸ BRP ਕਾਰਡ ਦੇ ਉੱਪਰ ਨਾ ਪ੍ਰੋਪਰ ਲਿਖਿਆ ਹੁੰਦਾ ਕਿ ਤੁਹਾਡਾ ਵੀਜ਼ਾ ਕਿੰਨੀ ਦੇਰ ਦਾ ਉਹਨੂੰ ਪਤਾ ਲੱਗਾ ਕਿ 3 ਮਹੀਨੇ ਦਾ ਸਟੇ ਸਾਰ ਉਹਨੂੰ ਮਿਲਿਆ ਸੀ ਟੂਰਿਸਟ ਵੀਜ਼ਾ ਜੇਦੀ ਐਂਬੈਸੀ ਫੀਸ 13 14 15000 ਰੁਪਏ ਹੁੰਦੀ ਹੈ 13 14 15000 ਰੁਪਏ ਵਾਲੀ ਚੀਜ਼ ਉਹਨਾਂ ਨੂੰ 32 32 33 33 ਲੱਖ ਰੁਪਏ ਦੇ ਵਿੱਚ ਵੇਚੀ ਗਈ ਤੇ ਪ੍ਰੋਪਰ ਉਹਨਾਂ ਨਾਲ ਇੱਥੇ ਪਹਿਲਾਂ ਹੀ ਐਗਰੀਮੈਂਟ ਹੋ ਗਿਆ ਨਾਲ ਦੇ ਹੱਥ ਵੜਾਉਂਦੇ ਹੀ ਕਿ ਸਾਡਾ ਕੰਮ ਆ ਇੰਨੇ ਪੈਸੇ ਲੈ ਕੇ ਤੇਰਾ ਵੀਜ਼ਾ ਲਗਵਾਉਣ ਤੱਕ ਦਾ ਜਿੱਤੇ ਨਾ ਪਾ ਤੇਰਾ ਵੀਜ਼ਾ ਲਗਵਾਤਾ ਉਦੋਂ ਜਿੱਦਾਂ ਤੋਂ ਉਥੇ ਬਾਹਰ ਪਹੁੰਚ ਗਿਆਂ ਆਪਾਂ ਤੈਨੂੰ 에어ਪੋਰਟ ਤੋਂ ਵੀ ਬਾਹਰ ਟਪਾਵਾਂਗੇ ਫੇਰ ਸਾਡੀ ਜ਼ਿੰਮੇਵਾਰੀ ਖਤਮ ਆ ਤੇ ਉਹ ਚੀਜ਼ਾਂ ਉਥੇ ਹੋ ਗਈਆਂ ਕਿਉਂਕਿ ਉਹਨਾਂ ਨੇ ਆਪਣਾ ਦੇਖੋ ਜੋ 에ਜੰਟ ਨੇ ਕਮਿਟਮੈਂਟ ਕੀਤੀ ਉਹ ਪੂਰੀ ਹੋ ਗਈ ਬੱਚਾ ਓਵਰ ਐਕਸਾਈਟਡ ਹੀ ਉਹਨੇ ਉਹ ਚੀਜ਼ਾਂ ਸਮਝਣ ਦੀ ਟਰਾਈ ਨਹੀਂ ਕੀਤੀ ਬੱਚਾ ਜੇ ਸਮਝਦਾਏ ਚੀਜ਼ ਨੂੰ ਕਿ ਵੀਜ਼ਾ ਕਿਹੜਾ ਲਗਵਾਉਣ ਲੱਗੇ ਜੇ ਪ੍ਰੋਪਰ ਕੰਟਰੈਕਟ ਜੇ ਕਰਦਾ ਹੀ ਪਿਆ ਬੰਦਾ ਕੰਟਰੈਕਟ ਪ੍ਰੋਪਰ ਕਰੋਂਦੇ ਲਿਖੋਂਦੇ ਕਿ ਕੀ ਕਰਨਾ ਜੇ ਤੀ ਪਹਿਲੇ ਦਿਨ ਹੀ ਕੰਟਰੈਕਟ ਕਰਾਇਆ ਹੋਊਗਾ ਜਿੱਥੇ ਤੁਸੀਂ ਆਪਣਾ 1000 ਰੁਪਏ ਵਾਲੀ ਚੀਜ਼ ਲੈਣ ਲੱਗੇ ਚਾਰ ਪੰਜ ਜਗ੍ਹਾ ਤੇ ਪੁੱਛਦੇ ਜੇ ਤੇ ਉਥੇ ਆ 32 ਲੱਖ ਰੁਪਏ ਪੁੱਛ ਖਰਚੇ ਲੱਗਿਆ ਤੇ ਕਿਸੇ ਨੂੰ ਨਹੀਂ ਪੁੱਛਦੇ ਉਦੋਂ ਪਾਜੀ ਪਤਾ ਕੀ ਹੁੰਦਾ ਵਾ ਕੀ ਪਤਾ ਕੀ ਬੱਚਾ ਸੋਚਦਾ ਯਾਰ ਮੈਂ ਨਾ ਆਪਣੇ ਚਾਚੇ ਦੇ ਮੁੰਡੇ ਨੂੰ ਦੱਸਣਾ ਨਹੀਂ ਆ ਉਹ ਯੂਕੇ ਤੇ ਵੀ ਬੈਠਾ ਵਾ ਨਹੀਂ ਤੇ ਚਾਚੀ ਨੇ ਤੇ ਰੋਲਾ ਪਾ ਦੇਣਾ ਇਹਨਾਂ ਨੂੰ ਤੇ ਸਾੜਾ ਪੈਣਾ ਸਾਡਾ ਤੇ ਪਹੁੰਚਾਂਗੇ ਉਸ ਦਿਨ ਦੱਸ ਦਿੰਦੇਗੇ ਕਿ ਆਹ ਪੈਂ ਜੀ ਤੁਹਾਡਾ ਮੱਡਾ ਪਹੁੰਚ ਗਿਆ ਜੀ ਮਤਲਬ ਇਸੇ ਏਸੇ ਚੀਜ਼ ਦੇ ਲੁਕਾਉਣ ਕਰਕੇ ਹੀ ਬੰਦੇ ਕਈ ਮਾਰੇ ਜਾਂਦੇ ਬਿਲਕੁਲ ਕਈ ਜਾਣੇ ਲੁਕਾਉਣ ਦੇ ਚੱਕਰ ਚ ਮਰਦੇ ਯਾਰ ਜੇ ਤੁਸੀਂ ਆਪਣਾ 10 15 ਲੋਕਾਂ ਨਾਲ ਸਲਾਹ ਕਰੋ ਕਿ ਹੁਣ ਭਾਜੀ ਜਿਹੜੇ ਯੂਕੇ ਬੰਦੇ ਬੈਠੇ ਹੀ ਜੇ ਉਹਨਾਂ ਕੋ ਉਹ ਬੰਦੇ ਸਲਾਹ ਲੈ ਲੈਂਦੇ ਕੀ ਹੋ ਜਾਂ ਲੱਗਾ ਪਰ ਸਲਾਹ ਤੇ 10 ਬੰਦੇ ਨਾਲ ਘੱਟੋ ਘੱਟ ਸਲਾਹ ਤੇ ਕਰੋ 32 33 ਲੱਖ ਰੁਪਏ ਦੀ ਲਾਦਣ ਲੱਗੇ ਤੁਹਾਨੂੰ ਕੀ ਲੱਗਦਾ ਕਿ 32 33 ਲੱਖ ਰੁਪਏ ਉਹਦੇ ਘਰੇ ਪਿਆ ਸੀ ਉਹਨੂੰ ਇੱਥੋਂ ਕੱਢ ਕੇ ਦੇ ਦਿੱਤਾ ਆਪਣਾ ਕੁਛ ਨਾ ਕੁਛ ਤੇ ਉਹਨੇ ਵੇਚਿਆ ਵਟਿਆ ਹੋਊਗਾ ਨਾ ਜਿਹੜਾ ਉਹਨੇ ਕੀਤਾ ਉਹ ਬਾਜੀ 32 32 33 33 ਲੱਖ ਰੁਪਏ ਲਾ ਕੇ ਉਹ ਟੂਰਿਸਟ ਵੀਜ਼ਾ ਦੇ ਉੱਪਰ ਗਏ ਨਾ ਹੁਣ ਉਧਰ ਮੁੜ ਸਕਦੇ ਆ ਹੁਣ ਇਹ ਜਿਹਨਾਂ ਨੂੰ ਇਹ ਕਹਿੰਦਾ ਪਿਆ ਵਾ ਕਿ ਉੱਥੋਂ ਤਾਂ ਨੂੰ ਹੁਣ ਕੈਨੇਡਾ ਭੇਜ ਦੰਨੇ ਆ ਉਹਦਾ ਵੀਜ਼ਾ 10 ਸਾਲ ਦਾ ਲੱਗਿਆ ਨਾ ਉੱਥੋਂ ਨਾ ਆਜੋ ਪਰ ਮੈਂ ਪੈਸੇ ਨਹੀਂ ਦੇ ਮਉਣਨੇ ਕਿਉ ਪਤਾ ਵਕਿ ਇੰਨੇ ਉਹਨਾਂ ਨੂੰ ਕੈਨੇਡਾ ਨਹੀਂ ਭੇਜਣਾ ਉਹਦਾਂ ਮੈਨੂੰ ਫੋਨ ਆਇਆ ਕਿ ਕਿਹੇ ਤਰੀਕੇ ਨਾਲ ਉਹਨਾਂ ਨੂੰ ਇੱਥੋਂ ਕੱਢ ਦੋ। ਕੀ ਬਾਤ ਹੈ ਇਹ ਵੀ ਛੱਡੋ। 1:00 ਵਜੇ ਦਾ ਨਕੇਸ ਹੋਰ ਮੈਂ ਦੱਸਦਾ। ਇੱਕ ਪਰਿਵਾਰ ਹੀ ਉਹਨਾਂ ਮੈਨੂੰ ਉਹਨਾਂ ਦੇ ਕਿਹ ਰਿਸ਼ਤੇਦਾਰ ਨੇ ਉਹ ਗੱਲ ਦੱਸੀ। ਉਹਨਾਂ ਦੇ ਪਰਿਵਾਰ ਨੇ ਸਾਰਿਆਂ ਨੇ ਨਾ ਆਪਣਾ ਪਤਾ ਨਹੀਂ ਯੂਕੇ ਦਾ ਹੈ ਕਿ ਨਿਊਜ਼ੀਲੈਂਡ ਦਾ ਹੈ ਕਿਤੋਂ ਦਾ ਵੀਜ਼ਾ ਲਗਵਾ ਲਿਆ। ਠੀਕ ਆ। ਉੱਥੇ ਉਹਨਾਂ ਦੇ ਪੂਰੇ ਪਰਿਵਾਰ ਦੀ ਗੱਲ ਹੋ ਗਈ ਕਿ ਰੁਪਈਆ 35 ਤੋਂ 40 ਲੱਖ ਰੁਪਈਆ ਲੱਗੂਗਾ। 35-40 ਲੱਖ ਰੁਪਏ ਦੇ ਵਿੱਚ ਆਪਾਂ ਤੁਹਾਡੇ ਪੂਰੇ ਪਰਿਵਾਰ ਨੂੰ ਭੇਜਾਂ ਪੂਰੇ ਪਰਿਵਾਰ ਦਾ ਵੀਜ਼ਾ ਲੱਗ ਗਿਆ ਠੀਕ ਆ ਹੁਣ ਵੀਜ਼ਾ ਉਹਨਾਂ ਨੂੰ ਦੱਸ ਕੇ ਦਿੱਤਾ ਗਿਆ ਕਿ ਤੁਹਾਨੂੰ ਟੂਰਿਸਟ ਵੀਜ਼ਾ ਲੈ ਕੇ ਦੇਣ ਲੱਗੇ ਆ ਉਹ ਟੂਰਿਸਟ ਵੀਜ਼ਾ ਹੀ ਲੈ ਕੇ ਦਿੱਤਾ ਉਹਨਾਂ ਨੂੰ 35 ਲੱਖ ਰੁਪਏ ਦਾ ਬੱਚੇ ਉਹਨਾਂ ਨੇ ਕੀ ਕੀਤਾ 35 ਲੱਖ ਰੁਪਏ ਪਿਆ ਥੋੜੀ ਹੀ ਕਾਰ ਵੇਚਿਆ ਆਪਣੀ ਗੱਡੀ ਵੇਚੀ ਜੋ ਜੋ ਉਹਨਾਂ ਕੋਲ ਐਸੈਟ ਸੀ ਸਾਰੇ ਵੇਚ ਕੇ ਕਿ ਕੁਝ ਪੈਸੇ 35 ਲੱਖ ਏਜੰਟ ਨੂੰ ਦੇਣਾ ਹੈ ਤੇ ਕੁਝ ਪੈਸੇ ਆਪਣੇ ਕੋਲ ਵੀ ਤੇ ਰੱਖਣੇ ਸੀ ਉਧਰ ਕਿ ਸਰਵਾਈਵ ਕਰਨਾ ਬਿਲਕੁਲ 에어ਪੋਰਟ ਗਏ 에어ਪੋਰਟ ਜਾ ਕੇ ਇੰਵੈਸ ਨੇ ਵੀਜ਼ਾ ਰਿਵੋਕ ਕਰਤਾ ਉਥੇ ਉਹਨਾਂ ਨੇ ਇਮੀਗ੍ਰੇਸ਼ਨ ਨੇ ਉਹਨਾਂ ਨੂੰ ਵਾਪਸ ਘੱਲਤਾ ਅੱਛਾ ਉਹਨਾਂ ਨੇ ਸਿੱਧਾ ਕਿਹਾ ਕਹਿੰਦੇ ਕਿ ਤੁਹਾਡੇ ਆਪਣਾ ਤੁਸੀਂ ਇਹ ਦੱਸੋ ਕਿ ਤੁਸੀਂ ਇੰਡੀਆ ਚ ਕੀ ਕਰਦੇ ਤੁਸੀਂ ਘੁੰਮਣ ਚੱਲੇ ਜੇ ਨਾ ਇੰਡੀਆ ਚ ਕੀ ਕਰਦੇ ਜੇ ਕਹਿੰਦੇ ਇੰਡੀਆ ਦੇ ਵਿੱਚ ਪਾਜੀ ਮੈਂ ਮੇਰਾ ਨਾ ਆਪਣਾ ਭਾਂਡਿਆ ਦੀ ਦੁਕਾਨ ਆ ਕਹਿੰਦਾ ਅੱਛਾ ਕਹਿੰਦਾ ਲਿਆਓ ਆਪਣਾ ਇੱਥੇ ਗੂਗਲ ਦੇ ਖੋਲ ਕੇ ਵਿਖਾਓ ਕਿ ਕਿੱਥੇ ਹੈਗੀ ਲੋਕੇਸ਼ਨ ਦੱਸੋ ਹੁਣ ਉਹ ਕਿੱਥੋਂ ਦੱਸੇ ਉਦੀ ਪਾਂਡੇ ਦੀ ਦੁਕਾਨ ਕਿੱਥੇ ਹੈਗੀ ਉਹ ਤੇ ਏਜੰਟ ਨੇ ਦੱਸਿਆ ਹੈ ਨਾ ਉਹਨਾਂ ਨੂੰ ਕਿ ਪਾਂਡਿਆ ਦੀ ਦੁਕਾਨ ਤੇ ਪਰ ਅਸਲ ਦੇ ਵਿੱਚ ਤੇ ਹੈਗੀ ਨਹੀਂ ਉਹ ਉੱਥੇ ਕੰਮ ਗਿਆ ਕਿਉਂਕਿ ਉਹ ਉੱਥੇ ਹੀ ਇੱਕ ਚੀਜ਼ ਤੋਂ ਡਰ ਕੇ ਕਿ ਏਜੰਟ ਨੇ ਉਹਨੂੰ ਦੱਸਿਆ ਹੀ ਨਹੀਂ ਕਿ ਜੇ ਹੁਣ ਤੂੰ ਹੀ ਆਪਣਾ ਪੈੰਤੀ ਰੱਖ ਲਾ ਕੇ ਜਿਗਾਰੜ ਲਾ ਹੀ ਦਿੱਤਾ ਵਾ ਉਹ ਘੱਟੋ ਘੱਟ ਉਹਨੂੰ ਸਮਝਾ ਤੇ ਦੋ ਪ੍ਰੋਪਰ ਚੀਜ਼ਾਂ ਕਰੋ ਤੇ ਸਹੀ ਪਰ ਪਾਜੀ ਕਿਹੇ ਵੇਲੇ ਉੱਥੇ ਜਾ ਕੇ ਇਹੋ ਜਿਹੀਆਂ ਗੱਲਾਂ ਹੁੰਦੀਆਂ ਜੋ ਏਜੰਡੇ ਵੀ ਨਹੀਂ ਸੋਚੀਆਂ ਹੁੰਦੀਆਂ ਜਿਗਾਰੜ ਤੇ ਲਾਤੇ ਹੁੰਦੇ ਆ ਨਕਲੀ ਸਪਾਂਸਰਰ ਲਾ ਕੇ ਐਡਿਟ ਕਰਕੇ ਸਪਾਂਸਰਰ ਲਾ ਕੇ ਨਕਲੀ ਫੰਡ ਲਾ ਕੇ ਨਕਲੀ ਉੱਥੇ ਜਾ ਕੇ ਹੁਣ ਇਮੀਗ੍ਰੇਸ਼ਨ ਵੀ ਉਹਨਾਂ ਦਾ ਵੀ ਉਹ ਇਦਾਂ ਦੇ ਬੰਦੇ ਤੇ ਹੈਗੇ ਨਹੀਂ ਉਹਨਾਂ ਨੂੰ ਸਮਝ ਨਹੀਂ ਲੱਗੀ ਉਹ ਚੀਜ਼ ਤੇ ਅੱਜ ਜਿਹੜਾ 에어ਪੋਰਟ ਦੇ ਉੱਪਰ ਚਲੋ ਉਹਦੀ ਗੱਲ ਪਹਿਲਾਂ ਦੱਸਦਾ ਉਥੋਂ ਚਲੋ ਉਹਨਾਂ ਨੂੰ ਵਾਪਸ ਘਰ ਤਾਂ ਹੁੰਦੀ ਸੋਚੋ ਵਾਪਸ ਉਹਨੇ ਜਾਣਾ ਕਿੱਥੇ ਘਰ ਵੇਚਦਾ ਗੱਡੀ ਵੇਚਦੀ ਉਹਦੇ ਆਏ ਵੀ ਟੈਕਸੀ ਕਰਕੇ ਕਰਾਏ ਦੇ ਘਰ ਤੇ ਜਾ ਕੇ ਹੋ ਰਹੇ ਜਿਹੜਾ ਇੱਥੇ 에어ਪੋਰਟ ਦੇ ਉੱਪਰ ਜਾ ਕੇ ਬੱਚਿਆਂ ਨੂੰ ਰੋਕਿਆ ਜਾਂਦਾ ਪਿਆ ਨਾ ਜਿਹਦੇ ਕਰਕੇ ਬੱਚੇ ਕੜਸ਼ੀ ਕਰਾਉਂਦੇ ਪਏ ਆ ਜਿੰਨੂੰ ਇੰਗਲਿਸ਼ ਵਿੱਚ ਕਟ ਸੀ ਕਹਿੰਦੇ ਆ ਪਰ ਆਪਣਾ ਆਪ ਕੜਸ਼ੀ ਕਹਿੰਦੇ ਆ ਉਹ ਜਿਹੜੀ ਕੜਸ਼ੀ ਹੈਗੀ ਹੈ ਨਾ ਉਹ ਕੜਸ਼ੀ ਕਰਾਉਂਦਾ ਕਾਰਨ ਹੈ ਕਿ ਜਦੋਂ ਆਪਾਂ ਦਿੱਲੀ ਤੋਂ ਜਾਂਦੇ ਆ ਇਮੀਗ੍ਰੇਸ਼ਨ ਕਰਾਉਂਦੇ ਆ ਉੱਥੋਂ ਸਾਨੂੰ ਬੋਰਡਿੰਗ ਪਾਸ ਲੈਣ ਦੇ ਟਾਈਮ ਹੀ ਰੋਕ ਲਿੱਤਾ ਜਾਂਦਾ ਵਾ ਉਹ ਰੋਕਦੀ ਹੈ 에어ਲਾਈਨ 에어ਲਾਈਨ ਦਾ ਰੋਕਣ ਦਾ ਕਾਰਨ ਕੀ ਹੈਗਾ ਵਾ ਕਿ ਜੇ ਤੁਸੀਂ ਉੱਥੋਂ ਜਾਓਗੇ ਉਹਨਾਂ ਨੇ ਇਹ ਵੇਖਣਾ ਵਾ ਕਿ ਤੁਹਾਡੇ ਸਾਰੇ ਡਾਕੂਮੈਂਟ ਹੈਗੇ ਆ ਜੋ ਕਿ ਉਹਨਾਂ ਦੀ ਜ਼ਿੰਮੇਵਾਰੀ ਨਹੀਂ ਹੈਗੀ ਪਰ ਉਹ ਦੇਖਦੇ ਤਾਂ ਕਿਉਂਕਿ ਉਹਨਾਂ ਨੂੰ ਸਖਤ ਹਦਾਇਤ ਹੈਗੀ ਆ ਕਿ ਜੇ ਬੱਚਾ ਇੱਥੇ ਕੈਨੇਡਾ ਪਹੁੰਚ ਗਿਆ ਜਾਂ ਆਸਟ੍ਰੇਲੀਆ ਪਹੁੰਚ ਗਿਆ ਤੇ ਉੱਥੇ ਜਾ ਕੇ ਬੱਚੇ ਦੇ ਕੋਲ ਕੋਈ ਵੀ ਗਲਤ ਡਾਕੂਮੈਂਟ ਨਿਕਲਿਆ ਤੇ ਉਸ ਬੱਚੇ ਨੂੰ ਉੱਥੋਂ ਵਾਪਸ ਮੋੜਿਆ ਜਾਊਗਾ ਤੇ ਜਿਹੜਾ ਵਾਪਸ ਬੱਚਾ ਮੋੜਿਆ ਜਾਂਦਾ ਉਹਦਾ ਸਾਰਾ ਖਰਚਾ ਪੈਂਦਾ 에ਅਰਲਾਈਨ ਨੂੰ ਹੁਣ 에ਅਰਲਾਈਨ ਉਹ ਖਰਚਾ ਬਚਾਉਣ ਦੇ ਚੱਕਰ 'ਚ ਕੀ ਕਰਦੀ ਆ ਕਿ ਤੁਹਾਨੂੰ ਦੇ ਪਹਿਲਾਂ ਹੀ ਇੱਥੋਂ ਵੇਖਦੇ ਕਿ ਜੇ ਤੁਹਾਡਾ ਇੱਕ ਅੱਧਾ ਡਾਕੂਮੈਂਟ ਵੀ ਘਟਾ ਉਹਨਾਂ ਨੂੰ ਭਾਵੇਂ ਸਮਝ ਹੈਗੀ ਜਾਂ ਨਹੀਂ ਹੈਗੀ ਉਹ ਇੱਕ ਅੱਧੇ ਡਾਕੂਮੈਂਟ ਦੇ ਇਸ ਕਰਕੇ ਜ਼ਿਆਦਾਤਰ ਬੱਚੇ ਕੀ ਕਰਦੇ ਪਏ ਕੜਸੀ ਵਰਦੇ ਪਏ ਕੜਸੀ ਦੇ ਵਿੱਚ ਭਾਜੀ ਕੀ ਹੁੰਦਾ ਵਾ ਕਿ ਰੁਪਈਆ ਦਾ ਦੱਸ ਲਓ ਆਪਣਾ ਲੱਖ ਡੇਢ ਲੱਖ ਰੁਪਿਆ ਲੱਗਦਾ ਵਾ ਤੁਸੀਂ ਆਪਣਾ 에어ਪੋਰਟ ਦੇ ਉੱਪਰ ਜਾਂਦੇ ਹੋ ਉੱਥੇ ਤੁਹਾਨੂੰ ਕੋਈ ਉਧਰ ਦਾ ਨੌਨ ਪਰਸਨ ਹੁੰਦਾ ਤੁਹਾਨੂੰ ਲੈ ਕੇ ਜਾਂਦਾ ਸਿੱਧੀ ਤੁਹਾਡੀ ਐਂਟਰੀ ਕਰਾ ਦਿੰਦਾ ਕੋਈ ਸਵਾਲ ਜਵਾਬ ਨਹੀਂ ਕੋਈ ਕੁਝ ਨਹੀਂ ਸਿੱਧੀ ਐਂਟਰੀ ਇਹਨੂੰ ਕੜਸੀ ਕਹਿੰਦੇ ਹਾਂ ਹਾਂਜੀ ਇਹਨੂੰ ਕੜਸੀ ਕਹਿੰਦੇ ਇਹ ਕੜਸੀ ਆ ਜਿੱਥੇ ਤੁਹਾਡੀ 에어ਪੋਰਟ ਦੇ ਵਿੱਚ ਕਿਸੇ ਨਾ ਕਿਸੇ XYZ 에어ਲਾਈਨ ਦੇ ਨਾਲ ਸੈਟਿੰਗ ਹੋ ਜਾਂਦੀ ਆ ਇੱਕੋ ਕੰਮ ਇਹਦਾ ਤੇ ਭਾਜੀ ਤੁਸੀਂ ਵੇਖਿਓ ਰੀਲਾਂ ਦੇ ਵਿੱਚ ਸਿੱਧੀਆਂ ਹੀ ਸਾਰਿਆਂ ਨੇ ਆਪਣੀਆਂ ਆਪਾਈਆਂ ਵੀਡੀਓ ਤੇ ਇੱਕ ਚੀਜ਼ ਆਪਣੇ ਨਾ ਕਮੈਂਟ ਚੈੱਕ ਕਰਿਓ ਮੈਂ ਇਹ ਵੀਡੀਓ ਆਪਣੇ ਇੰਸਟਾਗ੍ਰam ਦੇ ਉੱਪਰ ਪਾਈ ਮੈਨੂੰ ਉਹਦੇ ਥੱਲੇ 10 ਕਮੈਂਟ ਆ ਗਏ ਕਿ ਵੀਰ ਤੂੰ ਕਰਾਉਣੀ ਹੋਗੀ ਕਟਸ਼ੀਆਂ ਨੂੰ ਦੱਸ ਦੀ ਸਸਤੇ ਰੇਟ ਦੇ ਵਿੱਚ ਮੈਂ ਕੋਈ ਵੀ ਵੀਡੀਓ ਪਾਉਣਾ ਉਹਦੇ ਥੱਲੇ ਜਿਹੜੇ ਡੀਲਰ ਆ ਨਾਲ ਹੀ ਆ ਜਾਂਦੇ ਆ ਕਿ ਵੀਰ ਝੂਠ ਨਹੀਂ ਆ ਸੱਚੀ ਇਹ ਕੰਮ ਹੁੰਦਾ ਪਿਆ ਜੇ ਕਰਾਉਣਾ ਹੋਗਾ ਤੇ ਸਾਨੂੰ ਦੱਸ ਦੀ ਤੇ ਉਹਦੇ ਥੱਲੇ ਜਿਹੜੇ ਉਹ ਬੰਦਿਆਂ ਨੂੰ ਮੈਂ ਸਮਝਾਉਣ ਲਈ ਵੀਡੀਓ ਪਾਈ ਨਾ ਵੀ ਕਰਨ ਦੇ ਹੁੰਦੇ ਪਾਜੀ ਕੀ ਰੇਟ ਸਾਨੂੰ ਵੀ ਦੱਸ ਦਿਓ ਤੇ ਹੁਣ ਤੀਹ ਹੀ ਸੋਚੋ ਇੱਥੇ ਬੰਦਾ ਕੀ ਕਰੂਗਾ ਤੇ ਉਹ ਤੇ ਜਿਹੜੀ ਚੀਜ਼ ਮੈਂ ਸਮਝਾਉਂਦਾ ਪਿਆ ਬੱਚੇ ਉਹੀ ਨਹੀਂ ਸਮ ਉਹਨਾਂ ਨੇ ਆਪਣਾ ਉਧਰ ਦੀ ਸਰਕਾਰ ਨੇ ਰੂਲ ਹੀ ਕੱਢਤਾ ਕਿ ਤੁਹਾਡੇ ਸਾਡੇ 6.5 ਬੈਂਡ ਸਕੋਰ ਹੋਣਗੇ ਫਿਰ ਹੀ ਤੁਸੀਂ ਬਾਹਰ ਆ ਸਕਦੇ ਜੀ ਫਿਰ ਤੁਸੀਂ ਕਿਦਾਂ ਏਜੰਟ ਦੇ ਉੱਪਰ ਯਕੀਨ ਕਰਕੇ ਜਾ ਸਕਦੇ ਜੇ ਕਿ 5.5 ਬੈਂਡ ਸਕੋਰ ਆ ਜਾਓ ਪਾ ਤੁਹਾਡਾ ਵੀਜ਼ਾ ਲਗਵਾ ਦਾਂਗੇ ਕਦੋਂ ਜਾਂਦੇ ਪਏ ਆਓ ਸਿਰਫ ਉਹਨਾਂ ਨੂੰ ਇਹ ਆ ਕਿ ਹਾਂ ਏਜੰਟ ਨੇ ਸਾਡੇ ਆ ਰਿਸ਼ਤੇਦਾਰ ਦਾ ਵੀਜ਼ਾ ਲਵਾਤਾ ਹੀ ਪਰ ਉਹ ਜਿਹੜਾ ਰਿਸ਼ਤੇਦਾਰ ਦਾ ਵੀਜ਼ਾ ਲਵਾਇਆ ਹੀ ਉਦੋਂ 19 ਜਾਂ ਬੈਂਡ ਲਿਮਿਟ ਚੱਲਦੀ ਸੀ ਤੇ ਜਾਂ ਉਹਦੇ ਬੈਂਡ ਸਕੋਰ ਵੱਧਦੀ ਤਾਂ ਉਹਦਾ ਵੀਜ਼ਾ ਲੱਗ ਗਿਆ ਤੇ ਦੇਖੋ ਤੇ ਸੀ ਕਿ ਤੁਹਾਡੇ ਕੋਲ ਕਿਹੜੇ ਡਾਕੂਮੈਂਟ ਆ ਤੇ ਉਹਦੇ ਕਿਹੜੇ ਡਾਕੂਮੈਂਟ ਹੈਗੇ ਹੀ ਆਪਾਂ ਸਰਵਿਸ ਕਰਕੇ ਚੱਲ ਜਿੰਦੇ ਆ ਕਿ ਹਾਂ ਜੇ ਉਹਦਾ ਵੀਜ਼ਾ ਲਵਾਤਾ ਫੇਰ ਏਜੰਟ ਉਹ ਚੰਗਾ ਵਾ ਉਹ ਏਜੰਟ ਤੇ ਸਾਰੇ ਵੀਜ਼ਾ ਲੌਨਲੀ ਬੈਠੇ ਕੋਈ ਏਜੰਟ ਥੋੜੀ ਚਾਹੂਗਾ ਕਿ ਉਹਦੀ ਰਿਫਿਊਜ਼ਲ ਆਵੇ ਭਾਵੇਂ ਏਜੰਟ ਫਰੋਡ ਆ ਭਾਵੇਂ ਏਜੰਟ ਸਹੀ ਆ ਜਿੱਦਾਂ ਮੱਝੀ ਹਰ ਏਜੰਟ ਇਹੀ ਚੋਂਦਾ ਕਿ ਅਗਲੇ ਦਾ ਵੀਜ਼ਾ ਲੱਗੇ ਵੀਜ਼ਾ ਲੱਗੂ ਲਮ ਹੁੰਦਾ ਕੀ ਵੀਚਨਾ ਵੀਜ਼ਾ ਲਵਾਉਣ ਦੇ ਚੱਕਰਾਂ ਚ ਕੁਝ ਵੀ ਲਾ ਦੇਗਾ ਉਹ ਤੇ ਆਪਣਾ ਆਪ ਵੀ ਉਹ ਤੇ ਚਲ ਜੂਗਾ ਕਿ ਮੇਰਾ ਪਾਸਪੋਰਟ ਚਾਹੀਦਾ ਉਹ ਵੀ ਰੱਖ ਲੋ ਤੇ ਵੀਜ਼ਾ ਲਵਾ ਦਿਓ ਇਹਦਾ ਕਿਸੇ ਵੀ ਤਰੀਕੇ ਨਾਲ ਉਹ ਤੇ ਪੂਰਾ ਆਪਣਾ ਐਂਡ ਤੱਕ ਜ਼ੋਰ ਲਾਊਗਾ ਇਹ ਵੀ ਨੇ ਇੱਕ ਬੰਦੇ ਨੇ ਸਵਾਲ ਪੁੱਛਿਆ ਹਾਂ ਪਾਨਾ ਸਿੱਧੂ ਬਈ ਨੇ ਪੁੱਛਿਆ ਉਹ ਕਹਿੰਦਾ ਵੀਜ਼ੇ ਲਵਾਣੋਂ ਪੈਸੇ ਲੈਣੋਂ ਲੈ ਲੋ ਪਰ ਜੈ ਜ ਲੈ ਲੋ 10 ਪੀ ਹਜ਼ਾਰ ਲੈ ਲੋ ਕਹਿੰਦੇ ਤੁਸੀਂ ਤਾਂ 10 10 ਲੱਖ ਦੇ ਬੰਦੇ ਨੂੰ ਵੜ ਦਿੰਦੇ ਹੋ ਨਹੀਂ ਭਾਜੀ 25 ਲੱਖ ਚ 25 ਲੱਖ ਰੁਪਏ 25 ਲੱਖ ਚ ਮਾੜਾ ਮੋਟਾ ਬੰਦਾ 10 ਲੈ ਲੈਂਦਾ 5 ਲੈ ਲੈਂਦਾ 25 30 ਲੱਖ ਦੇ ਮੋٹے ਬੰਦੇ ਲੈ ਇਹ ਗਲ ਸਾਡ ਏਜੰਟ ਦਾ ਕੀ ਕੰਮ ਆ ਪੈਸੇ ਕਮਾਉਣੇ ਉਹਨੇ ਤੇ ਆਪਣਾ ਰੇਟ ਦੱਸਤਾ ਪਰ ਤੁਹਾਨੂੰ ਸਮਝ ਨਹੀਂ ਆਉਂਦੀ ਪਈ ਤੁਹਾਨੂੰ ਸਾਰਿਆਂ ਨੇ ਚੀਕ ਕੇ ਕਹਿੰਦੇ ਪਏ ਹੁਣ ਜਿਹੜੀ ਗੱਲ ਮੈਂ ਤੁਹਾਨੂੰ ਦੱਸਦਾ ਮੈਂ ਪਤਾ ਤੁਹਾਨੂੰ ਵੀ ਪਹਿਲਾਂ ਤੋਂ ਜਿਹੜੇ ਲੋਕੀ ਵੀਡੀਓ ਦੇਖਦੇ ਪਏ ਉਹਨਾਂ ਨੂੰ ਵੀ ਪਹਿਲਾਂ ਤੋਂ ਪਤਾ ਵਾ ਕਿ ਹਾਂ ਇਹ ਜੇ ਆਪਾਂ ਟੂਰਿਸਟ ਵੀਜ਼ੇ ਦੀ ਗੱਲ ਕਰਦੇ ਪਏ ਕਿ ਇਹਦਾ ਖਰਚਾ 13-14000 ਰੁਪਏ ਐਮਬੈਸੀ ਫੀਸ ਤੋਂ ਇਲਾਵਾ 1 ਰੁਪਏ ਦਾ ਨਹੀਂ ਹੈਗਾ ਹੋਰ ਵੱਧਾ 13-14000 ਤੋਂ ਇਲਾਵਾ ਜਿਹੜਾ ਵੀ ਏਜੰਟ ਫਾਈਲ ਲਾਊਗਾ ਮੈਂ ਫਾਈਲ ਉਹਨਾਂ ਆਪਣੀ ਕੰਸਲਟੈਂਸੀ ਫੀਸ ਆਪਾਂ ਲਾਂਗੇ ਜੋ ਨਾਰਮਲੀ ਬੰਨਦੀ ਆ 15-20-25000 ਰੁਪਏ ਠੀਕ ਆ ਇਸ ਤੋਂ ਵੱਧ ਕੋਈ ਹੋਰ ਕੁ ਪਰ ਆਪਾਂ ਉਥੇ 20 25 25 ਲੱਖ ਰੁਪਏ ਪਤਾ ਕਰਦੇ ਪਏ ਆ ਕਿ ਸਾਰੇ ਪੈਸੇ ਵੀਜ਼ਾ ਲੱਗਣ ਤੋਂ ਬਾਅਦ ਤੇ ਉਹ ਬੱਚਾ ਭਰਦਾ ਪਿਆ ਵਾ ਤਾਂ ਹੀ ਤੇ ਉਥੇ ਗੱਲ ਹੋਈ ਜਿਹੜਾ ਜਾ ਕੇ ਬਾਜੂ ਪੜਨੇ ਵੀਰ ਕੋਈ ਆ ਕੇ ਰੋਂਦਾ ਵਾ ਉਹ ਬੱਚੇ ਨੇ ਪਹਿਲਾਂ ਹੀ ਤਾਂ ਗੱਲ ਇਹ ਹੀ ਟੁੱਕੀ ਹੁੰਦੀ ਆ ਪਹਿਲਾਂ ਕਿ ਉਹ ਗੱਲ ਟੁੱਕੀ ਪਹਿਲਾਂ ਕਿੜਾ ਪੜਨੇ ਵੀਰ ਨੂੰ ਤੋ ਦੱਸ ਕੇ ਆਏ ਆ ਕਿ ਵੀਰ ਮਾ ਉਹਦੇ ਕੋ ਚੱਲਣਾ ਹੀ ਤੇ ਵੇਖੀ ਠੱਗੀ ਨਾ ਮਾਰੇ ਬਾਜੂ ਕੋਈ ਜਾਂਦਾ ਕਿ ਪਹਿਲਾਂ ਗੱਲ ਤੇ ਜਾ ਕੇ ਆਪ ਹੀ ਕੀਤੀ ਜਦੋਂ ਤੈਨੂੰ ਪਤਾ ਹੋਵੇ ਕਿ ਇਹ ਇੰਨੇ ਚ ਗੱਲ ਹੁੰਦੀ ਨਹੀਂ ਆ ਮੇਰੇ ਕੋਲ ਕਈ ਹੁੰਦੇ ਆ ਨਾ ਬੱਚੇ ਸਿੱਧਾ ਇਹ ਕਹਿੰਦਾ ਕਿ ਪਾਜੀ ਇਹ ਨਾ ਦੱਸੋ ਜੇ ਚ ਸਾਨੂੰ ਐਮਬੈਸੀ ਫੀਸ ਤਾਰਨੀ ਪਊਗੀ ਉਹ ਦੱਸੋ ਜਿਹੜਾ ਪੈਕੇਜ ਹੋਊਗਾ ਮੈਂ ਕਿਹੜੀ ਚੀਜ਼ ਦਾ ਪੈਕੇਜ ਕਰਾਂ ਐਮਬੈਸੀ ਫੀਸ 13-14000 ਰੁਪਿਆ ਮੇਰੀ ਕੰਸਲਟੈਂਸੀ ਫੀਸ ਇੰਨੀ ਫੀਸ ਪੇ ਕਰੋ ਆਪਣੀ ਫਾਈਲ ਲਵਾਓ ਵੀਜ਼ਾ ਦੇਣਾ ਜਾਂ ਨਹੀਂ ਦੇਣਾ ਇਹ ਟੋਟਲੀ ਐਮਬੈਸੀ ਦੇ ਹੱਥ ਦੇ ਵਿੱਚ ਇੱਕ ਏਜੰਟ ਵੀ ਜੇ ਇਹ ਕਹਿ ਦਿੰਦਾ ਨਾ ਤੁਹਾਨੂੰ ਪਾਜੀ ਮੇਰੀ ਸ਼ਿਉਰਿਟੀ ਜੇ ਵੀਜ਼ਾ ਲੱਗੂ ਜਿੱਥੇ ਤੁਹਾਨੂੰ ਏਜੰਟ ਸ਼ਿਉਰਿਟੀ ਚੁੱਕਦਾ ਵੇ ਸਿੱਧਾ ਸਮਝ ਲੋ ਠੱਗ ਉਹ ਵੀਜ਼ਾ ਲਵਾ ਹੀ ਨਹੀਂ ਸਕਦਾ ਪਾਜੀ ਜਿੰਨੀ ਪਾਵਰ ਇੱਕ ਨਾਰਮਲ ਬੰਦੇ ਦੇ ਕੋਲ ਆ ਵੀਜ਼ਾ ਲੈ ਇਸ ਤੋਂ ਵੱਧ ਕੇ ਕੋਈ ਚੀਜ਼ ਹੁੰਦੀ ਨਹੀਂ ਹੈ ਜਿਹੜੀ ਸੋਸ਼ਲ ਮੀਡੀਆ ਦੇ ਉੱਤੇ ਮੈਂ ਦੇਖਿਆ ਏਜੰਟ ਥਾਪੀਆਂ ਮਾਰਦੇ ਹੁੰਦੇ ਆਂ ਆ ਵੀ ਆ ਜਾਓ ਜੇ ਰਿਜੈਕਟ ਹੋ ਗਿਆ ਨਾ ਇੰਨੇ ਪੈਸੇ ਮੈਂ ਲਊਂਗਾ ਤੁਹਾਨੂੰ ਤੇ ਭਾਜੀ ਉਹਦੇ ਵਿੱਚ ਜਦੋਂ ਤੁਸੀਂ ਉੱਥੇ ਜਾਓਗੇ ਨਾ ਉੱਥੇ ਜਾ ਕੇ ਪਤਾ ਕੀ ਹੋਣਾ ਵਾ ਉਹਨਾਂ ਨੇ ਕਹਿਣਾ ਕਿ ਭਾਜੀ ਇਹ ਤੇ ਅਪ ਜਿਹੜੀ ਐਡ ਪਾਈ ਹੀ ਉਹਨਾਂ ਵਾਸਤੇ ਪਾਈ ਹੀ ਜਿਨ੍ਹਾਂ ਦੀ ਆ ਰਿਕੁਆਇਰਮੈਂਟ ਪੂਰੀ ਹੋਊਗੀ ਤੁਹਾਡੀ ਰਿਕੁਆਇਰਮੈਂਟ ਪੂਰੀ ਨਹੀਂ ਹੈ ਇਸ ਕਰਕੇ ਤੁਹਾਨੂੰ ਆ ਪੈਕੇਜ ਲੈਣਾ ਪਊਗਾ ਪਰ ਵੀਜ਼ਾ ਤੁਹਾਡਾ ਜ਼ਰੂਰ ਲੱਗੂਗਾ ਇਹ ਮੇਰੀ ਗਾਰੰਟੀ ਤੇ ਪੈਸੇ ਸਾਰੇ ਮੈਂ ਵੀਜ਼ਾ ਲੱਗਣ ਤੋਂ ਬਾਅਦ ਲਊਂਗਾ ਪਰ ਵ ਉੱਥੇ ਜਾ ਕੇ ਤੁਹਾਨੂੰ ਇਹ ਪਾਜੀ ਇੱਕ ਮਾਰਕੀਟਿੰਗ ਸਟਰੈਟਜੀ ਆ ਕਿ ਤੁਹਾਨੂੰ ਆਪਣੇ ਮਾਲ ਕਿਸੇ ਵੀ ਤਰੀਕੇ ਦੇ ਨਾਲ ਉਹ ਆਕਰਸ਼ਿਤ ਕਰਨਾ ਕਿ ਵੇਖੋ ਆ ਵੇਖੋ ਆਪਾਂ ਕੀ ਕਰਦੇ ਪਏ ਆ ਜਦੋਂ ਸਾਨੂੰ ਤੁਹਾਡਾ ਪਤਾ ਲੱਗਣਾ ਪਤਾ ਢਕੋਣਾ ਜਾ ਕੇ ਉਸੇ ਗੱਲਾਂ ਬਦਲ ਜੜੀਆਂ ਜ਼ਿਆਦਾਤਰ ਬੱਚੇ ਵੀ ਇਹ ਗੱਲ ਕਰਦੇ ਨੇ ਕਿ ਯਾਰ ਜਦੋਂ ਆਪਾਂ ਤੁਹਾਡੀ ਵੀਡੀਓ ਵੇਖੀ ਦੀ ਤੋ ਤੀ ਕੋਈ ਗੱਲ ਕਰਦੇ ਜਦੋਂ ਆਪਾਂ ਤੁਹਾਡੇ ਕੋਲ ਆਈਦਾ ਉਦੋਂ ਤੀ ਕੋਈ ਹੋਰ ਗੱਲ ਕਰਨ ਲੱਗ ਪੈਂਦੇ ਜੇ ਉਹ ਤੁਹਾਨੂੰ ਉੱਥੇ ਕੰਪੈਲ ਇਹ ਕਰ ਲਿੱਤਾ ਜਾਂਦਾ ਵਾ ਕਿ ਆਪਣਾ ਤੁਹਾਡੀ ਆ ਜਿਹੜੀ ਰਿਕੁਆਇਰਮੈਂਟ ਹੀ ਪੂਰੀ ਨਹੀਂ ਹੁੰਦੀ ਪਈ ਜਿਹੜੀ ਆਪਾਂ ਵੀਡੀਓ ਪੇ ਕਿਉਂਕਿ ਉੱਥੇ ਛੋਟੇ ਛੋਟੇ ਅੱਖਰਾਂ ਦੇ ਵਿੱਚ ਲਾਗੇ ਲਿਖਿਆ ਹੁੰਦਾ ਵਾ ਜਾਨਣੇ ਲਾਸਟ ਤੇ ਹੋਲੀ ਜੀ ਬੋਲਿਆ ਹੁੰਦਾ ਵਾ ਕਿ ਜੇ ਤੁਹਾਡੀ ਇਹ ਆਪਣਾ ਤਾਨੂੰ ਆਪਾ ਇੰਨੇ ਪੈਸੇ ਮੜਾ ਕੇ ਟੀ ਐਨ ਸੀ ਜਲਾ ਦੋ ਬਿਲਕੁਲ ਉਹ ਟਰਮ ਕੰਡੀਸ਼ਨ ਲੱਗੀਆਂ ਹੁੰਦੀਆਂ ਆ ਮੈਂ ਤੇ ਓਬਵੀਅਸ ਤੁਹਾਨੂੰ ਕੀ ਲੱਗਦਾ ਕਿ ਆਪਣਾ 50000 ਰੁਪਏ ਆਪਣੇ ਪੱਲੇੋਂ ਦੇਣਗੇ ਇਥੇ ਆਪਣਾ ਤੇ ਕਿਸੇ ਨੂੰ ਵੀ ਸਵਾਲ ਪੁੱਛਦੇ ਆਪਣੀ ਸਟੋਰੀ ਦੇ ਪਾ ਕੇ ਕਿੰਨੋਂ ਗੁੰਨ ਪੈਸੇ ਵਾਪਸ ਮਿਲੇ ਅਜ ਤੱਕ ਏਜੰਟ ਦੇ ਕੋਲੋ ਕਿਸੇ ਨੂੰ ਨਹੀਂ ਮਿਲੇ ਹੋਗੇ ਕਿੱਦਾਂ ਕਦੀ ਹੁੰਦਾ ਨਹੀਂ ਪਾਜੀ ਠੱਗੀ ਬਚਾਉਣੀ ਆ ਬੱਚੇ ਨੂੰ ਪਹਿਲਾਂ ਜਿਹੜੀ ਵੀ ਕੈਟਾਗਰੀ ਵਿੱਚ ਉਹ ਫਾਈਲ ਲਾਉਣ ਲੱਗਾ ਵਾ ਉਹਨੂੰ ਪਹਿਲਾਂ ਇਹ ਸਮਝ ਹੋਣੀ ਚਾਹੀਦੀ ਕਿ ਉਸ ਕੈਟਾਗਰੀ ਦੀ ਜਿਹੜੀ ਫਾਈਲ ਹੈਗੀ ਆ ਉਹ ਲੱਗਦੀ ਕਿਦਾਂ ਜਿੰਨੀ ਦੇਰ ਤੱਕ ਬੱਚਾ ਇਹ ਚੀਜ਼ਾਂ ਨਹੀਂ ਸਮਝੂਗਾ ਨਾ ਓਨੀ ਦੇਰ ਤੱਕ ਠੱਗੀ ਚੱਲਦੀ ਰਹੂਗੀ ਜਿੰਨਾ ਮਰਜ਼ੀ ਜ਼ੋਰ ਲਾ ਲੋ ਇਹ ਚੱਲਦੀ ਹੀ ਰਹਿਣੀ ਆ ਕੋਈ ਏਜੰਟ ਤੁਹਾਡੀ ਗੱਲ ਸੁਣ ਕੇ ਤੇ ਸ਼ਰਮ ਨਹੀਂ ਕਰਨ ਲੱਗਾ ਜਿੰਨਾ ਮਰਜ਼ੀ ਜੋ ਮਰਜ਼ੀ ਜ਼ੋਰ ਲਾ ਲੋ ਬੋਰਡ ਲਵਾ ਦਿਓ ਭਾਵੇਂ ਅੰਦਰ 10 15 ਇਹਨਾਂ ਨੂੰ ਭੇਜ ਦਿਓ ਫੇਰ ਵੀ ਇਹ ਚੀਜ਼ ਚੱਲਦੀ ਰਹੂਗੀ ਚਿੱਟਾ ਕਿੰਨਾਕ ਬੰਦ ਹੋ ਗਿਆ ਚਿੱਟੇ ਦੇ ਖਿਲਾਫ ਤੇ ਸਾਰੇ ਆਣਾ ਛਿੱਤਰ ਵੀ ਵੱਜਦੇ ਜੇਲਾਂ ਚ ਵੀ ਜਾਂਦੇ ਸਭ ਕੁਝ ਹੁੰਦਾ ਕਿੰਨੇ ਕੇ ਆਪਣਾ ਲੋਕੀ ਹਟ ਗਏ ਤੁਹਾਨੂੰ ਕੀ ਲੱਗਦਾ ਹਟ ਜਣਗੇ ਭਾਜੀ ਇੱਥੇ ਪੈਸਾ ਆ ਰਿਹਾ ਪੈਸਾ ਹਰ ਇੱਕ ਨੂੰ ਚੰਗਾ ਲੱਗਦਾ ਬੱਚਾ ਵੀ ਉਹ ਠੱਗੀ ਖੁਦ ਮਰਨ ਤਾਂ ਗਿਆ ਉਹਨੂੰ ਕਿਤੇ ਆ ਸੀ ਕਿ ਯਾਰ ਸ਼ਾਇਦ ਮੇਰੀ ਗੱਲ ਬਣ ਜੇ ਜੇ ਗੱਲ ਬਣ ਜਾਂਦੀ ਤੇ ਮੈਂ ਪੈਸੇ ਦੇ ਦੇਨੇ ਸੀ ਚੱਲ ਕੋਈ ਨਹੀਂ ਇੰਨੇ ਪੈਸੇ ਲਾ ਕੇ ਖਾਦੀ ਘੜੀ ਵੀਜ਼ਾ ਆ ਗਿਆ ਕੋਈ ਗੱਲ ਨਹੀਂ ਨਹੀਂ ਬਣੂਗੀ ਤੇ ਮੇਰਾ ਕਿਹੜਾ ਕਿ ਪੈਸਾ ਲੱਗਦਾ ਪਿਆ ਹੁਣ ਬੱਚੇ ਦੀ ਵੀ ਉਸ ਚੀਜ਼ ਦੇ ਵਿੱਚ ਲਾਲਚ ਆ ਬੱਚਾ ਵੀ ਇਹ ਲਾਲਚ ਦੇ ਨਾਲ ਜਾਂਦਾ ਪਿਆ ਮੇਰਾ ਕੰਮ ਬੰਨ ਜੂਗਾ ਕੱਲ ਨੂੰ ਮੈਂ ਬਾਹਰ ਜਾ ਕੇ ਸੈਟਲ ਹੋ ਜੂਗਾ ਏਜੰਟ ਦੀ ਇਹ ਲਾਲਚ ਚਾਹੀਦਾ ਕੰਮ ਬਣ ਗਿਆ ਮੈਨੂੰ ਪੈਸੇ ਆ ਜਾਣਗੇ ਦੋਵੇਂ ਹੀ ਆਪੋ ਆਪਣੀ ਲਾਲਚ ਨੂੰ ਲੱਗੇ ਆ ਜਿਹੜੇ ਡਾਕੂਮੈਂਟ ਨਕਲੀ ਲੱਗਦੇ ਆ ਫਾਈਲ ਦੇ ਵਿੱਚ ਉਹ ਕਿਹੜਾ ਕਿ ਏਜੰਟ ਆਪਣੇ ਕੋਲੇ ਹੀ ਲਾ ਦਿੰਦਾ ਆਪਣੇ ਕੋਲੋਂ ਕਿਉਂ ਕੋਈ ਫ੍ਰੀ ਦੇ ਵਿੱਚ ਲਾਊਗਾ ਲਾਊਗਾ ਤੇ ਤਾਂ ਇਹਨਾਂ ਜੇ ਉਹਨੂੰ ਚਾਰ ਪੈਸੇ ਬਚਣਗੇ ਹੁਣ ਬੱਚੇ ਨੂੰ ਵੀ ਪਤਾ ਵਾ ਉਦੇ 12ਵੇਂ ਚ ਨੰਬਰ ਕੱਟ ਜਦੋਂ ਮੈਂ ਤੁਹਾਨੂੰ ਦੱਸਿਆ ਮੇਰੇ ਨੰਬਰ ਘੱਟ ਹੀ ਫਾਈਲ ਨਹੀਂ ਲੱਗੀ ਮੇਰਾ ਏਜੰਟ ਚੰਗਾ ਹੀ ਉਹਨੇ ਮੈਨੂੰ ਦੱਸਤਾ ਕਿ ਹਾਂ ਮੇਰੇ ਨਹੀਂ ਆਪਣਾ ਜਿਹੜੇ ਹੈਗੇ ਆ ਆਪਣਾ ਆ ਡਾਕੂਮੈਂਟ ਮੈਨੂੰ ਚਾਹੀਦੇ ਜਾਂ ਕੋਈ ਇਹੋ ਜੀ ਗੱਲ ਨਹੀਂ ਉਹਨੇ ਮੈਨਾਂ ਗਲਤ ਕੀਤੀ ਹੁਣ ਬੱਚੇ ਨੂੰ ਪਤਾ ਉਹਦੇ ਕੋਲ ਡਾਕੂਮੈਂਟ ਨਹੀਂ ਹੈਗੇ ਏਜੰਟ ਨੂੰ ਏਜੰਟ ਨੇ ਤੁਹਾਨੂੰ ਆਪਣੀ ਗੱਲ ਦੱਸਤੀ ਕਿ ਆ ਤੁਹਾਡੇ ਕੋ ਡਾਕੂਮੈਂਟ ਨਹੀਂ ਜੇਕਰ ਪਹਾਟੇ ਸਹੀ ਵੀ ਹੋਣ ਫੇਰ ਵੀ ਉਹਨੇ ਆਪਣੇ ਵੱਲ ਕੰਪੈਲ ਕਰਤਾ ਜੇ ਤਹੀ ਚੰਗੇ ਜੇ ਤੁਸੀਂ ਉਹਨੂੰ ਨਾ ਕਰਦੋਗੇ ਮੈਂ ਨਕਲੀ ਡਾਕੂਮੈਂਟ ਨਹੀਂ ਲਾਉਣੇ ਪੈਨਾ ਉਦੋਂ ਤੇ ਹਾਂ ਕਰਤੀ ਉਦੋਂ ਤੇ ਵੀਡੀਓ ਵੀ ਬਣਾਈ ਹੁੰਦੀ ਸਾਈਨ ਵੀ ਕਰਤੇ ਪਰ ਜਦੋਂ ਕੱਲ ਨੂੰ ਪੰਗਾ ਪਿਆ ਫਿਰ ਸਾਰੀ ਗੱਲ ਸੁੱਟਦੀ ਏਜੰਟ ਤੇ ਕਦੋਂ ਕਿਉਂਕਿ ਕੱਲ ਨੂੰ ਤੂੰ ਹੀ ਵੀ ਤੇ ਆਪਣਾ ਫਾਇਦਾ ਲੈਣਾ ਸੀ ਨਾ ਤੂੰ ਹੀ ਕਿਹੜਾ ਫਾਇਦਾ ਲੈਣਾ ਤੂੰ ਹੀ ਵੀ ਤੇ ਉੱਥੇ ਇਮੀਗ੍ਰੇਸ਼ਨ ਦਾ ਫਰੋਡ ਹੀ ਕਰਦੇ ਪਏ ਜੇ ਤੂੰ ਕਿਹੜਾ ਨਹੀਂ ਕੀਤਾ ਇਹਦੇ ਵਿੱਚ ਮੈਂ ਕੋਈ ਹਮਾਇਤ ਨਹੀਂ ਕਰਦਾ ਪਿਆ ਜੰਦੀ ਮੈਂ ਗੱਲ ਦੱਸਦਾ ਪਿਆ ਵਾਂ ਬੱਚੇ ਵੀ ਕਰਦੇ ਆ ਗਲਤੀ ਤੇ ਏਜੰਟ ਨੇ ਤੇ ਕਰਨੀ ਕਰਨੀ ਆ ਉਹਦਾ ਕੰਮ ਆ ਪਾਜੀ ਹਰ ਬੰਦਾ ਕਿਹੜਾ ਕੰਮ ਐ ਸਵਾ ਜਿੱਚ ਪੈਸੇ ਨਹੀਂ ਕਮਾਈ ਜਾਂਦੇ ਗਲਤ ਤਰੀਕੇ ਨਾਲ ਨਹੀਂ ਕਮਾਈ ਜਾਂਦੇ ਡਾਕਟਰੀ ਪੇਸ਼ੇ 'ਚ ਨਹੀਂ ਕਮਾਈ ਜਾਂਦੇ ਜਾਂ ਫਿਰ ਆਪਣਾ ਸੋਸ਼ਲ ਮੀਡੀਆ ਦੇ ਉੱਪਰ ਨਹੀਂ ਕਮਾਏ ਜਾਂਦੇ ਜਾਂ ਫਿਰ ਜਿਹੜੇ ਆ ਆਪਣਾ ਨਿਊਜ਼ ਪਾਉਂਦੇ ਉਹਨਾਂ ਦੇ ਨਹੀਂ ਕਮਾਏ ਹਰ ਚੀਜ਼ ਦੇ ਵਿੱਚ ਆਪਣਾ ਪੈਸੇ ਹੈਗੇ ਵੌਲਸੋਲ ਇਹਨਾਂ ਜਿਹ ਪੈਸੇ ਕਮਾਈ ਜਾਂਦੇ ਕਿਹੜਾ ਕੰਮ ਐ ਸਾਹਮਣੇ ਦਾ ਦੋ ਇੱਚ ਨਹੀਂ ਪੈਸੇ ਕਮਾਏ ਜਾਂਦੇ ਸਿਰਫ ਰੋਲਾ ਇਹਦਾ ਜਿਆਦਾ ਤਾਂ ਆਵਾ ਕਹਿੰਗੇ ਪੰਜਾਬ ਦੇ ਵਿੱਚ ਸਭ ਤੋਂ ਵੱਧ ਚੱਲਣ ਵਾਲੀ ਚੀਜ਼ ਹੀ ਇਹ ਹੈ ਹਰ ਘਰ ਦੇ ਵਿੱਚੋਂ ਇੱਕ ਬੱਚੇ ਨੇ ਜਦੋਂ ਇਹ ਚੀਜ਼ ਕਰਨੀ ਕਰਨੀ ਤੇ ਰੋਲਾ ਤਾਂ ਆਬਵੀਅਸਲੀ ਪਊਗਾ ਹੀ ਪਊਗਾ ਇਹਦੇ ਸਿਰਫ ਹਾਈਪ ਜਿਆਦਾ ਹੋ ਗਈ ਹੈ ਕੰਮ ਸਾਰੇ ਉਹੀ ਕਰਦੇ ਪਏ ਆ ਸਿਰਫ ਇਹਦਾ ਮੈਂ ਕਿੰਨਾ ਕਿ ਅੱਜ ਉਸ ਬੱਚੇ ਨੂੰ ਮੌਕਾ ਦੇ ਦੋ ਇਹ ਪੈਸੇ ਕਮਾਉਣ ਦਾ ਜੇ ਉਹ ਇਹ ਕੰਮ ਛੱਡ ਦੂਗਾ ਨਾ ਫੇਰ ਕਿਉਂ ਬਾਹਰ ਕਿਉਂ ਚੱਲਾ ਪੈਸੇ ਕਮਾਉਣ ਬਾਹਰ ਜਾ ਕੇ ਉਹਨਾਂ ਨੇ ਵੀ ਤੇ ਨਕਲੀ ਡਾਕੂਮੈਂਟ ਲਾ ਕੇ ਟਰੱਕ ਇਹ ਵੀ ਤੇ ਫਰੋਡ ਹੀ ਕਰਦੇ ਪਏ ਆ। ਬਸ ਗੱਲ ਇਹ ਸਮਝਣ ਵਾਲੀ ਕਿ ਜਿਹੜਾ ਤੂੰ ਹੀ ਆਪਣਾ ਇਥੋਂ ਫਰੋਡ ਜੇ ਬਚਾਉਣਾ ਵਾ ਉਹਦਾ ਸਿੱਧਾ ਸਿੱਧਾ ਹਲੇਜ ਏ ਕਿ ਆਪਣੀ ਉਸ ਚੀਜ਼ ਬਾਰੇ ਨੋਲਿਜ ਰੱਖੋ ਤੇ ਨੋਲਿਜ ਭਾਜੀ ਮੈਂ ਕਹਿੰਦਾ ਚੈਟ ਜੀਪੀਟੀ ਖੋਲੋ ਅੱਜ। ਚੈਟ ਜੀਪੀਟੀ ਦੇ ਉੱਪਰ ਜਾ ਕੇ ਤੀ ਆਪਣੀ ਪ੍ਰੋਫਾਈਲ ਦੱਸ ਦੋ ਕਿ ਮੇਰੀ ਆ ਪ੍ਰੋਫਾਈਲ ਆ 10ਵੀਂ 12ਵੀਂ ਮੈਂ ਇਸ ਸਾਲ ਦੇ ਵਿੱਚ ਕੀਤੀ ਆ। ਮੈਂ ਆ ਮੈਡੀਕਲ ਨਾਨ ਮੈਡੀਕਲ ਕਮਰਸ਼ੀਅਲ ਸਟਰੀਮ ਹੀ ਮੇਰੀ। ਇੰਨੇ ਬੈਂਡ ਸਕੋਰ ਆ ਜਾਂ ਬੈਂਡ ਸਕੋਰ ਨਹੀਂ ਹੈਗੇ। ਜੇ ਮੈਂ ਅੱਜ ਇਸ ਕੰਟਰੀ ਦਾ ਵੀਜ਼ਾ ਅਪਲਾਈ ਕਰਦਾ ਵਾ ਤਾਂ ਮੇਰੀ ਫਾਈਲ ਕਿਹੜੇ ਕਾਲਜ ਦੇ ਵਿੱਚ ਲੱਗ ਸਕਦੀ ਆ ਜਾਂ ਫਿਰ ਉੱਥੇ ਹੋਰ ਕਿਹੜੇ-ਕਿਹੜੇ ਕਾਲਜ ਹੈਗੇ ਤੇ ਉੱਥੇ ਕਿਹੜੀ-ਕਿਹੜੀ ਰਿਕੁਆਇਰਮੈਂਟ ਹੈਗੀ ਆ ਤੁਹਾਨੂੰ ਜੀਪੀਟੀ ਨੇ 1 ਸੈਕਿੰਡ ਦੇ ਵਿੱਚ ਸਾਰਾ ਰਿਪਲਾਈ ਦੇ ਦੇਣਾ ਜੀ ਇੰਨਾ ਆਸਾਨ ਆ ਫਿਰ ਲੋਕ ਆਪ ਕਿਉਂ ਨਹੀਂ ਲਗਾਨਦੇ ਭਾਜੀ ਡਰਦੇ ਆ ਕਿਉਂਕਿ ਹੁਣ ਦੇਖੋ ਅੱਜ ਮੈਂ ਆਪਣਾ 22 ਲੱਖ ਰੁਪਏ ਖਰਚਣਾ ਤੇ ਮੈਂ ਇਹ ਥੋੜੀ ਕਰੂੰਗਾ ਕਿ ਮੈਂ ਤਾਂ ਡੇਲੀ ਚੀਜ਼ ਮੈਂ ਆਪੇ ਕਰ ਲਾਂ ਤੇ ਮੇਰਾ ਕੱਲ ਨੂੰ ਪੈਸੇ ਡੁੱਬ ਗਏ ਮੈਂ ਕਿਹਨੂੰ ਫਿਰ ਆਖੂੰਗਾ ਤੇ ਇਹ ਹੁੰਦਾ ਵਾ ਕਿ ਚੱਲ ਕੋਈ ਗੱਲ ਨਹੀਂ ਜਿਹੜਾ ਏਜੰਟ ਆ ਨਾ ਏਜੰਟ ਨੂੰ ਉਹ ਡਰ ਦੇ ਮਾਰੇ ਜਾਂਦੇ ਕਿਉਂਕਿ ਦੇਖੋ ਏਜੰਟਾਂ ਦੇ ਕੰਮ ਹੁੰਨੇ ਤੇ ਰੋਜ਼ ਦੇ ਰੋਜ਼ ਕਰਨਾ ਪਰ ਜਿਹੜਾ ਬੱਚਾ ਹੈਗਾ ਵਾ ਬੱਚੇ ਨੇ ਤੇ ਇੱਕ ਵਾਰੀ ਕਰਾਉਣਾ ਨਾ ਇਸ ਕਰਕੇ ਉਹਨੂੰ ਹੁੰਦਾ ਕਿ ਚੱਲ ਯਾਰ ਮੇਰੇ ਇੰਨੇ ਕੇ ਪੈਸੇ ਲੱਗ ਵੀ ਜਾਣਗੇ ਫਿਰ ਕਿਹੜੀ ਗੱਲ ਹੂੰ ਇਸ ਕਰਕੇ ਬੱਚੇ ਜਿਹੜੇ ਹੈਗੇ ਏਜੰਟ ਦੇ ਕੋਲ ਜਾਂਦੇ ਆ ਕਿਉਂਕਿ ਉਹਨਾਂ ਨੂੰ ਉਸ ਚੀਜ਼ ਦਾ ਡਰ ਹੁੰਦਾ ਵਾ ਜਿਹੜੇ ਬੰਦੇ ਦਾ ਉਹ ਕੰਮ ਹੀ ਨਹੀਂ ਹੈਗਾ ਹੁਣ ਮੇਰਾ ਗੱਡੀ ਖਰਾਬ ਮੇਰੀ ਗੱਡੀ ਖਰਾਬ ਹੋਈ ਹੋਵੇ ਮੈਂ ਗੱਡੀ ਆਪੇ ਥੋੜੀ ਆਪਣੀ ਖੋਲ ਕੇ ਵੇਜੂਗਾ YouTube ਤੋਂ ਵੇਖ ਕੇ ਮੈਂ ਤੇ ਮਕੈਨਿਕ ਨੂੰ ਬੁਲਾਉਂਗਾ ਨਾ ਮੈਨੂੰ ਥੋੜੀ ਪਤਾ ਕਿਹੜ ਇਸ ਕਰਕੇ ਬੱਚੇ ਏਜੰਟ ਦੇ ਕੋਲ ਜਾਂਦੇ ਆ ਕਿ ਆਪਾਂ ਜਿਹੜਾ ਹੈਗਾ ਕੰਮ ਕਰਨਾ ਵਾ ਇਹ ਜਿਹੜੇ ਬੰਦੇ ਨੂੰ ਆਉਂਦਾ ਵਾ ਉਹਦੇ ਕੋਲ ਹੀ ਕਰਵਾਈਏ ਬਸ ਹੁਣ ਇਹਦੇ ਵਿੱਚ ਚੀਜ਼ ਇਹ ਹੈਗੀ ਜੇ ਕਿ ਆਪਾਂ ਉਸ ਬੰਦੇ ਦੇ ਕੋਲ ਜਾਈਏ ਜਿਹੜਾ ਬੰਦਾ ਜਿਹੜੇ ਬੰਦੇ ਦੇ ਕੋਲ ਸਾਨੂੰ ਸੈਟੀਸਫੈਕਸ਼ਨ ਹੋਵੇ ਕਿ ਇਹ ਬੰਦਾ ਕੰਮ ਗਲਤ ਨਹੀਂ ਕਰੂਗਾ ਜਾਂ ਫਿਰ ਆਪਾਂ ਜਿਹੜਾ ਹੈਗਾ ਵਾ ਪਹਿਲਾਂ ਹੀ ਉਸ ਚੀਜ਼ ਦੀ ਨੋਲਿਜ ਜਿਹੜੀ ਹੈਗੀ ਹੈ ਲੱਲੀਏ ਮੈਂ ਨਾ ਮੈਨੂੰ ਕੋਈ ਬੰਦਾ ਨਾ ਸਟੋਰੀ ਦੱਸ ਕੇ ਗਿਆ ਸੀ ਕਹਿੰਦਾ ਭਾਜੀ ਤੁਸੀਂ ਕੀ ਸੋਚਦੇ ਹੋ ਵੀ ਇੱਕ ਏਜੰਟ ਕਿੰਨੇ ਕੇ ਪੈਸੇ ਕਮਾ ਲੈਂਦਾ ਹੋਣਾ ਹੂੰ ਮੈਂ ਕਹਾ ਭਾਈ ਜਿਹਦੇ ਦੇ ਹਿਸਾਬ ਨਾਲ ਤੁਸੀਂ ਗੱਡੀਆਂ ਦੀ ਗੱਲ ਕਰੀਏ ਵੀ ਰੇਂਜ ਰੋਵਰ ਗੱਡੀਆਂ ਰੱਖੀਆਂ ਆ ਕਰੋੜਾਂ ਦੀ ਆਂਦੀ ਆ ਜੇ ਬੰਦਾ ਗੱਡੀ ਕਰੋੜ ਦੀ ਰੱਖਦਾ ਮਤਲਬ ਆਪਣੀ ਸਾਲ ਦੀ 10% ਇਨਕਮ ਰੱਖਦਾ ਤੇ 25-30 ਕਰੋੜ ਤਾਂ ਨਹੀਂ ਛੱਡਦੇ ਹੋਣਗੇ ਮੇਰੇ ਹਿਸਾਬ ਨਾਲ ਜੋ ਦੇਖ ਕੇ ਉਹਨਾਂ ਦਾ ਲਾਈਫ ਸਟਾਈਲ ਲੱਗਦਾ ਬਾਕੀ ਪਤਾ ਨਹੀਂ ਜਾਦਾ ਹੂੰ ਕਹਿੰਦਾ ਮੈਂ ਇਦਾਂ ਦੇ ਜਿਹੜੇ ਨੂੰ ਜਾਣਦਾ ਉਹਨਾਂ ਫੋਟੋ ਦਿਖਾਈ ਕਹਿੰਦਾ ਆ ਕਿ ਦੀ ਸ਼ਕਲ ਤੋਂ ਲੱਗਦਾ ਵੀ ਇਹ ਇੰਨੇ ਕਰੋੜ ਰੁਪਏ ਵਾਲਾ ਹੋਣਾ ਬੰਦਾ ਮੈਂ ਕਹਿੰਦਾ ਨਹੀਂ ਹੂੰ ਕਹਿੰਦਾ 200 ਕਰੋੜ ਰੁਪਏ ਕਮਾਇਆ ਇਸ ਬੰਦੇ ਨੇ ਸਹੀ ਹੈ 200 ਕਰੋੜ ਕਹਿੰਦਾ ਇਹਦੀ ਕਿੱਥੇ ਸੈਟਿੰਗ ਨਹੀਂ ਕੋਈ ਜਾਏਗਾ ਉਲਟਾ ਉਹਨੂੰ ਚੱਕਵਾ ਦੇਗਾ ਕੁੜੀਆਂ ਰੱਖੀਆਂ ਹੋਈਆਂ ਸਾਰੀਆਂ ਭਾਜੀ ਇਹਨੂੰ ਛੱਡੋ ਮੇਰੇ ਕੋਲ ਇੱਕ ਬੱਚਾ ਫਾਈਲ ਲੈ ਕੇ ਆਇਆ ਕੈਨੇਡਾ ਦੀ ਫਾਈਲ ਲਾਉਣੀ ਆ ਉਹਦੀ ਫਾਈਲ ਪਹਿਲਾਂ ਹੀ ਰਿਫਿਊਜ਼ ਹੋ ਗਈ ਤੇ ਉਹਨੇ ਬਾਅਦ ਚੋ ਕਿਹਾ ਭਾਜੀ ਰਿਫਿਊਜ਼ ਕਰਤੀ ਭਾਗਾ ਯਾਰ ਨਹੀਂ ਹੈਗਾ ਕਿ ਸਮਝ ਕੀ ਕਰੀਏ ਕਿ ਨਾ ਚਲੋ ਠੀਕ ਆ ਉਹ ਨਾ ਉਸੇ ਹੀ ਸਾਡੀ ਲੇਨ ਦੇ ਵਿੱਚ ਆਉਣ ਲੱਗ ਪਿਆ ਕਿਉਂਕਿ ਉੱਥੇ ਰੋਜ਼ ਹੀ ਮੁੰਡੇ ਕੁੜੀਆਂ ਹੁੰਦੇ ਆ ਦਿਲ ਲੱਗਾ ਰਹਿੰਦਾ ਸੀ ਚਲੋ ਫਿਰ ਰਿਫਿਊਜ਼ ਹੋ ਗਈ ਹੁਣ ਕੀ ਕਰਨਾ ਸੀ ਉੱਥੇ ਦੀ ਯਾਰੀ ਦੋਸਤੀ ਪੈ ਗਈ ਫਿਰ ਉਹਨੇ ਉੱਥੇ ਸਾਰੀ ਉਸ ਸਾਡੇ ਇਲਾਕੇ ਦੇ ਵਿੱਚ ਸਾਰੀ ਉੱਥੇ ਉਹ ਏਜੰਟ ਆ ਕਿ ਮੇਰੇ ਸਾਹਮਣੇ ਨਾਲ ਸਾਡੇ ਸ਼ਹਿਰ ਦੇ ਵਿੱਚ ਹੀ ਟੋਟਲ 100 150 ਆਫਿਸ ਹੋਊਗਾ ਇਮੀਗ੍ਰੇਸ਼ਨ ਦਾ ਤੇ ਉਹਨੇ ਕੀ ਕੀਤਾ ਕਿ ਉਹ ਕੰਮ ਸਮਝ ਲਿਆ ਉਹਨੇ ਵੀ ਆਪਣਾ ਉੱਥੇ ਆਫਿਸ ਜਿਹੜਾ ਹੈਗਾ ਉਹ ਲੈ ਲਿਆ 10 15000 ਤੇ ਭਾਜੀ 8 ਮਹੀਨੇ ਬਾਅਦ ਉਹਨੇ ਮਰਸੀਡੀ ਈ ਕਲਾਸ ਨਵੀਂ ਘੜਾਈ ਕੀ ਬਾਤ ਹੈ ਹਾਂ ਤੁਸੀਂ ਦੱਸੋ ਜਿਹੜਾ ਬੰਦਾ ਅੱਜ ਬਾਹਰ ਜਾਣ ਲਈ ਤਰਲੇ ਮਾਰਦਾ ਪਿਆ ਵਾ ਠੀਕ ਆ ਅੱਜ ਸਾਡੇ ਕੋਲ ਸਪਲੈਂਡਰ ਤੇ ਹੁੰਦਾ ਪਿਆ ਵਾ 8 ਮਹੀਨੇ ਬਾਅਦ ਮਰਸਡੀ ਕਲਾਸ ਕਡਾ ਲੈ ਕਿਹੜੀ ਲੋਟਰੀ ਲੱਗੀ ਇਮੀਗ੍ਰੇਸ਼ਨ ਦੀ ਲੋਟਰੀ ਲੱਗ ਗਈ ਇਹਦੇ ਵਿੱਚ ਭਾਜੀ ਪੈਸੇ ਬੜੇ ਤਰੀਕੇ ਨਾਲ ਬੰਨਦੇ ਆ ਕਿਉਂਕਿ ਆਪਾਂ ਬਣਾਉਣ ਦਿੰਦੇ ਆ ਜਿੰਨੀ ਦੇਰ ਤੱਕ ਆਪਾਂ ਇਹ ਚੀਜ਼ਾਂ ਨੂੰ ਸਮਝ ਕੇ ਨਹੀਂ ਕਰਦੇ ਓਨੀ ਦੇਰ ਤੱਕ ਇਹ ਚੀਜ਼ਾਂ ਹੁੰਦੀਆਂ ਰਹਿਣਗੀਆਂ ਜਿੰਨਾ ਮਰਜੀ ਗਾਲਾਂ ਕੱਢ ਲਓ ਕਿਹਨੂੰ ਜਿੰਨਾ ਮਰਜੀ ਤਹੀ ਚੀਕ ਲਓ ਜਿੰਨੀ ਮਰਜੀ ਵੀਡੀਓ ਪਾ ਲਓ ਜਿੰਨੇ ਮਰਜੀ ਕੈਂਪਲ ਵਾ ਲਓ ਜੋ ਮਰਜੀ ਕਰ ਲਓ ਨਹੀਂ ਜੀ ਹਟ ਸਕਦੀ ਮੈਂ ਤੁਹਾਨੂੰ ਲਿਖ ਕੇ ਦੇ ਤਹਾਡੀ ਇੰਡਸਟਰੀ ਨੂੰ ਇੱਕ ਖਤਰਾ ਹਮ ਆਨਰ ਟਾਈਮਸ ਜੋ ਮੈਨੂੰ ਲੱਗਦਾ ਹਾਂ ਮੋਲਾ ਦਾ ਇਮੀਗ੍ਰੇਸ਼ਨ ਏਜੰਟ ਦਾ ਕੰਮ ਬਾਬੇ ਹੋਲਣਗੇ ਅੱਛਾ ਪਿੱਛੇ ਵੀਡੀਓ ਵੀ ਪਾਈ ਸੀ ਹਾਂ ਨਹੀਂ ਇਹ ਦੱਸੋ ਜੇ ਤੁਸੀਂ ਨੋ ਵਾਰੀ ਤੁਹਾਡੀ ਰਿਫਿਊਜ਼ਲ ਆ ਗਈ ਤੁਸੀਂ ਨਹੀਂ ਗਏ ਬਾਬੇ ਕੋਲ ਕਿਸੇ ਕੋਲ ਵੀ ਮੇਰੇ ਵੀਜ਼ਾ ਲਵਾਦੇ ਯਾਰ ਨਹੀਂ ਨਹੀਂ ਪਾਜੀ ਮੈਨੂੰ ਦੱਸਿਆ ਹੀ ਬੜੇ ਜਾਣਿਆਂ ਨੇ ਮੈਂ ਇੱਕ ਵਾਰੀ ਗਿਆ ਵੀ ਉਹ ਮੈਂ ਚਲ ਗਿਆ ਉੱਥੇ ਤੇ ਉਹ ਨਾ ਮੇਰਾ ਜਿਹੜਾ ਤੁਹਾਨੂੰ ਦੱਸਿਆ ਨਾ ਕਿ ਪਤ ਤਿੰਨੇ ਨੇ ਕੰਮ ਕਰਦੇ ਸੀ ਚਲੋ ਇਹ ਚਲੋ ਕੋਈ ਹੈਗਾ ਹੀ ਬੰਦਾ ਮੈਨੂੰ ਲੈ ਨਾਮ ਨਹੀਂ ਲੈਣਾ ਨਾਮ ਨਹੀਂ ਲੈਂਦੇ ਉਹ ਬੰਦਾ ਲੈ ਗਿਆ ਉਹ ਉੱਥੇ ਬੀਬੀ ਇਹ ਆਪਣਾ ਗਈ ਤੇ ਉਹਨੇ ਕੀ ਕੀਤਾ ਕਿ ਆਪਣਾ ਉਹਨਾਂ ਦੇ ਕਮਰੇ 'ਚ ਗਿਆ ਉਹਨੇ ਮੈਨੂੰ ਬਿਠਾ ਲਿਆ ਉਦਾਂ ਹੀ ਇਸ ਮਿਲੋ ਕਿ ਉਹ ਵੇਖ ਕੇ ਹੀ ਪਤਾ ਲੱਗੇ ਕਿ ਯਾਰ ਇਹ ਨਹੀਂ ਸਹੀ ਪਰ ਉਹ ਮੈਨੂੰ ਕਹਿੰਦਾ ਕਿ ਨਹੀਂ ਮੇਰਾ ਜਿੰਨੇ ਕੰਮ ਬੰਦੇ ਪੇ ਇੱਥੇ ਹੀ ਬੰਦੇ ਪੇ ਉਹਨੇ ਮੈਨੂੰ ਨਾ ਇੰਨੀ ਉਹ ਦੇਤੀ ਸਵਾਹ ਨਹੀਂ ਹੁੰਦੀ ਹੂੰ ਇਸ ਵਾਹ ਕਹਿੰਦੇ ਕਿ ਤਹੀ ਜਾ ਕੇ ਨਾ ਆਪਣੇ ਗਵਾਂਢੀ ਦੇ ਘਰ ਸੁੱਟਨੀ ਹਣ ਮੈਂ ਉੱਥੇ ਕੈਮਰੇ ਲੱਗੇ ਦੱਸ ਕੀ ਗਵਾਂਢੀ ਨਾ ਕਹਿਣਗੇ ਕਿ ਤੂੰ ਕੀ ਗੰਦ ਪਾਇਆ ਉਹਨਾਂ ਨੂੰ ਸਭ ਪਤਾ ਲੈਣਾ ਕਿ ਮੈਂ ਕੀ ਕਰਦਾ ਪਿਆ ਵਾ ਭਾਜੀ ਉਹ ਚੀਜ਼ ਆਪਣਾ ਲਿਖੋ ਕਿ ਪਤਾ ਤੇ ਮੈਨੂੰ ਅੰਦਰੋਂ ਵੀ ਹੈਗਾ ਹੈਗੀ ਯਾਰ ਇਹ ਕੋਈ ਏਡੀ ਗੱਲ ਕੋਈ ਹੈਗੀ ਨਹੀਂ ਆ ਕਿ ਮੈਂ ਬਸ ਹੁਣ ਜਿਹੜਾ ਬੰਦਾ ਟੁੱਟਿਆ ਹੁੰਦਾ ਵਾ ਨਾ ਉਹ ਬੰਦਾ ਗੁਰਦੁਆਰੇ ਜਾ ਕੇ ਜਾਜ ਵੀ ਚੜਾਉਂਦਾ ਵਾ ਉਹ ਬੰਦਾ ਬਾਬਿਆਂ ਕੋਲ ਵੀ ਜਾਂਦਾ ਵਾ ਕਿਉਂਕਿ ਜਿਹੜੇ ਬੰਦੇ ਦਾ ਕੰਮ ਨਹੀਂ ਨਭੰਦਾ ਪਿਆ ਉਹਨੂੰ ਤੁਸੀਂ ਜਿੱਥੇ ਵੀ ਕਹਿ ਦੋਗੇ ਨਾ ਕਿ ਤੂੰ ਇੱਥੇ 24 ਘੰਟੇ ਲੰਮੇ ਪੈ ਜਾ ਧੁੱਪ ਦੇ ਵਿੱਚ ਇੱਕ ਸ਼ਰਟ ਲਾ ਕੇ ਤੇ ਆਪਣਾ ਤੇਰਾ ਵੀਜ਼ਾ ਆ ਜੂ ਉਹਨੇ ਉ ਜਦ ਮੇਰਾ ਬਾਬੇ ਸਾਹਮਣੇ ਸਿਰ ਚ ਘੋਣ ਨਾਲ ਵੀਜ਼ਾ ਆਉਂਦਾ ਤੇ ਮੈਂ ਕਿਉਂ ਨਾ ਕਰਾਂ ਲੋਕੀ ਕਰਦੇ ਆ ਇਸੇ ਚੀਜ਼ ਦਾ ਸ਼ਾਇਦ ਬਾਬੇ ਫਾਇਦਾ ਚੁੱਕੇ ਤੇ ਬਾਬੇ ਇਸੇ ਚੀਜ਼ ਦਾ ਕਿਉਂਕਿ ਜੇ ਵੀਜ਼ਾ ਲੱਗ ਗਿਆ ਤੁੱਕੇ ਨਾਲ ਬਾਬੇ ਨੇ ਕਹਿੰਦਾ ਮੈਂ ਕਿਹਾ ਸੀ ਨਾ ਕਿ ਵੀਜ਼ਾ ਲੱਗ ਗਿਆ ਪਰ ਜੇ ਨਾ ਲੱਗਾ ਉਹਨੇ ਕਹਿੰਨਾ ਨਹੀਂ ਤੇਰੀ ਫਾਈਲ ਦੇ ਵਿੱਚ ਇੱਥੇ ਆ ਜਿਹੜੀ ਹਾਂ ਉਹਨੇ ਕਿਹਾ ਤੇਰੀ ਸ਼ਰਦਾ ਨਹੀਂ ਸੀ ਹਾਂ ਤੇਰੀ ਸ਼ਰਦਾ ਨਹੀਂ ਹੈਗੀ ਤੂੰ ਸੱਚੇ ਦਮਨ ਨਾਲ ਨਹੀਂ ਮੈਨੂੰ ਚਾਹਿਆ ਤੂੰ ਸ਼ਨੀਵਾਰ ਆ ਕੇ ਇੱਥੇ ਮੱਥਾ ਨਹੀਂ ਟੇਕਿਆ ਇਹ ਚੀਜ਼ਾਂ ਨੂੰ ਮੈਂ ਪਿੱਛੇ ਵੀ ਜਿਹੜੀ ਪਾਈ ਨਾ ਉਹਦੇ ਵਿੱਚ ਪਾਜੀ ਮੈਂ ਐਡਾ ਸੀਰੀਅਸ ਹੋ ਕੇ ਨਾ ਮੈਂ ਬੱਚਿਆਂ ਸਾਰਿਆਂ ਨੂੰ ਉਹ ਬੱਚੇ ਨੇ ਆਪਣਾ ਮੈਨੂੰ ਤਰੀਕ ਦੱਸ ਤੀ ਕਿੰਨੀ ਤਰੀਕ ਨੂੰ ਵੀਜ਼ਾ ਆਣਾ ਮੈਂ ਤੈਨੂੰ ਕਿੱਦਾਂ ਪਤਾ ਕਹਿੰਦਾ ਮੈਨੂੰ ਬਾਬੇ ਨੇ ਦੱਸਿਆ ਤੇ ਮੈਂ ਉਹਦਾ ਕੀ ਕੀਤਾ ਕਿ ਆਪਣਾ ਮੈਂ ਉਹਦੀ ਫਾਈਲ ਲਾਈ ਜਿਹੜੀ ਤਰੀਕ ਨੂੰ ਉਹ ਬਾਬੇ ਨੇ ਤੇ ਬੱਚੇ ਨੇ ਕਿਹਾ ਸੀ ਉਹ ਬੱਚੇ ਦਾ ਉਸ ਦਿਨ ਵੀਜ਼ਾ ਆ ਗਿਆ ਇੰਨੀ ਵੀਡੀਓ ਕਹਿ ਕੇ ਨਾ ਮੈਂ ਪਾਰਟ 1 ਕੱਟ ਕਰਤਾ ਭਾਜੀ ਉਹਦੇ ਥੱਲੇ ਜੈ ਬਾਬੇ ਦੀ ਜੈ ਬਾਬੇ ਦੀ ਬਾਬੇ ਦੀ ਜੈ 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 ਹੋ ਗਈ ਉਹ ਮੇਰੀ ਵੀਡੀਓ ਚੁੱਕ ਕੇ ਲੋਕਾਂ ਨੇ ਟਿਕਟੋਕ ਤੇ ਕੈਨੇਡਾ ਪਾਤੀ। ਭਾਜੀ ਉੱਥੇ 20-22 ਮਿਲੀਅਨ ਆ ਗਏ। ਮੇਰੇ ਰਿਸ਼ਤੇਦਾਰਾਂ ਦੇ ਮੈਨੂੰ ਮੈਸੀ ਨੂੰ ਲੱਗ ਪਿਆ ਆ ਕੀ ਤੂੰ ਕਰਦਾ ਪਿਆ ਮੈਂ ਕਿਹੜੇ ਬਾਬੇ ਦੀ ਮਹਿਤ ਕਰਦਾ ਪਿਆ। ਜਦੋਂ ਕਿ ਮੈਂ ਵੀਡੀਓ ਤੇ ਲਾ ਚੁੱਕਿਆ ਹੈ ਕਿ ਅਗਲਾ ਪਾਰਟ ਜ਼ਰੂਰ ਦੇਖਿਓ। ਪਰ ਤੁਸੀਂ ਇਦਾਂ ਦੀ ਗੱਲ ਜੀ ਕਰੀ ਨਾ ਲੱਗਿਆ ਵੀ ਹਾਂ ਤਾਰੀਫ ਕਰ ਰਹੇ ਹੋ। ਹਾਂ ਹਾਂ ਮਤਲਬ ਕਿ ਉਹਨਾਂ ਨੂੰ ਕਿਉਂਕਿ ਭਾਜੀ ਉਹਦਾ ਵੀਡੀਓ ਕਿਉਂ ਦੇਖਣੀ? ਮੈਂ ਵੀ ਤੇ ਆਪਣੀ ਵੀਡੀਓ ਨਹੀਂ ਦੇਖਣੀ। ਮੇਰਾ ਕੰਮ, ਮੇਰਾ ਕਿੱਤਾ ਵਾ। ਮੈਂ ਵੀ ਉਹ ਕਰੂੰਗਾ ਜੋ ਲੋਕੀ ਦੇਖਣਾ ਚਾਹੁੰਦੇ ਆ। ਹਾਂ ਲੋਕਾਂ ਨੇ ਦੇਖੀ ਮੇਰੀਆਂ ਬਾਕੀ ਵੀਡੀਓ ਦੇ ਵਿੱਚ ਇਹਨਾਂ ਨੇ 5-7 ਲੱਖ ਤੋਂ ਵਿਊ ਵੱਧ ਨਹੀਂ ਆਉਂਦੇ ਤੇ ਇਹ ਵੀਡੀਓ ਦੇ ਸਿੱਧੇ 2 ਮਿਲੀਅਨ ਵਿਊ ਮੇਰੇ ਪੇਜ ਤੇ ਜਿੰਨੇ ਚੁੱਕੇ ਪਾਈ ਉਹਦੇ 20-25 ਮਿਲੀਅਨ ਵਿਊ ਮੈਂ ਭਾਜੀ ਉਦਾਂ ਹਰ ਸ਼ਾਮ ਨੂੰ ਨਾ ਰੋਜ਼ 6 ਵਜੇ ਵੀਡੀਓ ਪਾਉਂਦਾ ਵਾਂ ਆਪਣੇ ਇੰਸਟਾਗ੍ਰam ਦੇ ਉੱਪਰ ਤੇ ਕੀ ਕੀਤਾ ਕਿ ਉਸ ਦਿਨ ਮੈਂ ਆਪਣਾ ਜਿਹੜਾ ਵੀਡੀਓ ਐਡਿਟ ਕਰਦਾ ਕਰਦਾ ਨਾ ਲੇਟ ਹੋ ਗਿਆ ਤੇ ਮੈਂ ਆਪਣਾ ਸਵੇਰੇ ਸਵੇਰੇ 5 ਵਜੇ ਵੀਡੀਓ ਅਪਲੋਡ ਕੀਤੀ ਮੈਂ ਵੀਡੀਓ ਅਪਲੋਡ ਕਰਕੇ ਮੈਂ ਸੋ ਗਿਆ ਤੇ ਜਦੋਂ ਨੂੰ ਆਪਣਾ ਮੈਂ ਨਾ 1-2 ਘੰਟੇ ਬਾਅਦ ਉੱਠਿਆ ਕਿ ਉਹ ਫੋਨ ਵਾਈਬ੍ਰੇਟ ਕਰੀ ਜਾਂਦਾ ਪਿਆ ਇਹ ਉਹ ਵੀਡੀਓ ਭਾਜੀ ਮੇਰੀ ਤੁਸੀਂ ਸੋਚੋ ਕਿ 2-3 ਲੱਖ ਵਿਊ ਟੱਪ ਗਈ ਮੈਂ ਕਮੈਂਟ ਵੇਖੇ ਕਮੈਂਟ ਜਿਉਂ ਗਾਲ ਵਰਦੀ ਪਈ ਜਿਹੜੇ ਤੇ ਆਪਣਾ ਖਿਲਾਫ ਹੀ ਬਾਬੇ ਤੇ ਉਹ ਗਾਲਾਂ ਗੱਢਣ ਜਿਹੜੇ ਬਾਬੇ ਦੇ ਨਾਲ ਹੀ ਉਹ ਪੂਰੀ ਜੈਜਾ ਕਰ ਕਰਨ ਤੇ ਬਾਅਦ ਚ ਫਿਰ ਨਾ ਮੈਂ ਕੀ ਕੀਤਾ ਕਿ ਮੈਂ ਵੀਡੀਓ ਪਾਉਣੀ ਹੀ ਆਪਣੀ 6 ਵਜੇ ਪਰ ਮੈਂ ਡਰਦੇ ਨੇ 2 ਜੇ ਪਾ ਦਿੱਤੀ ਮੈਂ ਕਿਤੇ ਵੀਡੀਓ ਢਾਡੇ ਤੱਕ ਪਹੁੰਚ ਗਈ ਉਦੋਂ ਤੱਕ ਮੈਂ ਤੁਹਾਨੂੰ ਨਹੀਂ ਜਾਂਦਾ ਕਿਹਬਾ ਤੇਹੀ ਨਾ ਦਵਾ ਲਾ ਦੋ ਮੇਰੇ ਤੇ ਜਾ ਫਿਰ ਆਪਣਾ ਆਹ ਨਹੀਂ ਹੈਗਾ ਵਾ ਇੱਕ ਵੀਰ ਤੇ ਜਾਇਟਲੀ ਵਾਲੇ ਆ ਮੈਂ ਡਰ ਗਿਆ ਮੈਂ ਸ਼ੈੱਡ ਪਰ ਇਹਨਾਂ ਨੇ ਤਵਾ ਲਾ ਦੇਣਾ ਇਹਨਾਂ ਨੇ ਮੇਰਾ ਰਹਿਣ ਦਾ ਆਖਰੀ ਦਿਨ ਮੈਂ 2 ਵਜੇ ਵੀਡੀਓ ਅਪਲੋਡ ਕਰ ਦਿੱਤੀ ਕਿ ਚਲ ਸ਼ੈੱਡ ਪਰੇ ਕੀ ਰੱਖਿਆ ਜਿਆਦਾ ਬੱਲੇ ਬੱਲੇ ਚ ਜੇ ਮੈਂ ਨਾ ਕਰਦਾ ਬਾਜੀ ਮੈਂ ਤੁਹਾਨੂੰ ਲਿਖ ਕੇ ਦੇਣ ਉਹ ਯਾਰ 10 ਮਿਲੀਅਨ ਤੋਂ ਪਾਰ ਗਈ ਹੀ ਵੀਡੀਓ ਜੇ ਮੈਂ 6 ਵਜੇ ਤੱਕ ਵੀਡੀਓ ਅਪਲੋਡ ਨਾ ਹਜੇ ਕਰਦਾ ਪਰ ਮੈਂ ਕਰਤੀ ਚਲੋ ਹੁਣ ਜਿਹੜੇ ਤੇ ਹੈਗੇ ਸੀ ਬਾਬੇ ਦੇ ਮਹਿਤੀ ਉਹ ਪੈਲੇ ਵਾਲੀ ਵੀਡੀਓ ਨੂੰ ਚੋੱਕ ਕੇ ਆਪਣੇ ਪੀਜਾਂ ਦੇ ਪਾਈ ਜਾਂਦੇ ਪਏ ਕਿ ਵੇਖੋ ਬਾਬੇ ਨੇ ਚਮਤਕਾਰ ਕੀਤਾ ਤੇ ਚਲੋ ਜਿਹੜੇ ਤੇ ਹੁਣ ਆਪਣੇ ਸਾਰੇ ਆਪਣੇ ਬੰਦੇ ਵੀਰ ਭਰਾਏ ਗਏ ਉਹ ਤੇ ਦੂਜੀ ਵੀਡੀਓ ਨੂੰ ਕਰਦੇ ਵੀ ਪਰ ਤੇ ਇਹ ਚੀਜ਼ ਵੇਖੋ ਪਹਿਲੀ ਵੀਡੀਓ ਮਿਲੀਅਨਸ ਦੇ ਵਿੱਚ ਗਈ ਹੈ ਦੂਜੀ ਲੱਖਾਂ 'ਚ ਰਹਿ ਗਈ ਤੇ ਕਈ ਇਹਨਾਂ ਨੂੰ ਪਤਾ ਹੀ ਨਹੀਂ ਹੈ ਕਿ ਉਹ ਚੀਜ਼ ਜਿਹੜੀ ਹੈਗੀ ਆ ਉਹ ਸਿਰਫ ਤੁਹਾਨੂੰ ਸਮਝਾਉਣ ਲਈ ਮੈਂ ਕਹੀ ਸੀ ਕਿ ਦੂਜੀ ਵੀਡੀਓ 'ਚ ਮੈਂ ਦੱਸਿਆ ਕਿ ਜਿੱਦਾਂ ਮੈਂ ਤੁਹਾਨੂੰ ਅੱਗੇ ਸੀਰੀਅਸ ਹੋ ਕੇ ਸਮਝਾਉਣਾ ਪਿਆਹੀਂ ਜੇ ਮੈਂ ਇਦਾਂ ਹੀ ਅੱਗੇ ਗੱਲ ਕਰਦਾ ਰਵਾਂ ਨਾ ਤੂੰ ਮੇਰੀ ਗੱਲ ਮੰਨ ਜਣੀ ਆਂ ਤੀ ਪਰਸਨਲੀ ਮੈਨੂੰ ਮੈਸੇਜ ਕਰਕੇ ਪੁੱਛਣਾ ਕਿ ਉਹ ਬਾਬੇ ਦਾ ਐਡਰੈਸ ਦੇ ਵੀਰ ਜਾਂ ਆਪਾਂ ਤੇਰੇ ਕੋਲ ਆ ਜਾਂਦੇ ਹਾਂ ਨਾਲ ਬਾਬੇ ਦੇ ਲੈ ਜਾ। ਮੈਂ ਦੇਖੀ ਸਾਡੀ ਵੀਡੀਓ ਕੀ ਪਤਾ ਮੈਂ ਆਪਣੇ ਨਾ ਬਾਬਾ ਕੋਈ ਖੜਾ ਕਰਦਾ ਮੈਂ ਤੇ ਆਪਣਾ ਇਹ ਵੀ ਬਿਜ਼ਨਸ ਚਲਾ ਸਕਦਾ ਆਪਣਾ ਹੀ ਕੋਈ ਪਰਸਨਲ ਬਾਬਾ ਖੜਾ ਕਰਕੇ ਤੇ ਉੱਥੇ ਉਹਨਾਂ ਨੂੰ ਭੇਜੀ ਜਾਵਾਂਗੀ ਇਹ ਬਾਬਾ ਬਿਜ਼ਨਸ ਆਈਡੀ ਆਂਦੇ ਇਹ ਵੀ ਇਹ ਆਈਡੀ ਨਹੀਂ ਇਹ ਬਾਬਾ ਹੀ ਬਣ ਜਾ। ਆਇਆ ਇਹ ਵੀ ਆਈਡੀ ਬੜੀ ਬਰੀ ਆਇਆ ਪਰ ਮੈਂ ਨਹੀਂ ਇਹ ਕਿ ਫਲੋਪ ਹੋ ਸਕਦਾ ਯੋਗੀ ਉਹ ਬਾਬੇ ਦਾ ਕੰਮ ਖਤਮ ਹੋਣ ਤੇ ਆ ਗਿਆ ਵਾ ਤੇ ਏਜੰਡਾ ਦਾ ਕਹਿੰਦੇ ਦੋਹਾਂ ਦਾ ਹੀ ਸਮਝ ਲਓ ਵੇਖੋ ਭਾਜੀ ਆਪਣਾ ਜਿਹੜਾ ਕੰਮ ਗਲਤ ਹੈ ਨਾ ਉਹ ਕਿਤੇ ਨਾ ਕਿਤੇ ਆ ਕੇ ਪਤਾ ਲੱਗਦਾ ਹੀ ਲੱਗਦਾ ਵਾ ਉਹ ਕੰਮ ਤਾਂੜਾ ਲੰਬੇ ਟਾਈਮ ਨਹੀਂ ਚੱਲ ਸਕਦਾ ਉਹ ਭਾਜੀ ਕੰਮ ਬੰਦ ਹੋਣਾ ਹੀ ਨਾ ਜਿਹੜਾ ਬੰਦਾ ਠੱਗੀ ਮਾਰਦਾ ਪਿਆ ਨਾ ਉਹਦਾ ਕੰਮ 6 ਮਹੀਨੇ ਸਾਲ ਤੋਂ ਵੱਧ ਨਹੀਂ ਚੱਲਦਾ ਕਿਉਂਕਿ ਉਹਨੇ 1 ਮਹੀਨੇ ਠੱਗੀ ਮਾਰ ਕੇ ਚਲੇ ਜਾਣਾ ਹੁੰਦਾ ਵਾ ਇੱਕ ਭਾਜੀ ਹੋਰ ਵੀ ਵੱਡੀ ਚੀਜ਼ ਹੈਗੀ ਆ ਅੱਜ ਦੇ ਟਾਈਮ 'ਚ ਕੀ ਹੁੰਦਾ ਪਿਆ ਵਾ ਜਿਹੜੇ ਬੱਚੇ ਫਾਈਲ ਲੁੰਦੇ ਪਏ ਨਾ ਪਹਿਲਾਂ ਇਹ ਵੇਖੋ ਕਿ ਉਹ ਬੰਦੇ ਦੇ ਆਫਿਸ ਖੁੱ ਕਿਉਂਕਿ ਹੁਣ ਮੇਰੇ ਹੀ ਆਪਣੇ ਕਈ ਬੰਦੇ ਮੇਰੇ ਨਾਲ ਜੁੜੇ ਜਿਨ੍ਹਾਂ ਨੇ ਮੇਰੇ ਆਫਿਸ ਸਾਹਮਣੇ ਆਪਣੇ ਦੋ ਦੋ ਤਿੰਨ ਦਿਨ ਆਫਿਸ ਆਪਣੇ ਖੋਲ ਲਏ ਪਤਾ ਹੀ ਨਹੀਂ ਕਿਦਾਂ ਫਾਈਲ ਲੱਗਦੀ ਕੀ ਕਰਨਾ ਕੀ ਨਹੀਂ ਕਰਨਾ ਫਾਈਲ ਚੁੱਕ ਕੇ ਤੇ ਉਹ ਕੇ ਹੋਰ ਨੁ ਦਿੰਦੇ ਆ ਭਾਵੇਂ ਉਹ ਆਪ ਕੋਈ ਗਲਤ ਕੰਮ ਨਾ ਕਰਨ ਉਹਨਾਂ ਨੂੰ ਕੀ ਪਤਾ ਤੀਜੇ ਬੰਦੇ ਦੀ ਕੀ ਸ਼ਿਉਰਿਟੀ ਹੈ ਕਿ ਕੰਮ ਹੋ ਜਾ ਕਈ ਸਾਡੇ ਵਾਲੇ ਲਿੰਕ ਫੜ ਲੈਣੇ ਜਾਂ ਕੁਝ ਸਾਡੇ ਬਟਾਲੇ ਸ਼ਹਿਰ ਦੇ ਵਿੱਚ ਭਾਜੀ ਆ ਪਿੱਛੇ ਜੇ ਰੋਲਾ ਨਹੀਂ ਸੀ ਪਿਆ ਆਪਣਾ ਲਾਇਸੈਂਸ ਵੇਖਣ ਲੱਗ ਪਈ ਪੱਟੀ ਏਰੀਏ ਦੇ ਵਿੱਚ ਤੇ ਬੜੇ ਸ਼ਟਰ ਬੰਦ ਕਰਾਏ ਸੀ ਬਟਾਲੇ ਜੀ ਵੀ ਰੋਲਾ ਪੈ ਗਿਆ ਇੱਕ ਜਦੋਂ ਅੱਧੀ ਵਾਰੀ ਚੈਕਿੰਗ ਹੋਈ ਮੈਂ ਕਹਿੰਦਾ ਭਾਜੀ 3-4 ਦਿਨ ਪੂਰਾ ਬਟਾਲਾ ਬੰਦ ਸਿਰਫ ਉੱਥੇ 8-10 ਆਫਿਸ ਕੁੱਲੇ ਹੀ ਜਿਹਦੇ ਵਿੱਚ ਇੱਕ ਮੇਰਾ ਹੀ ਤੇ ਬਾਕੀ ਜਿਹੜੀਆਂ ਵੱਡੀਆਂ-ਵੱਡੀਆਂ ਕੰਪਨੀਾਂ ਦੇ ਕੁਝ ਆ ਕਿ ਭਾਜੀ ਆਫਿਸ ਦੇ ਵਿੱਚ ਉੱਥੇ ਬਟਾਲੇ ਸ਼ਹਿਰ ਦੇ ਵਿੱਚ ਟੋਟਲ 150 ਕੇ 170 ਆਫਿਸ ਹੋਣੇ ਆ ਜਿੱਚ ਸਿਰਫ 10 ਕੁੱਲੇ ਬਾਕੀ ਸਾਰੇ ਬੰਦ ਕੱਦ ਤੋਂ ਲਾਇਸੈਂਸ ਨਹੀਂ ਹੈਗਾ ਕਿਸੇ ਦੇ ਕੋਲ ਇਹ ਤਾਂ ਕਰਦੇ ਆ ਬਿਨਾਂ ਲਾਇਸੈਂਸ ਕੰਮ ਤੇ ਸਾਰੇ ਕਰਦੇ ਆ ਕੌਣ ਨਹੀਂ ਕਰਦਾ ਬੜੀਆਂ ਨੇ ਕਰਦੇ ਤੁਸੀਂ ਅੱਜ ਚੈੱਕ ਕਰਵਾ ਲਿਓ ਉੱਥੇ ਜਾ ਕੇ ਮੈਂ ਕਹਿੰਦਾ ਕਿ 90% ਲੋਕਾਂ ਦੇ ਕੋ ਤੇ ਆਪਣਾ ਉਹਨਾਂ ਦੇ ਆਪਣਾ ਇਹ ਚੀਜ਼ਾਂ ਹੋਣੀਆਂ ਵਾ ਅੱਗੇ ਜਾ ਕੇ ਇਹ ਕੰਡੀਸ਼ਨ ਦੇਖੋ ਆ ਜਾਣੀ ਹੈ ਕਸਟਮਰ ਪੁੱਛਦਾ ਉੱਧਰ ਜਾ ਕੇ ਲਾਇਸੈਂਸ ਹੈ ਯਾ ਨਹੀਂ ਨਾ 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 ਕਦੀ ਨਹੀਂ ਪੁੱਛਉਂ ਕੋਈ ਮਤਲਬ ਨਹੀਂ ਨਾ ਨਾ ਉਹਨੂੰ ਕੋਈ ਮਤਲਬ ਉਹਨੂੰ ਇਹ ਚੀਜ਼ ਆ ਕਿ ਤੂੰ ਵੀਜ਼ਾ ਲਵਾ ਦੋਗੇ ਕਿੰਨੇ ਪੈਸੇ ਲਓਗੇ ਉਹਨੇ 20 ਮੰਗਣਾ ਤੂੰ 18 ਦੇ ਗੱਲ ਪੱਕੀ ਕਰਨੀ ਚੱਲ 2 ਲੱਖ ਘਟਾ ਲਿਆ ਗੱਲ ਖਤਮ ਇਸ ਤੋਂ ਵੱਧ ਕੇ ਕੋਈ ਗੱਲ ਹੀ ਨਹੀਂ ਹੁੰਦੀ ਮੇਰੇ ਕੋਲ ਕੋਈ ਹੁੰਦਾ ਨਾ ਮੈਂ ਉਹਨਾਂ ਨੂੰ ਸਮਝਾਉਣਾ ਚਾਹੁੰਦਾ ਕੀ ਦੀ ਪ੍ਰੋਸੈਸ ਸਮਝੋ ਕੀ ਆ ਮੈਂ ਆਪਣੀ ਵੀਡੀਓ ਵੀ ਪਾਉਂਦੇ ਨਾ ਭਾਜੀ 90% ਮੇਰੀ ਵੀਡੀਓ ਦੇ ਵਿੱਚ ਸਿਰਫ ਇਹ ਦੱਸਿਆ ਗਿਆ ਹੋਊਗਾ ਕਿ ਕਿਵੇਂ ਫਾਈਲ ਲੱਗਦੀ ਆ ਕਿਹੜਾ ਕਿਹੜਾ ਡਾਕੂਮੈਂਟ ਵਿੱਚ ਲਾਉਣਾ ਚਾਹੀਦਾ ਵਾ ਕਿੱਦਾਂ ਆਪਣੀ ਫਾਈਲ ਨੂੰ ਤੁਸੀਂ ਪ੍ਰੋਸੈਸ ਕਰਨਾ ਫਰਦਰ ਤੇ ਉਤੋਂ ਲੱਗ ਮੈਂ ਨਹੀਂ ਕਦੀ ਕਿਹਾ ਕਿ ਆਓ ਮੇਰੇ ਕੋਲ ਤੁਸੀਂ ਫਾਈਲ ਲਵਾਓ ਮਤਲਬ ਤੁਸੀਂ ਫਾਈਲ ਸਖਾਨੇਓਂ ਕਿ ਵੀਜ਼ਾ ਲਵਾਣਾ ਕਿ ਫਾਈਲ ਕਿੱਦਾਂ ਲਗਾ ਨਾ ਮੈਂ ਸਖੁੰਦਾ ਨਹੀਂ ਇਹੋ ਜਣੀ ਮੈਂ ਕੰਮ ਕਰਦਾ ਕੋਈ ਮੈਂ ਕੰਮ ਬੰਦ ਥੋੜੀ ਕਰਨਾ ਆਪਣਾ ਮੈਂ ਕਰਦਾ ਵਾਂ ਕਿ ਉਹਨਾਂ ਨੂੰ ਆਪਣਾ ਸਮਝ ਲਓ ਕਿ ਅਵੇਅਰ ਕਰਦਾ ਵਾਂ ਕਿ ਕਿਹੜੇ ਕਿਹੜੇ ਡਾਕੂਮੈਂਟ ਤੁਹਾਨੂੰ ਫਾਈਲ ਦੇ ਵਿੱਚ ਯੂਜ਼ ਕਰਨੇ ਚਾਹੀਦੇ ਆ ਜਿੱਦਾਂ ਹੁਣ ਬੱਚਿਆਂ ਨੂੰ ਭਲੇਖਾ ਹੁੰਦਾ ਵਾ ਕਿ ਸੇਵਿੰਗ ਅਕਾਊਂਟ ਕੀ ਆ ਕਰੰਟ ਅਕਾਊਂਟ ਕੀ ਆ ਠੀਕ ਆ ਉਹਨਾਂ ਚ ਕੀ ਡਿਫਰੈਂਸ ਆ ਟੂਰਿਸਟ ਵੀਜ਼ਾ ਵਿਜ਼ਟਰ ਵੀਜ਼ਾ ਚ ਕੀ ਡਿਫਰੈਂਸ ਆ ਵਿਦ ਸਪੌਂਸਰ ਵਿਦਆਊਟ ਸਪੌਂਸਰ ਫਾਈਲ ਲੱਗ ਜੂ ਨਾ ਲੱਗੂ ਫੰਡਸ ਕਿੰਨੇ ਚਾਹੀਦੇ ਕਿੰਨੇ ਮਹੀਨੇ ਪੁਰਾਣੇ ਚਾਹੀਦੇ ਕਿੰਨੇ ਲੱਖ ਰੁਪਏ ਚਾਹੀਦੇ ਆ ਜਾਂ ਫਿਰ ਤੁਹਾਡੇ ਨਾਲ ਕਿਹੜੀ ਕਿਹੜੀ ਚੀਜ਼ ਦਾ ਫਰੋਡ ਹੋ ਸਕਦਾ ਜਾਂ ਕਿਹੜੀ ਚੀਜ਼ ਦਾ ਫਰੋਡ ਹੁਣ ਇੱਕ ਚੀਜ਼ ਹੋਰ ਆ ਅੱਜ ਸਮਝ ਲਓ ਕਿ ਕਿਸੇ ਦਾ ਵੀਜ਼ਾ ਅਲ ਏਜੰਟ ਨੇ ਫੋਨ ਕਰਨਾ ਤੁਹਾਨੂੰ ਕਿ ਵੀਰ ਸੋਰੀ ਤੁਹਾਡਾ ਵੀਜ਼ਾ ਰਿਫਿਊਜ਼ ਹੋ ਗਿਆ ਜੀ ਤੇ ਉਹਨੇ ਕਹਿਣਾ ਯਾਰਾ ਬੜੀ ਮਾੜੀ ਗੱਲ ਕੀਤੀ ਫਿਰ ਸ਼ਾਮੀ ਤੁਹਾਨੂੰ ਫੇਰ ਫੋਨ ਹਣਾ ਇੱਕ ਮੇਰੇ ਕੋਲ ਨਾ ਗੇਮ ਹੈ ਜੀ ਤੁਹਾਡਾ ਮੈਂ ਵੀਜ਼ਾ ਲਵਾ ਕੇ ਦੇ ਸਕਦਾ ਹਾਂ ਜੀ ਤੇ ਆਪਣਾ ਰੁਪਈਆ ਪਰ 5 ਲੱਖ ਰੁਪਈਆ ਲੱਗੂਗਾ ਤੇ ਬੱਚੇ ਨੇ ਤੇ ਆਟੋਮੈਟਿਕਲੀ ਕਹਿਣਾ ਭਾਜੀ 5 10 7 ਲਲੋ ਲਵਾ ਦਿਓ ਮੈਂ ਕਹਿੰਦਾ ਠੀਕ ਆ ਵੀਜ਼ਾ ਤੇ ਆਇਆ ਹੁੰਦਾ ਦਾ ਬੱਚੇ ਦਾ ਪਹਿਲਾ ਹੀ ਤੇ ਜਦੋਂ ਆਪਣਾ ਉਹਨੇ ਯੈਸ ਕਰਨ ਦੀ ਦੇਰ ਆ ਨਾਲ ਹੀ ਉਹਨੇ ਦੋ ਦਿਨ ਬਾਅਦ ਲੈ ਭਾਜੀ ਵਧਾਈਆਂ ਉਹਦਾ ਵੀਜ਼ਾ ਲੱਗ ਗਿਆ ਜੀ ਉਹ ਉਧਰੋਂ ਵੀ ਉਹਨੇ ਸਮਝ ਲਓ 5 ਲੱਖ ਰੁਪਏ ਨੂੰ ਐਕਸਟਰਾ ਆ ਗਿਆ ਇਦਾਂ ਆਪਣਾ ਬੜੇ ਜਣਿਆਂ ਦੇ ਨਾਲ ਹੋਇਆ ਭਾਵੇਂ ਪੁੱਛ ਲੇ ਬੜੇ ਜਣਿਆਂ ਨੇ ਪੁੱਛ ਲੇ ਬੋ ਜਣਿਆਂ ਦੇ ਨਾਲ ਵੀ ਚੀਜ਼ਾਂ ਹੁੰਦੀਆਂ ਪਈਆਂ ਇਹ ਚੀਜ਼ਾਂ ਹੁੰਦੀਆਂ ਹੁੰਦੀਆਂ ਆਪਣਾ ਜਾਤ ਨਾਲ ਪਹਿਲਾਂ ਆ ਜਾਂਦਾ ਵਾ ਫੋਨ ਜਾਂ ਤੇ ਜਦਾ ਸਮਝ ਲਓ ਅੱਜ ਵੀਜ਼ਾ ਆ ਗਿਆ ਵਾ ਨਾ ਤੇ ਉਹਨਾਂ ਨੇ ਤੁਹਾਨੂੰ ਪਹਿਲਾਂ ਫੋਨ ਕਰ ਦੇਣਾ ਕਿ ਤੁਹਾਡਾ ਜੀ ਵੀਜ਼ਾ ਆਇਆ ਨਹੀਂ ਤੇ ਤੁਹਾਡਾ ਵੀਜ਼ਾ ਆ ਸਕਦਾ ਵਾ ਤੇ ਆਪਾਂ ਰਿਜ਼ਲਟ ਆਉਣ ਤੋਂ ਪਹਿਲਾਂ ਪਿਲਾਂ ਕੰਮ ਕਰ ਲਈਏ ਨਹੀਂ ਤੇ ਜੋ ਨਾਰਮਲ ਪ੍ਰੋਸੈਸ ਚੱਲਦਾ ਪਿਆ ਉਹ ਚੱਲਣ ਦਈਏ ਬੱਚਾ ਡਰ ਜਾਂਦਾ ਕਿ ਯਾਰ ਜੇ ਤੇ 100% ਸ਼ੋਰ ਮੇਰਾ ਵੀਜ਼ਾ ਆ ਸਕਦਾ ਫੇਰ ਕਰ ਦੋ ਜਾਂ ਇਦਾਂ ਹੁੰਦਾ ਵਾ ਤੇ ਜਾਂ ਫਿਰ ਉਹਨਾਂ ਨੂੰ ਕਹਿੰਦੇ ਤੁਹਾਡਾ ਰਿਫਿਊਜ਼ ਹੋ ਗਿਆ ਵਾ ਤੇ ਤੁਹਾਡਾ ਹੁਣ ਆਪਾਂ ਵੀਜ਼ਾ ਲਗਵਾ ਦਾਂਗੇ ਜਾਂ ਇਦਾਂ ਹੁੰਦਾ ਇਹ ਚੀਜ਼ਾਂ ਭਾਜੀ ਸਾਰੀਆਂ ਬੰਦਿਆਂ ਦੇ ਨਾਲ ਹੁੰਦੀਆਂ ਬੜੇ ਡਿਫਰੈਂਟ ਤਰੀਕੇ ਦੇ ਜਿਹੜੇ ਸਕੈਮ ਹੈਗੇ ਆ ਮਾਰਕੀਟ ਦੇ ਵਿੱਚ ਬੱਚਿਆਂ ਨੂੰ ਪਤਾ ਵੀ ਹੈਗੇ ਪਰ ਬੱਚੇ ਉਹ ਚੀਜ਼ ਮੰਨਣਾ ਨਹੀਂ ਚਾਹੁੰਦੇ ਬੱਚਿਆਂ ਨੂੰ ਸਿਰਫ ਇਹ ਆ ਕਿ ਜੇ ਸਾਨੂੰ ਕਿਸੇ ਨੇ ਇਹ ਕਹਿ ਤਾ ਵਾ ਕਿ ਤੂੰ ਸਾਨੂੰ ਬਾਰ ਭੇਜ ਸਕਦਾ ਵਾ ਠੀਕ ਆਪਾਂ ਮੰਨ ਲਿਆ ਸਾਨੂੰ ਹੁਣ ਤੂੰ ਕਿਹੇ ਤਰੀਕੇ ਨਾਲ ਬਾਰ ਭੇਜ ਕਿਉਂਕਿ ਗੱਲ ਉਹਨਾਂ ਨੂੰ ਇਹ ਲੱਗਦਾ ਵਾ ਕਿ ਸ਼ਾਇਦ ਇੱਥੇ 15-20 ਲੱਖ ਰੁਪਏ ਲੱਗਦਾ ਪਿਆ ਜੇ 15-20 ਲੱਖ ਲੱਗਦਾ ਪਿਆ ਵਾ ਐਵੇਂ ਤੇ ਲੈਂਦੇ ਨਹੀਂ ਪਏ ਹੋਣਗੇ ਉਹ ਇਹਨਾਂ ਨੂੰ ਨਹੀਂ ਪਤਾ ਕਿ ਐਵੇਂ ਹੀ ਲੈਂਦੇ ਪਏ ਆ ਉਹ ਸੱਚੀ ਚੀਜ਼ 13000 ਰੁਪਏ ਵਾਲੀ ਆ ਭਾਜੀ ਟੂਰਿਸਟ ਵੀਜ਼ਾ ਦੇ ਵਿੱਚ ਐਮਬੈਸੀ ਫੀਸ ਤੋਂ ਇਲਾਵਾ ਤੇ ਆਪਣਾ ਆ ਕੰਸਲਟੈਂਸੀ ਵੀਜ਼ਾ ਚਲੋ ਲੈਣੀ ਜਿਹੜੇ ਬੰਦੇ ਨੇ ਫਾਈਲ ਲਾਉਣੀ ਉੱਤੋਂ ਲਵਾ ਕੁਝ ਲੱਗਦਾ ਹੀ ਨਹੀਂ ਆ ਉਤੋਂ ਇਲਾਵਾ ਮੈਂ ਕਹਿੰਦਾ ਫਾਈਲ ਤੁਹਾਡੀ ਜਿਹੜੀ ਹੈਗੀ ਆ ਪੋਰਟਲ ਦੇ ਵਿੱਚ ਅਪਲੋਡ ਹੋਣੀ ਡਾਕੂਮੈਂਟ ਅਪਲੋਡ ਹੋਣੇ ਨਾ ਆਪਾਂ ਕਿਸੇ ਬੰਦੇ ਨੂੰ ਮਿਲਣਾ ਤੇ ਕਿੱ ਮੇਰੇ ਤੇ ਮਨ ਲਓ ਮੈਂ ਆ ਤੁਹਾਡੇ ਕੋਲ ਆਇਆ ਹਾਂ ਹਾਂ ਜੋ ਵੀ ਤੁਸੀਂ ਦੇਖ ਰਹੇ ਹੋ ਮੈਂ ਕਰਦਾ ਹਣਾ ਪੋਡਕਾਸਟ ਕਰਦਾ ਹਾਂ ਹਮ ਮੈਂ ਕੈਨੇਡਾ ਪੋਡਕਾਸਟ ਕਰਨ ਜਾਣਾ ਹਾਂ ਦੱਸੋ ਮੇਰੇ ਤੋਂ ਕੀ ਚਾਹੀਦਾ ਮੈਂ ਕਿੱਦਾਂ ਜਾ ਸਕਦਾ ਠੀਕ ਹੈ ਪੋਡਕਾਸਟ ਪਾਈ ਤੀ ਕਰਨ ਜਾਣਾ ਵਾ ਪਰ ਉਹਦੇ ਬਿਹਾਫ ਤੇ ਤੁਹਾਨੂੰ ਵੀਜ਼ਾ ਨਹੀਂ ਮਿਲ ਸਕਦਾ ਤੇ ਜਿਹੜੇ ਵੀਜ਼ੇ ਦੀ ਗੱਲ ਕਰਦੇ ਪਿਓ ਇਹ ਆਰਟਿਸਟ ਵੀਜ਼ਾ ਹੁੰਦਾ ਵਾ ਇੱਕ ਠੀਕ ਹੈ ਆਰਟਿਸਟ ਵੀਜ਼ਾ ਜਿਹੜਾ ਹੈਗਾ ਵਾ ਜ਼ਿਆਦਾਤਰ ਉਹ ਤਾਂ ਲੱਗਦਾ ਵਾ ਜੇ ਤੁਸੀਂ ਆਪਣਾ ਸਮਝ ਲਓ ਕਿ ਉਹਦੇ ਪ੍ਰੂਫ ਵਗੈਰਾ ਇਕੱਠੇ ਕਰੋਗੇ ਜੋ ਕਿ ਆਪਾਂ ਨਹੀਂ ਕਰਦੇ ਪਰ ਹਾਂ ਜੇ ਤੁਸੀਂ ਆਪਣੀ ਫਾਈਲ ਮੇਰੇ ਕੋਲ ਲੈ ਕੇ ਆਓ ਤੁਸੀਂ ਮੈਨੂੰ ਕਹੋ ਕਿ ਮੈਂ ਪੋਡਕਾਸਟ ਕਰਦਾ ਵਾਂ ਜਾਂ ਮੇਰਾ ਸੋਸ਼ਲ ਮੀਡੀਆ ਦੇ ਉੱਪਰ ਕੰਮ ਚੱਲਦਾ ਮੈਂ ਫਾਈਲ ਆਪਣੀ ਲਗਾਉਣੀ ਹੈ ਕਿੱਦਾਂ ਲੱਗ ਸਕਦੀ ਹੈ ਟੂਰਿਸਟ ਵੀਜ਼ਾ ਦੀ ਸਿੱਧੀ ਚੀਜ਼ ਭਾਜੀ ਟੂਰਿਸਟ ਵੀਜ਼ਾ ਜਿਹੜਾ ਹੈਗਾ ਨਾ ਇਹ 10 ਸਾਲ ਦਾ ਵੀਜ਼ਾ ਹੁੰਦਾ ਜੀ ਜਿਹਦੇ ਵਿੱਚ ਕਿ 6 ਮਹੀਨੇ ਦਾ ਸਟੇ ਹੁੰਦਾ ਵਾ ਠੀਕ ਆ ਹੁਣ ਜੇ ਤੁਸੀਂ ਆਪਣੇ ਟੂਰਿਸਟ ਵੀਜ਼ਾ ਦੀ ਫਾਈਲ ਅਪਲਾਈ ਕਰਨੀ ਹੈ ਨਾ ਐਮਬੈਸੀ ਦੀ ਰਿਕੁਆਇਰਮੈਂਟ ਹੈਗੀ ਦੋ ਚੀਜ਼ਾਂ ਦੀ ਇੱਕ ਤੁਹਾਡੇ ਫਾਈਨੈਂਸ਼ੀਅਲ ਡਾਕੂਮੈਂਟਸ ਔਰ ਇੱਕ ਤੁਹਾਡੇ ਇਨਕਮ ਸੋਰਸ ਡਾਕੂਮੈਂਟ ਠੀਕ ਹੈ ਇਹ ਦੋ ਚੀਜ਼ਾਂ ਤੋਂ ਇਲਾਵਾ ਐਮਬੈਸੀ ਨੇ ਕਦੀ ਕੋਈ ਚੀਜ਼ ਮੰਗੀ ਨਹੀਂ ਇੰਬੈਸੀ ਨੇ ਕਿਤੇ ਨਹੀਂ ਕਿਹਾ ਕਿ ਸਪான்ਸਰ ਲਾਓ ਨਾ ਲਾਓ ਫੰਡ ਇੰਨੇ ਦਿਖਾਓ ਨਾ ਦਿਖਾਓ ਜਾਂ ਆਹ ਫਲਾਣਾ ਫਲਾਣਾ ਡਾਕੂਮੈਂਟ ਲਾਓ ਡਾਕੂਮੈਂਟ ਦਾ ਕਿਤੇ ਕੋਈ ਨਾਮ ਨਹੀਂ ਲਿਖਿਆ ਮਤਲਬ ਕਿ ਭਾਵੇਂ ਤੁਸੀਂ ਪੰਜ ਡਾਕੂਮੈਂਟ ਦੇ ਜ਼ਰੀਏ ਉਹਨਾਂ ਨੂੰ ਯਕੀਨ ਦਿਵਾ ਦਿਓ ਕਿ ਤੁਸੀਂ ਬਾਹਰ ਘੁੰਮਣ ਦੇ ਲਈ ਚੱਲੇ ਹੋ ਔਰ ਬਾਹਰੋਂ ਫਿਰ ਕੇ ਜ਼ਰੂਰ ਵਾਪਸ ਆਓਗੇ ਜਾਂ ਚਾਹੇ ਤੁਸੀਂ 50 ਡਾਕੂਮੈਂਟ ਦੇ ਨਾਲ ਯਕੀਨ ਦਿਵਾ ਦਿਓ ਇਹ ਤੁਹਾਡੀ ਮਰਜ਼ੀ ਹੈ ਕਿ ਤੁਸੀਂ ਕਿੰਨੇ ਚ ਯਕੀਨ ਦਿਵਾ ਸਕਦੇ ਹੋ ਠੀਕ ਹੈ ਕਿਹੜੇ ਕਿਹੜੇ ਡਾਕੂਮੈਂਟ ਨਾਲ ਦਿਵਾ ਸਕਦੇ ਹੋ ਹੁਣ ਜਿਹੜੇ ਟੂਰਿਸਟ ਵੀਜ਼ਾ ਦੇ ਵਿੱਚ ਸਾਨੂੰ ਡਾਕੂਮੈਂਟ ਲਾਉਣੇ ਚਾਹੀਦੇ ਆ ਆਪਣੀ ਇਹ ਚੀਜ਼ ਨੂੰ ਜਸਟੀਫਾਈ ਕਰਨ ਦੇ ਲਈ ਉਹ ਕਿਹੜੇ ਕਿਹੜੇ ਹੁੰਦੇ ਆ ਸਭ ਤੋਂ ਪਹਿਲਾਂ ਹੁੰਦੇ ਆ ਤੁਹਾਡੇ ਆਈਡੈਂਟੀਫਿਕੇਸ਼ਨ ਡਾਕੂਮੈਂਟਸ ਉਹ ਕਿਹੜੇ ਹੁੰਦੇ ਆ ਪਾਸਪੋਰਟ ਆਧਾਰ ਕਾਰਡ ਪੈਨ ਕਾਰਡ ਠੀਕ ਆ ਇਹ ਤੁਹਾਡੇ ਕੋਲ ਪਏ ਹੋਏ ਆ ਜੀ ਉਸ ਤੋਂ ਬਾਅਦ ਹੁੰਦੀ ਆ ਵਾਰੀ ਫਾਈਨੈਂਸ਼ੀਅਲ ਡਾਕੂਮੈਂਟਸ ਦੀ ਉਹ ਕਿਹੜੇ ਕਿਹੜੇ ਹੁੰਦੇ ਆ ਬੈਂਕ ਸਟੇਟਮੈਂਟ ਬੈਲੈਂਸ ਸਰਟੀਫਿਕੇਟ ਸੀ ਰਿਪੋਰਟ ਆਰਕੀਟੈਕਟਰ ਰਿਪੋਰਟ ਵੈਲੂਏਸ਼ਨ ਰਿਪੋਰਟ ਔਰ ਇਨਕਮ ਟੈਕਸ ਰਿਟਰਨ ਇਹ ਹੋ ਗਏ ਫਾਈਨੈਂਸ਼ੀਅਲ ਡਾਕੂਮੈਂਟ ਇਹ ਵੀ ਜੇ ਤੁਹਾਡੇ ਕੋਲ ਨਹੀਂ ਵੀ ਨਾ ਹੈਗੇ ਤੁਸੀਂ ਆਪਣੇ ਸੀਏ ਨੂੰ ਫੋਨ ਕਰਕੇ ਦੋਵਾਂ ਦਿਨਾਂ ਦੇ ਵਿੱਚ ਰੈਡੀ ਕਰਵਾ ਸਕਦੇ ਹੋ ਉਹ ਵੀ ਇੱਕ ਨੰਬਰ 'ਚ ਜੈਨੂਨ ਤਰੀਕੇ ਦੇ ਨਾਲ ਬੈਂਕ ਸਟੇਟਮੈਂਟ ਬੈਲੈਂਸ ਸਰਟੀਫਿਕੇਟ ਆ ਫ੍ਰੀ ਆਫ ਕੋਸਟ ਬੈਂਕ ਦੇ ਵਿੱਚੋਂ ਨਿਕਲਦਾ ਕਿਤੇ ਕੋਈ ਪੈਸਾ ਤੇ ਨਹੀਂ ਤੁਹਾਡਾ ਲੱਗਦਾ ਸਿਰਫ ਉਹ 'ਚ ਪੈਸੇ ਜਮ੍ਹਾਂ ਕਰਾਉਣੇ ਆ ਕਿੰਨੇ ਕਰਾਉਣੇ ਆ ਹੋਣੇ ਕੀ ਕਰਾਉਣੇ ਆ ਜਿੰਨਾ ਕਿ ਤੁਹਾਡਾ ਬਾਹਰ ਜਾ ਕੇ ਖਰਚਾ ਹੁੰਦਾ ਵਾ ਤੇ ਤੁਸੀਂ ਬੈਸੀ ਨੂੰ ਯਕੀਨ ਦਿਵਾ ਸਕੋਗੇ ਹਾਂ ਮੇਰੇ ਕੋਲ ਬਾਹਰ ਸਰਵਾਈਵ ਕਰਨ ਜੋ ਕਿ ਪੈਸੇ ਹੈਗੇ ਆ ਔਰ ਜਿੰਨੇ ਮੈਂ 10 ਦਿਨ ਲਈ ਜਾਣਾ ਜੀ ਕਿੰਨੇ ਪੈਸੇ ਚਾਹੀਦੇ ਮੇਰੇ ਅਕਾਊਂਟ ਚ ਹੁਣ ਤੁਸੀਂ ਇਕੱਲਿਆਂ ਨਹੀਂ ਜਾਣਾ ਜਾਂ ਤੂੰ ਹੀ ਕਿਸੇ ਦੇ ਨਾਲ ਜੇ ਮੇਰੇ ਨਾਲ ਇੱਕ ਬੰਦਾ ਜਾਏਗਾ ਠੀਕ ਆ ਜੇ ਤੁਸੀਂ ਦੋ ਜਣੇ ਨਹੀਂ ਜਾਣਾ ਵਾ ਫਿਰ ਤੇ ਤੁਹਾਡੇ ਦੋ ਫਾਈਲਾਂ ਜੇ ਤੇ ਸਮਝ ਲਓ ਕਿ ਤਹੀ ਤੁਹਾਡੀ ਫੈਮਿਲੀ ਦੇ ਵਿੱਚੋਂ ਕਿਸੇ ਨੇ ਜਾਣਾ ਵਾ ਠੀਕ ਆ ਤੁਸੀਂ ਦੋ ਜਣੇ ਹੋਗੇ ਠੀਕ ਆ ਫਿਰ ਤੇ ਤੁਹਾਨੂੰ ਦੋ ਜਣਿਆਂ ਦੇ ਹਿਸਾਬ ਨਾਲ ਅਰਾਊਂਡ 10-12 ਲੱਖ ਰੁਪਏ ਦੇ ਕਰੀਬ ਚਾਹੀਦੇ ਜਾਂ 10 ਲੱਖ ਲੱਖ ਰੁਪਏ ਤੁਸੀਂ ਲਾਓ ਇਹਦੇ ਵਿੱਚ ਭਾਜੀ ਆਪਣਾ ਕੋਈ ਇਹ ਚੀਜ਼ ਮੈਟਰ ਨਹੀਂ ਕਰਦੀ ਕਿ ਤੁਹਾਡੇ ਕੋਲ ਪੈਸੇ ਓਨੇ ਹੋਣੇ ਚਾਹੀਦੇ ਕੋਈ ਲਿਮਟ ਨਹੀਂ ਆ ਜੇ ਹੁਣ ਸਮਝ ਲਓ ਮੇਰਾ ਤੇ ਇਕੱਲੇ ਦੀ ਗੱਲ ਕਰਦਾ ਸਭ ਤੋਂ ਪਹਿਲਾਂ ਕਿ ਸਮਝ ਲਓ ਕਿ ਤੀ ਇਕੱਲੇ ਕਿਉਂਕਿ ਜੇ ਤੀ ਦੋ ਜਣੇ ਜਾਓਗੇ ਤੁਹਾਡਾ ਕੋਈ ਦੂਸਰਾ ਦੋਸਤ ਹੋਗਾ ਤੁਹਾਡੀ ਆਪਣੀ ਫਾਈਲ ਜਿਹੜੀ ਹੈਗੀ ਤੁਹਾਡੇ ਉੱਪਰ ਹੀ ਡਿਪੈਂਡ ਕਰਦੀ ਹੈ ਠੀਕ ਹੈ ਇੱਕ ਚੀਜ਼ ਯਾਦ ਰੱਖਿਓ ਕਿ ਤੁਹਾਡੀ ਫਾਈਲ ਦੇ ਵਿੱਚ ਤੁਹਾਡੇ ਡਾਕੂਮੈਂਟ ਲੱਗਣੇ ਨਾ ਕਿ ਤੁਹਾਡੇ ਮਦਰ ਫਾਦਰ ਦੇ ਉਹ ਜਿਦਾ ਆਪਾਂ ਕਰਦੇ ਨਾ ਕਿ ਮਦਰ ਫਾਦਰ ਦੇ ਫੰਡ ਦਿਖਾ ਦਾਂਗੇ ਜਾਂ ਕੁਝ ਇਹੋ ਜਿਹਾ ਕੁਝ ਨਹੀਂ ਆਪਣੀ ਫਾਈਲ ਦੇ ਵਿੱਚ ਆਪਣੀ ਫੰਡ ਦਿਖਾਓ ਹੁਣ ਜੇ ਤੀ ਜਾਣਾ ਤੁਹਾਨੂੰ ਤੁਹਾਡੇ ਅਕਾਊਂਟ ਦੇ ਵਿੱਚ ਅਰਾਊਂਡ 5 6 ਜਾਂ ਹੱਦ 7 ਲੱਖ ਰੁਪਏ ਦੇ ਫੰਡ ਚਾਹੀਦੇ ਆ ਜੇ ਤင်း ਚਾਰ ਵੀ ਕਰ ਲੋਗੇ ਚਲ ਉਹ ਵੀ ਜਾਣਗੇ ਪਰ ਤੀ ਨੋਰਮਲੀ ਆਪਣੀ ਫਾਈਲ ਨੂੰ ਵਧੀਆ ਬਣਾਉਣ ਲਈ 5-6 ਲੱਖ ਰੁਪਏ ਪਵਾ ਲੋ ਚੱਲ ਜਨਗੇ ਇਨਾਫਾ ਪੈਸੇ ਭਾਵੇਂ ਤੀ ਅੱਜ ਫਾਈਲ ਚ ਲਵਾ ਪਾਏ ਹੁਣ ਉਸ ਅਕਾਊਂਟ ਦੇ ਵਿੱਚ ਪਾਏ ਹੁਣ ਤੇ ਫਾਈਲ ਭਾਵੇਂ ਕੱਲ ਲਾ ਲੋ ਉਹ ਵੀ ਚੱਲ ਜੂਗੀ ਐਮਬੈਸੀ ਨੇ ਕਿਤੇ ਨਹੀਂ ਕਿਹਾ ਕਿ ਸਾਨੂੰ ਇੰਨੇ ਮਹੀਨੇ ਪੁਰਾਣੇ ਪੈਸੇ ਚਾਹੀਦੇ ਆ ਪੈਸੇ ਭਾਵੇਂ ਤੀ ਅੱਜ ਪਵਾਓ ਤੇ ਫਾਈਲ ਅਪਲਾਈ ਕਰ ਲੋ ਵੀ ਹੋ ਜੂਗੀ ਠੀਕ ਆ ਹੁਣ ਉਹਦੇ ਵਿੱਚ ਹੁੰਦਾ ਕੀ ਹੈ ਕਿ ਤੁਹਾਨੂੰ ਇਹ ਕਿਹਾ ਜਾਂਦਾ ਵਾ ਕਿ ਵੀ ਜਾਂ 25 ਲੱਖ ਰੁਪਏ ਸਾਨੂੰ ਚਾਹੀਦਾ ਵਾ ਤੁਹਾਡੇ ਅਕਾਊਂਟ ਚ ਤੇ ਉਹ ਵੀ 3 ਮਹੀਨੇ ਪੁਰਾਣਾ ਓਬਵੀਅਸਲੀ ਮੈਨੂੰ ਪਤਾ ਜੀ ਤੁਹਾਡੇ ਕੋਲ ਇੰਨੇ ਮਹੀਨੇ ਪੁਰਾਣੇ ਪੈਸੇ ਖਾਤੇ 'ਚ ਪਈ ਹੁੰਦੇ ਸੀ ਮੇਰੇ ਕੋਲ ਕਦੋਂ ਹੁੰਦੇ ਤੁਹਾਡੇ ਕੋਲ ਪੈਸੇ ਪਏ ਹੈ ਤੁਹਾਡਾ ਵਧੀਆ ਕੰਮ ਕਰ ਚੱਲਦਾ ਪਿਆ ਜਿਆਦਾਤਰ ਕੇਸਸ ਦੇ ਵਿੱਚ ਇਹ ਹੁੰਦਾ ਵਾ 99% ਕੇਸਸ ਦੇ ਵਿੱਚ ਜੋ ਮੈਨੂੰ ਲੱਗਦਾ ਹੁਣ ਕੀ ਹੋਣਾ ਵਾ ਤੀਹੀ ਕਹਿਣਾ ਕਿ ਮੇਰੇ ਕੋਲ ਪੈਸੇ ਨਹੀਂ ਹੈਗੇ ਨੇ ਮੈਂ ਤੁਹਾਨੂੰ ਕਹਿਣਾ ਕਿ ਚਲੋ ਨਹੀਂ ਹੈਗੇ ਤੇ ਲਿਆਓ ਮੈਂ ਤੁਹਾਡੇ ਸ਼ੋਅ ਕਰਵਾਦਾ ਕਰਤੇ ਨਹੀਂ ਰਹੇ ਇਹ ਕਹਿਣਾ ਕਿ ਯਾਰ ਮੈਂ ਜੇ ਮੈਂ ਤੁਹਾਨੂੰ ਕੰਗਾ ਤੀ ਸ਼ੋਅ ਕਰਵਾਉ ਤੀ ਕਹਿੰਦਾ ਮੈਂ ਨਹੀਂ ਕਰਵਾ ਸਕਦਾ ਤੂੰ ਹੀ ਕਰਵਾ ਸਕਦੇ ਕਰਵਾ ਦਮ ਮੈਂ ਕਹਿੰਦਾ ਠੀਕ ਹੈ ਮੈਂ ਕਰਵਾ ਦੂੰਗਾ ਮੈਂ ਕਹਿੰਦਾ ਜਾਨ ਮੈਂ ਤਰਾ ਨਾ ਠੇਕਾ ਮਰੂੰਗਾ 1.5 ਲੱਖ ਰੁਪਏ ਦਾ ਤੇ ਇਹ ਤੁਹਾਡੇ ਫੰਡ ਸ਼ੋਅ ਕਰਵਾ ਦੂੰਗਾ ਜਾਂ ਤੀ ਮਹੀਨੇ-ਮਹੀਨੇ ਦਾ ਵਿਆਜ ਦੇਈ ਜਾਓ 5% ਦੇ ਹਿਸਾਬ ਨਾਲ ਤੁਹਾਡਾ 1.5 ਲੱਖ ਰੁਪਿਆ ਉਹ ਵੀ ਗਿਆ ਉਹ ਤੁਹਾਨੂੰ ਕਿਹਾ ਹੀ ਤਾਂ ਆ ਜਾਂਦਾ ਵਾ ਕਿਉਂਕਿ ਉਹਨੂੰ ਚੰਗੀ ਤਰ੍ਹਾਂ ਪਤਾ ਤੁਹਾਡੇ ਕੋ ਫੰਡ ਨਹੀਂ ਹੋਣੇ ਉਹਨੂੰ ਕੀ ਕਰਨਾ ਮੈਂ ਤੁਹਾਡੇ ਮੈਂ ਫੰਡ ਨਹੀਂ ਖਾਤੇ ਚ ਪਾਉਣੇ ਮੈਂ ਤੁਹਾਡੀ ਬੈਂਕ ਸਟੇਟਮੈਂਟ ਐਡਿਟ ਕਰਕੇ ਲਾ ਦੇਣੀ ਹੈ ਕਾਰਨ ਪਰ ਹੁਣ ਕਰਨ ਲੱਗ ਪਈ ਆ। 에어ਪੋਰਟ ਦੇ ਉੱਪਰ ਹੁਣ ਬੱਚਿਆਂ ਨੂੰ ਰੋਕਦੇ ਪਏ ਨਾ ਕਾਹਤੋਂ ਆਪਾਂ ਐਡਿਟ ਕਰਕੇ ਡਾਕੂਮੈਂਟ ਲਾਏ ਹੁੰਦੇ ਆ। ਉਹ ਐਮਬੈਸੀ ਫੜਨ ਲੱਗ ਪਈ ਹੁਣ। ਹੂੰ। ਇੱਥੋਂ ਦੇ ਚੈੱਕ ਹੋ ਗਿਆ ਤੁਹਾਨੂੰ ਵੀਜ਼ਾ ਮਿਲ ਗਿਆ ਪਰ ਜੇ ਤੁਸੀਂ ਉੱਥੇ ਜਾਣਾ ਤੁਹਾਡੀ ਦੁਬਾਰਾ ਤੋਂ ਡਾਕੂਮੈਂਟ ਨੂੰ ਚੈੱਕ ਕੀਤਾ ਜਾਂਦਾ ਕਰੋਸ਼ ਚੈੱਕ ਕੀਤਾ ਜਾਂਦਾ ਵਾ ਤੇ ਜੇ ਉੱਥੇ ਜਾ ਕੇ ਨਕਲੀ ਨਿਕਲੇ ਕੋਈ ਵੀ ਚੀਜ਼ ਉਹਨਾਂ ਨੇ ਤੁਹਾਨੂੰ ਵਾਪਸ ਕਰ ਦੇਣਾ। ਹੂੰ। ਮੈਂ ਤੁਹਾਨੂੰ ਜਿਹੜੇ ਡਾਕੂਮੈਂਟ ਦੱਸੇ ਸੀ ਨਾ ਆਈਡੈਂਟੀਫਿਕੇਸ਼ਨ ਡਾਕੂਮੈਂਟ, ਫਾਈਨੈਂਸ਼ੀਅਲ ਡਾਕੂਮੈਂਟ, ਲਾਸਟ ਦੇ ਡਾਕੂਮੈਂਟ ਰਹਿ ਗਏ ਹੀ ਤੁਹਾਡੇ ਇ ਜਾਂ ਤੇਨੂੰ ਤੇ ਬਿਜ਼ਨਸ ਦਿਖਾਇਆ ਵਾ ਜਾਂ ਤੇ ਤੁਸੀਂ ਕਿਸੇ ਦੇ ਕੋਲ ਕੰਮ ਕਰਦੇ ਪਏ ਹੋ ਜੇ ਤੇ ਤੁਸੀਂ ਸਮਝ ਲੋ ਕਿ ਇਹ ਤੁਹਾਡਾ ਕੰਮ ਆਪਣਾ ਵਾ ਫਿਰ ਤੁਹਾਡਾ ਬਿਜ਼ਨਸ ਆ ਫਿਰ ਤੁਹਾਨੂੰ ਆਪਣੇ ਬਿਜ਼ਨਸ ਦਾ ਰਜਿਸਟ੍ਰੇਸ਼ਨ ਫਾਰਮ ਚਾਹੀਦਾ ਉਹ ਕਹਿੰਦਾ ਜਿੱਦਾ ਐਮ ਐਸ ਐਮਈ ਸਰਟੀਫਿਕੇਟ ਵਗੈਰਾ ਹੁੰਦਾ ਵਾ ਔਰ ਦੂਸਰਾ ਤੁਸੀਂ ਲਾ ਕੇ ਚੱਲੋ ਕਿ ਇਹਦਾ ਕੋਈ ਨਾ ਕੋਈ ਤੁਹਾਡੇ ਕੋਲ ਲੈਟਰ ਪੈਡ ਵਿਜ਼ਿਟਿੰਗ ਕਾਰਡ ਬਿੱਲ ਬੁੱਕ ਜਾਂ ਕਰੰਟ ਅਕਾਊਂਟ ਵਗੈਰਾ ਪਿਆ ਹੋਵੇ ਉਹ ਦਿਖਾ ਦਿਓ ਠੀਕ ਆ ਇਹ ਤੁਹਾਡੇ ਡਾਕੂਮੈਂਟ ਹੋਣਗੇ ਤੇ ਚੱਲ ਜਾਣਗੇ ਬਸ ਇਹੀ ਡਾਕੂਮੈਂਟ ਆ ਜਿਹੜੇ ਤੁਹਾਨੂੰ ਇੱਕ ਟੂਰਿਸਟ ਵੀਜ਼ਾ ਦੀ ਫਾਈਲ ਦੇ ਵਿੱਚ ਚਾਹੀਦੇ ਹੁੰਦੇ ਆ ਹੁਣ ਜਿਹੜੇ ਮੈਂ ਤੁਹਾਨੂੰ ਡਾਕੂਮੈਂਟ ਦੱਸਿਆ ਤੁਹਾਡੇ ਫਾਈਨੈਂਸ਼ੀਅਲ ਇਨਕਮ ਸੋਰਸ ਡਾਕੂਮੈਂਟ ਜਾਂ ਤੁਹਾਡੇ ਆਇਡੈਂਟੀਫਿਕੇਸ਼ਨ ਡਾਕੂਮੈਂਟ ਇਹ ਡਾਕੂਮੈਂਟ ਤੋਂ ਇਲਾਵਾ ਭਾਜੀ ਫਾਈਲ ਦੇ ਵਿੱਚ ਹੋਰ ਕੋਈ ਡਾਕੂਮੈਂਟ ਨਹੀਂ ਲੱਗਦਾ ਜਿਹਦੇ ਨਾਲ ਕਿ ਜਿਹੜਾ ਤੁਹਾਨੂੰ ਏਜੰਟ ਹੈਗਾ ਉਹ ਵੀਜ਼ਾ ਦਵਾ ਸਕਦਾ ਐਸਾ ਹੋਰ ਕੋਈ ਡਾਕੂਮੈਂਟ ਨਹੀਂ ਦਾ ਇਸ ਤੋਂ ਬਸ ਤੇ ਇਹ ਡਾਕੂਮੈਂਟ ਏਜੰਟ ਨੂੰ ਦੇਣੇ ਆ ਉਹਨੇ ਤੁਹਾਡੀ ਫਾਈਲ ਨੂੰ ਰੈਡੀ ਕਰਨਾ ਤੁਹਾਡਾ ਵੀਜ਼ਾ ਫਾਰਮ ਵਗੈਰਾ ਫਿਲ ਕਰਨਾ ਇੱਕ ਐਸਓਪੀ ਲਿਖਣੀ ਹੈ ਇੱਕ ਗਾਈਡਨਰੀ ਬਣਾਉਣੀ ਹੈ ਇਹ ਜਿਹੜੇ ਦੋ ਡਾਕੂਮੈਂਟ ਇਹ ਵੀ ਬੜੇ ਜ਼ਰੂਰੀ ਹੁੰਦੇ ਜੇ ਇਹਦੇ ਵਿੱਚ ਵੀ ਏਜੰਟ ਕੀ ਕਰਦਾ ਵਾ ਐਸਓਪੀ ਚੁੱਕ ਕੇ ਉਸ ਬੰਦੇ ਦੀ ਲਾ ਦਿੰਦਾ ਵਾ ਜਿਹੜੇ ਬੰਦੇ ਦਾ ਵੀਜ਼ਾ ਆਇਆ ਹੁੰਦਾ ਵਾ ਕਿਉਂਕਿ ਏਜੰਟ ਨੂੰ ਇਹ ਲੱਗਦਾ ਸ਼ਾਇਦ ਜੇ ਇਸ ਬੰਦੇ ਦਾ ਇਸ ਐਸਐਸਓਪੀ ਦੇ ਉੱਪਰ ਵੀਜ਼ਾ ਆ ਗਿਆ ਤੇ ਸ਼ਾਇਦ ਤੁਹਾਡਾ ਵੀ ਇਹਦੇ ਉੱਪਰ ਆ ਜਾਊਗਾ ਤੇ ਐਡਿਟ ਕਰਕੇ ਤੁਹਾਡੀ ਲਾ ਦੇਣੀ ਤੇ ਆਈਟਨਰੀ ਵੀ ਸੇਮ ਕਰਨਾ ਐਸਓਪੀ ਦੇ ਵਿੱਚ ਪ੍ਰੋਪਰ ਇਹ ਦੱਸਿਆ ਜਾਂਦਾ ਵਾ ਕਿ ਤੁਹਾਡਾ ਬਾਹਰ ਜਾਣ ਦਾ ਕੀ ਪਰਪਸ ਹੈ ਕਿੰਨੀ ਦੇਰ ਦੇ ਲਈ ਚੱਲੇ ਹੋ ਕੀ ਸ਼ਿਉਰਿਟੀ ਹੈ ਕਿ ਬਾਹਰ ਜਾ ਕੇ ਵਾਪਸ ਆਓਗੇ ਔਰ ਕੀ ਤੁਹਾਡੇ ਕੋਲ ਇਨਸਫੀਸ਼ੈਂਟ ਬੈਲੈਂਸ ਹੈ ਹੁਣ ਤੁਹਾਡੀ ਫਾਈਲ ਦੀ ਕੱਲੀ-ਕੱਲੀ ਡਿਟੇਲ ਜਦੋਂ ਉਸ ਚੀਜ਼ ਦੇ ਵਿੱਚ ਮੈਂਸ਼ਨ ਹੋ ਰਹੀ ਆ ਤਾਂ ਇਸ ਡਾਕੂਮੈਂਟ ਦੇ ਉੱਪਰ ਸਾਨੂੰ ਜ਼ਿਆਦਾ ਜ਼ੋਰ ਲਾਉਣਾ ਚਾਹੀਦਾ ਇਹ ਵਧੀਆ ਤਰੀਕੇ ਨਾਲ ਇੱਕ ਸੋਲਿਡ ਡਾਕੂਮੈਂਟ ਰੈਡੀ ਕਰਕੇ ਫਿਰ ਫਾਈਲ ਐਮਬੈਸੀ ਦੇ ਵਿੱਚ ਲਾਉਣਾ ਚਾਹੀਦਾ ਵਾ ਕਿਉਂਕਿ ਐਮਬੈਸੀ ਇਹ ਚੀਜ਼ ਸਭ ਤੋਂ ਪਹਿਲਾਂ ਦੇਖਦੀ ਆ ਕਿ ਤੁਹਾਡੀ ਜਿਹੜਾ ਬਾਹਰ ਜਾਂਦਾ ਪਰਪਸ ਆ ਔਰ ਕੀ ਸ਼ਿਉਰਿਟੀ ਆ ਵਾਪਸ ਆਓਗੇ ਇਹ ਚੀਜ਼ ਉਹਨਾਂ ਨੇ ਸਭ ਤੋਂ ਪਹਿਲਾਂ ਦੇਖਣੀ ਨਹੀਂ ਤੇ ਉਹਨਾਂ ਦਾ ਰਿਫਿਊਜ਼ਲ ਦਾ ਕਾਰਨ ਕੀ ਹੁੰਦਾ ਵਾ ਕਿ ਅਸੀਂ ਸੈਟੀਸਫਾਈ ਨਹੀਂ ਹੈ ਕਿ ਤੁਸੀਂ ਬਾਹਰ ਜਾ ਕੇ ਵਾਪਸ ਆਓਗੇ ਇਸ ਕਰਕੇ ਪਾਤਨ ਰਿਫਿਊਜ਼ ਕਰਦੇ ਪਏ ਆ ਜਾਂ ਤੁਹਾਡੇ ਫ ਸਟਰੋਂਗ ਨਹੀਂ ਹੈ ਤਾਂ ਪਤਾ ਨੂੰ ਜਿਹੜਾ ਹੈਗਾ ਰਿਫਿਊਜ਼ ਕਰਦੇ ਪਏ ਆ ਇਸ ਕਰਕੇ ਸਾਰੀਆਂ ਚੀਜ਼ਾਂ ਪਹਿਲਾਂ ਹੀ ਐਸਓਪੀ ਦੇ ਵਿੱਚ ਕਲੀਅਰ ਕਰ ਦਿਓ ਔਰ ਉਹਦੇ ਨਾਲ ਪ੍ਰੂਫ ਲਗਾ ਦਿਓ ਜੋ ਮੈਂ ਤੁਹਾਨੂੰ ਦੱਸਿਆ ਇਹਦੇ ਤੋਂ ਇਲਾਵਾ ਇੱਕ ਵੀ ਔਰ ਕੋਈ ਚੀਜ਼ ਨਹੀਂ ਚਾਹੀਦੀ ਜੇ ਕੋਈ ਚਾਹੀਦੀ ਹੈ ਤਾਂ ਮੈਨੂੰ ਦੱਸ ਦਿਓ ਇਸ ਤੋਂ ਇਲਾਵਾ ਕੀ ਲੱਗਦਾ ਔਰ ਤੁਹਾਡੀ ਸਪੌਂਸਰ ਜੇ ਤੇ ਡੇ ਕੋ ਸਪਾਂਸਰ ਹੈਗੀ ਆ ਸਪਾਂਸਰ ਤੁਹਾਨੂੰ ਭਾਜੀ ਕੋਈ ਵੀ ਬੰਦਾ ਕਰ ਸਕਦਾ ਵਾ ਸਭ ਤੋਂ ਪਹਿਲੀ ਗੱਲ ਉਹ ਸਪਾਂਸਰ ਨਹੀਂ ਉਹ ਇਨਵੀਟੇਸ਼ਨ ਲੈਟਰ ਆ ਸਪਾਂਸਰ ਮਤਲਬ ਕਿ ਉਹ ਤੁਹਾਡੇ ਟੂਰ ਨੂੰ ਬਾਹਰ ਬੈਠਾ ਬੰਦਾ ਸਪਾਂਸਰ ਕਰ ਰਿਆ ਹੁੰਦਾ ਵਾ ਜੇ ਤੇ ਤੁਹਾਡੇ ਆਉਣ ਜਾਣ ਰਹਿਣ ਸਹਿਣ ਖਾਣ ਪੀਣ ਦਾ ਸਾਰਾ ਖਰਚਾ ਚੁੱਕਦਾ ਪਿਆ ਵਾ ਮਤਲਬ ਕਿ ਉਹ ਤੁਹਾਡੇ ਟੂਰ ਨੂੰ ਸਪਾਂਸਰ ਕਰ ਰਿਆ ਵਾ ਤੇ ਜੇ ਉਹ ਖਰਚਾ ਨਹੀਂ ਚੁੱਕਦਾ ਪਿਆ ਆਪਾਂ ਫਾਈਲ 'ਚ ਇਹ ਜਸਟੀਫਾਈ ਕੀਤਾ ਕਿ ਤੁਸੀਂ ਆਪਣਾ ਖਰਚਾ ਖੁਦ ਚੁੱਕੋਗੇ ਪਰ ਉਹ ਤੁਹਾਨੂੰ ਆਪਣੇ ਕੋਲ ਸਾਧ ਰਿਹਾ ਤਾਂ ਮਤਲਬ ਉਹਨੇ ਤੁਹਾਨੂੰ ਜਸਟ ਆਪਣੀ ਇਨਵੀਟੇਸ਼ਨ ਲੈਟਰ ਪ੍ਰੋਵਾਈਡ ਕਰਨੀ ਦੋਨੋਂ ਹੀ ਚੀਜ਼ਾਂ ਸੇਮ ਆ ਫਰਕ ਕੋਈ ਨਹੀਂ ਹੈਗਾ ਉਸ ਚੀਜ਼ ਦੇ ਵਿੱਚ ਹੁਣ ਜਿਹੜੀ ਇਨਵੀਟੇਸ਼ਨ ਲੈਟਰ ਹੈਗੀ ਆ ਉਹਦੇ ਵਿੱਚ ਬਾਹਰ ਜਾਂਦਾ ਪਰਪਸ ਲਿਖ ਦੇਣਾ ਇੱਕ ਸਟੋਰੀ ਦੇਖਣੀ ਪਹਿਲਾਂ ਤੁਹਾਡੀ ਗੱਲ ਸੁਣ ਕੇ ਕਿ ਤੁਹਾਡਾ ਉਹਦੇ ਨਾਲ ਕੀ ਰਿਲੇਸ਼ਨ ਆ ਉਸ ਬੰਦੇ ਦੇ ਨਾਲ ਜਿਹੜਾ ਬਾਹਰ ਬੈਠਾ ਵਾ ਉਹ ਰਿਲੇਸ਼ਨ ਜਸਟੀਫਾਈ ਕਰਕੇ ਸਟੋਰੀ ਕ੍ਰੀਏਟ ਕਰਕੇ ਇਨਵੀਟੇਸ਼ਨ ਲੈਟਰ ਉਹਦੇ ਵੱਲੋਂ ਮੰਗਵਾ ਲਈ ਇਨਵਿਟੇਸ਼ਨ ਲੈਟਰ ਬਸ ਉਹਨੇ ਆਪਣੇ ਲੋਅਰ ਦੇ ਕੋਲੋਂ ਸੰਲੂਪਾਵੇਂ ਲਖਵਾਉਣੀ ਹੁੰਦੀ ਜਾਂ ਪਾ ਲਿਖ ਕੇ ਮੈਟਰ ਦੇ ਦੀ ਤੇ ਸਾਈਨ ਕਰਨੇ ਉੱਪਰ ਤੇ ਉਧਰੋਂ ਨੋਟਰੀ ਕਰਵਾ ਕੇ ਭੇਜਣਾ ਨੋਟਰੀ 10 20 30 ਡਾਲਰ ਇੰਨੇ ਚ ਹੋ ਹੀ ਜਾਂਦੀ ਹੈ ਠੀਕ ਆ ਇਸ ਤੋਂ ਵੱਧ ਖਰਚਾ ਔਰ ਕੋਈ ਨਹੀਂ ਹੁੰਦਾ ਉਤਲਾ ਉਹਦੇ ਜਿਹੜੇ ਡਾਕੂਮੈਂਟ ਚਾਹੀਦੇ ਉਹ ਕਿਹੜੇ ਹੁੰਦੇ ਆ ਪਾਸਪੋਰਟ ਰੈਜ਼ੀਡੈਂਸ਼ੀਅਲ ਪ੍ਰੂਫ ਜਿੱਥੇ ਉਹ ਰਹਿੰਦਾ ਪਿਆ ਬੈਂਕ ਸਟੇਟਮੈਂਟ ਵੈਲਿਡ ਵੀਜ਼ਾ ਪ੍ਰੂਫ ਔਰ ਜੇ ਉਹ ਕੋਈ ਕੰਮ ਕਰਦਾ ਪਿਆ ਵਾ ਤਾਂ ਉਹਦੀ ਸੈਲਰੀ ਸਲਿੱਪ ਬਸ ਇਹੀ ਉਹਦੇ ਡਾਕੂਮੈਂਟ ਔਰ ਜਿਹੜੇ ਤੁਹਾਡੇ ਦੱਸੇ ਉਹ ਡਾਕੂਮੈਂਟ ਜੇ ਤੁਹਾ ਫਾਈਲ ਐਮਬੈਸੀ ਦੇ ਵਿੱਚ ਲੱਗੀ ਤੁਹਾਡੀ ਐਮਬੈਸੀ ਫੀਸ ਕਿੰਨੀ ਅਰਾਊਂਡ ਤੁਹਾਡੀ ਹੁੰਦੀ ਹੈ 195 97 ਡਾਲਰ ਜਾਂ 185 87 ਡਾਲਰ ਇੰਨੀ ਹੁੰਦੀ ਮਤਲਬ 13 14000 ਰੁਪਏ ਦੇ ਕਰੀਬ ਇਸ ਤੋਂ ਇਲਾਵਾ ਇੱਕ ਵੀ ਰੁਪਏ ਦਾ ਸਰਕਾਰੀ ਖਰਚਾ ਕੋਈ ਨਹੀਂ ਹੁੰਦਾ ਇਸ ਤੋਂ ਉੱਪਰ ਏਜੰਟ ਕੀ ਲੱਲੇ ਆਪਣੀ ਕੰਸਲਟੈਂਸੀ ਫੀਸ ਲੱਲੇ ਕਿਉਂਕਿ ਦੇਖੋ ਏਜੰਟ ਦਾ ਕੰਮ ਆ ਸਿਰ ਉਹ ਤੁਹਾਨੂੰ ਤੁਹਾਡੀ ਜੋ ਵੀਜ਼ਾ ਦੀ ਜਿਹੜੀ ਫਾਈਲ ਜਿਹੜੀ ਤੁਸੀਂ ਫਾਈਲ ਅਪਲਾਈ ਕਰਨ ਲੱਗੇ ਹੋ ਉਸ ਫਾਈਲ ਬਾਰੇ ਸਮਝਾਉਣਾ 35 ਨੂੰ ਪ੍ਰੋਸੈਸ ਕਰਨਾ ਰੈਡੀ ਕਰਨਾ ਔਰ ਐਮਬੈਸੀ ਦੇ ਸਾਹਮਣੇ ਪ੍ਰੈਜੈਂਟ ਕਰ ਦੇਣਾ ਇੰਨੇ ਕਿ ਚੀਜ਼ ਦੀ ਆਪਾਂ ਤੁਹਾਡੇ ਕੋਲ ਪ੍ਰੋਸੈਸਿੰਗ ਫੀਸ ਲੈਨੇ ਕਿਉਂਕਿ ਆਪਾਂ ਵੀ ਹੁਣ ਸਟਾਫ ਰੱਖਿਆ ਵਾ ਆਫਿਸ ਖੋਲ ਕੇ ਬੈਠੇ ਆ ਤੁਹਾਨੂੰ ਸਮਝਾਉਂਦੇ ਪਏ ਆ ਸਾਰੇ ਦਿਨ ਦੇ ਵਿੱਚ ਵੀਡੀਓ ਪਾਉਂਦੇ ਪਏ ਐਫਰਡ ਲਾਉਂਦੇ ਪਏ ਆ ਜੇ ਤੀ ਅੱਥਾ ਰਿਕੋਲਾ ਸਾਡੀ ਸਾਰੀ ਟੀਮ ਇਸ ਚੀਜ਼ ਦੇ ਉੱਪਰ ਵਰਕ ਕਰਨਾ ਵਾ ਤੇ ਆਪਾਂ ਉਸੇ ਚੀਜ਼ ਦੀ ਤੁਹਾਡੇ ਕੋਲ ਕੰਸਲਟੈਂਸੀ ਵੀਸ ਲੈਣ ਦੇ ਕਿ ਕਮਾਉਣਾ ਦੇ ਆਪਾਂ ਵੀ ਆ ਪਰ ਜੇ ਏਜੰਟ ਕੰਸਲਟੈਂਸੀ ਫੀਸ ਲਵੇ ਬਸ ਤੇ ਫਿਰ ਸਮਝ ਲਓ ਕਿ ਆਪਣਾ ਬੱਚੇ ਦਾ ਕਿਤੇ ਘਾਟਾ ਕੋਈ ਹੁੰ ਉਹਨੇ ਤੇ ਇੱਕ ਵਾਰੀ ਆਪਣੇ ਵੱਲ ਟ੍ਰਾਈ ਮਾਰ ਲਈ ਨਾ ਕਿਉਂਕਿ ਇਹ ਉਹੀ ਵੀਜ਼ਾ ਪਾਸ ਸਮਝ ਲਓ ਇੰਨੇ ਦੇ ਵਿੱਚ ਲਾ ਕੇ ਉਹਨੂੰ ਦੇਤਾ ਟੋਟਲ 38-39000 ਰੁਪਏ ਦਾ ਲੱਗਾ ਜਿਹਦੇ ਵਿੱਚ ਜਿਹੜਾ ਉਹਨੇ 20-25 ਲੱਖ ਰੁਪਏ ਲਾ ਕੇ ਕਰਨਾ ਸੀ ਜੇ ਵੀਜ਼ਾ ਆਇਂਦਾ ਉਹਦਾ 20-25 ਲੱਖ ਠੋਕੇ ਆਣਾ ਸੀ ਜਿਹੜਾ ਬਾਹਰ ਜਾ ਕੇ ਸਾਰੀ ਉਮਰ ਪੂਰੀ ਨਹੀਂ ਹੋਣੀ ਤੇ ਜੇ ਚ ਵੀਜ਼ਾ ਆ ਗਿਆ ਸੋਚੋ ਉਹੀ ਪੈਸੇ ਜਿਹੜੇ ਉਹਨੇ ਟੂਰਿਸਟਜ਼ਾ ਤੇ ਲਾਏ ਉਹੀ ਬਾਹਰ ਜਾ ਕੇ ਉਹ ਆਪਣਾ ਮਕਸਦ ਪੂਰ ਲੈ ਸਕਦਾ ਪਰ ਇਹ ਵੀ ਹੈ ਨਾ ਜੇ ਹਾਂ ਲੋਕ ਮੰਨ ਲਓ ਮੈਂ ਤਾਂ ਆਪਣੀ ਦਾਦਾ ਮੈਂ ਪਿੱਛੇ ਜੀ ਇੰਗਲੈਂਡ ਜਾ ਕੇ ਆਇਆ ਮੈਨੇ ਪੁੱਛਿਆ ਕਿੰਨੇ ਲੱਖ ਲ ਹੂੰ ਮੇਰੇ ਕੋਲ ਐਮਬੈਸੀ ਫੀਸ ਲਗੀ ਹੋਰ ਤਾਂ ਕੁਝ ਨਹੀਂ ਡਾਕੂਮੈਂਟ ਉਹਨਾਂ ਨੇ ਆਪਣੇ ਕੋਲ ਆ ਲਏ ਰਿਲੇਸ਼ਨ ਚ ਸੀਗਾ ਕੋਈ ਬੰਦਾ ਉਹਨੇ ਮੇਰੇ ਤੋਂ ਪੈਸੇ ਵੀ ਪਰਸੈਸਿੰਗ ਫੀਸ ਨਹੀਂ ਲਈ ਕਹਿੰਦੇ ਨਹੀਂ ਬਸ ਤੁਸੀਂ ਜੋ ਹੈ ਐਮਬੈਸੀ ਫੀਸ ਵਗੈਰਾ ਭਰਨੀ ਹੈ ਉਹ ਯੂਕੇ ਦੀ ਕੁਦਰਤੀ ਹੁੰਦੀ ਜ਼ਿਆਦਾ ਤੇ ਉਹ ਤੋਂ ਲਾਈ ਵੀ ਸੁਪਰ ਪ੍ਰਾਇੋਰਟੀ 3 ਦਿਨ ਚ ਚਾਹੀਦੀ ਉਹ ਜ਼ਿਆਦਾ ਹੋਣੀ ਚਾਹੀਦਾ ਹਾਂ ਤਾਂ ਉਹੀ ਜੋ ਲਗੇ ਉਹੀ ਲਗੇ ਹੂੰ ਉਹ ਤੋਂ ਇਲਾਵਾ ਆਪਣਾ ਟਿਕਟਾਂ ਵੀ ਤੁਸੀਂ ਸਸਤੀਆਂ 30 35000 ਦੀ ਟਿਕਟ ਇੱਕ ਸਾਈਡ ਦੀ ਮਿਲ ਜਾਂਦੀ ਹੈ ਇਨਵੀਟੇਸ਼ਨ ਸਾਨੂੰ ਫ੍ਰੀ ਇਨਵੀਟੇਸ਼ਨ ਸਾਨੂੰ ਫ੍ਰੀ ਸੀ ਮਤਲਬ ਐਂਬੈਸੀ ਫੀ ਜੇ ਮੈਂ ਕੱਟ ਦਵਾ ਤਾਂ ਤੇ ਉਹ 15-20 ਹਜ਼ਾਰ ਦਾ ਖਰਚਾ ਸੀਗਾ ਬਸ ਬਿਲਕੁਲ ਠੀਕ ਹੈ ਇਹੀ ਚੀਜ਼ ਹੀ ਮੈਂ ਕਹਿੰਦਾ ਪਿਆ ਵਾ ਤੁਸੀਂ ਮੇਰੀ ਇੰਸਟਾਗ੍ਰam ਦੀ ਕੋਈ ਵੀ ਵੀਡੀਓ ਚੁੱਕ ਕੇ ਦੇਖ ਲਓ ਸ਼ੁਰੂ ਤੋਂ ਲੈ ਕੇ ਹੁਣ ਤੱਕ ਜਦੋਂ ਦੀ ਵੀਡੀਓ ਪਾਉਣੀ ਸਟਾਰਟ ਕੀਤੀ ਆ ਮੈਂ ਇਸੇ ਗੱਲ ਦੇ ਉੱਪਰ ਕਹਿੰਦਾ ਪਿਆ ਵਾ ਇਹੀ ਚੀਜ਼ ਦੱਸਦਾ ਪਿਆ ਰੋਜ਼ ਕਿ ਟੂਰਿਸਟ ਵੀਜ਼ਾ ਦੇ ਉੱਪਰ ਇੰਨਾ ਖਰਚਾ ਨਹੀਂ ਲੱਗਦਾ ਕਿਤੇ ਵੀ ਪਰ ਲੋਕ ਮੰਨਦੇ ਵੀ ਨਹੀਂ ਲੋਕ ਨਹੀਂ ਮੰਨਦੇ ਮਨੂੰ ਕਹਿੰਦੇ ਲੋ 15 ਵੀ ਜਾਂ ਕੋਈ ਵੀਜ਼ਾ ਲੱਗਦਾ ਕਿੰਨੇ ਲੱਗ ਦੱਸਦਾ ਨਹੀਂ ਜਾਣ ਕੇ ਸਾ ਜੇ ਰਿਫਿਊਜ਼ ਹੋ ਗਿਆ ਹੁੰਦਾ ਤੇ ਉਹਨਾਂ ਨੇ ਕਹਿੰਨੇ ਲੈ ਵੇਖਿਆ ਕਿ ਆ ਇਹਨਾਂ ਦੇ ਨੂੰ ਕਿ ਇੰਨੇ ਚ ਵੀਜ਼ਾ ਲੱਗਣਾ ਹੀ ਨਹੀਂ ਤੇ ਜੇ ਲੱਗ ਗਿਆ ਉਹ ਨਹੀਂ ਝੂਠ ਬੋਲਦਾ ਪਿਆ ਜਾਣ ਕੇ ਨਹੀਂ ਦੱਸਦਾ ਪਿਆ ਕਿ ਆਪਣਾ ਆਪਾਂ ਵੀ ਲਵਾ ਲੈਣਾ ਉਹਨੇ ਇਹ ਕਹਨੇ ਕਹਣਾ ਜੇ ਤੁਹਾਡੇ ਕੋ ਐ ਨਾ ਭਾਜੀ ਬੜੇ ਲੋਕ ਮੇਰੇ ਕੋਲ ਹੁੰਦੇ ਆ ਭਾਜੀ ਤੁਸੀਂ ਇਹਨੇ ਚਲਾਉਂਦੇ ਪਏ ਜੇ ਜਿਹੜਾ ਇਹਨੇ ਚਲਾਉਂਦਾ ਪਿਆ ਕੋਈ ਤੇ ਉਹਦੇ ਚ ਗੱਲ ਹੋਊਗੀ ਮੇਰੇ ਚਾਚੇ ਦੇ ਭੂਆ ਦੇ ਤਾਏ ਦੇ ਮੁੰਡੇ ਨੇ ਕੋਲ ਲਵਾਇਆ ਸੀ ਉਹਦਾ ਲੱਗ ਗਿਆ ਭਾਜੀ ਹਫਤਾ ਲੱਗਾ ਵੀਜ਼ਾ ਲ ਸੈਕੰਡ ਵਿੱਚ ਵੀਜ਼ਾ ਕੁਝ ਨਹੀਂ ਇਹੋ ਜਿਹਾ ਹੁੰਦਾ ਜੋ ਭਾਜੀ ਟੂਰਿਸਟ ਵੀਜ਼ਾ ਦਾ ਪ੍ਰੋਸੈਸ ਆਪਾਂ ਜਿੰਨੀ ਮਰਜ਼ੀ ਲੰਬੀ ਗੱਲ ਲੈ ਕੇ ਚੱਲ ਜਾਈਏ ਜਿੰਨੀ ਦੇਰ ਤੱਕ ਬੱਚਾ ਖੁਦ ਆਪਣੀ ਫਾਈਲ ਨੂੰ ਨਹੀਂ ਸਮਝੂਗਾ ਰਿਕੁਆਇਰਮੈਂਟ ਨਹੀਂ ਸਮਝੂਗਾ ਜੇ ਸੋਚੂਗਾ ਕਿ ਜੋ ਏਜੰਟ ਕਹਿੰਦਾ ਪਿਆ ਵਾ ਉਹ ਸੱਚ ਹੈ ਤੇ ਅੱਖਾਂ ਬੰਦ ਕਰਕੇ ਫਾਈਲ ਦੇਊਗਾ ਫਰੋਡ ਹੋਣਾ ਹੀ ਹੈਗਾ ਵਾ ਇਸ ਤੋਂ ਇਲਾਵਾ ਕੋਈ ਚੀਜ਼ ਨਹੀਂ ਹੈਗੀ ਸਿੱਧਾ ਕੀ ਕਰੇ ਆਪਣਾ ਆਨਲਾਈਨ ਸਰਚ ਕਰੇ ਉਸ ਚੀਜ਼ ਬਾਰੇ ਜਿਹੜੇ ਬੰਦੇ ਜਿੱਥੇ ਜਿਹੜੀ ਕੰਟਰੀ ਦੇ ਵਿੱਚ ਜਾਣਾ ਵਾ ਉਸ ਕੰਟਰੀ ਦੇ ਵਿੱਚ 8-10 ਬੰਦਿਆਂ ਕੋਲੋਂ ਪੁੱਛੇ ਜਿਨ੍ਹਾਂ ਨੇ ਸੇਮ ਉਹੀ ਵੀਜ਼ਾ ਲਗਵਾਇਆ ਵਾ ਜੋ ਲਗਵਾਉਣ ਲੱਗਾ ਵਾ ਕਿਉਂਕਿ ਦੇਖੋ ਜੇ ਕੋਈ ਵੀ ਬੰਦਾ ਜਿਹਨੂੰ ਜੇ ਉਹਨੇ ਟੂਰਿਸਟ ਵੀਜ਼ਾ ਸਮਝ ਲਓ ਐਗਜ਼ਾਮਪਲ ਦੇ ਤੌਰ ਤੇ ਲਵਾਉਣਾ ਵਾ ਜਿਹੜਾ ਬੰਦਾ ਟੂਰਿਸਟ ਵੀਜ਼ਾ ਲੈ ਕੇ ਗਿਆ ਉਹਨਾਂ ਦੱਸਾ ਬੰਦੇ ਨਾਲ ਗੱਲ ਕਰ ਲੈ ਸਾਰੇ ਇਹਨੇ ਤੈਨੂੰ ਆਪੋ ਆਪਣੀ رائے ਦੱਸਣਗੇ ਇਧਰੋਂ 10 ਏਜੰਟਾਂ ਦੇ ਨਾਲ ਗੱਲ ਕਰ ਲੈ ਉਹ ਵੀ ਤੈਨੂੰ ਆਪੋ ਆਪਣੀ رائے ਦੇਵੋਗੇ ਜਿਨ੍ਹਾਂ ਦੀ ਜਿਹੜੀ ਆਪਣੀ ਜੋ ਵੀ ਉਹ رائے ਦੇਣਗੇ ਜਿਨ੍ਹਾਂ ਦੀ ਮਿਲਦੀ ਹੋਊਗੀ ਜਿਆਦਾ ਉਧਰ ਸਮਝ ਲਓ ਕਿ ਐਵਰੇਜ ਆਂਦੀ ਹੋਊਗੀ ਉਹ ਕੰਮ ਕਰ ਲੈ ਕਿ ਤੈਨੂੰ ਆਪਣਾ ਜੇ ਔਨਲਾਈਨ ਵੀ ਉਹੀ ਚੀਜ਼ ਲਿਖੀ ਆ ਬੰਦੇ ਵੀ ਉਹੀ ਗੱ ਪਰ ਜੇ ਇਹ ਆਪਣਾ ਇਹ ਕਵੇ ਕਿ ਭਾਜੀ ਤੁਸੀਂ ਸਮਝ ਲੋ ਕਿ ਭਾਜੀ ਟੂਰਿਸਟ ਵੀਜ਼ਾ ਕੇ ਨਹੀਂ ਲੈਣਾ ਬਾਹਰ ਫੋਨ ਲਾਉਗਾ ਨਾ ਬਾਹਰ ਬੈਠੇ ਕੱਲੇ-ਕੱਲੇ ਬੰਦੇ ਨੂੰ ਪਤਾ ਵਾ ਕਿੰਨਾ ਪੈਸਾ ਨਹੀਂ ਲੱਗਦਾ ਟੂਰਿਸਟ ਵੀਜ਼ਾ ਦੇ ਉੱਪਰ ਪਰ ਉਹ ਸਿਰਫ ਇਧਰੋਂ ਬੰਦੇ ਬਾਹਰ ਜਿਹੜੇ ਬੰਦੇ ਬੈਠੇ ਜਾਂ ਰਿਸ਼ਤੇਦਾਰ ਬੈਠੇ ਨਾ ਆਪਾਂ ਉਹਨਾਂ ਨੂੰ ਦੱਸਦੇ ਹੀ ਨਹੀਂ ਆ ਕਿ ਆਪਾਂ ਬਾਹਰ ਜਾਣ ਤੋਂ ਪਹਿਲਾਂ ਰੋਲਾ ਨਹੀਂ ਪੋਣਾ ਈਲਾ ਵੀ ਹੁੰਦੀਆਂ ਹੁੰਦੀਆਂ ਨੇ ਕਿ ਆਪਣਾ ਰੋਲਾ ਨਾ ਪਾਓ ਨਹੀਂ ਤੇ ਇਦਾਂ ਹੋ ਜਾਊਗਾ ਉਦਾਂ ਹੋ ਜਾਊਗਾ ਤੇ ਇਦਾਂ ਭਾਜੀ ਕੁਝ ਨਹੀਂ ਜਿੰਨੀ ਦੇਰ ਤੱਕ ਤੁਸੀਂ ਸਲਾਹ ਨਾ ਨਾ ਕਰੋ ਕਿ ਰੋਲਾ ਨਾ ਪਾਓ ਸਲਾਹ ਦੇ ਕਰੋ ਆਪਣੇ ਦੋ ਚਾਰ ਬੰਦਿਆਂ ਨਾਲ ਸਲਾਹ ਕਰ ਲਓ ਕੋਈ ਗੱਲ ਨਹੀਂ ਜੇ ਉਹਨਾਂ ਨੂੰ ਪਤਾ ਲੱਗ ਜੂਗਾ ਪਿੰਡਾਂ 'ਚ ਇਹ ਉਹ ਡਰ ਹੁੰਦਾ ਵੀ ਜੇ ਪਤਾ ਲੱਗ ਗਿਆ ਪਤਾ ਲੱਗ ਗਿਆ ਕੋਈ ਟੂਰਨਾਮੈਂਟ ਕਰਾ ਦੇ ਟੂਰਨਾਮੈਂਟ ਕਰਾ ਦੇ ਤੇ ਬੇਇੱਜ਼ਤੀ ਵੀ ਹੋਣੀ ਤੇ ਨਾ ਲੱਗ ਗਿਆ ਰਿਜੈਕਟ ਹੋ ਗਿਆ ਫਿਰ ਬੇਇੱਜ਼ਤੀ ਬੜੀ ਹੋਣੀ ਵੀ ਤੂੰ ਤਾਂ ਕਹਿੰਦਾ ਹੀ ਮੈਂ ਬਾਹਰ ਚੱਲਿਆ ਤੂੰ ਕਿੱਥੋਂ ਤਾਂ ਗਿਆ ਹੀ ਨਹੀਂ ਤਾਂਨੇ ਪਤਾਨੇ ਮਾਰ ਮਾਰ ਕੇ ਮਾਰ ਦਿੰਦੇ ਬੰਦੇ ਬਿਲਕੁਲ ਮ ਕਰਨਾ ਵਾ ਇਸੇ ਕਰਕੇ ਆਪਾਂ ਉਹ ਵੀਜ਼ੇ ਨੂੰ ਇੱਕ ਬੜੀ ਵੱਡੀ ਚੀਜ਼ ਸਮਝ ਲਿਆ ਵਾ ਕਿ ਜੇ ਇਹ ਚੀਜ਼ ਹੋ ਗਈ ਤੇ ਸਾਡੇ ਲਈ ਬੜੀ ਵੱਡੀ ਗੱਲ ਨਾ ਹੋਈ ਤੇ ਸਾਡੀ ਬੜੀ ਬੇਇੱਜ਼ਤੀ ਵਾਲੀ ਗੱਲ ਆ ਉਹ ਇੱਕ ਵੀਜ਼ਾ ਹੀ ਨਹੀਂ ਲੱਗੂਗਾ ਤੇ ਆਪਣਾ ਇੰਨੀਆਂ ਕੰਟਰੀਆਂ ਪਈਆਂ ਵਾ ਉੱਥੇ ਕਿਤੇ ਕਰ ਲੋ ਹੋਰ ਇੰਨੀਆਂ ਕੰਟਰੀਆਂ ਪਰ ਭਾਜੀ ਇਹ ਇਹਦੇ ਵਿੱਚ ਨਹੀਂ ਦੇ ਤੱਕ ਬੱਚਾ ਖੁਦ ਨਹੀਂ ਸਮਝੂਗਾ ਓਨੀ ਦੇਰ ਤੱਕ ਫਰੋਡ ਹੁੰਦੇ ਰਹਿਣਗੇ ਜਿੰਨੇ ਜਨੇ ਮਰਜ਼ੀ ਜੋ ਮਰਜ਼ੀ ਜਿੱਥੋਂ ਤੱਕ ਮਰਜ਼ੀ ਜ਼ੋਰ ਲਾ ਲੈਣ ਆਪ ਹੁਣ ਜਾਓਗੇ ਹਾਂ ਬਿਲਕੁਲ 100% ਮੇਰੀ ਭਾਜੀ ਆਪਣਾ ਹੁਣ ਪੀਆਰ ਆ ਗਈ ਹੈ ਕਿੱਥੇ ਦੀ ਆ ਕੈਨੇਡਾ ਦੀ अच्छा हां जी मेरे ਆਪਣੇ ਮੇਰੇ ਚਲੇ ਜਾਉ ਕੈਨੇਡਾ ਪੱਕੇ ਨਹੀਂ ਨਹੀਂ ਮੈਂ ਆਪਣਾ ਨਾ ਟਰਾਈ ਕਰਨ ਲੱਗਾ ਵਾਂ 2-3 ਮਹੀਨੇ ਤੱਕ ਮੈਂ ਨਾ ਉੱਥੇ ਆਪਣਾ ਜਿਹੜੇ ਹੁੰਦੇ ਹਨ ਨਾ ਲੋਅਰ ਉਹਨਾਂ ਦੇ ਨਾਲ ਕਿਸੇ ਨਾਲ ਗੱਲ ਕਰਦਾ ਪਿਆ ਵਾਂ ਕਿਸੇ ਤਰੀਕੇ ਦੇ ਨਾਲ ਮੇਰੀ ਉਹਨਾਂ ਦੇ ਨਾਲ ਟਾਇਪ ਹੋ ਜੇ ਉਹਨਾਂ ਦੇ ਕੋਲ ਲਾਇਸੈਂਸ ਹੈਗਾ ਵਾ ਉਧਰ RCCIC ਦਾ ਕਿ ਉਹਦੇ ਨਾਲ ਮੈਂ ਉੱਥੇ ਆਪਣਾ ਆਫਿਸ ਚਲਾ ਸਕਦਾ ਵਾਂ ਠੀਕ ਹੈ ਕਿਉਂਕਿ ਹੁਣ ਦੇਖੋ ਜੋ ਸੁਣਨ ਚਾਹੁੰਦਾ ਪਿਆ ਸ਼ਾਇਦ ਆਉਣ ਵਾਲੇ ਸਮੇਂ ਦੇ ਵਿੱਚ 2-4 ਮਹੀਨੇ ਦੇ ਵਿੱਚ ਵਿੱਚ ਕੈਨੇਡਾ ਬੰਦ ਹੋ ਜੇ ਇਧਰ ਵੀਜ਼ੇ ਲੱਗਣੇ ਬੰਦ ਹੋ ਜਣ। ਅੱਛਾ 100% ਸ਼ਿਵਰੇ ਚੀਜ਼ੇ ਹੋਣੀ ਹੋਣੀ ਆ ਵੀਜ਼ੇ ਬੰਦ ਟੂਰਿਸਟ ਵੀਜ਼ਾ ਦੀ ਗੱਲ ਕਰਦਾ ਪਿਆ ਵਾਂ ਕਿਉਂਕਿ ਸਟੱਡੀ ਵੀਜ਼ਾ ਦੇ ਵਿੱਚ 20-25 ਲੱਖ ਰੁਪਏ ਲੱਗਦਾ ਉਹ ਕਿਸੇ ਨੇ ਉਦਾਂ ਹੀ ਹੱਥ ਪਾਉਣਾ। ਟੂਰਿਸਟ ਵੀਜ਼ਾ ਜਿਹੜਾ ਚੱਲਦਾ ਪਿਆ ਸੀ ਤੇ ਜੇ ਉਹਦੇ ਰੂਲ ਚੇਂਜ ਹੁੰਦੇ ਆ ਰੂਲ ਚੇਂਜ ਕੀ ਹੋਣਾ ਕਿ ਜਿਹੜਾ ਅੱਜ ਸਾਨੂੰ 10 ਸਾਲ ਦਾ ਵੀਜ਼ਾ ਲੱਗਦਾ ਪਿਆ ਵਾ ਉਹ ਕੱਲ ਨੂੰ ਵੀਜ਼ਾ ਸਿਰਫ 6 ਮਹੀਨੇ ਦਾ ਮਿਲਿਆ ਕਰਨਾ। ਜਿਹੜਾ ਵੀਜ਼ਾ ਅੱਜ ਅਸੀਂ ਬਾਹਰ ਜਾ ਕੇ ਆਪਣਾ ਵਰਕ ਪਰਮਿਟ ਜਾਂ ਸਟੱਡੀ 'ਚ ਕਨਵਰਟ ਕਰਵਾ ਸਕਦੇ ਹਾਂ ਕੱਲ ਨੂੰ ਬਾਹਰ ਜਾ ਕੇ ਪਾ ਕਨਵਰਟ ਨਹੀਂ ਕਰਵਾ ਸਕਾਂਗੇ ਸੇਮ ਯੂਕੇ ਮੰਗ ਜਿਹਦਾ ਯੂਕੇ ਦਾ ਵੀਜ਼ਾ ਮਿਲਦਾ ਨਾ ਸੇਮ ਕੈਨੇਡਾ ਦਾ ਮਿਲਿਆ ਕਰੂਗਾ ਔਰ ਸਕਸੈਸ ਰੇਸ਼ਿਓ ਜਿਹੜੀ ਅੱਜ ਪੀਕ ਤੇ ਚੱਲਦੀ ਪਈ ਉਹ ਬਿਲਕੁਲ ਡਿੱਗੂਗੀ ਜਦੋਂ ਰੂਲ ਚੇਂਜ ਹੁੰਦੇ ਇਹ ਚੀਜ਼ਾਂ ਹੁੰਦੀਆਂ ਹੀ ਹੁੰਦੀਆਂ ਆ ਆਸਟ੍ਰੇਲੀਆ ਪਹਿਲਾਂ ਹੀ ਨਾ ਟਫ ਚੱਲਦਾ ਪਿਆ ਕੈਨੇਡਾ ਆਪਣਾ ਟਫ ਹੋਇਆ ਪਿਆ ਬਸ ਬੰਦ ਹੋਣ ਦੀ ਤਦਾਰਿਕ ਇ ਕੰਟਰੀਆਂ ਇਦਾਂ ਕਿਉਂ ਕਰ ਰਹੀਆਂ ਆ ਆਸਟ੍ਰੇਲੀਆ ਵੀ ਕਹਿੰਦੇ ਵੀਜ਼ੇ ਦੇ ਕੇ ਰਾਜੀ ਨਹੀਂ ਮਹਿੰਗਾ ਇਨਾ ਕਰਤਿਆ ਅਫੋਰਡ ਨਹੀਂ ਕਰ ਪਾਉਂਦੇ ਹੁਣ ਕਹਿੰਦੇ ਯਾਰ ਕੀ ਜਾਣਾ ਉੱਥੇ ਹਨਾ ਰਿਜੈਕਸ਼ਨ ਵੀ ਕਹਿੰਦੇ ਬਹੁਤ ਵਧ ਗਈ ਤੇ ਯੂਕੇ ਦੇ ਵਿੱਚ ਹਾਲਾਤ ਜੇ ਖਰਾਬ ਚੱਲ ਰਹੇ ਹਨ ਹੁਣ ਮੈਂ ਸੁਣਿਆ ਤੇ ਯੂਐਸਏ ਦਾ ਵੈਸੇ ਹੀ ਇੰਟਰਵਿਊ ਦਾ ਡਰਦੇ ਆ ਵੀ ਯਾਰ ਇੰਟਰਵਿਊ ਪਤਾ ਨਿਕਲਣਾ ਨਹੀਂ ਨਿਕਲਣਾ ਡਰ ਦੇ ਮਾਰੇ ਜਾਂਦੇ ਹੀ ਨਹੀਂ ਕਹਿੰਦਾ ਦੇਣ ਵੀ ਛੱਡੋ ਯਾਰ ਹਨਾ ਤੇ ਇਹ ਕਰਦਿਆ ਕਿਉਂ ਐਦਾਂ ਕੰਟਰੀਜ਼ ਆਸਟ੍ਰੇਲੀਆ ਨੇ ਦੇ ਭਾਜੀ ਦੇਖੋ ਰੂਲ ਆਪਣੇ ਇਹ ਚੇਂਜ ਕੀਤੇ ਆ ਕਿ ਸਾਡੇ ਕੋਲ ਉਹੀ ਬੱਚਾ ਆਵੇ ਜਿਨਨੇ ਤੇ ਪੜਨਾ ਜਿਹੜਾ ਰੀਸੈਂਟ ਪਾਸ ਆਊਟ ਆ ਔਰ 6.5 ਓਵਰਲ ਬੈਂਡ ਸਕੋਰ 6.5 ਓਵਰਲ ਕਿਦੇ ਆ ਜਾਣਗੇ ਤੇ ਆਪ ਸਾਬ ਲਓ ਬਹੁਤ ਰੀਅਰ ਚਾਂਸ ਆ ਕਿ ਆਪਣੇ 12ਵੇਂ ਵਾਲੇ ਬੱਚੇ ਦੇ ਬੈਂਡ ਜਿਹੜੇ ਹੈਗੇ ਔਨ ਆਪਣੇ ਵਾਲੇ ਪਾਸੇ ਦੀ ਗੱਲ ਕਰਦਾ ਸਾਰਿਆਂ ਨੇ ਆਪਣੇ ਦੇ ਨਾ ਲੈਣ ਪਰ ਜ਼ਿਆਦਾ ਗੱਲ ਹਮੇਸ਼ਾ ਬੈਂਡ ਸਕੋਰ ਤੇ ਆ ਕੇ ਟਿਕਦੀ ਆ ਇੱਕ ਤੇ ਇਹ ਹੋ ਗਿਆ ਇਸ ਕਰਕੇ ਆਸਟ੍ਰੇਲੀਆ ਜਨਾ ਟਫ ਹੋ ਗਿਆ ਆਸਟ੍ਰੇਲੀਆ ਨੇ ਇਦਾਂ ਕਿਉਂ ਕੀਤਾ ਤਾਂ ਕਿ ਉਹਨਾਂ ਦੇ ਕੋਲ ਉਹੀ ਐਪਲੀਕੈਂਟ ਆਵੇ ਜਿਹੜਾ ਬੱਚਾ ਪੜਨਾ ਲਿਖਣਾ ਚਾਹੁੰਦਾ ਵਾ ਔਰ ਸਿਰਫ ਪੜਾਈ ਕਰਨਾ ਚਾਹੁੰਦਾ ਨਾ ਕਿ ਉਹ ਇਧਰ ਸੈਟਲਮੈਂਟ ਕਰਨ ਦੀ ਤਿਆਰੀ ਨਾਲ ਆਉਂਦਾ ਪਿਆ ਵਾ ਕਿਉਂਕਿ ਜਿਹੜੇ ਬੱਚੇ ਇਧਰੋਂ ਜਾਂਦੇ ਆ ਉਧਰ ਜਾ ਕੇ ਬੜਾ ਕੁਝ ਕਰਦੇ ਵੀ ਆ ਕਿਤੇ ਇਹਨਾ ਕਿਤੇ ਖਾਪਰੋਲਾ ਪਾਉਂਦੇ ਆ ਜੋ ਉਧਰ ਪਰ ਵੀਡੀਓਜ਼ ਦੇ ਵਿੱਚ ਦੇਖਦੇ ਹੀ ਰਹਿੰਦੇ ਆ ਚੀਜ਼ਾਂ ਉਹ ਗੱਲਾਂ ਵਾਲ ਮੈਂ ਜਾਊਂਗਾ ਨਹੀਂ ਮੇਨਲੀ ਤਾਂ ਉਹਨੇ ਆਪਣੇ ਰੂਲ ਚੇਂਜ ਕੀਤੇ ਕਿਉਂਕਿ ਦੇਖੋ ਖਾਪਰੋਲਾ ਤੇ ਹਰ ਕੋਈ ਪਾਉਂਦਾ ਬਸ ਆਪਣੇ ਵਾਲੇ ਬੰਦੇ ਥੋੜਾ ਜ਼ਿਆਦਾ ਪਾ ਦਿੰਦੇ ਆ ਹੂੰ ਕੈਨੇਡਾ ਨੇ ਆਪਣਾ ਜਿਹੜਾ ਹੈਗਾ ਹੀ ਸਟੱਡੀ ਵੀਜ਼ਾ ਦੇ ਬੈਂਡ ਸਕੋਰ 6.5 ਤੋਂ 6 ਓਵਰਲ ਕਰਤੇ ਬੈਂਡ ਸਕੋਰ ਘਟ ਕਰਤੇ ਪਰ ਉਹ ਨਾਲ ਦੇ ਨਾਲ ਉਹਨਾਂ ਨੇ ਆਪਣਾ ਖਰਚਾ ਵੀ ਵਧਾ ਦਿੱਤਾ ਜਿਹੜੀ ਜੀਆਈਸੀ ਅੱਗੇ 6 ਲੱਖ ਰੁਪਏ ਜਾਂਦੀ ਸੀ ਹੁਣ 10-11 ਲੱਖ ਰੁਪਏ ਜਾਂਦੀ ਪਈ ਹੈ ਤੁਹਾਡਾ ਟੋਟਲ ਕੈਨੇਡਾ ਜਾਣ ਦਾ ਸਟੱਡੀ ਵੀਜ਼ਾ ਦਾ ਖਰਚਾ ਹੁੰਦਾ 24-25 ਲੱਖ ਰੁਪਏ ਜੇ ਜੇ ਇਥੋਂ ਵਰਕ ਪਰਮਿਟ ਲਓਗੇ ਤੇ ਉਹ ਫ੍ਰੀ ਵਾਲੀ ਚੀਜ਼ ਤਾਂ ਨੂੰ 30-35 ਲੱਖ ਰੁਪਏ ਦੀ ਵਿੱਚ ਹੀ ਜਾਂਦੀ ਪਈ ਆ ਇਸ ਕਰਕੇ ਕੈਨੇਡਾ ਦਾ ਸਟੱਡੀ ਵੀਜ਼ਾ ਵੀ ਬਿਲਕੁਲ ਇੱਕ ਸਾਫ ਦਾ ਬੰਦ ਪਿਆ ਵਾ ਪਰ ਕਾਨੂੰਨ ਜੇ ਰੂਲ ਚੇਂਜ ਹੋ ਗਏ ਤੇ ਉਹ ਵੀ ਟੋਟਲੀ ਬੰਦ ਹੋਏ ਨਾ ਉਹਨਾਂ ਨੇ ਕਿਉਂ ਕੀਤਾ ਜਿੱਦਾਂ ਉਧਰ ਸਮਝ ਲਓ ਕਿ ਪ੍ਰੋਬਲਮ ਆਉਂਦੀ ਪਈ ਨਾ ਕਿ ਜਿੱਦਾਂ ਇੱਕ ਕ੍ਰਾਈਸਿਸ ਚੱਲਦਾ ਪਿਆ ਵਾ ਖਰਚੇ ਵਧਦੇ ਜਾਂਦੇ ਪਏ ਆ ਜਾਂ ਫਿਰ ਆਪਣਾ ਹੁਣ ਉਹਨਾਂ ਨੂੰ ਉੱਥੇ ਜਗ੍ਹਾ ਨਹੀਂ ਮਿਲਦੀ ਪਈ ਰਹਿਣ ਲਈ ਕੰਮ ਨਹੀਂ ਮਿਲਦਾ ਪ ਉਹ ਚੀਜ਼ਾਂ ਨੂੰ ਸੈੱਟ ਕਰਨ ਦੇ ਲਈ ਉਹ ਇਹ ਚੀਜ਼ਾਂ ਕਰਦੇ ਪਏ ਕਿ ਇੱਥੇ ਉਹੀ ਬੱਚਾ ਆਵੇ ਜਿਹੜੇ ਬੱਚੇ ਦੀ ਉਹਨਾਂ ਨੂੰ ਨੀਡ ਆ ਇਸ ਕਰਕੇ ਉਹਨਾਂ ਨੇ ਸਿੱਧਾ ਹੀ ਕਿਹਾ ਹੈ ਕਿ ਜਿਨ੍ਹਾਂ ਨੇ ਡਾਕਟੋਰਲ ਪ੍ਰੋਗਰਾਮ ਕਰਨਾ ਵਾ ਜਾਂ ਫਿਰ ਜਿਨ੍ਹਾਂ ਨੇ ਇੰਜੀਨੀਅਰਿੰਗ ਕਰਨੀ ਆ ਜਾਂ ਬੈਂਕਿੰਗ ਜੌਬਸ ਕਰਨੀਆਂ ਵਾ ਉਹ ਬੰਦੇ ਆਵੇ ਨਰਸਿੰਗ ਵਾਲਾ ਸਟਾਫ ਆਵੇ ਟੀਚਰ ਜ਼ੋਨ ਉਹਨਾਂ ਦੀ ਉਹਨਾਂ ਨੂੰ ਨੀਡ ਜਿਹੜਾ ਬੰਦਾ ਉਹਨਾਂ ਨੂੰ ਉਧਰ ਜਾ ਕੇ ਬੈਨੀਫਿਟ ਦਊਗਾ ਨਾ ਕਿ ਉਹ ਬੰਦੇ ਜਿਹੜੇ ਕਿ ਆ ਹੈਲਵਨ ਤੇ ਜਾ ਕੇ ਉੱਥੇ ਗੱਡੀਆਂ ਡ੍ਰਿਫਟ ਮਰਵਾਉਂਦੇ ਹੋਣ ਜਾਂ ਉੱਥੇ ਆਪਣਾ ਕੁੜੀਆਂ ਛੇੜਨਦੇ ਹੋਣ ਜਾਂ ਆਪਣਾ ਇੱਥੇ ਇਹੋ ਜਿਹੇ ਹੁਣ ਤੁਸੀਂ ਵੇਖਿਆ ਹੋਣਾ ਮੈਂ ਇੱਕ ਸਵੇਰੇ ਹੀ ਅਜੇ ਵੀਡੀਓ ਵੇਖਦਾ ਪਿਆ ਸੀ ਉਹ ਉੱਥੇ ਆਪਣਾ ਕੈਨੇਡਾ ਦੇ ਵਿੱਚ ਡਾਊਨਟਾਊਨ ਦੇ ਵਿੱਚ ਮੰਜੜਾ ਕੇ ਆਪਾਂ ਛੇ ਨੇ ਲੰਮੇ ਪਏ ਉਹ ਤਾਂ ਡਾਊਨਟਾਊਨ ਹੀ ਅਮਰੀਕਾ ਦੀ ਵੀਡੀਓ ਹਾਂ ਤੇ ਤੁਸੀਂ ਸੋਚੋ ਕਿ ਆਪਣਾ ਉਹਦੇ ਨਾਲ ਤੇ ਬਦਨਾਮੀ ਹੁੰਦੀ ਪਈ ਆ ਉਸ ਚੀਜ਼ ਦੇ ਵਿੱਚ ਪੰਜਾਬੀਆਂ ਦੀ ਮੇਰੇ ਨਾ ਮੇਰਾ ਆਪਣਾ ਰਿਸ਼ਤੇਦਾਰ ਆ ਬਾਹਰ ਉਹਨਾਂ ਨੇ ਮੈਨੂੰ ਦੱਸਿਆ ਕਿ ਨਾ ਜਦੋਂ ਆਪਣਾ ਪਹਿਲਾਂ ਆਪ ਲੋਕਾਂ ਨੂੰ ਦੱਸਦੇ ਸੀ ਨਾ ਕਿ ਆਪਾਂ ਪੰਜਾਬੀ ਆ ਤੇ ਉਹ ਆਪਣਾ ਥੋੜਾ ਜਿਹਾ ਕਰਦੇ ਸੀ ਕਿ ਹਾਂ ਯਾਰ ਪੰਜਾਬੀ ਬੜੇ ਇਦਾਂ ਹੁੰਦੇ ਵਧੀਆ ਹੁੰਦੇ ਆ ਕਿ ਉਹ ਸਾਨੂੰ ਥੋੜਾ ਲੱਗਦਾ ਹੈ ਕਿ ਹਾਂ ਬੰਦਾ ਰਿਸਪੈਕਟ ਹੁੰਦਾ ਪਿਆ ਨਾ ਜਦੋਂ ਹੁਣ ਕਰਦੇ ਆ ਨਾ ਤੇ ਹੁਣ ਉਹ ਬੰਦਾ ਸਾਨੂੰ ਉਸ ਨਜ਼ਰ ਨਾਲ ਨਹੀਂ ਵੇਖਦਾ ਉਹ ਚੀਜ਼ਾਂ ਚੇਂਜ ਹੋਈਆਂ ਕਿਉਂਕਿ ਪੰਜਾਬੀ ਉਹ ਚੀਜ਼ਾਂ ਕਰਦੇ ਪਏ ਆ ਮੈਂ ਇੱਥੇ ਕਿਸੇ ਦੇ ਉੱਪਰ ਅਲਿਗੇਸ਼ਨ ਨਹੀਂ ਲੰਦਾ ਪਿਆ ਪਰ ਦੇਖੋ ਆਪਾਂ ਆਪਣੇ ਦਿਲ ਤੇ ਹੱਥ ਰੱਖ ਕੇ ਵੇਖੀਏ ਕਿ ਕਰਦੇ ਪਏ ਕਿ ਨਹੀਂ ਕਰਦੇ ਪਏ ਤੁਹਾਡੇ ਸਾਹਮਣੇ ਰੀਲਾ ਹੁੰਦੀਆਂ ਸਾਰੀਆਂ ਕਿ ਕੀ ਹੁੰਦਾ ਪਿਆ ਕਿ ਨਹੀਂ ਹੁੰਦਾ ਪਿਆ ਉੱਥੇ ਕਿ ਜਿੱਦਾਂ ਉੱਥੇ ਖਿਲਾੜੇ ਪਾਉਂਦੇ ਆ ਜਿੱਦਾਂ ਉੱਥੇ ਰੋਲਾ ਪਾਉਂਦੇ ਸਭ ਕੁਝ ਹੁੰਦਾ ਵਾ ਉੱਥੇ ਸਾਰੇ ਨਹੀਂ ਕਰਦੇ ਕੁਝ ਉਹ ਬੰਦੇ ਜਿਹੜੇ ਇੱਧਰ ਵੀ ਉਹੀ ਕਰਦੇ ਹੀ ਕੋਲਜਾ ਦੇ ਵਿੱਚ ਜਾ ਕੇ ਉਹ ਉੱਧਰ ਵੀ ਉਹੀ ਕਰਦੇ ਕੁਝ ਕੁ ਬੰਦਿਆਂ ਕਰਕੇ ਸਾਰੀ ਕਮਿਊਨਿਟੀ ਬਦਨਾਮ ਹੁੰਦੀ ਹੈ ਕੁਝ ਕੁ ਬੰਦਿਆਂ ਕਰਕੇ ਇਹ ਸਾਰੀਆਂ ਚੀਜ਼ਾਂ ਖਰਾਬ ਹੁੰਦੀਆਂ ਪਈਆਂ ਮੈਂ ਸਾਰਿਆਂ ਦਾ ਕਸੂਰ ਕਿਤੇ ਨਹੀਂ ਹੈ ਗਾਇ ਚੀ ਜਿਹੜਾ ਤੁਹਾਡਾ ਸਵਾਲ ਹੀ ਕਿ ਉਹ ਜਿਹੜਾ ਕੈਨੇਡਾ ਵਾ ਇਦਾਂ ਕਿਉਂ ਕਰਦਾ ਪਿਆ ਕਿਉਂਕਿ ਉਹ ਆਪਣੇ ਕੋਲ ਸਿਰਫ ਉਸ ਬੰਦੇ ਨੂੰ ਚਾਹੁੰਦੇ ਆ ਜਿਸ ਬੰਦੇ ਦੀ ਉਹਨਾਂ ਨੂੰ ਇਸ ਟਾਈਮ ਦੇ ਉੱਪਰ ਨੀਡ ਆ ਤਾਂ ਕਿ ਉਹ ਆਪਣਾ ਜਿਹੜਾ ਉਧਰ ਹੁਣ ਸੈਟਲਮੈਂਟ ਕਰਨ ਦੇ ਉੱਪਰ ਲੱਗੇ ਹੋਏ ਆ ਕਿ ਕੋਲਿਜ ਦੇ ਵਿੱਚ ਸਿਰਫ ਉਹਨੀਆਂ ਕਿ ਸੀਟਾਂ ਮਿਲਣਗੀਆਂ ਜਿੰਨੀਆਂ ਕਿ ਉਹਨਾਂ ਨੂੰ ਨੀਡ ਆ ਇੱਕ ਵਾਰ ਆਪਣਾ ਉਹਨਾਂ ਨੇ ਸਮਝ ਲਓ ਐਗਜ਼ਾਮਪਲ ਦੇ ਤੌਰ ਤੇ 100 ਸੀਟਾਂ ਦੇਤੀਆਂ ਉਹ 100 ਦੇ ਵਿੱਚ ਭਾਵੇਂ 100 ਦੇ 100 ਦਾ ਵੀਜ਼ਾ ਆ ਜੇ ਭਾਵੇਂ 100 ਦਾ 100 ਰਿਫਿਊਜ਼ ਹੋ ਜੇ ਉਹਨਾਂ ਨੂੰ ਇਹ ਨਹੀਂ ਕਿ ਆਪਣਾ ਕੋਈ 110 115 ਸੀਟਾ ਮਿਲ ਜਾਣਗੇ ਯਾਨੀ ਕਿ 100 ਚ 50 ਰਿਫਿਊਜ਼ ਜੇ ਹੋ ਗਏ ਆ ਤੇ 50 ਸੀਟਾ ਉਹ ਹੋਰ ਦੇ ਦੇਣਗੇ ਗੱਲ ਤੁਹਾਡੀ ਜਿਹੜੀ 50 ਸੀਟਾ ਖਾਲੀ ਪਈਆਂ ਉਹ ਭਰ ਲਓ 100 ਸੀਟਾ ਦਿੱਤੀਆਂ 100 ਸੀਟਾ ਭਰ ਜਾਣਗੀਆਂ ਓਕੇ ਰਿਫਿਊਜ਼ ਹੋ ਜਾਣਗੀਆਂ ਉਹ ਵੀ ਗੱਲ ਖਤਮ ਤੁਹਾਨੂੰ ਇੱਕ ਵਾਰ ਸਮਝ ਲੈ ਜਿਹੜੀ ਚੀਜ਼ ਦੇਤੀ ਇਸ ਤੋਂ ਬਾਅਦ ਨਹੀਂ ਉਹ ਚੀਜ਼ ਮਿਲਣੀ ਹੈਗੀ ਹੁਣ ਅੱਛਾ ਜੇ ਮਤਲਬ ਕਿਸੇ ਕੋਲ ਜਿ ਕੋਲ 100 ਸੀਟਾ ਨੇ ਹਾਂ ਤੇ ਵੀ ਜੇ ਉਹਦੇ 50 ਲੱਗੇ 50 ਰਹਿ ਗਏ ਹਾਂ ਤੇ ਉਹ ਰਹਿ ਗਏ ਉਹ ਖਤਮ ਉਹ ਖਤਮ ਮਦਰਾਓ ਕਿ ਸਮੀਲੋ ਕਲਾਸ ਚ 100 ਕੁਰਸੀਆਂ ਪਈਆਂ ਪਰ 50 ਭਰ ਲੀਆਂ ਵਾ 50 ਵਾਂ ਦੀ ਰਿਫਿਊਜ਼ਲ ਆ ਗਈ ਹੈ ਪਰ ਆਪਾਂ ਕਹਿੰਦੇ ਪਏ ਆ ਸਰਕਾਰ ਨੂੰ ਕਿ ਆ 50 ਸੀਟਾਂ ਖਾਲੀ ਪਈਆਂ ਜੇ ਹੋਰ ਸੀਟਾਂ ਦੇ ਦਿਓ ਉਹਨੇ ਕਹਿੰਨਾ ਨਾ 100 ਦਿਤੀਆਂ ਖਤਮ ਗੱਲ ਹੁਣ ਇਸ ਤੋਂ ਵੱਧ ਕੇ ਨਹੀਂ ਹੋਰ ਮਿਲਣੀ ਇਸ ਕਰਕੇ ਹੁਣ ਆਫਰ ਲੈਟਰ ਲੈਣ ਲੱਗਿਆਂ ਵੀ ਪ੍ਰੋਬਲਮ ਆਊਗੀ ਹੁਣ ਮੇਨ ਪੰਗਾ ਕੈਨੇਡਾ ਦੇ ਵਿੱਚ ਇਸ ਟਾਈਮ ਦੇ ਉੱਪਰ ਚੱਲਦਾ ਪਿਆ ਵਾ ਜਿਹੜਾ ਖਰਚਾ ਜ਼ਿਆਦਾ ਵਾ ਪਰ ਦੇਖੋ ਮੇਰੇ ਅਕੋਰਡਿੰਗਲੀ ਕੈਨੇਡਾ ਹੀ ਜਾਂਦਾ ਫਾਇਦਾ ਸਭ ਤੋਂ ਵੱਧ ਕਿਉਂਕਿ ਦੇਖੋ ਆਪਣਾ ਕੈਨੇਡਾ ਜਾ ਕੇ ਬੱਕੇ ਹੋਏ ਨਾ ਕਿਸੇ ਹੋਰ ਕੰਟ ਅੱਜ ਜੇ ਆਪਾਂ ਕੈਨੇਡਾ ਦੀ ਪੀਆਰ ਸਾਡੇ ਕੋਲ ਹੋਊਗੀ ਕੱਲ ਨੂੰ ਆਪਾਂ ਕਿਸੇ ਵੀ ਔਰ ਕੰਟਰੀ ਦਾ ਕੋਈ ਵੀਜ਼ਾ ਤੇ ਲੈ ਹੀ ਸਕਦੇ ਆ ਟੂਰਿਸਟ ਵੀਜ਼ਾ ਤੇ ਘੱਟੋ ਘੱਟ ਅਮਰੀਕਾ ਵਰਗੀ ਕੰਟਰੀ ਦਾ ਲਵਾਂਗੇ ਜੇ ਕੈਨੇਡਾ ਦੇ ਪੱਕੇ ਹੋਵਾਂਗੇ ਤੇ ਜਿਹੜਾ ਬੰਦਾ ਸਮਝ ਲਓ ਕਿ ਜਿੰਨੂੰ ਲੱਗਦਾ ਕਿ ਉਹ ਇੰਡੀਆ 'ਚ ਕੁਝ ਵੀ ਨਹੀਂ ਕਰ ਸਕਦਾ ਕਿਸੇ ਤਰੀਕੇ ਦੇ ਨਾਲ ਕੈਨੇਡਾ ਪਹੁੰਚ ਕੇ ਫਿਰ ਉੱਥੇ ਪੱਕਾ ਹੀ ਹੋ ਜੇ ਹੁਣ ਦੇਖੋ ਸਭ ਤੋਂ ਸੌਖਾ ਤਰੀਕਾ ਕੀ ਹੀ ਆਪਣਾ ਜੋ ਹਜੇ ਤੱਕ ਚੱਲਦਾ ਵੀ ਪਿਆ ਸੀ ਬਹੁਤ ਹੀ ਘੱਟ ਹੁਣ ਰਹਿ ਗਿਆ ਵਾ ਸਮਝ ਲਓ ਕਿ ਟਾਈਮ ਉਹਦਾ ਵੀ ਖਤਮ ਹੋਣ ਵਾਲਾ ਬੱਚੇ ਇਥੋਂ ਟੂਰਿਸਟ ਵੀਜ਼ਾ ਦੇ ਉੱਪਰ ਜਾਂਦੇ ਜੇ ਕਟ ਖਰਚੇ ਦੇ ਉੱਪਰ ਬੜੀ ਬੱਚੇ ਗਏ ਆ ਟੂਰਿਸਟ ਵੀਜ਼ਾ ਦੇ ਉੱਪਰ ਜਾ ਕੇ ਬਾਹਰ ਜਾ ਕੇ ਆਪਣੇ ਵੀਜ਼ੇ ਨੂੰ ਵਰਕ ਪਰਮਿਟ ਦੇ ਵਿੱਚ ਜਾਂ ਸਟੱਡੀ ਵੀਜ਼ਾ ਦੇ ਵਿੱਚ ਕਨਵਰਟ ਕਰਾਉਂਦੇ ਮੈਂ ਕਹਿੰਦਾ ਸਟੱਡੀ ਚ ਕਨਵਰਟ ਕਰਾਉਂਦੇ ਵਰਕ ਚ ਨਹੀਂ ਪਰ ਜਿਆਦਾ ਯਾਨੀ ਵਰਕ ਪ੍ਰੇਫਰ ਕਰਦੇ ਜਦੋਂ ਉਹਨਾਂ ਨੇ ਕਨਵਰਟ ਕਰਾ ਲਿਆ ਉਸ ਤੋਂ ਬਾਅਦ ਆਪਣੀ ਜੋ ਵੀ ਪੀਆਰ ਦੀ ਰਿਕੁਆਇਰਮੈਂਟ ਹੁੰਦੀ ਉਹ ਪੂਰੀ ਕਰਕੇ ਪੀਆਰ ਲੈ ਲੈਂਦੇ ਜਿਹੜਾ ਇੱਥੇ ਉਹਨਾਂ ਨੂੰ ਰਹਿ ਕੇ ਆਪਣੀ 24-25 ਲੱਖ ਰੁਪਏ ਸਟੱਡੀ ਵੀਜ਼ਾ ਦਾ ਲੱਗਦਾ ਪਿਆ ਹੈ ਨਾ ਬਾਹਰ ਜਾ ਕੇ ਜੇ ਆਪਾਂ ਸਟੱਡੀ ਲਵਾਵਾਂਗੇ ਉਹੀ ਸਟੱਡੀ ਦਾ ਆਪਣਾ ਖਰਚਾ ਸਿਰਫ ਜਾਣਾ ਵਾ ਹਮਮ ਔਰ ਵਰਕ ਪਰ ਮੱਦੇ ਵਿੱਚ ਕੁਝ ਆਪਸ਼ਨਸ ਐਸੀਆਂ ਹੁੰਦੀਆਂ ਵਾ ਕੁਝ ਜਿੱਥੇ ਆਪਾਂ ਐਲ ਐਮ ਆਈ ਦੀ ਵੀ ਇਨਸਟਾਲਮੈਂਟਸ ਕਰਵਾ ਸਕਦੇ ਆ ਔਰ ਖਰਚਾ ਤੁਹਾਡਾ 15 ਲੱਖ ਰੁਪਏ ਤੋਂ ਵੀ ਘੱਟ ਦਾ ਲੱਗਦਾ ਵਾ ਔਰ ਤੇ ਕਿਸ਼ਤਾ ਦੇ ਵਿੱਚ ਉਹਨਾਂ ਨੂੰ ਪੈਸੇ ਦੇ ਸਕਦੇ ਹਮ ਤੇ ਉਹ ਚੀਜ਼ ਤੇ ਸੋਖੀ ਹੈ ਨਾ ਇੱਥੋਂ 30 35 ਲੱਖ ਰੁਪਿਆ ਐਸੀ ਚੀਜ਼ ਦੇ ਉੱਪਰ ਖਰਚਣ ਨਾਲੋਂ ਜਿਹਦਾ ਪਤਾ ਹੀ ਨਹੀਂ ਕਿ ਕੱਲ ਨੂੰ ਬਰਜ ਕੇ ਕੰਮ ਮਿਲੂ ਜਾਂ ਨਹੀਂ ਮਿਲੂ ਜਾਂ ਉੱਥੇ ਕਿੱਦਾਂ ਦਾ ਬੰਦਾ ਹੋਊਗਾ ਕਿੱਦਾਂ ਦੇ ਉੱਥੇ ਕੰਮ ਹੋਣਗੇ ਕੰਮ ਮਿਲੂਗਾ ਵੀ ਜਾਂ ਨਹੀਂ ਮਿਲੂਗਾ ਉਹਨੇ ਬੰਦੇ ਨੇ ਸਾਨੂੰ ਫੇਕ ਪੇਰੋਲ ਚਲਾਉਣ ਲਈ ਤੇ ਨਹੀਂ ਕਹਿ ਦੇਣਾ ਤੇ 35 ਲੱਖ ਰੁਪਏ ਵੀ ਐਡਵਾਂਸ ਚ ਲਾਗੇ ਨਾ ਫਰੋਡ ਹੋਣ ਦੇ ਚਾਂਸਸ 90% ਕਿਉਂਕਿ ਹੋਣਗੇ ਓਬਵੀਅਸਲੀ ਜਦ ਐਡਵਾਂਸ ਪੈਸੇ ਹੀ ਦੇ ਦਿੱਤੇ ਪਰ ਇਹੀ ਬੱਚਾ ਇਥੋਂ ਬਹੁਤ ਘੱਟ ਖਰਚਾ ਲਾ ਕੇ ਕੈਨੇਡਾ ਪਹੁੰਚ ਗਿਆ ਉਧਰ ਜਾ ਕੇ ਆਪ ਕੰਮ ਦੇਖ ਕੇ ਉਹਨੇ ਕੰਮ ਲਿਆ ਤੇ ਪੈਸੇ ਵੀ ਸਾਰੇ ਕਿਸ਼ਤਾਂ ਦੇ ਵਿੱਚ ਦਿੱਤੇ ਉਹ ਵੀ ਕੰਮ ਹੋਣ ਤੋਂ ਬਾਅਦ ਉਹ ਚੀਜ਼ ਜ਼ਿਆਦਾ ਬੈਟਰ ਨਹੀਂ ਇਸ ਚੀਜ਼ ਨਾਲੋਂ ਤੇ ਫਿਰ ਆਪਾਂ ਕਿਉਂ ਲੱਖ ਰੁਪਏ ਲਾਗੇ ਨਾ ਟੂਰਿਸਟ ਵੀਜ਼ਾ ਲੈਣਾ ਕੋਈ ਏਡੀ ਬਾਜੀ ਓਕੀ ਗੱਲ ਹੈਗੀ ਨਹੀਂ ਆ ਮੈਂ ਹੁਣ ਕੀ ਕਰਨ ਲੱਗਾ ਮੈਂ ਆਪਣਾ ਨਾ ਵਰਲਡ ਟੂਰ ਕਰਦਾ ਪਿਆ ਹਾਂ ਜੀ ਮੈਂ ਅਰਾਊਂਡ 12-13 ਕੰਟਰੀਆਂ ਵਿਜ਼ਿਟ ਕੀਤੀਆਂ ਉਹ ਜਿਹੜੀਆਂ ਜ ਮੈਂ ਵੀਡੀਓ ਅਪਲੋਡ ਨਹੀਂ ਕੀਤੀਆਂ ਮੈਂ ਨਾ ਪ੍ਰੋਪਰ ਉਸ ਚੀਜ਼ ਦੇ ਵਲੌਗ ਵੀ ਬਣਾਉਣਾ ਪਿਆ ਮੈਂ ਕੁਝ ਐਸਾ ਕੋਈ ਚੀਜ਼ ਕਰਨ ਦੀ ਟਰਾਈ ਕਰਦਾ ਪਿਆ ਜਿਹਦੇ ਨਾਲ ਮੈਂ ਬੱਚਿਆਂ ਨੂੰ ਅਵੇਅਰ ਕਰ ਸਕਾਂ ਕਿ ਕਿਵੇਂ ਆਪਾਂ ਲੱਗ ਲੱਗ ਕੰਟਰੀ ਦੇ ਵਿੱਚ ਜਾ ਕੇ ਉੱਥੇ ਆਪਾਂ ਕਿੱਦਾਂ ਸੈਟਲ ਹੋ ਸਕਦੇ ਆ ਜਾਂ ਉਸ ਕੰਟਰੀ ਦਾ ਕਿਵੇਂ ਵੀਜ਼ਾ ਲੈ ਸਕਦੇ ਆ ਮਤਲਬ ਕਿ ਕੁਝ ਕੁ ਕੰਟਰੀਆਂ ਬਸ ਲਗਭਗ 90% ਕੰਟਰੀਆਂ ਦਾ ਮੈਂ ਪ੍ਰੋਪਰਲੀ ਤੁਹਾਨੂੰ ਦੱਸੂਗਾ ਸਭ ਨੂੰ ਕਿ ਕਿੱਦਾਂ ਵੀਜ਼ਾ ਅਪਲਾਈ ਕੀਤਾ ਜਾਂਦਾ ਕਿਹੜੇ-ਕਿਹੜੇ ਕੰਮ ਉੱਥੇ ਆਪਾਂ ਕਰ ਸਕਦੇ ਆ ਜੋਬ ਕਿਹੜੀ ਕਰ ਸਕਦੇ ਆ ਬਿਜ਼ਨਸ ਕਿਹੜਾ ਕਰ ਸਕਦੇ ਜਾਂ ਵੀਜ਼ਾ ਕਿਵੇਂ ਅਪਲਾਈ ਕਰ ਸਕਦੇ ਹੂੰ ਉਹਦੇ ਨਾਲ ਬੱਚਿਆਂ ਨੂੰ ਇਹ ਚੀਜ਼ ਤੇ ਪਤਾ ਲੱਗੂਗੀ ਨਾ ਕਿ ਉਸ ਕੰਟਰੀ ਦੇ ਵਿੱਚ ਸਾਨੂੰ ਜਾਂਦਾ ਕੀ ਬੇਨਫੀਟ ਹੈ ਕਈ ਕੰਟਰੀਆਂ ਦਾ ਆਪਾਂ ਨਾਮ ਵੀ ਨਹੀਂ ਸੁਣਿਆ ਪਰ ਸਾਨੂੰ ਇਹ ਨਹੀਂ ਪਤਾ ਕਿ ਆਪਾਂ ਉੱਥੇ ਕੈਨੇਡਾ ਆਸਟ੍ਰੇਲੀਆ ਅਮਰੀਕਾ ਨਾਲੋਂ ਵੀ ਵੱਧ ਕਮਾ ਸਕਦੇ ਆ ਬੜਿਆਂ ਨੇ ਕਹਿੰਦਾ ਅਮਰੀਕਾ ਤੋਂ ਵੱਧ ਕਮਾਈ ਨਹੀਂ ਹੋਊਗੀ ਪਰ ਮੈਨਰੇ ਕਿਤੇ ਕਿਹੜਾ ਤੁਹਾਨੂੰ ਵੀਜ਼ਾ ਮਿਲ ਗਿਆ ਉਹ ਜਿਹੜੀ ਕਮਾਈ ਨਹੀਂ ਹੋਊਗੀ ਘੱਟੋ-ਘੱਟ ਉੱਥੇ ਦਾ ਵੀਜ਼ਾ ਤੇ ਲੱਗ ਜੂਗਾ ਹੂੰ ਹੁਣ ਦੇਖੋ ਮੈਂ ਪਿੱਛੇ ਜੇ ਨਾ ਆਪਣਾ ਅਜ਼ਰਬਾਈਜਾਨ ਗਿਆ ਤੇ ਅਜ਼ਰਬਾਈਜਾਨ ਤੋਂ ਬਾ ਸਿੰਗapore ਦੇ ਵਿੱਚ ਨਾ ਆਪਣਾ ਜਿੱਦਾਂ ਮੈਂ ਕੋਈ ਐਕਟੀਵਿਟੀ ਕਰਨ ਲਈ ਜਾਨਾ ਪਿਆਹੀਂ ਉੱਥੇ ਯੂਨੀਵਰਸਲ ਸਟੂਡੀਓ ਤੇ ਮੈਨੂੰ ਨਾ ਜਿਹੜਾ ਬੰਦਾ ਪਿਕਅਪ ਕਰਨ ਆਇਆ ਨਾ ਉਹਨੇ ਉਹ ਕਿੰਨਾ ਕਿ ਮੇਰੇ ਲਾਗੇ ਭਾਜੀ ਬੈਠ ਜਾ ਜਿਹੜਾ ਵੀ ਪੰਜਾਬੀ ਹੁੰਦਾ ਨਾ ਘੜੀ ਬੈ ਕੇ ਨਾ ਗੱਲਾਂ ਮਾਰ ਲੀਦੀਆਂ ਉਹ ਮੈਨੂੰ ਗੱਲਾਂ ਦੱਸਣ ਲੱਗ ਪਿਆ ਫਿਰ ਸਾਰੀਆਂ ਪਹਿਲਾਂ ਤੇ ਮੈਂ ਨਾ ਇਦਾਂ ਪੈਰ ਰੱਖ ਕੇ ਬੈਠਾ ਹਾਂ ਕਿੰਨਾ ਵੇਲਾ ਪੰਜਾਬੀਆਂ ਦੀ ਉਹੀ ਆਦਤ ਰਹੀ ਨਾ ਕਿੰਨਾ ਕਿ ਆਪਣੇ ਲੱਤ ਥੱਲੇ ਕਰ ਲੈਨੇ ਤੇ ਚੀਨੀ ਆ ਇਹਦੇ ਉਹਨੇ ਗਾਲਾਂ ਕੱਢਣੀਆਂ ਮਮ ਗੱਗੀ ਆਪਣਾ ਉਹ ਚੀਨੀ ਲੱਗਦੇ ਵੀ ਆ ਕਿਉਂਕਿ ਹੁਣ ਦੇਖੋ ਮੈਂ ਇਦਾਂ ਜੇ ਲੱਤ ਰੱਖੀ ਆ ਨਾ ਜੇ ਉਹਨਾਂ ਨੂੰ ਥੋੜੀ ਜਿਹੀ ਵੀ ਟੱਚ ਹੋ ਗਈ ਨਾ ਉਹਨਾਂ ਨੂੰ ਬਾਹਰ ਨਾ ਚੀਦਾ ਤੁਹਾਡੇ ਨਾਲ ਲੜਨ ਦਾ ਇਸ ਕਰਕੇ ਇਦਾਂ ਕਰਕੇ ਤੇ ਬੈਠੋ ਹੀ ਨਾ ਬਾਹਰ ਜਾ ਕੇ ਇਹ ਲੱਤ ਨੂੰ ਰੱਖੇ ਥੱਲੇ ਤੇ ਫਿਰ ਇਦਾਂ ਗੱਲ ਕਰੋ ਸਿੰਗਾਪੁਰ ਦੀ ਗੱਲ ਹੈ ਸਿੰਗਾਪੁਰ ਦੀ ਗੱਲ ਆ ਸਿੰਗਾਪੁਰ ਦੇ ਵਿੱਚ ਪਾਜੀ ਮੈਂ ਕਿਹ ਜੀ ਹੋਰ ਸੁਣੀ ਆ ਤੇ ਮੈਨੂੰ ਨਾ ਸ਼ੋਰਟੀ ਨਹੀਂ ਹੈਗੀ ਕੁਮਾਰ ਨਾਮ ਦੇ ਬੰਦੇ ਬੈਣ ਅੱਛਾ ਕੁਮਾਰ ਨਾਮ ਦਾ ਬੰਦਾ ਉਧਰ ਆਪਣਾ ਵੀਜ਼ਾ ਨਹੀਂ ਲੈ ਸਕਦਾ ਮੈਂ ਗਿਆ ਸਿੰਗਾਪੁਰ ਮੈਂ ਦੋ ਤਿੰਨ ਦਿਨ ਲਾਇਆ ਮੈਂ ਕੋਈ ਜ਼ਿਆਦਾ ਐਕਸਪਲੋਰ ਨਹੀਂ ਕਰਿਆ ਪਰ ਸਿੰਗਾਪੁਰ ਪਾਜੀ ਬਹੁਤ ਵਧੀਆ ਘੁੰਮਣ ਵਾਲੀ ਜਗ੍ਹਾ ਪੁੱਤ ਦਾ ਮਤਲਬ ਵਧੀਆ ਸੀਗਾ ਵੇਚੋਲ ਜਗੇ ਪਰ ਮੈਂ ਜ਼ਿਆਦਾ ਨਹੀਂ ਐਕਸਪਲੋਰ ਪਰ ਮੈਂ ਤੁਹਾਨੂੰ ਸਿੰਗਾਪੁਰ ਦੀ ਜਿਹੜੀ ਗੱਲ ਦੱਸਣ ਲੱਗਾ ਹਾਂ ਸਿੰਗਾਪੁਰ ਦੇ ਵਿੱਚ ਉਹ ਬੰਦਾ ਤੇ ਲਾ ਕੇ ਚੱਲੋ 3 3.5 ਲੱਖ ਰੁਪਏ ਕਮਾਉਂਦਾ ਪਿਆ ਬਸ ਚਲਾ ਕੇ ਸਿੰਗਾਪੁਰ ਚ ਸਿੰਗਾਪੁਰ ਦੇ ਵਿੱਚ ਮੈਂ ਰੈਸਟੋਰੈਂਟ ਦੇ ਵਿੱਚ ਗਿਆ ਉੱਥੇ ਮੈਨੂੰ ਇੱਕ ਸਰਦਾਰ ਵੀਰ ਮਿਲਿਆ ਆਪਣਾ ਉਹ ਨਾ ਉੱਧਰ ਦਾ ਹੀ ਉੱਤਰਾਖੰਡ ਦਾ ਉਹਨੇ ਮੈਨੂੰ ਦੱਸਿਆ ਕਹਿੰਦਾ ਕਿ ਪਾਜੀ ਮੇਰੇ ਕੋਲ ਕੈਨੇਡਾ ਤੇ ਅਮਰੀਕਾ ਦਾ ਵੀਜ਼ ਮੈਂ ਘੁੰਮ ਕੇ ਆਇਆ ਵਾਂ ਉਹਨੇ ਫੋਟੋਆਂ ਦਿਖਾਈਆਂ ਮੈਨੂੰ ਹੁਣ ਵੀ ਮੇਰੇ ਕੋਲ ਨੰਬਰ ਹੋਣਾ ਉਹਦਾ ਤੇ ਕਹਿੰਦਾ ਪਰ ਮੈਂ ਕੰਮ ਇੱਥੇ ਹੀ ਕਰਦਾ ਪਿਆ ਕਹਿੰਦਾ ਮੈਨੂੰ ਰੈਸਟੋਰੈਂਟ ਚ ਵੱਧ ਪੈਸੇ ਭਜ ਦੇਵੇ ਐਜ਼ ਅ ਵੇਟਰ ਹਮ ਐਜ਼ ਅ ਵੇਟਰ ਉਹਨੂੰ ਵੱਧ ਪੈਸੇ ਮਿਲਦੇ ਪਏ ਕਹਿੰਦਾ ਮੈਨੂੰ ਪਸੰਦ ਨਹੀਂ ਆ ਮੈਨੂੰ ਸਿੰਗਾਪੁਰ ਜ਼ਿਆਦਾ ਵਧੀਆ ਲੱਗਦਾ ਮਤਲਬ ਮੈਂ ਬਹੁਤ ਸਾਰੇ ਐਸੇ ਬੰਦਿਆਂ ਨੂੰ ਵੀ ਮਿਲਿਆ ਜਿਹੜੇ ਕਿੰਨੇ ਸਾਡਾ ਬੜਾ ਔਖਾ ਵਾ ਮੈਨੂੰ ਮੈਸੇਜ ਕਰੀ ਜਾਂਦੇ ਪਾਜੀ ਸਿੰਗਾਪੁਰ ਆਏ ਸਾਨੂੰ ਮਿਲ ਕੇ ਜਾਇਓ ਮਿਲ ਕੇ ਜਾਇਓ ਆਪਾਂ ਗੱਲ ਕਰਨੀ ਆ ਇਹਨਾਂ ਨੇ ਉਧਰ ਮੂਵ ਹੋਣਾ ਪਰ ਮੈਂ ਇਹ ਚੀਜ਼ ਤੋਂ ਹਰਾਨ ਹਾਂ ਕਿ ਜਿਹੜੇ ਬੰਦੇ ਇਹ ਕਹਿੰਦੇ ਪਏ ਕਿ ਪਾ ਇੱਥੇ ਹੀ ਰਹਿਣਾ ਪਾ ਇੱਥੋਂ ਨਹੀਂ ਜਾਣਾ ਕਿਤੇ ਵੀ ਮੈਂ ਦੁਬਈ ਵਿੱਚ ਗਿਆ ਦੁਬਈ ਵਿੱਚ ਵੀ ਸੇਮ ਚੀਜ਼ ਮੈਂ ਪਾਕਿਸਤਾਨੀਆਂ ਨੂੰ ਮਿਲਿਆ ਉਹ ਆਪਣਾ ਉਹਨਾਂ ਦੀ ਉਹ ਆਪਣਾ ਸਮਝ ਲਓ ਕਿ ਉਹਨਾਂ ਦਾ ਫਾਦਰ ਵੀ ਉੱਥੇ ਉਹਨਾਂ ਦਾ ਫਾਦਰ ਵੀ ਉੱਥੇ ਉਹ ਦੱਸਦਾ ਪਏ ਇਹ ਕਹਿੰਦਾ ਮੈਂ ਆਪਣੇ ਪੋਤੇ ਨੂੰ ਵੀ ਉਹਨੇ ਇਹ ਕੰਮ ਸਿਖਾਉਂਦੇ ਆ ਉਹਨਾਂ ਨੇ ਕੀ ਕੀਤਾ ਵਾ ਆਪਣਾ ਡੇਜ਼ਰਟ ਸਫਾਰੀ ਦੇ ਉਹ ਲੈਜੈਂਡਰ ਗੱਡੀਆਂ ਪਾਈਆਂ ਵਾ ਡ੍ਰਿਫਟ ਮਰਾਂਉਂਦੇ ਆ ਤੇ ਪਤਾ ਨਹੀਂ ਉਹਨਾਂ ਨੇ ਤਿੰਨ ਤਿੰਨ ਚਾਰ ਚਾਰ ਗੱਡੀਆਂ ਰੱਖੀਆਂ ਹੁਣ ਉਹਨਾਂ ਨੇ ਨਾ ਕੰਮ ਹੋਰ ਥੋੜਾ ਹੋਰ ਵੱਡਾ ਕਰਤਾ ਵਾ ਹੁਣ ਜਿਹੜਾ ਬੰਦਾ ਨਾ ਉਹ ਉਥੇ ਮਰੀਨਾ ਬੇ ਲੈ ਕੇ ਜਾਂਦਾ ਵਾ ਜਾਂ ਫਿਰ ਆਪਣਾ ਉਥੇ ਲੈ ਕੇ ਜਾਂਦਾ ਵਾ ਉਹ ਜਿਹੜੇ ਇੱਥੇ ਟਾਵਰ ਜੇ ਹੈਗੇ ਆ ਦੁਬਈ ਦੇ ਵਿੱਚ ਜਿਹੜੀ ਹੈ ਕਿ ਨਾ ਚਲੋ ਜਿੱਥੇ ਵੀ ਘੁੰਮਣ ਵਣੀ ਜਿਹੜੀ ਵੀ ਲੋਕੇਸ਼ਨਸ ਹੈਗੇਨ ਪੁਰਾਣਾ ਸਟਾਰਬਕਸ ਹੋ ਗਿਆ ਜਾਂ ਆਪਣਾ ਅ ਮਰੀਨਾ ਬੇ ਡੋ ਕਰੂਜ਼ ਹੋ ਗਿਆ ਕੋਈ ਵੀ ਹੋ ਗਈ ਜਗਾ ਉਥੇ ਵੀ ਉਹਨਾਂ ਨੇ ਨਾ ਉਤੋਂ ਆਪਣੇ ਲੈਲੇ ਆ ਪੈਕੇਜ ਤੇ ਉਹ ਪੈਕੇਜ ਹੁਣ ਸਮਝਣਾ ਜਿਵੇਂ ਉਹਨਾਂ ਦੀ ਗੱਡੀ 'ਚ ਬੈਠਾ ਉਹਨਾਂ ਨੇ ਕਿਹਾ ਆ ਮੇਰੇ ਹੀ ਬੰਦੇ ਆ ਤੇ ਹੀ ਵੀ ਨਾ ਇਹਦੇ ਕੋਲ ਵੀ ਚਲ ਜੇ ਉਹਨਾਂ ਨੂੰ ਉੱਥੇ ਵੀ ਕਮਿਸ਼ਨ ਮਿਲ ਜਣੀ ਜਿਹੜੀ ਉਹਨਾਂ ਨੇ ਆਪਾਂ ਨੂੰ ਉਹ ਬੱਗੀ ਦੇਣੀ ਆ ਜਿਹੜੀ ਬੱਗੀ ਆਪਾਂ ਚਲਾਈ ਦੀ ਆ ਰੇਤਾ ਦੇ ਵਿੱਚ ਉੱਚ ਵੀ ਉਹਨਾਂ ਨੂੰ ਕਮਿਸ਼ਨ ਮਿਲਣੀ ਆ ਹਾਂ ਬਹੁਤ ਕਾਫੀ ਪੂਰਾ ਦਿਨ ਹੀ ਬੰਦੇ ਦਾ ਲਵਾ ਦਿੰਦੇ ਨੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਬਿਲਕੁਲ ਸਾਰਾ ਦਿਨ ਲਵਾ ਜਾਂਦੇ ਤੇ ਪਰ ਆਪਣਾ ਦੁਬਈ ਦੇ ਵਿੱਚ ਸਭ ਤੋਂ ਵੱਧ ਘੁੰਮਣ ਦਾ ਪਰ ਨੂੰ ਮਜ਼ਾ ਵੀ ਆਇਆ ਪਰ ਬਾਜੀ ਉੱਥੇ ਕੰਮ ਵੀ ਬਹੁਤ ਤਰ੍ਹਾਂ ਦੇ ਆ ਕਿ ਜ਼ਰੂਰੀ ਨਹੀਂ ਕਿ ਆਪਾਂ ਦੁਬਈ ਜਾ ਕੇ ਵੀ ਲੇਬਰ ਹੀ ਕਰਨੀ ਆ ਦੁਬਈ ਦੇ ਵਿੱਚ ਵੀ ਐਸੇ ਬਹੁਤ ਲੋਕ ਹੈਗੇ ਜਿਹੜੇ ਬੜੇ ਵਧੀਆ ਵਧੀਆ ਕੰਮ ਕਰਦੇ ਪਏ ਆ ਪਰ ਇਹੀ ਗੱਲ ਨਾ ਕਿ ਸਾਨੂੰ ਇਹ ਪਰ ਜਾਣੇ ਕੈਨੇਡਾ ਅਮਰੀਕਾ ਜਿੰਨੀ ਦੇਰ ਤੱਕ ਉਹ ਚੀਜ਼ਾਂ ਮੈਂ ਸਾਹਮਣੇ ਨਹੀਂ ਰੱਖੂੰਗਾ ਯਾਨੀ ਕਿ ਉੱਥੇ ਜਾ ਕੇ ਉਹ ਖਾਵਾਂਗੇ ਹਾਏ ਗਾਈਜ਼ ਮੈਂ ਆਪਣਾ ਇੱਥੇ ਆ ਗਿਆ ਹਾਂ ਅੱਜ ਮੈਂ ਆ ਕਰੂੰਗਾ ਜੋ ਕਰੂੰਗਾ ਇਹ ਨਹੀਂ ਮੈਂ ਕਰਨਾ ਉੱਥੇ ਮੈਂ ਪ੍ਰੋਪਰਲੀ ਗਾਈਡ ਕਰਾਂਗਾ ਕਿ ਮੈਂ ਨਾ ਆਪਣਾ ਜਿਹੜੀਆਂ ਕੰਟਰੀਜ਼ ਦੇ ਵਿੱਚ ਗਿਆ ਨਾ ਮੈਨੂੰ ਉਹ ਚੱਜ ਜਿਆ ਨਹੀਂ ਆਇਆ ਵੀਡੀਓ ਬਣਾਉਣ ਦਾ ਤੇ ਮੇਰੇ ਮਨ ਨੂੰ ਸੈਟੀਸਫੈਕਸ਼ਨ ਨਹੀਂ ਹੋਈ ਭਾਵੇਂ ਮੇਰੇ ਪੈਸਾ ਲੱਗ ਗਿਆ ਨੁਕਸਾਨ ਹੈ ਇਸ ਚੀਜ਼ ਦਾ ਪਰ ਚਲੋ ਉਹ ਚੀਜ਼ ਜਿਹੜੀਆਂ ਮੈਂ ਐਕਸਪਲੋਰ ਕੀਤੀਆਂ ਉਹ ਆਪਣਾ ਵੀਡੀਓ ਪਾਉਣ ਨਾਲੋਂ ਵੀ ਵੱਧ ਕੇ ਹੀ ਕਿਉਂਕਿ ਜਿਹੜੀਆਂ ਚੀਜ਼ਾਂ ਮੈਨੂੰ ਸਮਝਣ ਲੱਗੀਆਂ ਉੱਥੇ ਜਾ ਕੇ ਹੁਣ ਮੈਂ ਆਪਣਾ ਹਰ ਮੰਥ ਅਲੱਗ-ਅਲੱਗ ਕੰਟਰੀ ਦੇ ਵਿੱਚ ਵਿਜ਼ਿਟ ਕਰਨਾ ਵਾ ਵਰਲਡ ਟੂਰ ਕਰਨਾ ਵਾ ਜਦੋਂ ਮੈਂ ਆਪਣਾ 10-15 ਕੰਟਰੀਆਂ ਵਿਜ਼ਿਟ ਕਰ ਲਈਆਂ ਫਿਰ ਬਾਇਰ ਰੋਡ ਜਿੱਦਾਂ ਉਹ ਵੇਖਿਆ ਨਾ ਉਹ ਆਪਣਾ ਅੰਕਲ ਜਾਂਦੇ ਆ ਫੋਰਚਨਰ ਵਾਲੇ ਮੈਂ ਉਹਨਾਂ ਨਾਲ ਵੀ ਗੱਲ ਕੀਤੀ ਪੈਸੇ ਬੜੇ ਮੰਗਦੇ ਉਹ ਤੇ ਗੁਰੂ ਜੀ ਤੇ ਫਿਰ ਮੈਂ ਚਲੋ ਉਹਨਾਂ ਨੂੰ ਰਹਿਣ ਤਾਂ ਮੈਂ ਤਾਂ ਹੀ ਆਪ ਵੇਖਦਾ ਪਿਆਂਗਾ ਕਿ ਕਿਸ ਤਰ੍ਹਾਂ ਵੀਜ਼ਾ ਲਵਾ ਕੇ ਤੇ ਆਪਣਾ ਖੁਦ ਬਾਇਰ ਰੋਡ ਜਾ ਕੇ ਆਵਾਂ ਕਿਉਂਕਿ ਬੈਕਪੈਕਰ ਦੇ ਨਾਲ ਵੀ ਆਪਣੀ ਗੱਲ ਹੋਈ ਸੀ ਤੇ ਉਹ ਬੈਕਪੈਕਰ ਵਾਲਿਆਂ ਨੂੰ ਮੈਂ ਚਾਹੁੰਦਾ ਹਾਂ ਕਿ ਉਹਦੇ ਨਾਲ ਵੀ ਜਾ ਕੇ ਆਵਾਂ ਕਿ ਪਤਾ ਲੱਗ ਜਾਏ ਨਾ ਅੰਕਲ ਨੇ ਦੱਸਿਆ ਅੰਕਲ ਕੀ ਕਰਦੇ ਆ ਕਿ ਆਪਣੇ ਨਾਲ ਨਾ ਗੱਡੀਆਂ ਲੈ ਕੇ ਜਾਂਦੇ ਆ ਕਿ ਸਾਡੇ ਮਗਰੀ ਤੇ ਗੱਡੀ ਲਾ ਲਓ ਤਾਂ ਆਪਾਂ ਤੁਹਾਨੂੰ ਰਸਤੇ ਦੱਸੀ ਜਾਵਾਂਗੇ ਜਿੱਥੇ ਰੋਡ ਖਤਮ ਹੋ ਗਿਆ ਤੇ ਬਾਈਸ਼ਿਪ ਖੜਾਂਗੇ ਮਤਲਬ ਕੋਈ ਚੀਜ਼ ਐਕਸਪਲੋਰ ਕਰਨ ਲਈ ਬੜੀਆਂ ਵਧੀਆ ਨਹੀਂ ਨਹੀਂ ਬਹੁਤ ਵਧੀਆ ਮਤਲਬ ਮੈਨੂੰ ਤੁਹਾਡੀ ਨਾ ਸੋਚ ਵਧੀਆ ਲੱਗੀ ਆ ਬਸ ਤੁਸੀਂ ਇਦਾਂ ਹੀ ਨਾ ਆਪਣੇ ਐਕਸਪੀਰੀਅੰਸ ਆ ਜਿਹੜੇ ਸ਼ੇਅਰ ਕਰਦੇ ਰਹੋ ਕਿਉਂਕਿ ਨੌਜਵਾਨਾਂ ਨੂੰ ਦੇਖੋ ਗਲਤ ਕੰਟੈਂਟ ਬਹੁਤ ਆਂਦਾ ਸੋਸ਼ਲ ਮੀਡੀਆ ਤੇ ਬਿਲਕੁਲ ਪਰ ਜਦੋਂ ਤੁਸੀਂ ਇੱਕ ਐਜ਼ ਅ ਐਂਟਰਪ੍ਰੀਨ ਹਣਾ ਤੁਸੀਂ ਕਿੰਨੀ ਚੀਜ਼ਾਂ ਦਾ ਬਿਜ਼ਨਸ ਸੋਚ ਲੈਂਦੇ ਯਾਰ ਇੱਥੇ ਇਦਾਂ ਕਰ ਸਕਦੇ ਆ ਇੱਥੇ ਇਦਾਂ ਕਰ ਸਕਦੇ ਆ ਆਈਡੀਆ ਆ ਜਾਂਦੇ ਹਨ ਦਾ ਕਾਰਨ ਹੀ ਇਹ ਆ ਮੈਂ ਆਪਣੀ 1 ਮਿੰਟ 30 ਸੈਕਿੰਡ ਦੀ ਰੀਲ ਦੇ ਵਿੱਚ ਇਹ ਚੀਜ਼ਾਂ ਨਹੀਂ ਦੱਸ ਸਕਦਾ ਅਗਲੇ ਨੂੰ ਮੈਂ ਬੜਾ ਟਰਾਈ ਕੀਤਾ YouTube ਦੇ ਉੱਪਰ ਨਾ ਪੂਰੀਆਂ ਗੱਲਾਂ ਦੱਸਣ ਦਾ ਪਰ YouTube ਤੇ ਚਲੋ ਉਹ ਨਹੀਂ ਲੋਕੀ ਉਹ ਚੀਜ਼ ਦੇਖਣਾ ਦੇਖਦੇ ਪਏ ਜਿਹੜੀ ਚੀਜ਼ ਮੈਂ ਦਿਖਾਉਣਾ ਚਾਹੁੰਦਾ ਇਸ ਕਰਕੇ ਮੈਂ ਜਿਹੜੀ ਚੀਜ਼ ਦੇਖਦੇ ਪਏ ਤੁਹਾਨੂੰ ਤੇ ਦੇਖਦੇ ਪਏ ਤੁਹਾਡੇ ਦੀ ਜਗ੍ਹਾ ਤੇ ਆ ਕੇ ਤੇ ਮੈਨੂੰ ਵੇਖਣਗੇ ਨਾ ਕਿ ਹਾਂ ਤੁਹਾਡੇ ਕੋਲ ਆਏ ਆ ਜਰੂਰ ਜਰੂਰ ਆਪਾਂ ਵੀ ਇੱਕ ਮਤਲਬ ਇਹ ਸਾਰਿਆਂ ਦਾ ਇੱਕ ਦੇਖੋ ਕੰਮ ਕਰਦੇ ਆ ਪੈਸੇ ਕਮਾਣਨੇ ਆਪਣੇ ਸ਼ੌਂਕ ਪੂਰੇ ਕਰਦੇ ਆ ਦੁਨੀਆ ਘੁੰਮਦੇ ਆ ਠੀਕ ਆ ਹਰ ਬੰਦਾ ਦੁਨੀਆ ਤੇ ਆਇਆ ਆਪਣੇ ਲਈ ਕੁਛ ਨਾ ਕੁਛ ਬੰਦਾ ਕਰੇਗਾ ਹਨਾ ਬਿਲਕੁਲ ਪਰ ਦੋ ਚੀਜ਼ਾਂ ਦਾ ਧਿਆਨ ਇੱਕ ਕਿਸੇ ਦਾ ਨੁਕਸਾਨ ਨਾ ਹੋਵੇ ਦੂਜਾ ਕਿ ਆਪਾਂ ਕਮਿਊਨਿਟੀ ਨੂੰ ਕੁਛ ਵਾਪਸ ਵੀ ਦੇਈਏ ਹਨਾ ਵਾਪਸ ਦੇਣ ਦਾ ਮਤਲਬ ਪੈਸਾ ਹੀ ਨਹੀਂ ਆਪਣਾ ਤਜਰਬਾ ਵੀ ਦੇ ਸਕਦਾ ਬੰਦਾ ਹਾਂਜੀ ਕਿਸੇ ਵੀ ਤਰੀਕੇ ਨਾਲ ਯੋਗਦਾਨ ਦੇ ਸਕਦਾ ਹਨਾ ਇਹ ਚਲੋ ਤੁਹਾਡੀ ਬਹੁਤ ਵਧੀਆ ਚੀਜ਼ ਆ ਤੁਸੀਂ ਵਰਲਡ ਟੂਰ ਲਾ ਰਹੇ ਹੋ ਤੇ ਯੂਥ ਨੂੰ ਦੱਸੋਗੇ ਵੀ ਕਿਹੜੀ ਕੰਟਰੀ ਤੇ ਜਾ ਸਕਦੇ ਹੋ ਕਿੱਦਾਂ ਜਾ ਸਕਦੇ ਹੋ ਕਿੱਦਾਂ ਕੰਮ ਕਰ ਸਕਦੇ ਹੋ ਜੋਬ ਓਪਰਚ्युनिटीज ਕਿਹਾਂ ਆ ਜਾਂ ਬਿਜ਼ਨਸ ਓਪਰਚ्युनिटीज ਕਿਹਾਂ ਆ ਸਰ ਇਹ ਇੱਕ ਮਤਲਬ ਭਾਜੀ ਉਹ ਮੈਂ ਆਪਣੀਆਂ ਅੱਖਾਂ ਦੇ ਨਾਲ ਮੇਰੇ ਥਰੂ ਐਕਸਪਲੋਰ ਕਰ ਸਕਣਗੇ ਉਹ ਚੀਜ਼ਾਂ ਨੂੰ ਜਿਹੜੀਆਂ ਉਹ ਖੁਦ ਬ ਖਦੋ ਜਾ ਕੇ ਨਹੀਂ ਵੇਖ ਸਕਦੇ ਪਏ ਨਹੀਂ ਖਰਚਾ ਕਰ ਸਕਦੇ ਪਏ ਮੈਂ ਦੱਸ ਦੂੰਗਾ ਉਹਨਾਂ ਨੂੰ ਵੀਡੀਓ ਚੱਲਣਗੀਆਂ ਮੇਰਾ ਬਿਜ਼ਨਸ ਹੋਰ ਚੱਲ ਪਣਾ ਨਾ ਮੈਨੂੰ ਪੈਸੇ ਆਉਣਗੇ ਠੀਕ ਹੈ ਮੈਂ ਕਹੂੰਗਾ ਗਿਆ ਹੁੰਦੇ ਪਏ ਫਿਰ ਕੀ ਗੱਲ ਪਰ ਜਾਨਣਾ ਵੀ ਤੇ ਮੈਂ ਹੀ ਪਿਆ ਨਾ ਉਹਦੇ ਵਿੱਚ ਸਟਰਗਲ ਵੀ ਤੇ ਉਹ ਮੇਰੀ ਹੈ ਨਾ ਕਿ ਆਪਣੇ ਬਿਜ਼ਨਸ ਦੇ ਨਾਲ ਉਧਰ ਵੀ ਮੈਂ ਜਾਨਣਾ ਪਿਆ ਮੈਂ ਦਿਖਾਉਂਗਾ ਉਹਨਾਂ ਨੂੰ ਕਿਉਂਕਿ ਬਹੁਤ ਸਾਰੀਆਂ ਚੀਜ਼ਾਂ ਹੈਗੀਆਂ ਮੈਂ ਅਲੱਗ-ਅਲੱਗ ਕੰਟਰੀ ਦੇ ਵਿੱਚ ਵਿਜ਼ਿਟ ਕਰਕੇ ਵੇਖਿਆ ਭਾਜੀ ਇੱਕ ਤੋਂ ਵੱਧ ਕੇ ਇੱਕ ਕੰਮ ਪਏ ਆ ਕ ਉਸ ਚੀਜ਼ ਦੇ ਉਪਰ ਆਸਾਨਾ ਜਦੋਂ ਕੋਈ ਬੰਦਾ ਕਹਿੰਦਾ ਨਾ ਕਿ ਇੱਥੇ ਕੰਮ ਹੀ ਨਹੀਂ ਹੈਗਾ ਮੈਂ ਕਹਿੰਦਾ ਜਿੰਨਾ ਕੰਮ ਇੱਥੇ ਹੈਗਾ ਨਾ ਉਹਨਾਂ ਕਿਤੇ ਵੀ ਨਹੀਂ ਹੈਗਾ ਪਰ ਮੈਂ ਇਹ ਨਹੀਂ ਆਪਣਾ ਸਾਰੇ ਵਾਂਗ ਕਹੂੰਗਾ ਕਿ ਤੁਸੀਂ ਇੰਡੀਆ 'ਚ ਰਹੋ ਇੰਡੀਆ 'ਚ ਕੱਤੋਂ ਰਹੋ ਯਾਰ ਤੂੰ ਐਕਸਪਲੋਰ ਕਰੋ ਹਾਂ ساری ਦੁਨੀਆ ਤੁਸੀਂ ਬਸ ਇੰਡੀਆ ਦੇ ਵਿੱਚ ਜੰਮੇ ਪਲੇ ਖਾਦਾ ਪੀਤਾ ਸੋ ਆਪਣਾ ਸੋਗੇ ਉੱਠ ਕੇ ਤੇ ਮਰਗੇ ਇੱਥੇ ਹੀ ਉਹ ਯਾਰ ਵੇਖੋ ਤੇ ਸਹੀ ਦੁਨੀਆਦਾਰੀ ਤੇ ਨੀਆਂ ਚੀਜ਼ਾਂ ਪਈਆਂ ਮੈਂ ਘੁੰਮਣ ਵਾਲੀਆਂ ਤੁਸੀਂ ਮੈਂ ਕਹਿੰਦਾ ਕਿ ਜਿਹੜੇ ਬੰਦੇ ਨੇ ਬਾਹਰ ਜਾਣਾ ਨਾ ਪਹਿਲਾਂ ਉਹਦੇ ਘਰ ਦੇ ਉਹਨੂੰ 2-4 ਲੱਖ ਰੁਪਏ ਦੇ ਦੇਣ ਕਿ ਆ ਫੜ ਤੇ ਆਪਣਾ ਕਿਤੇ ਉਹ ਜਿਹੜਾ ਡੱਡੂ ਖੂਹ ਦੇ ਵਿੱਚ ਰਹਿੰਦਾ ਪਿਆ ਉਹ ਚ ਕੱਢ ਕੇ ਉਹਨੂੰ ਕਿਤੇ ਬਾਹਰ ਦੁਨੀਆ ਤੇ ਵਿਖਾਓ ਉਹ ਖੂਹ ਦਾ ਡੱਡੂ ਖੂਹ ਦਾ ਹੀ ਰਹੇ ਜਾਂਦਾ ਉਹ ਲਈ ਕਹਾਵਤ ਹੈਗੀ ਨਾ ਉਹੀ ਚੀਜ਼ ਬਣ ਜਾਂਦੀ ਕਿ ਭਾ ਕੋਚ ਨਿਕਲ ਕੇ ਨਹੀਂ ਵੇਖਿਆ ਬਾਹਰ ਕੀ ਕੁਝ ਪਿਆ ਵਾ ਇੱਕ ਵਾਰ ਨਿਕਲ ਕੇ ਵੇਖੀਏ ਤੇ ਸਹੀ ਕੀ ਬਾਹਰ ਜਾ ਕੇ ਆਪਾਂ ਕੀ ਕੁਝ ਕਰ ਸਕਦੇ ਆ ਜਦੋਂ ਬਾਬਾ ਜੀ ਬਾਹਰ ਜਾਂਦੇ ਤੁਹਾਡੇ ਅੰਦਰ ਹੀ ਇਹੋ ਜੀ ਉਹ ਜਿਹੜੀ ਅੱਗ ਲੱਗਦੀ ਨਾ ਕਿ ਯਾਰ ਆਪਾਂ ਦੇ ਸਮਝਦੇ ਪਏ ਹਾਂ ਕਿ ਬਾਸ ਆਪਾਂ ਫੋਰਚੂਨਰ ਸਕੋਰਪਿਓ ਲੈਣੀ ਆ ਇਹ ਤੇ ਤੁਹਾਡੇ ਤੋਂ ਵੱਧ ਕੇ ਆ ਤੇ ਗੱਡੀਆਂ ਦੀ ਗੱਲ ਹੀ ਨਹੀਂ ਰਹੀ ਤੇ ਤੁਹਾਡੇ ਤੋਂ ਕਈ ਗੁਣਾ ਵੱਧ ਕੇ ਗਏ ਮੈਂ ਕਹਿੰਦਾ ਉੱਥੇ ਉਹ ਬਿਲਡਿੰਗਾਂ ਵੇਖ ਕੀ ਹੁੰਦਾ ਕਿ ਯਾਰ ਇਹ ਵੀ ਤੇ ਕਿਸੇ ਇਨਸਾਨ ਦੀ ਹੈ ਨਾ ਜਿਹੜਾ ਉਹਨੂੰ ਆਪਣਾ ਉਹਦਾ ਮਾਲਕ ਆ ਉਸ ਚੀਜ਼ ਦਾ ਮਤਲਬ ਕਿ ਆਪਾਂ ساری ਜ਼ਿੰਦਗੀ ਇੱਥੋਂ ਤੱਕ ਪਹੁੰਚ ਹੀ ਨਹੀਂ ਸਕਦੇ ਉਹ ਅੰਦਰ ਜਿਹੜੀ ਹੈ ਮੋਟੀਵੇਸ਼ਨ ਜਿਹੜੀ ਮਿਲਦੀ ਹੈ ਜਾਂ ਤੁਸੀਂ ਉੱਥੇ ਚੀਜ਼ਾਂ ਨੂੰ ਸਮਝਦੇ ਜੇ ਉਹ ਜਿਆਦਾ ਵਧੀਆ ਵਾ ਕਿ ਇਹ ਏਜੰਟ ਨੂੰ 5 ਲੱਖ ਰੁਪਏ ਖਰਾਬ ਕਰਨ ਨਾਲੋਂ 5 ਲੱਖ ਰੁਪਏ ਆਪਣੇ ਉੱਪਰ ਇਨਵੈਸਟ ਕਰ ਲਓ ਤੁਹਾਨੂੰ ਵੀਜ਼ਾ ਵੀ ਮਿਲ ਜੂਗਾ ਜਦੋਂ ਤੁਸੀਂ 5 ਕੰਟਰੀਆਂ ਵਿਜ਼ਿਟ ਕੀਤੀਆਂ ਹੋਈਆਂ ਤੁਹਾਡੀ ਟਰੈਵਲ ਹਿਸਟਰੀ ਬਣ ਗਈ ਹੋਣੀ ਹੈ ਤੇ ਐਮਬੈਸੀ ਨੇ ਵੀ ਤੁਹਾਨੂੰ ਵੀਜ਼ਾ ਦੇਣਾ ਕਿ ਤੁਸੀਂ ਦੱਸ ਸਕਦੇ ਹੋ ਕਿ ਹਾਂ ਮੈਂ ਅਲੱਗ-ਅਲੱਗ ਕੰਟਰੀ ਕੋ ਮੰਲੀ ਜਾਂਦਾ ਵਾਂ ਤੇ ਇਸ ਕਰਕੇ ਤੁਹਾਡੀ ਕੰਟਰੀ 'ਚ ਵੀ ਘੁੰਮਣ ਲਈ ਆਉਣ ਲੱਗਾ ਵਾਂ ਕਿਉਂਕਿ ਉਹਨਾਂ ਨੇ ਪੁੱਛਣਾ ਹੀ ਹੈ ਕਿ ਸਾਡੀ ਕੰਟਰੀ ਕਿਉਂ ਘੁੰਮਣ ਆਉਣ ਲੱਗੇ ਹੋਰ ਵੀ ਕੰਟਰੀਆਂ ਗਈ ਤੁਸੀਂ ਦੱਸ ਸਕਦੇ ਹੋ ਕਿ ਮ ਬੜਾ ਅੱਛਾ ਲੱਗਿਆ ਵੀ ਤੁਸੀਂ ਜਿਸ ਇੰਡਸਟਰੀ ਚੋਂ ਫਿਰ ਵੀ ਖੁੱਲ ਕੇ ਬੋਲਦੇ ਮੈਂ ਦੇਖ ਨਹੀਂ ਪ੍ਰਭਾਵ ਕਰਦੇ ਆਣਾ ਕਿਸੇ ਵੀ ਚੀਜ਼ ਦੀ ਮੇਰਾ ਗੱਲਾਂ ਕਰਨ ਨੂੰ ਹੋਰ ਬੜਾ ਧੀਲ ਆ ਬੜਾ ਸਮਾਂ ਪਹਿਲਾਂ ਹੀ ਬਹੁਤ ਜ਼ਿਆਦਾ ਹੋ ਗਿਆ ਪਰ ਕੋਸ਼ਿਸ਼ ਕਰਾਂਗੇ ਨੈਕਸਟ ਵੀ ਜਿੱਥੇ ਬੈਠਾਂਗਾ ਮੈਂ ਤੁਹਾਡੇ ਕੋਲ ਬੈਠੂੰਗਾ ਹੁੰਦਾ ਦੇਖ ਮੈਂ ਉਸ ਦਿਨ ਬੈਠੂੰਗਾ ਜਿੱਦਨ ਮੈਂ ਆਪਣਾ ਦੋ ਚਾਰ ਕੰਟਰੀਆਂ ਹੋ ਕੇ ਆਇਆ ਹੈ ਨਾ ਤੇ ਉਸ ਦਿਨ ਤੁਹਾਨੂੰ ਆ ਕੇ ਦੱਸੂੰਗਾ ਕਿ ਬੱਚੇ ਕੀ ਕਰ ਸਕਦੇ ਆ ਉੱਥੇ ਪਾਜੀ ਬਹੁਤ ਅੱਛਾ ਲੱਗਿਆ ਗਲਤ ਬੋਲਿਆ ਗਿਆ ਹੋਵੇ ਮਾਫੀ ਤੇ ਉਮੀਦ ਆ ਸਾਰੇ ਵੀਡੀਓ ਦੇ ਵਿੱਚ ਜੇ ਕੋਈ ਤੁਸੀਂ ਪਾਜੀ ਦਾ ਕੋਈ ਸਵਾਲ ਆ ਤੁਸੀਂ ਕਮੈਂਟ ਕਰਕੇ ਦੱਸ ਸਕਦੇ ਹੋ ਬਹੁਤ ਬਹੁਤ ਧੰਨਵਾਦ ਭਾਈ ਤੁਹਾਡਾ ਤੁਸੀਂ ਸਮਾਂ ਦਿੱਤਾ ਜੀ ਥੈਂਕ ਯੂ ਜੀ